السلام علیکم ورحمۃ اللہ وبرکاتہ. گواہی دے رہی ہے یکتائی پہ ذات اس کی، گواہی دے رہی ہے یکتائی پہ ذات اس کی، دوئی کے سب نقش جھوٹے ہیں، ایک سچا ہے نام اس کا. اب میں بلا تاخیر حضرت مولانا ناصر مدنی صاحب کو دعوت دیتا ہوں کہ وہ اپنے خیالات سے آپ کو نوازیں. حضرت مولانا ناصر مدنی صاحب. چار چار سے میرے نال لاد مولوی بن جائے گا. الحمدللہ وکفا وسلام علی عباده الذین اصطفا. اعوذ باللہ السمیع العلیم من الشیطان الرجیم، بسم اللہ الرحمن الرحیم. المال والبنون زینۃ الحیاۃ الدنیا والباقیات صالحان. پکا بند کر دو. ان اللہ و ملائکتہ یصلون علی النبی، یا ایہا الذین آمنوا صلوا علیہ وسلموا تسلیما. اللهم صل على محمد وعلى آل محمد كما صليت على إبراهيم وعلى آل إبراهيم إنك حميد مجيد. اللهم بارك على محمد وعلى آل محمد كما باركت على إبراهيم وعلى آل إبراهيم إنك حميد مجيد. سبحان اللہ. برا بندہ میں لبن ٹریا، مینو برا لبا نہ کوئی، جد میں اندر چاتی ماری تے میتھوں برا نہ کوئی. جدو انسان اس گل نو ذہن چ بٹھا لے گا نا، پھر انہوں کسی جگہ تے چگلی کرنی نصیب نہیں ہوئے گی. جدو اے گل ذہن چ بٹھا لے گا کہ برا بندہ میں لبن ٹریا، مینو برا لبا نہ کوئی، جد میں اندر چاتی ماری تے میتھوں برا نہ کوئی. پڑھو. جد میں اندر تسی سارے نیک جے، میری نظر چ تسی بہت نیک ہو، پر پڑھ لو کڑی دی کڑی. میں تانوں برا نہیں سمجھدا، پلا کوئی مولوی صاحب کرے پوچھ رہی برے بیٹھے ہیں. میری نظر سارے نیک، کیونکہ قرآن حدیث دا فیصلہ ہے کہ بد گمانی کرن والا بندہ مسلمان نہیں رہندا. تے میرا تہاڈے بارے حسن ظن ہے کہ جنے سندھیاں دے ڈیرے تے آئے جے
ਇਹਨਾਂ ਰਾਣਿਆਂ ਦੀ ਦਾਵਤ ਤੇ ਉਹ ਸਾਰੇ ਹੀ ਮੋਮਨ ਤੇ ਅੱਲਾਹ ਰਸੂਲ ਦੇ ਨੌਕਰ ਨੇ। ਮਗਰ ਕੁੱਲੋ ਬਣੀ ਆਦਮ ਖਤਾ ਇਬਨੁਲ ਖਤਾ, ਹਜ਼ੂਰ ਨੇ ਫਰਮਾਇਆ ਕਿ ਆਦਮ ਦੇ ਪੁੱਤਰ ਦੀ ਫਿਤਰਤ 'ਚ ਗੁਨਾਹ ਸ਼ਾਮਲ ਹੈ। ਤੋ ਗੁਨਾਹ ਇਨਸਾਨ ਕੋਲ ਹੁੰਦਾ ਹੈ। ਇਹ ਸ਼ੇਰ ਤੁਹਾਨੂੰ ਜ਼ਰਾ ਆਪਣਾ ਇਹਤਸਾਬ ਵੱਲ ਲਿਜਾਏਗਾ। ਮੀਆਂ ਮੁਹੰਮਦ ਬਖਤਰ ਮੰਨਦੇ ਨੇ, ਬੁਰਾ ਬੰਦਾ ਮੈਂ ਲੱਭਣ ਤੁਰਿਆ, ਮੈਨੂੰ ਬੁਰਾ ਲੱਭਾ ਨਾ ਕੋਈ, ਜਦ ਮੈਂ ਅੰਦਰ ਚਾਤੀ ਮਾਰੀ ਤੇ ਮੈਥੋਂ ਬੁਰਾ ਨਾ ਕੋਈ। ਤੇ ਅਗਲੀ ਗੱਲ ਮੀਆਂ ਸਾਹਿਬ ਫਰਮਾਉਂਦੇ ਨੇ, ਸ਼ੀਸ਼ ਮਹਿਲ ਵਿੱਚ ਉਹ ਕੁੱਤਾ ਵੜਿਆ ਤੇ ਉਸਨੂੰ ਸਮਝ ਨਾ ਆਵੇ ਜਿਸ ਵੱਲ ਉਹ ਜਾਵੇ ਕੁੱਤਾ, ਤੇ ਉਹਨੂੰ ਕੁੱਤਾ ਹੀ ਨਜ਼ਰੀ ਆਵੇ। ਜਿਵੇਂ ਸ਼ੀਸ਼ ਮਹਿਲ 'ਚ ਕੁੱਤਾ ਵੜੇ ਤੇ ਉਹਨੂੰ ਕੁੱਤਾ ਹੀ ਨਜ਼ਰ ਆਉਣਾ ਹੈ, ਬੁਰੇ ਬੰਦੇ ਨੂੰ ਜਿੱਥੇ ਵੀ ਜਾਵੇ ਉਹਨੂੰ ਸਾਰਾ ਜੱਗ ਬੁਰਾ ਹੀ ਨਜ਼ਰ ਆਉਂਦਾ ਹੈ। ਉਹ ਜੋ ਅੰਦਰ ਹੁੰਦਾ ਉਹਨੂੰ ਸਾਰਾ ਪੁੱਤਰ ਧਿਆਨ ਮੇਰੇ, ਉਹ ਸਾਰਾ ਖਾਲੀ ਜਗ੍ਹਾ ਪੁਰ ਕਰੋ। ਹਜ਼ਰਾ ਅੱਗੇ ਆਓ, ਸਰ ਆ ਜਾਓ, ਜ਼ਰਾ ਕਰੀਬ ਆ ਜਾਓ ਸਾਥੀ ਸਾਰੇ ਨਾ, ਇਹ ਖਾਲੀ ਜਗ੍ਹਾ ਪੁਰ ਕਰੋ। ਮੱਖੀ ਲਾ ਕੇ ਆ ਜਾਓ, ਕੋਈ ਕੋਈ ਕਰੰਟ ਵਾਲੀ ਤਾਰ ਨਹੀਂ ਹੈਗੀ। ਆ ਜਾਓ ਨੇੜੇ ਹੋ ਜਾਓ ਨਾ ਸਾਥੀ ਸਾਰੇ, ਆ ਜਾਓ, ਕੁਛ ਨਹੀਂ ਆਉਂਦਾ ਇਹ ਤੁਹਾਨੂੰ, ਕੋਈ ਭੁੰਡੀ ਭੁੰਡੀ ਨਹੀਂ ਲੜਦੀ, ਅੱਗੇ ਆ ਜਾਓ, ਮੈਂ ਦਮ ਕਰ ਦੇਵਾਂਗਾ। ਇਹ ਲਾਈਟ ਤੋਂ ਬੰਦੇ ਡਰਦੇ ਪੈਣ ਵੀ ਖਰੇ, ਸਾਨੂੰ ਭੁੰਡੀ ਤੰਗ ਕਰੇਗੀ। ਪੁੱਤਰ ਇੱਧਰ ਹੋਵੋ, ਤੁਸੀਂ ਵੀ ਸਾਰੇ ਇੱਧਰ ਸਾਰੇ ਜਵਾਨ ਬੰਦੇ ਅੱਗੇ ਹੋ ਜਾਓ, ਆ ਜਾਓ ਆ ਜਾਓ। ਮਾਸ਼ਾਅੱਲਾ, ਇਮਰਾਨ ਖਾਨ ਦੇ ਧਰਨੇ 'ਚ ਤਾਂ ਅੱਗੇ ਬਹਿੰਦੇ ਜੇ ਜਾ ਕੇ, ਅਤੇ ਅੱਗੇ ਇੱਥੇ ਤੁਹਾਨੂੰ ਅੱਲਾ ਰਸੂਲ ਵਾਰੀ ਪਤਾ ਨਹੀਂ ਕੀ ਹੁੰਦਾ। ਹੋ ਜਾਓ ਗਾਂ ਯਾਰ ਜਲਦੀ। ਅਸਲ 'ਚ ਉਹਨੇ ਉੱਥੇ ਮਾਖੋ ਮੱਖੀਆਂ ਲਾ ਕੇ ਭਾਈਆਂ ਹੁੰਦੀਆਂ ਨੇ, ਉਹ ਸ਼ਹਿਦ ਦੇ ਛੱਤੇ 'ਤੇ ਬੱਕਰ ਮੁੱਕਰ ਵੀ ਬਹਿੰਦੇ ਨੇ ਸਾਰੇ। ਫਿਰ ਆ ਜਾਓ ਆ ਜਾਓ। ਅਰਜ਼ ਕਰਨਾ ਚਾਹ ਰਿਹਾ ਮੇਰੀ ਮਾਮੂਨ ਅੰਬੀਆ, ਅਸੀਂ ਕੀ ਕਰਨਾ, ਆਵੇ ਨਾ ਆਵੇ ਸਾਨੂੰ ਕੀ। ਅਰਜ਼ ਕਰਨਾ ਚਾਹ ਰਿਹਾ ਮੇਰੀ ਮਾਮੂਨ ਅੰਬੀਆ ਦਾ ਕਲਮਾ ਪੜਵਾ ਲਿਓ ਮੁਸਲਮਾਨ ਨੂੰ, ਮੇਰੇ ਮਦਨੀ ਕਰੀ ਮਾਕਾ ਦਾ ਕਲਮਾ ਪੜਵਾ ਲਿਆ। ਮਿਲ ਕੇ ਪਿਆਰ ਨਾ, ਮੀਆਂ ਸਾਹਿਬ ਨੇ ਅਗਲੀ ਸ਼ੇਰ ਬੜਾ ਪਿਆਰਾ ਲੈ ਕੇ ਆਈ, ਮਿਲ ਕੇ ਪਿਆਰ ਨਾ ਪੜੇਗਾ ਤੇ ਸੁਣਾ ਦੀ ਤੈਨੂੰ ਸਰੂਰ ਆ ਜਾਏਗਾ। ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਨੂੰ, ਕੱਪੜਾ ਪਟੇ ਤਰੋਪਾ ਲੱਗਦਾ, ਦਿਲ ਪਟੇ ਕਿਸੀ ਨਾ, ਉਹ ਦੁਨੀਆਂ 'ਚ ਅੱਲਾ ਬਾਜੋ ਮੁਹੰਮਦ ਬਖਸ਼ਾ, ਤੇ ਕੀ ਮਰਨਾ ਕੀ ਜੀਣਾ। ਅੱਲਾ ਨਾਲ ਰਿਸ਼ਤਾ ਜੋੜੋ ਤੇ ਤੁਹਾਡਾ ਜੀਣਾ ਵੀ ਕੰਮ ਦਾ ਹੈ, ਤੁਹਾਡਾ ਮਰਨਾ ਵੀ ਕੰਮ ਦਾ। ਜਦੋਂ ਤੁਸੀਂ ਰਿਸ਼ਤਾ ਹੀ ਅੱਲਾ ਰਸੂਲ ਨਾਲ ਨਹੀਂ ਜੋੜਨਾ ਤੇ ਲੱਖ ਦੁਨੀਆ ਨਾਲ ਰਿਸ਼ਤੇ ਜੋੜੀ ਫਿਰੋ, ਬਾਈ ਉਹ ਫਲੈਸ਼ ਬੰਦ ਕਰੋ, ਅੱਖਾਂ ਨੂੰ ਪੈਂਦੇ ਨੇ ਫਲੈਸ਼ ਬੰਦ ਕਰੋ। ਇਹ ਬੱਚਾ ਮੇਰਾ 12 ਸਾਲ ਦਾ, ਮੈਂ ਵੀਡੀਓ 'ਚ ਦੇਖਿਆ ਮੇਰੀ ਤਕਰੀਰ, ਉੱਥੇ ਅੱਖਾਂ ਵਾਲੇ ਕੋਲ ਬਹਿ ਕੇ ਸੁਣਨ ਦਿਆ ਸੀ, 12 ਸਾਲ ਦਾ। ਅੱਜ ਮੈਂ ਉਹਨੂੰ ਅੰਦਰ ਲੈਪਟਾਪ 'ਚ ਵਹਾਇਆ ਉਹਨਾਂ ਨੇ, ਅਤੇ ਹਰ ਤਕਰੀਰ ਉਹਨੂੰ ਮੇਰੀ ਯਾਦ, ਸ਼ੇਰ ਯਾਦ, ਮੇਰੇ ਜਿਸ ਤਰ੍ਹਾਂ ਦਾ ਅੰਦਾਜ਼ ਬੋਲਣ ਦਾ ਸਾਰਾ ਅੰਦਾਜ਼ ਯਾਦ। ਅਤੇ ਉਹ ਬੱਚਾ ਤਾਂ ਆਈ ਪਹਿਲੇ ਹੀ ਜੰਤੀ ਸੀ, ਕਿਉਂਕਿ ਨਾਬਾਲਗ ਜਿੰਨੇ ਬੱਚੇ ਨੇ ਕਾਫਰ ਦੇ ਵੀ ਜੰਤੀ ਨੇ ਅਤੇ ਮੁਸਲਮਾਨ ਦੇ ਵੀ ਜੰਤੀ। ਬੱਚੇ ਤਵੀ ਤੌਰ 'ਤੇ ਮੁਸਲਮਾਨ ਪੈਦਾ ਹੁੰਦੇ, ਫਿਤਰੀ ਤੌਰ 'ਤੇ ਇਹ ਇਸਲਾਮ ਨੇ ਕਿਹਾ ਕਿ ਜਿੰਨੇ ਗੈਰ ਮੁਸਲਮਾਨ ਦੇ ਬੱਚੇ ਨੇ ਉਹ ਵੀ ਮੁਸਲਮਾਨ ਨੇ, ਅਤੇ ਜਿੰਨੇ ਮੁਸਲਮਾਨਾਂ ਦੇ ਨੇ ਉਹ ਵੀ ਮੁਸਲਮਾਨ। ਉਹ ਬਾਲਗ ਹੋਣ ਤੋਂ ਬਾਅਦ ਉਹਦਾ ਮਾਂ ਬਾਪ ਆਪਣੇ ਮਜ਼ਹਬ 'ਤੇ ਉਹਨੂੰ ਲਾ ਲਵੇ ਅਤੇ ਉਹ ਬਾਅਦ 'ਚੋਂ ਕਾਫਰ ਹੁੰਦਾ ਹੈ, ਪੈਦਾ ਬੱਚਾ ਮੁਸਲਮਾਨ ਹੀ ਹੁੰਦਾ ਹੈ। ਮਗਰ ਇਹ ਬਾਈ ਜ਼ਮੀਰ ਉਹਦਾ ਨਾਮ ਸੀ ਬੱਚੇ ਦਾ, ਜ਼ਮੀਰ ਉਲ ਹਸਨ, ਉਹ ਬੱਚਾ ਆਪਣੇ ਮਾਂ ਬਾਪ ਦੀ ਨਿਜਾਤ ਦਾ ਜ਼ਰੀਆ ਬਣੇਗਾ। ਮਾਸੂਮ ਬੱਚਾ ਹੈ ਅਤੇ ਕਿੱਡੀ ਸੋਹਣੀ ਸਿਫਤ ਛੱਡ ਕੇ ਗਿਆ ਹੈ ਕਿ ਕਹਿੰਦੇ ਜੀ ਤੁਹਾਡੀ ਤਕਰੀਰ ਯਾਦ ਕਰਦਾ ਸੀ ਅਤੇ ਸਾਰੇ ਸ਼ੇਰ, ਅਤੇ ਮੈਂ ਅੱਜ ਵੇਖਿਆ ਮੇਰੇ ਕੋਲ ਬੈਠਾ ਹੈ। ਅੱਲਾ ਪਾਕ ਉਸ ਬੱਚੇ ਨੂੰ ਮਾਂ ਬਾਪ ਦੀ ਉਂਗਲੀ ਫੜ ਕੇ ਜੰਨਤ 'ਚ ਜਾਣ ਦੀ ਤੌਫੀਕ ਅਤਾ ਫਰਮਾਏ।
ਮੇਰੇ ਇਮਾਮ ਅੰਬੀਆ ਦਾ ਕਲਮਾ ਪੜਨ ਵਾਲਿਓ, ਮੇਰੇ ਰੱਬੁਲ ਆਲਮੀਨ ਨੇ ਫਰਮਾਇਆ ਵਾ ਸੁਹਾ ਦੇ ਚਿਹਰੇ ਵਾਲਿਆ, ਮਲੈਲ ਦੀਆਂ ਜ਼ੁਲਫਾਂ ਵਾਲਿਆ, ਮਾਜ਼ਾਮ ਦੇ ਕਾਦਰ ਵਾਲਿਓ, ਅਲਮਸ਼ਾ ਦੇ ਸੀਨੇ ਵਾਲਿਆ, ਸਿਰਾਜੇ ਮੁਨੀ ਦੇ ਚਿਹਰੇ ਵਾਲਿਆ, ਬਦਰੇ ਮੁਨੀ ਦੇ ਮਕਾਮ ਵਾਲਿਓ, ਹਾਮੀਨ ਦੇ ਕੁਨਲ ਵਾਲਿਆ, ਤਾਹਾ ਦੀ ਸ਼ਾਨ ਵਾਲਿਆ, ਮੁਜ਼ੰਮਲ ਦੀ ਕਮਲੀ ਵਾਲਿਆ, ਮੁਦੱਸਰ ਦੀ ਚਾਦਰ ਕੇ ਸੁਣ ਵਾਲਿਓ, ਮਹਾਰਾ ਮਈ ਤਾਜ਼ਰਾ ਮਈ ਤਾਓ, ਮਲਾ ਕਿ ਨੱਲਾ ਅਰਮਾ ਦੇ ਦੇਣੇ ਪਾਕ ਵਾਲਿਓ, ਮਾਇਨ ਤੇ ਕੁਨਲ ਹਵਾ ਦੀਆਂ ਪਾਕ ਬੁਨੀਆਂ ਵਾਲਿਓ, ਸਦਨ ਰਾਤ ਕੱਲੂ ਬਾਵਾਂ ਜੀ ਕਾ ਕਿਸਾ ਮਾਂ ਦੇ ਚਿਹਰੇ ਵਾਲਿਓ, ਯਾਸੀਨ ਵਲ ਕੁਰਾਨ ਹਕੀਮ ਦੇ ਤਾਜ ਵਾਲਿਆ, ਹੇ ਕਮਲੀ ਵਾਲਿਆ ਸੋਹਣਿਆ ਮਹਬੂਬਾ, ਫਰਮਾ ਜੀ ਜੀ ਰੱਬੇ ਜਲੀਲ ਹੁਕਮ ਕੀਏ, ਮੁਸਲਮਾਨ ਨੂੰ ਐਸੀ ਤੋਂ ਕੋਈ ਬਾਤ ਨਹੀਂ ਕਰਾਂਗਾ, ਜਿੰਦਰਾਲੇ ਤਫਾਰ ਦੀ ਤੋਹੀਨ ਹੋਵੇ, ਅਸਾਬੇ ਨਬੀ ਦੀ ਤੋਹੀਨ ਹੋਵੇ, ਸਾਲੇ ਨਬੀ ਦੀ ਤੋਹੀਨ ਹੋਵੇ, ਅਸਤਗਫਿਰੁੱਲਾਹ ਮਾਅਜ਼ਅੱਲਾਹ ਅਲਿਆਜ਼ੁ ਬਿੱਲਾਹ ਲਾ ਹੌਲਾ ਵਲਾ ਕੁਵਤਾ ਇਲਾ ਬਿੱਲਾਹ, ਮੁਸਲਮਾਨ ਨੂੰ ਅਸ ਕਰਨਾ ਚਾਹ ਰਿਹਾ ਵੀ, ਇਸਲਾਮ ਦੇ ਨਾਮ ਨੂੰ ਦਾਗਦਾਰ ਨਾ ਕਰ, ਕਲਮੇ ਦੇ ਨਾਮ ਨੂੰ ਦਾਗਦਾਰ ਨਾ ਕਰ, ਸ਼ਰੀਅਤ ਦੇ ਨਾਮ ਨੂੰ ਦਾਗਦਾਰ ਨਾ ਕਰ, ਰੱਬ ਰਸੂਲ ਦੀ ਮਿਹਨਤ ਨੂੰ ਦਾਗਦਾਰ ਨਾ ਕਰ, ਪੂਰੀ ਦੁਨੀਆ ਤੇ ਮੇਰੇ ਨਬੀ ਨੇ ਦੀਨ ਦੱਸਿਆ ਵੇ, ਅਜ਼ੀਜ਼ਾਂ ਨੇ ਮਨ ਮਰਨਾ ਤੇ ਸਾਰੀ ਕਾਇਨਾਤ ਨੇ ਆਉਂ, ਸਾਰਾ ਬੰਦਾ ਬਸ਼ਰ ਜੋ ਪੈਦਾ ਹੋਇਆ ਵੇ, ਉਸਨੇ ਦੋਸਤਾ ਇੱਕ ਦਿਨ ਕਬਰ ਦੇ ਅੰਦਰ ਜਾਣਾ ਈ, ਉਸਨੇ ਮੌਤ ਦਾ ਜਾਮ ਪੀਣਾ ਵੀ, ਜਿਹੜਾ ਉੱਗਿਆ ਉਹਨੇ ਇੱਕ ਦਿਨ ਕੱਟ ਜਾਣਾ ਵੀ, ਇਹ ਪਿੱਪਲ ਤੇਰੇ ਸਾਹਮਣੇ ਉੱਗਿਆ ਵੀ, ਇਹਨੇ ਇੱਕ ਦਿਨ ਕੱਟ ਜਾਣਾ ਵੀ, ਇਨਸਾਨ ਜੰਮਿਆ ਵੀ, ਇਹਨੇ ਇੱਕ ਦਿਨ ਮਰ ਜਾਣਾ ਵੀ, ਜਿਹੜੀ ਚੀਜ਼ ਤੇਰੇ ਹੱਥਾਂ ਨਾਲ ਬਣੀ ਆਈ ਉਹਨੇ ਇੱਕ ਦਿਨ ਢਹਿ ਜਾਣਾ ਵੀ, ਇਹ ਮਕਾਨ ਵੀ ਢਹਿ ਜਾਣਗੇ, ਡੇਰੇ ਵੀ ਟਹਿ ਜਾਣਗੇ, ਤੇਰੇ ਚ ਬੱਚੇ ਵੀ ਟਹਿ ਜਾਣਗੇ, ਤੇਰੀਆਂ ਮੋਟਰਾਂ ਵੀ ਟਹਿ ਜਾਣਗੀਆਂ, ਤੇਰੇ ਹੱਥਾਂ ਦੇ ਕੱਢੇ ਖੂਹ ਵੀ ਦੋਸਤਾਂ ਮਿਟ ਜਾਣਗੇ। ਅਰਜ਼ ਕਰਦਾ ਮੁਸਲਮਾਨ ਨੂੰ, ਸਾਡੇ ਵੱਡ ਵਡੇਰਿਆਂ ਤੋਂ ਲੱਗ ਗਏ, ਹੁਣ ਤੱਕ ਅਸੀਂ ਕਿੰਨੇ ਮਕਾਨ ਉਜੜਦੇ ਵੇਖੇ ਨੇ, ਕਿੰਨੇ ਡੇਰੇ ਉਜੜਦੇ ਵੇਖੇ ਨੇ, ਕਿੰਨੇ ਚ ਬੱਚੇ ਸਿਆਣੇ ਕਹਿੰਦੇ ਨੇ, ਸਾਕ ਮਿਲਦੇ ਆਉਂਦੇ, ਖੂਹ ਗਿੜਦੇ ਆਉਂਦੇ, ਰਾਹ ਵਗਦੇ ਆਉਂਦੇ, ਜੇ ਖੂਹ ਗਿੜਦੇ ਰਹਿਣ ਤੇ ਖੂਹ ਰਹਿੰਦੇ ਨੇ, ਰਾਹ ਵਗਦੇ ਰਹਿਣ ਤੇ ਰਾਹ ਰਹਿੰਦੇ ਨੇ। ਅਰਜ਼ ਕਰਦਾ ਪਿਆ ਮੁਸਲਮਾਨ ਨੂੰ, ਹੁਣ ਸਾਹ ਕੌਣ ਜਿਹੜੇ ਮਿਲਦੇ ਰਹਿਣ, ਪਤਾ ਚੱਲਿਆ ਦੁਨੀਆਂ 'ਚ ਤੇਰੀਆਂ ਕਹਾਵਤਾਂ ਨੇ, ਸਾਕ ਮਿਲਦੇ ਆਉਂਦੇ, ਖੂਹ ਗਿੜਦੇ ਆਉਂਦੇ, ਰਾਹ ਵਗਦੇ ਆਉਂਦੇ, ਪਤਾ ਚੱਲਿਆ ਮਰਨ ਤੋਂ ਪਹਿਲਾਂ ਰੱਬ ਰਸੂਲ ਦਾ ਵੀ ਉਹ ਹੀ ਕੁਝ ਲੱਗਦਾ ਵੇ ਜਿਹੜਾ ਰੱਬ ਰਸੂਲ ਨੂੰ ਮਿਲਦਾ ਰਹਿੰਦਾ ਵੇ। ਇਹ ਨਹੀਂ ਵੀ ਮੁਸਲਮਾਨਾਂ ਦੇ ਘਰ 'ਚ ਜੰਮ ਪਏ ਤੇ ਚੱਲ ਮੇਰੇ ਭਾਈ, ਦੋ ਕੰਮਾਂ 'ਤੇ ਮੌਲਵੀ ਦੀ ਲੋੜ ਪੈ ਗਈ, ਇੱਕ ਨਿਕਾਹ 'ਤੇ ਅਤੇ ਇੱਕ ਜਨਾਜ਼ੇ 'ਤੇ, ਬਸ ਹੁਣ ਅਸੀਂ ਮੁਸਲਮਾਨ। ਇਹੋ ਜਿਹੇ ਮੁਸਲਮਾਨ 'ਤੇ ਬੰਦਾ ਆਪ ਹੱਥੀ ਸਿੱਖਾਂ ਅੱਗੇ ਸੁੱਟ ਦੇਵੇ, ਲੈ ਇਹਨਾਂ ਨੂੰ ਵੱਢ ਟੁੱਕ ਲਓ। ਮੁਸਲਮਾਨ 'ਤੇ ਉਹ ਹੋਵੇ ਜਿਨ੍ਹਾਂ ਨੂੰ ਵੇਖ ਕੇ ਕਾਫਰ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਂਦਾ ਹੈ। ਅਸੀਂ ਮੁਸਲਮਾਨ 'ਤੇ ਨਬੀ ਦੇ ਦੀਨ ਨੂੰ ਬਦਨਾਮ ਕਰਨ ਦਾ, ਅਸੀਂ ਕੋਈ ਮੁਸਲਮਾਨ ਹੈ? ਜੋ ਸਿੱਖਾਂ ਵਾਲੇ ਕੰਮ ਸਾਡੇ 'ਚ ਨੇ, ਹਿੰਦੂਆਂ ਵਾਲੇ ਕੰਮ ਸਾਡੇ 'ਚ ਨੇ, ਈਸਾਈਆਂ ਵਾਲੇ ਕੰਮ ਸਾਡੇ 'ਚ, ਆ ਮੁੰਡਿਆਂ ਦੇ ਵਾਲ ਨਹੀਂ ਤੁਸੀਂ ਵੇਖੇ? ਨਾਈ ਨੂੰ ਜਾ ਕੇ ਆਉਂਦੇ ਨੇ, ਸੂਰ ਵਰਗੇ ਮੇਰੇ ਵਾਲ ਖੜੇ ਕਰਦੇ, ਆ ਸੂਰ ਵੇਖਿਆ ਨਹੀਂ ਤੁਸੀਂ? ਉਹ ਜਿਵੇਂ ਲੱਕ 'ਤੇ ਉਹਦੇ ਵਾਲ ਹੁੰਦੇ ਨੇ ਖੜੇ, ਇਹ ਆਉਂਦੇ ਨੇ ਸੂਰ ਵਾਕੂ ਮੈਨੂੰ ਵੀ ਸੂਰ ਹੀ ਬਣਾ ਦੇ। ਉਹ ਬੋਲੋ ਤਾਂ ਸਹੀ ਗੱਲ ਤਾਂ ਸਿੱਧੀ ਆਇਆ, ਬੀਬੀਆਂ ਭਲਿਆਂ ਵਕਤਾਂ ਜਾਂਦੀਆਂ ਸੀ, ਵੇਖ ਕਹਿਣੇ ਉਹ ਮਾਂ, ਬਈ ਤੁਸੀਂ ਬਾਹਰ ਨਹੀਂ ਮੇਰੇ ਕੋਲ ਆਉਂਦੇ, ਆ ਜਾਓ ਮਾਂ ਸ਼ਕਰੇ ਜਾਏ, ਤੁਸੀਂ ਵੱਖਰਾ ਜਲਾਸ ਕੌਮੀ ਅਸੈਂਬਲੀ 'ਚ ਲਾਇਆ, ਅੰਦਰ ਆਓ ਜਲਦੀ ਆਓ ਸਰ, ਚਲੋ ਮਾਸ਼ਾ ਬੂਆ ਬੰਦ ਕਰੋ ਤੇ ਅੰਦਰ ਆਓ, ਲਿਆਓ ਕੁਰਸੀਆਂ ਬਾਹਰ ਲੈ ਆਓ, ਕੋਈ ਗੱਲ ਨਹੀਂ ਕੁਰਸੀਆਂ ਲੈ ਆਓ ਬਾਹਰ, ਲੈ ਆਓ ਕੋਈ ਗੱਲ ਨਹੀਂ, ਆ ਮਾਰ ਯਾਰ ਬੂਆ ਮਾਰ, ਇੱਧਰ ਆਓ ਉੱਠ ਕੇ ਪੁੱਤਰ, ਛੇਤੀ ਆ ਕੁਰਸੀ 'ਤੇ ਬੈਠਾ, ਕੁਰਸੀ 'ਤੇ ਬਹਿਣ ਜੋਗਾ ਇਮਰਾਨ ਖਾਨ ਬੁੱਢਾ ਹੋ ਗਿਆ, ਉਹਨੂੰ ਨਹੀਂ ਲੱਭੀ ਅਜੇ, ਛੇਤੀ ਲਿਆ। ਅੱਲਾ ਜਾਣਦਾ ਜਿੰਨੇ ਉਹਦੇ ਮੂੰਹ 'ਤੇ ਵਾਟਨੇ, ਇੰਨੇ ਉਹਦੇ MNA ਨਹੀਂ ਹੈਗੇ ਅੱਜ, ਸਹੀ ਗੱਲ। ਅਰਜ਼ ਕਰਨਾ ਚਾਹ ਰਿਹਾ ਮੇਰੇ ਇਮਾਮ ਅੰਬੀਆ ਦਾ ਕਲਮਾ ਪੜਨ ਵਾਲੇ, ਮੇਰੇ ਮਦਨੀ ਤਾਜਦਾਰ, ਹਲੀਮਾਂ ਦੇ ਰਾਜਦਾਰ ਨਾਲ ਪਿਆਰ ਕਰਨ ਵਾਲੇ, ਮੈਂ ਸਮਝਿਆ ਸੀ ਵੀ ਰੋਟੀ ਖਾਣ ਗਏ ਨੇ ਜੀ, ਪਹਿਲੋਂ ਪਤਾ ਤਾਂ ਮੈਂ ਪਹਿਲੇ ਨਹੀਂ ਪਹਿਨਦੇ। ਅਰਜ਼ ਕਰਨਾ ਚਾਹ ਰਿਹਾ ਮੇਰੇ ਇਮਾਮ ਅੰਬੀਆ, ਹੁਸੈਨ ਦੇ ਨਾਂ ਨਾ ਜਾਣ ਨੂੰ ਮਾਨੇ ਵਾਲੇ, ਮੈਂ ਗੱਲ ਜਿਹੜੀ ਕੀਤੀ ਇਹਨੂੰ ਪੱਲੇ ਬਣਨਾ ਏ, ਅੱਲਾ ਰਸੂਲ ਦਾ ਵੀ ਕੁਝ ਲੱਗਦਾ ਲੈਂਦਾ ਉਹ ਹੀ ਏ ਜਿਹੜਾ ਰੱਬ ਰਸੂਲ ਨੂੰ ਮਿਲਦਾ ਰਹਿੰਦਾ ਹੈ।
ਤੇ ਰੱਬ ਰਸੂਲ ਨੂੰ ਮਿਲਣ ਦੀ ਨਿਸ਼ਾਨੀ ਕੀ ਏ ਕਿ ਬੰਦਾ ਬੰਦੇ ਨੂੰ ਆਵਾਜ਼ ਮਾਰੇ, ਅੱਲਾ ਜਾਣਦਾ ਵੇ ਬੰਦਾ ਪਹੁੰਚ ਜਾਂਦਾ ਏ, ਇੱਥੇ ਖਲੋ ਕੇ ਆ ਕੇ ਉਹ ਫਲਾਣਿਆ ਨੱਕਾ ਬੰਨ ਦਵੇ, ਉਹ ਨੱਕਾ ਨਾ ਬੰਨੇ ਤੇ ਅਗਲੇ ਨੇ ਆਖਣਾ ਉਹ ਮੈਨੂੰ ਤੇਰੀ ਆਵਾਜ਼ ਨਹੀਂ ਆਈ ਯਾਰ, ਮੈਂ ਨਹੀਂ ਸੁਣੀ ਉਹਨੇ, ਅੱਛਾ ਯਾਰ ਮੈਂ ਲੱਗ ਗਿਆ ਕਿ ਕਿਹਾ ਨੱਕਾ ਬਣੂ, ਮੈਂ ਨਹੀਂ ਬਣਨਾ। ਬੰਦਾ ਕਵੇਗਾ ਤੀਰ ਹੋ ਜਾ ਇੱਥੇ ਖਲੋਤਾ ਕੀ ਲੈਣ, ਜਾ ਮੇਰੀ ਖੁਰਲੀ ਤੋਂ ਚਲੇ ਜਾ, ਸਵੇਰੇ ਤੈਨੂੰ ਪਾਈਆ ਦੁੱਧ ਨਹੀਂ ਮਿਲਣਾ, ਕਿਲੋ ਨਹੀਂ ਮਿਲਣਾ, ਉਹ ਜਿਹੜਾ ਤੈਨੂੰ ਦੁੱਧ ਦੇਣੇ ਆ ਕੰਮ ਕਰਾਉਣ ਦਾ ਦੇਣੇ, ਚੱਲ ਤੀਰ ਹੋ। ਓਏ ਬੰਦਾ ਇੱਕ ਦਿਨ ਮਾਲਕ ਦੀ ਨਾ ਮੰਨੇ, ਅਗਲਾ ਵੀਰਾ ਤੈਨੂੰ ਨੌਕਰੀ ਤੋਂ ਕੱਢ ਦਿੰਦਾ ਏ, ਉਹ ਆਂਦਾ ਤੂੰ ਮੇਰਾ ਲੱਗਦਾ ਪੈਂਦਾ ਕੋਈ ਨਹੀਂ। ਹੁਣ ਅਖਬਾਰ ਦਾ ਜਦੀਦ ਦੌਰ ਏ, ਲੋਕੀ ਅਖਬਾਰ 'ਚ ਦੇ ਦਿੰਦੇ ਨੇ ਕਿ ਫਲਾਣਾ ਨੌਕਰ ਮੇਰਾ ਕੋਈ ਨਾ ਜੀ, ਹੁਣ ਨੌਕਰ ਨਹੀਂ, ਇਹਦੇ ਕਰਨੇ ਧਰਤੇ ਦਾ ਮੈਂ ਜ਼ਿੰਮੇਦਾਰ, ਕਹਿੰਦੇ ਨੇ ਕਿ ਨਹੀਂ। ਇਹਦਾ ਮਤਲਬ ਏ ਤੇਰੀ ਕੋਈ ਇੱਕ ਨਾ ਮੰਨੇ ਤੇ ਬੰਦਾ ਕਹਿ ਦਿੰਦਾ ਕਿ ਮੈਂ ਇਹਦੇ ਕਭੀ ਨਬੀ ਦਾ ਜ਼ਿੰਮੇਦਾਰ ਨਹੀਂ। ਮੈਂ ਸਵਾਲ ਕਰਨਾ ਚਾਹ ਰਿਹਾ ਵੀ ਤੂੰ ਐਸ ਦੋਸਤਾਂ ਸਿੰਧੀਆਂ ਦੇ ਡੇਰੇ ਤੇ ਰਹਿ ਕੇ, ਇਹਨਾਂ ਮਟੂਆਂ ਦੇ ਅੰਦਰ ਰਹਿ ਕੇ, ਇਹਨਾਂ ਹਾਫਜ਼ਾਬਾਦ ਤੇ ਖਾਨਕਾ ਡੋਗਰਾਂ ਦੇ ਦੋਸਤਾਂ ਇਲਾਕੇ 'ਚ ਰਹਿ ਕੇ ਕਿੰਨੀਆਂ ਰੱਬ ਰਸੂਲ ਦੀਆਂ ਨਹੀਂ ਮੰਨਦਾ, ਦੱਸ ਰੱਬ ਤੈਨੂੰ ਕਿਆਮਤ ਨੂੰ ਕਵੇਗਾ ਕਿ ਫਰਿਸ਼ਤੋ ਇਹਨੂੰ ਜਾਣ ਦੋਏ ਤੇ ਮੇਰਾ ਏ। ਸੁਭਾਨ ਅੱਲਾ, ਠੋਕੀ ਜਾਓ ਬਸ ਬਸ, ਤੁਹਾਨੂੰ ਸੁਭਾਨ ਅੱਲਾ ਤੇ ਮੌਲਵੀਆਂ ਲਾਇਆ ਹੈ। ਮੌਲਵੀ ਵੀ ਆਉਂਦੇ ਨੇ ਘੰਟਾ ਕੁ ਤਕਰੀਰ ਕਰਦੇ ਨੇ, ਉਹ ਕਈ ਮੌਲਵੀ ਤੇ ਅੱਲਾ ਜਾਣਦਾ, ਉਹ ਆਉਂਦੇ ਨੇ ਆਖੋਗੇ ਤੇ ਮੈਂ ਅੱਗੇ ਤੁਰਨਾ ਹੈ। ਇਹਦਾ ਮਤਲਬ ਮੌਲਵੀ ਤੁਹਾਨੂੰ ਸੁਭਾਨ ਅੱਲਾ ਕਵਾਉਣ ਆਇਆ ਹੈ, ਵੀ ਗਲਤ ਹੈ ਵੀ ਮੌਲਵੀ ਆਪਣੀ ਕੋਈ ਗੱਲ ਤੁਹਾਡੇ 'ਚ ਪਾ ਕੇ ਜਾਵੇ, ਸਹੀ ਗੱਲ ਹੈ ਕਿ ਨਹੀਂ। ਮੈਂ ਤੁਹਾਨੂੰ ਇਹ ਨਹੀਂ ਕਰਾਉਣ ਆਇਆ, ਮੈਂ ਜ਼ਿੰਦਗੀ ਦਾ ਪਤਾ ਨਹੀਂ ਕਿਹੜੇ ਮੋੜ 'ਤੇ ਸ਼ਾਮ ਹੋ ਜਾਣੀ ਹੈ, ਇਸ ਪਿੱਪਲ ਦੀ ਛਾਂ 'ਚ ਪਤਾ ਨਹੀਂ ਮੈਂ ਆਉਣਾ ਕਿ ਨਹੀਂ ਦੁਬਾਰਾ, ਪਰ ਮੈਂ ਗੱਲਾਂ ਤੁਹਾਨੂੰ ਦੱਸ ਜਾਵਾਂਗਾ ਕਿ ਮਰਨ ਤੋਂ ਪਹਿਲਾਂ ਮਰ ਗਏ ਵੇ ਬਾਹੂ ਜਿਨ੍ਹਾਂ ਹੱਕ ਦੀ ਰਮਜ਼ ਪਛਾਤੀ ਹੈ, ਉਹ ਮਰਨ ਤੋਂ ਪਹਿਲਾਂ ਮਰ ਜਾਂਦੇ ਨੇ। ਅਸਲ ਅਸੀਂ ਮਰੇ ਹਾਂ, ਜਦੋਂ ਇੱਕ ਕੈਦੀ ਨੂੰ ਬੰਦਾ ਕੋਈ ਕਹਿ ਦੇ ਕਿ ਤੂੰ ਕੈਦੀ ਹੈ ਤੇ ਸਾਰੀ ਉਮਰ ਹੀ ਕੈਦੀ ਹੈ, ਤੂੰ ਆਂਦਾ ਮੇਰੀ ਫਿਰ ਦੌਲਤ ਕਿਸ ਕੰਮ ਦੀ, ਮੇਰੇ ਘਰ ਕਿਸ ਕੰਮ ਦੇ, ਮੈਂ ਤਾਂ ਕੈਦੀ ਹੈ। ਤੇ ਸਾਨੂੰ ਤੇ ਮਦੀਨੇ ਦੇ ਸੁਲਤਾਨ ਨੇ ਕਹਿਤਾ ਹੈ ਅੱਜ ਦੁਨੀਆ ਸਿਜਨਲ ਮੋਮਿਨ ਵ ਜੰਨਤੁਲ ਕਾਫਰ, ਦੁਨੀਆ ਮੋਮਨ ਵਾਸਤੇ ਕੈਦ ਖਾਨਾ ਹੈ ਤੇ ਕੈਦੀ ਨੂੰ ਤੇ ਫਿਰ ਕੋਈ ਦੁਨੀਆ ਚੰਗੀ ਨਹੀਂ ਨਾ ਲੱਗਦੀ ਹੈ। ਤੇ ਇਹਦਾ ਮਤਲਬ ਇਹ ਜੇ ਸਾਨੂੰ ਚੰਗੀ ਲੱਗਦੀ ਅਸੀਂ ਮੋਮਨ ਹੈ ਹੀ ਨਹੀਂ, ਬੋਲੋ ਅਸੀਂ ਮੋਮਨ, ਜੇ ਸਾਨੂੰ ਦੁਨੀਆ ਚੰਗੀ ਲੱਗਦੀ ਹੈ ਤਾਂ ਅਸੀਂ ਮਦੀਨੇ ਵਾਲੇ ਦੇ ਗੁਲਾਮ ਹੀ ਨਹੀਂ, ਕਿਉਂਕਿ ਮਦੀਨੇ ਵਾਲੇ ਦਾ ਜਿਹੜਾ ਗੁਲਾਮ ਹੈ ਮਦੀਨੇ ਵਾਲੇ ਦੀ ਗੱਲ ਮੰਨਦਾ ਹੈ। ਬੋਲੋ ਕਿਹਦੀ ਗੱਲ ਮੰਨਦਾ ਹੈ? ਅੱਛਾ ਪੰਜਾਬੀ 'ਚ ਮੈਂ ਤੁਹਾਨੂੰ ਗੱਲ ਸਮਝਾ ਕੇ ਆਪਣਾ ਮੌਜੂ ਸ਼ੁਰੂ ਕਰਾਂ, ਇਹਨਾਂ ਮੈਨੂੰ ਮੌਜੂ ਫਿਕਰੇ ਆਖਰਤ ਬੜਾ ਦਿੱਤਾ ਹੈ। ਅਤੇ ਤੁਸੀਂ ਗਾਂ ਵੇਖੀਏ, ਗਾਂ ਵੇਖੀਏ, ਵੇਖੀਏ ਨਾ ਸਾਰੇ, ਹੱਥ ਖੜੇ ਕਰੋ ਜ਼ਰਾ, ਮਾਸ਼ਾ ਐਰ ਕੀ ਵੇਖ ਲਵੋਗੇ, ਕੁਰਬਾਨੀ 'ਤੇ ਹਕੂਮਤ ਨੇ ਪਾਬੰਦੀ ਲਾ ਦਿੱਤੀ, ਪਾਬੰਦੀ ਲਾਈ ਹੈ ਕਿ ਕੋਈ ਬੰਦਾ ਗਊ ਮਾਤਾ ਜ਼ਿਬਾ ਨਾ ਕਰੇ। ਇਹਨਾਂ ਦੀ ਵੀ ਗਊ ਮਾਤਾ ਹੋ ਗਈ ਹੈ, ਬਿਲਕੁਲ ਬਿਲਕੁਲ, ਕੋਈ ਗਾਂ ਨਾ ਜ਼ਿਬਾ ਕਰੇ, ਕੋਈ ਮੱਝ ਨਾ, ਕੋਈ ਬੱਕਰੀ ਨਹੀਂ, ਕਿਉਂ ਜੀ ਇਹ ਪੈਦਾਇਸ਼ ਘੱਟ ਗਈ ਹੈ, ਮੈਂ ਤੁਹਾਡੇ ਵਜ਼ੀਰ ਨਹੀਂ ਘਟੇ, ਇਹ ਪੈਦਾਇਸ਼ ਘੱਟ ਗਈ ਹੈ। ਗੱਲ ਹੱਸਣ ਵਾਲੀ ਨਹੀਂ, ਗੱਲ ਤਾਂ ਸਹੀ ਹੈ, ਹਕੂਮਤ ਕਸਮੇ ਕਰੇ ਹੋਰ ਕੰਮ ਨਹੀਂ ਤੇ ਇੱਥੇ ਇਹਨਾਂ ਨੂੰ ਪੁਲਿਸ ਹੀ ਆ ਗਈ ਆ, ਇਹ ਪੈਦਾਇਸ਼ ਘੱਟ ਗਈ। ਮੈਨੂੰ ਤਾਂ ਡਰ ਆਉਂਦਾ ਇਹਨਾਂ ਕਿਤੇ ਇਹ ਨਾ ਆਖਣ ਲੱਗ ਪੈਣ ਜਿਨ੍ਹਾਂ ਦੇ 6 ਬਾਲ ਨੇ, ਕੋਈ 4 ਨੂੰ ਨੁੱਕਰ 'ਚ ਲਾ ਦਿਓ, 2 ਹੀ ਰਹਿਣ ਦਿਓ, ਇਹ ਪੁਲਿਸ ਹੀ ਬਣਾਉਂਦਾ, ਦੁਨੀਆ ਵੱਧ ਗਈ। ਅੱਲਾ ਪੁੱਤਰ ਗੱਲ ਸੁਣ, ਧਿਆਨ ਕਰ, ਮੈਂ ਗੱਲ ਸਹੀ ਕਰ ਰਿਹਾ, ਸੁਣਾ ਨਹੀਂ, ਮੈਂ ਸਾਨ ਨਹੀਂ ਆਇਆ, ਮੈਂ ਤਾਂ ਸਿੱਧੀਆਂ ਗੱਲਾਂ ਕਰਨਾ ਹੈ ਕਿ ਵੀਰੋ ਗੱਲ ਸਿੱਧੀ ਏ। ਇਹ ਨਵਾਜ਼ ਸ਼ਰੀਫ ਸਾਹਿਬ ਅੱਗੇ ਮੇਰੀ ਅਪੀਲ ਏ ਕਿ ਫੈਸਲਾ ਵਾਪਸ ਲੈਣਾ ਚਾਹੀਦਾ ਹੈ, ਅੱਲਾ ਦੇ ਰਾਹ 'ਤੇ ਐਰਕੀ ਜੇ 50 ਗਾਵਾਂ ਕੋਈ ਜ਼ਿਬਾ ਕਰ ਦਿਉ ਤਾਂ ਹੋ ਸਕਦਾ ਅਗਲੇ ਸਾਲ ਅੱਲਾ 600 ਪੈਦਾ ਕਰ ਦੇਵੇ। ਇੱਥੇ ਅੱਲਾ ਅੱਗੇ ਕੀ ਮੁਸ਼ਕਲ ਹੈ, ਇਹ ਤਾਂ ਦੁਆ ਕਰਨੀ ਚਾਹੀਦੀ ਸੀ, ਉਹ ਬੋਲੋ ਤਾਂ ਸਹੀ, ਅਤੇ ਇਹ ਨਾ ਐਰਕੀ ਕਹਿ ਦਿੱਤਾ ਵਾ ਵੀ ਤੁਸੀਂ ਜ਼ਿਬਾ ਹੀ ਨਹੀਂ ਕਰਨੀਆਂ। ਅਤੇ ਮੈਂ ਕਿਹਾ ਯਾ ਅੱਲਾ, ਉਹ ਸਿਆਣਿਆਂ ਨੇ ਕਿਹਾ ਸੀ ਉਹਨੇ ਗੁਰੂ ਜੀ ਚੇਲੇ ਬੜੇ ਹੋ ਗਏ, ਉਹਨੇ ਭੁੱਖੇ ਮਰਨਗੇ, ਆਪੇ ਮਰ ਜਾਣਗੇ, ਭੱਜ ਜਾਣਗੇ, ਇਹਨਾਂ ਦਾ ਉਹ ਥਾ। ਅੱਲਾ ਮੇਰੇ ਬਾਈਓ, ਗੱਲ ਬੜੀ ਸਿੱਧੀ, ਕਾਨੂੰਨ ਬੜੇ ਬੜੇ ਪੁੱਠੇ ਬਣ ਰਹੇ, ਗਾਂ ਵੇਖੀਏ ਸਭ ਨੇ, ਉਹਦਾ ਬੱਚਾ ਵੀ ਵੇਖਿਆ, ਤੁਸੀਂ ਗੋਕਾ ਵੀ ਕਹਿੰਦੇ ਜੇ, ਜਵਾਕ ਵੀ ਕਹਿੰਦੇ ਜੇ, ਉਹਨੂੰ ਕਹਿੰਦੇ ਜੇ ਕਿ ਨਹੀਂ, ਉਹ ਬੱਚਾ ਅਰਬੀ 'ਚ ਉਹਨੂੰ ਤਬੀਆ ਕਹਿੰਦੇ, ਅਰਬੀ 'ਚ ਉਹਨੂੰ ਤਬੀਆ ਕਹਿੰਦੇ ਨੇ, ਕਿ ਗਾਂ ਜਿੱਧਰ ਜਾਏ ਬੱਚਾ ਉਹਦੇ ਮਗਰ ਜਾਂਦਾ ਹੈ, ਉਹ ਜਾ ਕੇ ਖੂਹ 'ਚ ਡਿੱਗੇ ਬੱਚਾ ਮਗਰ, ਜੇ ਉਹ ਪਾਣੀ 'ਚ ਜਾਏ ਬੱਚਾ ਮਗਰ, ਜੋ ਭਾਰਤ ਚੜ੍ਹੇ ਬੱਚਾ ਮਗਰ, ਯਾਨੀ ਅਰਬੀ 'ਚ ਤਬੀਆ ਉਸ ਬੱਚੇ ਨੂੰ ਕਹਿੰਦੇ ਨੇ ਜਿਹੜਾ ਬੱਚਾ ਆਪਣੀ ਮਾਂ ਦੇ ਪਿੱਛੇ ਚੱਲੇ। ਤੇ ਕੁਰਾਨ ਚੱਲਾ ਕਰੀਮ ਨੇ ਫੱਤਾ ਵੀ ਊਨੀ ਯੋਹਬਕੁਮੁੱਲਾ, ਅੱਲਾ ਨੇ ਲਫਜ਼ੇ ਫੱਤਾ ਵੀ ਊਨੀ ਇਤਬਾਹ ਦਾ ਲਫਜ਼ ਬਿਆਨ ਕਰਕੇ ਆਪਣੇ ਨਬੀ ਦੇ ਬਾਰੇ
पूरी कायनात नूं ते सिंधियां दे डेरे वालियां नूं ए समझा दिता है कि जिस तरह बच्चा मां दे पिछे चले ओनू तबीया कहिंदे ने, जेड़ा कमली वाले दे पिछे चलेगा कयामत नूं ओनू भी मैं तबीया कह के आखांगा इहनूं जन्नत च वार दवा कि मेरे नबी दे पिछे चले। ओ बच्चा मां दे पिछे ना चले। इत्थे व्यापारी लै जांदे ने सज्जर गां सज्जर मज, ओहदा कट्टा मर जांदा है, ओहदा अग्गे बच्चा मर जांदा है। व्यापारी बड़े सियाने होंदे ने, ओह ला लैंदे ने लावां मंडी लै जांदे, अगले व्यापारी ओदू सियाने होंदे ने, ओहदे तोर के विखाओ क्यों जी, जे ओहदा होया तां मगर तुरेगा। इह तां मतलब है आजाबाद दे व्यापारी ओह कानून कहिंदा है कि बच्चा पिछे तुरे ते गां दा है जे परां नूं मूंह होवे ते मां दा पगां नूं, इहदा मतलब ना ओह मां है ना ओही ओ ना बच्चा है। इहनूं पुत्तर समझा एक राखे ते जरा रोंदा रहे, जे तू ना सिया ना मैं तैनूं लित्तर मार लैणा। नहीं गल सीधी बह के सुन, पर हसना नहीं। मैं ते तुहानूं पूरी तकरीर दा निचोड़ इब्तदा च ही दस दिता कि जे बच्चा होवे ओहदा उहने उहदे मगर तुरना सी ते मां ने उहनूं लैण तों बिना तुरना नहीं सी। व्यापारियां गां नूं खिचना सी, ਉਹਨੇ ਉਹਨੂੰ ਮੂੰਹ ਰੱਖਣਾ ਸੀ, ਉਹਨੇ ਉਹਨੂੰ ਸਦਕੇ ਜਾਵਾਂ। ਜਿਵੇਂ ਤੁਸੀਂ ਧਾਰਾਂ ਨਹੀਂ ਦਿੰਦੇ ਅਤੇ ਉਹ ਮੱਝ ਮੂੰਹ ਪਿਛਾਂ ਕਰਦੀ ਹੈ, ਇਹ ਆਉਂਦੇ ਜੀ ਧਾਰ ਮੰਗਦੀ, ਉਹ ਵੇਂਹਦੀ ਵੀ ਮੇਰਾ ਕਿੱਥੇ ਜਿਹਦੇ ਲਈ ਲਾਇਆ ਹੈ, ਉਹ ਤਾਂ ਕਿੱਲੇ ਨਾਲ ਬੰਨ ਦਿੱਤਾ ਹੈ। ਅਸਲ 'ਚ ਉਹ ਪਿੱਛਾ ਪਾਉਂਗੇ ਤਦ ਵੇਂਹਦੀ। ਅੱਲਾ ਜਾਣਦਾ ਜੇ ਲਾਵਾਂ ਲਾਇਆ ਹੋਵੇ ਕਦੀ ਨਹੀਂ ਵੇਖੇਗੀ, ਤੁਸੀਂ ਅਜ਼ਮਾ ਲਵੋ ਆਪਣੇ ਆਪਣੇ ਕਿੱਲਿਆਂ 'ਤੇ, ਜੇ ਲਾਵਾਂ ਲਾਇਆ ਹੋਵੇ ਕੋਈ ਵੇਖੇਗੀ, ਬਲਕਿ ਹੋ ਸਕੇ ਕਦੀ ਛੜੀ ਮਾਰੇਗੀ। ਪਰ ਗੱਲ ਸਮਝਾਉਣ ਦਾ ਮਕਸਦ ਇਹ ਮਿਸਾਲ ਨਾਲੇ ਕਿ ਵਪਾਰੀ ਨੇ ਵੇਖਿਆ ਵੀ ਬੱਚਾ ਮਗਰ ਨਹੀਂ ਤੁਰਿਆ ਅਤੇ ਮੱਝ ਨੇ ਕਿਹਾ ਵੀ ਮੇਰਾ ਕੋਈ ਨਹੀਂ ਖਸਮਾਂ ਨੂੰ ਖਾਏ, ਉਹਨਾਂ ਕਹਾ ਭਾਈ ਇਹ ਸੱਜਰ ਨਹੀਂ ਗੀ ਜਵਾਕ ਮਰਿਆ ਹੈ, ਇਹਦਾ ਮੁੱਲ ਹੁਣ ਅੱਧ। ਤੇਰੇ ਮੰਡੀ 'ਚ ਜਿਹੜਾ ਪਿੱਛੇ ਮਾਂ ਦੇ ਨਾਲ ਤੁਰੇ ਅਤੇ ਮਾਂ ਨਾਲ ਨਾ ਲੈ ਕੇ ਤੁਰੇ ਉਹਦਾ ਮੁੱਲ ਅੱਧ ਪੈਂਦਾ ਹੈ, ਲਾਵਾਂ 'ਚੋਂ ਲੱਗਾ ਹੈ। ਅਤੇ ਇਹ ਗੱਲ ਲਿਖ ਲਿਆ ਜੇ ਜਿਹੜਾ ਮੌਲਵੀਆਂ ਤੁਹਾਨੂੰ ਸੁਭਾਨਲਾ 'ਤੇ ਲਾਇਆ ਨਾ ਵੀ ਕਾਲੀ ਸੁਭਾਨਲਾ ਕਹਿ ਛੱਡਿਆ ਕਰੋ, ਇਹ ਕਿਆਮਤ ਨੂੰ ਤੜਨਾ ਵੀ ਇੰਝ ਹੋਣਾ ਫਰਿਸ਼ਤਿਆਂ ਲੈ ਕੇ ਤੁਰਨਾ, ਤੁਸੀਂ ਪਿਛਾਂ ਹਜ਼ੂਰ ਨੇ ਗਾਂ, ਅਤੇ ਅੱਲਾ ਕਰੀਮ ਦੇ ਮਹਿਬੂਬ ਨੇ ਮੁੜ ਕੇ ਵੇਖਣਾ ਵੀ ਮੇਰੇ ਤੁਰਦੇ ਨਹੀਂ ਮਗਰ, ਉੱਤੋਂ ਆਵਾਜ਼ ਆਉਣੀ ਸੋਹਣਿਆ ਲਾਵੇਂ ਲਾਏ ਸੀ ਮੌਲਵੀਆਂ ਨੇ। ਗੱਲ ਸਿੱਧੀ ਜੇ ਤੇਰੇ ਹੁੰਦੇ ਤੇਰੇ ਮਗਰ ਲੱਗਦੇ, ਬੋਲੋ ਤਾਂ ਸਹੀ। ਸ਼ੇਖ ਉਲ ਕੁਰਾਨ ਫਰਮਾਉਂਦੇ ਹੁੰਦੇ ਸੀ, ਕਹਿੰਦੇ ਸੀ ਬੜੇ ਪਿਆਰ ਨਾਲ, ਜ਼ਰਾ ਗੱਲ ਬੜੀ ਵੱਡੀ ਕਰਨ ਲੱਗਾ ਮੈਂ, ਇਹ ਨਹੀਂ ਉਮਤ ਤੇਰੀ ਅਹਿਮਦ ਪਿਆਰਿਆ ਮਿਲ ਕੇ, ਇਹ ਨਹੀਂ ਉਮਤ ਤੇਰੀ ਅਹਿਮਦ ਪਿਆਰਿਆ ਬਾਗ ਰਸੂਲਾ ਤੇਰਾ ਇਹਨਾਂ ਨੇ ਉਜਾੜਿਆ। ਗੱਲ ਸਿੱਧੀ ਜੇ ਜਿੰਨੇ ਅੱਜ ਬੈਠੇ ਜੇ ਮਿਸਾਲ ਦੇ ਕੇ ਜਟਵੈੜ ਮਸਲਾ ਤੁਹਾਨੂੰ ਸਮਝਾ ਦਿੱਤਾ ਹੈ ਕਿ ਹਜ਼ੂਰ ਦਾ ਉਹ ਹੀ ਹੈ ਜਿਹੜਾ ਨਬੀ ਦੇ ਪਿੱਛੇ ਲੱਗੇ। ਬਾਕੀ ਗੱਲੀ ਬਾਤੀ ਜੇ ਜਿੰਨੇ ਮਰਜ਼ੀ ਨਾਰੇ ਮਾਰ ਲਓ, ਜਿੰਨਾ ਮਰਜ਼ੀ ਘੁੰਮ ਲਓ ਮੌਲਵੀਆਂ ਮਗਰ ਵੀ ਲਾਲਾ ਲਾਲਾ ਜਲਸਾ ਕਰਾ ਜਨਤ ਮਿਲ ਜਾਏਗੀ ਮੌਲਵੀ ਦੇ ਭਾਵੇਂ ਆਪਣੇ ਕੰਨ ਫੜੀ 'ਚੋਂ। ਮੈਂ ਗੱਲ ਸਿੱਧੀ ਕਰਨਾ, ਤੁਸੀਂ ਜੇ ਚਾਹੁੰਦੇ ਜੇ ਨਾ ਤੁਹਾਡਾ ਮੁੱਲ ਪੈ ਜੇ ਹਜ਼ੂਰ ਪਿੱਛੇ ਭੌਂਕ ਕੇ ਵੇਖਣ ਅਤੇ ਤੂੰ ਸਾਹਮਣੇ ਨਜ਼ਰ ਆਵੇਂ ਅਤੇ ਕਮਲੀ ਵਾਲਾ ਕਵੇ ਇਹ ਮੇਰਾ ਹੀ ਹੈ ਇਹਨੂੰ ਲੰਘਣ ਦਵਾ ਦੇ, ਅਤੇ ਫਿਰ ਮੁੱਲ ਪੈਗਾ। ਅਤੇ ਜਦੋਂ ਹਜ਼ੂਰ ਨੇ ਵੇਖਣਾ ਨਹੀਂ ਅਤੇ ਅੱਲਾ ਨੇ ਕਹਿਣਾ ਸੋਹਣਿਆ ਤੇਰਾ ਹੀ ਨਹੀਂ, ਅਤੇ ਫਿਰ ਗੱਲ ਬਣਨੀ। ਇਹ ਲਫ਼ਜ਼ ਫੱਤਾ ਬੇ ਊਨੀ ਦੀ ਮੈਂ ਤਸ਼ਰੀਹ ਕੀਤੀ ਹੈ ਕਿ ਅੱਲਾ ਨੇ ਆਪਣੇ ਨਬੀ ਦੇ ਬਾਰੇ ਲਫ਼ਜ਼ ਫੱਤਾ ਬੇ ਊਨੀ ਕਹਿ ਕੇ ਲੋਕਾਂ ਨੂੰ ਦੱਸਿਆ ਹੈ ਕਿ ਸਾਰਿਆਂ ਪਿੱਛੇ ਹੀ ਰਹਿਣਾ, ਭਾਵੇਂ ਨਬੀ ਹੋਵੇ ਭਾਵੇਂ ਰਸੂਲ ਹੋਵੇ, ਅਤੇ ਜਾਓ ਅਕਸਾ 'ਚ ਬੈਤੁਲ ਮਕਦਸ 'ਚ ਸਾਰੇ ਪਿੱਛੇ ਹੀ ਰਹਿਣ। ਬੋਲੋ ਸਾਰੇ ਇਹ ਨਬੀਆਂ ਨੇ ਫੱਤਾ ਬੇ ਊਨੀ 'ਤੇ ਮੋਹਰ ਲਾ ਦਿੱਤੀ ਹੈ ਕਿ ਗੋ ਅਸੀਂ ਵਕਤ ਦੇ ਨਬੀ ਹਾਂ ਰਸੂਲ ਹਾਂ, ਪਰ ਅੱਜ ਪਿੱਛੇ ਰਵਾਂਗੇ ਤੇ ਕਾਮਯਾਬੀ ਹੈ, ਨਹੀਂ ਤੇ ਕਾਮਯਾਬੀ ਕੋਈ ਨਹੀਂ। ਕਿਹਾ ਅਰਜ਼ ਕਰਨਾ ਚਾਹ ਰਿਹਾ ਮੇਰੇ ਇਮਾਮ ਆਲੀ ਮੁਕਾਮ ਹਸਨੈਨ ਦੇ ਨਾ ਨਾ ਜਾਣ ਨੂੰ ਮਾਨਣੇ ਵਾਲੋ, ਆਖਰਤ ਦੀ ਫਿਕਰ ਉਹ ਕਰਦਾ ਜਿਹੜਾ ਨਬੀ ਦੇ ਪਿੱਛੇ ਲੱਗਦਾ ਵੇ। ਹਲ ਮਾਲੂ ਅਲ ਬਨੂ ਨਾ ਜ਼ੀਨਤ ਨ ਹਯਾਤ ਦੁਨੀਆ ਬਲ ਬਾਕੀਆਤ ਸਾਲਿਹਾਂ
مال بھی دنیا دی زینت ہے، اولاد بھی دنیا دی زینت ہے، باقی رہن والے تیرے نیک عمل کام آؤ گے، اے صدقہ جاریہ وے، بچہ چھوٹی عمر چ چلے جاوے اے بھی تیرے واسطے صدقہ جاریہ بن جائے گا، نجات دا ذریعہ بن جائے گا، اے میرا بچڑا نہ دی ضمیر الحسن انشاءاللہ اپنے ماپیاں دی نجات دا ذریعہ بن جائے گا، میری یہ پہنے نو رویا نہ کر بلکہ نو یاد کر کے یہ دیاں صفتاں یاد کریا کر، میری یہ پہنے گل بڑی قیمتی ہے، اس بچے دی ماں نو میری نصیحت ہے، میری یہ پہنے پیٹ دے پتر دنیا تو چلے جان، ماما روندیاں رہندیاں نے پر ایک گل پہنے یاد رکھیں، اے کدی تو حشر دا دیاڑا ویکھے آوندا عرض کرتا پیاویں، جس دن تیرے بچے نے تیری انگلی پکڑ کے مینوں جنت چل جانا ہے، عرض کرنا چاہ رہا پہنے تیرے سارے صدمے ہی مک جانے سن، مویا نہ مویا نہیں جاندا، مریا نہ مریا نہیں جاندا، اے دے باپ نو وی میری نصیحت اے، آؤ نام جی قرآن کہندا ہے المال والبنون، نام جی مال بھی دنیا دی زینت، بیٹے بھی دنیا دی زینت نے، نام جی سن لو وہ بچہ کڈا کام جی آمنے تے تیرے واسطے شان والا ہے، جڑا تیری نجات دا ذریعہ بن جائے گا، فرض کردا پیا مسلمانوں سرکار مدینہ دا کلمہ پڑھن والے الف آیا سلال وحاجنے نو تیر کولے آندے کانو لا بیٹھا، تینو حکم کستوری خریدنے دا تیرے ہنگ جویں دے لا بیٹھا، اس شاتائی کی جواب دے سی دی رقم ریت ملا بیٹھا، بھیجیا تینو کستوریاں خریدن واسطے دی ہنگ جویں دے ٹھیر لگا بیٹھا ہے، چوریاں کرنیاں وی ہنگ جویں نے، پانی چوری توڑنے وی ہنگ جویں نے، منہاں دے دوستا توڑنے وی ہنگ جویں نے، ٹکیاں کرنیاں وی ہنگ جویں نے، مونجی کٹ توڑنے وی ہنگ جویں نے، دڑے مارنے سپری تے سپر دے اے وی ہنگ جویں نے، گل سن لا تیاں نال بلے دار وی تیاں نہ سن لن، کسے دا ویرا بول کٹ توڑنا وی ہنگ جویں نے، ود توڑنا وی ہنگ جویں نے، گلیاں بازاراں چ چوکاں چ لوکاں دیاں عزتاں تکنا وی ہنگ جویں نے، قرآن نہ پڑھنا وی ہنگ جویں نے، نماز چھڑنا وی ہنگ جویں نے، گلیاں بازاراں دے اندر کسے دیاں عزتاں نوں تکنا وی ہنگ جویں نے، موبائلاں تے لوکاں دیاں بیٹیاں نال گپاں مارنیاں وی ہنگ جویں نے، انٹرنیٹ تے لوکاں دیاں بیٹیاں نال ویرا دنیا چ گپاں مارنیاں وی ہنگ جویں نے، کسے دی آئی ڈی تے کسے دی تھی دا تصویر لگانا وی ہنگ جویں نے، کسے دیاں بیٹیاں دی عزت نوں نیلام کرنا وی ہنگ جویں نے، ویرا لوکاں دے گھراں دے اندر فساد پانا وی ہنگ جویں نے، چگلیاں کرنیاں وی ہنگ جویں نے، شراباں پینیاں وی ہنگ جویں نے، زنا کرنا وی ہنگ جویں نے، ہیرا پھیریاں لاؤنیاں وی ہنگ جویں نے، بھیجیا تینوں کستوریاں خریدن واسطے سی پر سن لا انہاں منڈیاں دے اندر ہنگ جویں دے مل نہیں پیندے، میرے ویرا آسمان والی منڈی دے اندر وی المال والبنون زینت الحیات دنیا والباقیات صالحات، مال بھی دنیا دی زینت، اولاد بھی دنیا دی زینت ہے، باقی رہن والے تیرے نیک عمل کام آؤ گے، سن لا نہیں میری یہ پہنے تم ہی سن لاؤ، میرے ویرا تم ہی دھیان نہ سن لاؤ، جنہاں دا ایمان جدا بن جائے پھر انہاں دی زندگی کنج دی ہندی ہے، میں گل نوجوان تو شروع کراں گا، 12 سال دا پتر باپ دا باں بیلی بن والا سی پر اس دنیا تو چلے گیا، اج گل سن لا نوجوان تو گل شروع کراؤں، حضرت ابو عامر بصری رحمت اللہ علیہ عرض کرتا پیا مسلمانوں نا جی بڑا وڈا نا جی بادشاہ سنیا ہارون رشید گزرے آئے وہ دور کی گل سنا لگا ابو عامر بصری رحمت اللہ علیہ کہندے نے بسرے دے اندر میرے دیوار ڈے گئی میں ایک نا جی نوکر لبن تر پیا میں مزدور لبن تر پیا میں بازار چ ویک آؤں ہوں دے منڈے تے نوجوان تینوں کیرم بورڈ چ مل گئے تینوں کرکٹ دے سٹیڈیم چ مل گئے تینوں سیاسی پارٹیاں دے ترنیاں چ ملن گے اج دے نوجوان تے تینوں بازاراں تے چوکاں چ ملن گے اج دے نوجوان تینوں پینٹاں شرٹاں پا کے وال بنا دی بنا سوار کر کے داڑھی فرینچ رکھ کے اللہ میری توبہ بڑا ڈرامہ کر کے گلیاں بازاراں چ نظر آؤ گے مسجد چ تینوں نہیں نظر آؤ گے انا للہ و انا الیہ راجعون اج کی بن گیا امت دا حال مسلمانوں عرض کردا پیاویں آل طہار نوں ماننے والو میرے مدنی کریم آقا
ਕਲਮਾ ਪੜਨ ਵਾਲਿਓ, ਮੇਰੇ ਮੁਸਲਮਾਨ ਬਾਜੋ, ਜ਼ਰਾ ਜੀ ਮੇਰੀਆਂ ਗੱਲਾਂ ਦਰਦ ਵਾਲੀਆਂ, ਦਰਦ ਵਾਲੀ ਆਵਾਜ਼ ਦੇ ਅੰਦਰ ਸੀਨੇ ਨਾਲ ਉਤਾਰ ਨਾ ਜਾਈ, ਮੈਨੂੰ ਸਮਝਾ ਜਾਵਾਂਗਾ ਆਇਆ ਕਿਸ ਮਕਸਦ ਵਾਸਤੇ ਸਾਓ, ਤੇ ਕਿਹੜੇ ਧਿਆਨ ਲੱਗ ਪਿਆ ਵੇ, ਇਹਦੇ ਮਗਰ ਲੱਗ ਪਿਆ ਵੇ, ਇਹਦੇ ਮਗਰ ਲੱਗਿਆ ਸ਼ੈਤਾਨ ਦੀ ਕਾਮਯਾਬੀ ਏ, ਦੁਨੀਆਂ ਦੇ ਮਗਰ ਲੱਗਿਆ ਸ਼ੈਤਾਨ ਦੀ ਕਾਮਯਾਬੀ ਏ, ਫਿਰ ਆਓ ਦੁਨੀਆਂ ਨੂੰ ਛੱਡਿਆ ਮਦੀਨੇ ਵਾਲੇ ਦੇ ਨਾਲ ਕਾਮਯਾਬੀ ਏ, ਅੱਲਾ ਰਸੂਲ ਵਾਲਿਆਂ ਦੀ ਕਾਮਯਾਬੀ ਏ, ਆਪਣੇ ਅੰਦਰ ਜ਼ਰਾ ਪੈਦਾ ਕਰ ਲਓ। ਅਬੂ ਆਮਰ ਕਹਿੰਦੇ ਨੇ ਇੱਕ ਨੌਜਵਾਨ ਖੜਾ 16-17 ਸਾਲ ਦੀ ਉਮਰ ਦਾ ਏ, ਕਹਿੰਦੇ ਨੇ ਮਜ਼ਦੂਰੀ ਕਰੋਗੇ, ਕਹਿੰਦਾ ਜੀ ਬੰਦਾ ਤੇ ਪੈਦਾ ਹੀ ਮਜ਼ਦੂਰੀਆਂ ਕਰਨ ਵਾਸਤੇ। ਅਲ ਕਾਸ਼ਿਬ ਹਬੀਬੁੱਲਾ ਮਿਹਨਤ ਕਰਨ ਵਾਲਾ ਅੱਲਾ ਦਾ ਦੋਸਤ ਹੈ, ਕਹਿੰਦੇ ਜੀ ਬੰਦਾ ਤੇ ਪੈਦਾ ਹੀ ਮਜ਼ਦੂਰੀਆਂ ਕਰਨ ਵਾਸਤੇ ਹੋਇਆ ਹੈ, ਕਹਿੰਦੇ ਜੀ ਮਜ਼ਦੂਰੀ ਕਰੋਗੇ, ਕਹਿੰਦੇ ਜੀ ਬੰਦਾ ਤੇ ਪੈਦਾ ਹੀ ਮਜ਼ਦੂਰੀਆਂ ਕਰਨ ਵਾਸਤੇ ਹੋਇਆ ਹੈ, ਕਹਿੰਦੇ ਜੀ ਜ਼ਰੂਰ ਕਰਾਂਗਾ। ਕਹਿੰਦੇ ਨੇ ਫਿਰ ਆ ਮੇਰੇ ਨਾਲ ਕੰਮ ਤੇ ਚੱਲੀਏ, ਕਹਿੰਦੇ ਨੇ ਬੰਦਾ ਬੜਾ ਨੇਕ ਨੌਜਵਾਨ ਹੈ, ਕਹਿੰਦਾ ਜੀ ਮੇਰੀਆਂ ਕੁਝ ਸ਼ਰਤਾਂ ਨੇ, ਕਹਿੰਦੇ ਤੇਰੀਆਂ ਕੀ ਸ਼ਰਤਾਂ ਹੈ, ਆਂਦਾ ਜਨਾਬ ਮੈਂ ਮਜ਼ਦੂਰੀ ਕਰਾਂਗਾ ਪਰ ਮੈਂ ਨਮਾਜ਼ ਦੇ ਟਾਈਮ ਕੰਮ ਨਹੀਂ ਕਰਾਂਗਾ, ਮੈਂ ਨਮਾਜ਼ ਦੇ ਟਾਈਮ ਕੰਮ ਨਹੀਂ ਕਰਾਂਗਾ। ਕਹਿੰਦੇ ਨੇ ਦੂਜੀ ਮੇਰੀ ਸ਼ਰਤ, ਜਨਾਬ ਜੀ ਦੁਨੀਆ ਦੇ ਉੱਤੇ ਕੰਮ ਕਰਾਂਗਾ, ਦਿਰਮ ਦਿਨਾਰ ਵੀ ਇੱਕ ਲਵਾਂਗਾ, ਇੰਨਾ ਲਿਲਾ ਹੁਆ ਇੰਨੇ ਲਹਿਰਾਜ, ਦਿਲ ਕੇ ਬਗੋਲੇ ਜਲ ਉੱਠੇ, ਸੀਨੇ ਕੇ ਦਾਗ ਸੇ ਇਸ ਘਰ ਕੋ ਆਗ ਲਾਗੀ, ਘਰ ਕੇ ਚਿਰਾਗ ਸੇ ਜ਼ਬਾਂ ਸੇ ਕਹਿ ਵੀ ਦੀ ਆਓ, ਲਾ ਇਲਾਹਾ ਤੋ ਕਿਆ ਸਈ, ਦਿਲੋ ਨਿਗਾਹ ਮੁਸਲਮ ਨਹੀਂ ਤੋ ਕੁਛ ਵੀ ਨਹੀਂ। ਕਹਿੰਦਾ ਜੀ ਕੰਮ ਦੇ ਟਾਈਮ ਨਮਾਜ਼ ਨਹੀਂ ਪੜਾਂਗਾ, ਨਮਾਜ਼ ਦੇ ਟਾਈਮ ਕੰਮ ਨਹੀਂ ਕਰਾਂਗਾ। ਮੇਰੇ ਵੀਰਾਂ ਔਰ ਨੌਜਵਾਨਾਂ, ਅੱਜ ਤੇਰੀਆਂ ਜਵਾਨੀਆਂ ਕਿਸ ਤਰ੍ਹਾਂ ਦੀਆਂ ਨੇ, ਸਾਬੁਨ ਨਿਸ਼ਾਂ ਪੀ ਇਬਾਦਤ ਲਾਓ, ਸਾਬਾਤੁਨ ਯਜ਼ਲੂਹੁਮ ਲਾਓ ਤੇ ਜ਼ਿਲਹੀ ਵਯੌਮ ਲਾਓ ਜ਼ਿਲਾ ਇਲਾ ਜ਼ਿਲਹੁਮ, ਅਮਦ ਦੇ ਦਿਨ ਕੋਈ ਸਾਇਆ ਨਹੀਂ ਹੋਏਗਾ, ਇੱਕੋ ਸਾਇਆ ਹੋਏਗਾ, ਉਹਨੂੰ ਮਿਲੇਗਾ ਜਿਹਨੇ ਅਰਸ਼ ਵਾਲੇ ਨੂੰ ਮਨਾਇਆ ਹੋਏਗਾ, ਉਹਦੇ 'ਚ ਸ਼ਾਬੁਨ ਨਿਸ਼ਾਂ ਫੀ ਇਬਾਦਤ ਅੱਲਾਹ। ਜਿਹੜਾ ਨੌਜਵਾਨ ਜਵਾਨੀ ਚੱਲਾ ਤੋਂ ਡਰ ਕੇ ਉਹਨੂੰ ਸਜਦੇ ਕਰਦਾ ਹੈ, ਅੱਲਾਹ ਦੇ ਅਰਸ਼ ਦੇ ਸਾਇਆ ਥੱਲੇ ਹੋਏਗਾ। ਅੱਜ ਨੌਜਵਾਨ ਨੂੰ ਜ਼ਰਾ ਦੱਸੋ, ਗੁਟਕੇ ਖਾ ਕੇ ਜਵਾਨੀ ਗੁਜ਼ਾਰਨ ਵਾਲੇ ਆਓ, ਸਪਾਰੀਆਂ ਖਾ ਕੇ ਜਵਾਨੀ ਗੁਜ਼ਾਰਨ ਵਾਲੇ ਆਓ, ਪਾਨ ਖਾ ਕੇ ਜਵਾਨੀ ਗੁਜ਼ਾਰਨ ਵਾਲੇ ਆਓ, ਚੌਕਾਂ 'ਚ ਖਲੋ ਕੇ ਜਵਾਨੀ ਗੁਜ਼ਾਰਨ ਵਾਲੇ ਆਓ, ਚਰਸ ਪੀ ਕੇ ਜਵਾਨੀ ਗੁਜ਼ਾਰਨ ਵਾਲੇ ਆਓ, ਸਿਗਟਾਂ ਪੀ ਕੇ ਜਵਾਨੀ ਗੁਜ਼ਾਰਨ ਵਾਲੇ ਆਓ, ਫੀਮ ਖਾ ਕੇ ਜਵਾਨੀ ਗੁਜ਼ਾਰਨ ਵਾਲੇ ਆਓ, ਪਾਊਡਰ ਪੀ ਕੇ ਜਵਾਨੀ ਤਬਾਹ ਕਰਨ ਵਾਲੇ ਆਓ, ਜ਼ਨਾ ਕਰਕੇ ਲੋਕਾਂ ਦੀਆਂ ਬਦਮਾਸ਼ੀ ਦੇ ਅੱਡੇ ਚਲਾਉਣ ਵਾਲੇ ਆਓ, ਨੌਜੀ ਦੁਨੀਆਂ ਦੇ ਉੱਤੇ ਰੰਡੀਬਾਜ਼ੀ ਕਰਨ ਵਾਲੇ ਆ ਨੌਜਵਾਨਾਂ, ਜਵਾਨੀ ਤੇ 4 ਦਿਨ ਪੇੜ ਦੇ ਲੇਲੇ ਤੇ ਆ ਜਾਂਦੀ ਏ, ਆਂਦੇ ਨੇ ਨਮਾਜ਼ ਦੇ ਟਾਈਮ ਕੰਮ ਨਹੀਂ ਕਰਾਂਗਾ, ਇੱਥੇ ਹਾਈ ਕੋਰਟ 'ਚੋਂ ਪੇਸ਼ੀ ਆ ਜੇ ਰਾਤ ਹੀ ਗੱਡੀ ਬਹਿ ਕੇ ਚਲੇ ਜਾਣਾ, ਕਿਤੇ ਮੇਰੀ ਤਾਰੀਖ ਨਾ ਲੰਘ ਜੇ, ਕਿਤੇ ਮੇਰਾ ਗ੍ਰੇਸ ਖਰਾਬ ਨਾ ਜੇ। ਅੱਲਾ ਜਾਣਦਾ ਏ ਹਾਈ ਕੋਰਟ ਦੇ ਬੂਹੇ ਅੱਗੇ 6 ਵਜੇ ਖਲੋਤਾ ਹੁੰਦਾ ਏ, ਅਜੇ ਤਫਤੀਸ਼ੀ ਨਹੀਂ ਆਇਆ, ਅਜੇ ਤੇਰਾ ਕੋਈ ਦੋਸਤਾ ਤਫਤੀਸ਼ੀ ਨਹੀਂ ਆਇਆ, ਅਜੇ ਜਸਟਿਸ ਨਹੀਂ ਆਇਆ, ਅਜੇ ਪੁਲਿਸ ਵਾਲਾ ਨਹੀਂ ਆਇਆ, ਅਜੇ ਵਕੀਲ ਨਹੀਂ ਆਇਆ, ਹਾਫਜ਼ਾਬਾਦ ਦੇ ਮਟੂਆਂ ਦੇ ਇਲਾਕੇ 'ਚੋਂ ਰਾਤ ਗੱਡੀ ਲੈ ਕੇ ਪਹੁੰਚ ਜਾਣਾ ਏ, ਕਿਤੇ ਮੇਰੀ ਤਾਰੀਖ ਨਾ ਲੰਘ ਜੇ, ਹਾਈ ਕੋਰਟ ਦੀ ਇੱਕ ਪੇਸ਼ੀ ਤੇ ਰਾਤ ਹੀ ਗੱਡੀ ਬਹਿ ਕੇ ਜਾਣ ਵਾਲੇ ਆਓ, ਤੇਰੇ ਮੋਬਾਈਲ ਬੰਦ ਹੁੰਦੇ ਨੇ, ਨਾਸ਼ਤੇ ਤੈਨੂੰ ਪੁੱਲੇ ਹੁੰਦੇ ਨੇ, ਰੋਟੀ ਵੀ ਪੁੱਲੀ ਹੁੰਦੀ ਏ, ਹਾਈ ਕੋਰਟ ਦੇ ਜੱਜ ਦੇ ਸਾਹਮਣੇ ਤੇਰੇ ਸਾਹ ਰੁਕੇ ਹੁੰਦੇ ਨੇ, ਖੰਘਦਾ ਵੀ ਨਹੀਂ, ਅੱਲਾ ਜਾਣਦਾ ਏ ਕਈ ਅੱਖ ਵੀ ਨਹੀਂ ਚਮਕਦੇ, ਏਡਾ ਜਸਟਿਸ ਸਾਹਮਣੇ ਬੈਠਾ ਹੁੰਦਾ ਏ, ਹਾਈ ਕੋਰਟ ਦੇ ਇੱਕ ਜਸਟਿਸ ਦੀ ਪੇਸ਼ੀ ਤੇ ਰਾਤ ਹੀ ਗੱਡੀ ਬਹਿ ਕੇ ਚਲੇ ਜਾਣਾ ਏ, ਅਜੇ ਤਫਤੀਸ਼ੀ ਨਹੀਂ ਆਇਆ, ਅਜੇ ਜੱਜ ਨਹੀਂ ਆਇਆ, ਮੈਂ ਸਵਾਲ ਕਰਨਾ ਚਾਹੁੰਦਾ ਏ, ਇਹਨਾਂ ਦੋਸਤਾਂ ਸਿੰਧੀਆਂ ਦੇ ਡੇਰੇ ਤੇ ਕਦੀ ਤੂੰ ਮੇਰੀ ਗੱਲ ਨੂੰ ਪੱਲੇ ਬੰਨ ਲੈ, ਹਾਈ ਕੋਰਟ ਦੀ ਇੱਕ ਪੇਸ਼ੀ ਤੇ ਰਾਤ ਹੀ ਗੱਡੀ ਬਹਿ ਜਾਣਾ, ਸੱਚੇ ਮਾਲਕ ਦੇ ਦਰਬਾਰ 'ਚੋਂ ਤੈਨੂੰ 5 ਪੇਸ਼ੀਆਂ ਪੈਂਦੀਆਂ, ਤੂੰ ਇੱਕ ਤੇ ਵੀ ਨਹੀਂ ਆਉਂਦਾ, ਸਖੀ ਸ਼ਹਿਨਸ਼ਾਹ ਦੇ ਦਰਬਾਰ 'ਚ ਤੈਨੂੰ 5 ਪੇਸ਼ੀਆਂ ਪੈਂਦੀਆਂ ਨੇ, ਤੂੰ ਇੱਕ ਤੇ ਵੀ ਨਹੀਂ ਆਉਂਦਾ, ਪੜ ਲੈ ਨਮਾਜ਼ ਅਦਾ, ਕਰ ਲੈ ਜ਼ਕਾਤ ਨੂੰ, ਨੇਕੀਆਂ ਦਾ ਬੀਜ ਬੀਜੀ, ਉੱਠੇ ਅੱਧੀ ਰਾਤ ਨੂੰ, ਵੇਖ ਲੈ ਕਰੂਨ ਪਾਰ ਸਿਰ ਉੱਤੇ ਚਾ ਗਿਆ, ਕੁਝ ਨਾ ਕਮਾਇਆ ਵੇਲਾ, ਸੁੱਤਿਆਂ ਵੇ ਆ ਗਿਆ,
اٹھ جاگ مسافر ویلا موت نیڑے آ گیا ویکھ لے راجے رانے چھڈی جاندے نے جہان نوں ویکھ لے کرون پار سر اتے جا گیا ਦੁਨੀਆਂ ਮੁੱਕਣ ਵਾਲੀ ਏ ਅੱਲਾ ਦੇ ਨਬੀ ਫਰਮਾਉਂਦੇ ਨੇ ਜਦੋਂ ਬੰਦੇ ਨੂੰ ਕਬਰ 'ਚ ਉਤਾਰ ਦਿੱਤਾ ਜਾਂਦਾ ਏ ਮੁਨਕਰ ਨਕੀਰ ਗੈਰ ਜਿਨਸ ਵਾਲੇ ਆ ਜਾਂਦੇ ਨੇ ਇਹ ਬੰਦੇ ਨੂੰ ਆਉਂਦੇ ਨੇ ਮਰ ਰੱਬੂ ਕਾ ਤੇਰਾ ਰੱਬ ਕੌਣ ਏ ਉੱਥੇ ਗੈਰ ਜਿਨਸ ਵਾਲਿਆਂ ਨਾਲ ਪਾੜਾ ਪੈਣਾ ਹੀ ਇੱਥੇ ਬੰਦਾ ਹਫਜ਼ਾਬਾਦੋਂ ਲਾਹੌਰ ਚਲੇ ਜਾਏ ਡਰ ਡਰ ਕੇ ਬੋਲਦਾ ਏ ਯਾਰ ਬਗਾਨੇ ਬੰਦੇ ਨੇ ਕਿਤੇ ਗੱਲ ਨਾ ਪੈ ਜਾਵਣ ਕਿਤੇ ਮੇਰੇ ਨਾਲ ਉੱਚਾ ਨਾ ਬੋਲ ਪੈਣ ਖੱਲਾ ਜਾਂਦਾ ਏ ਵੀਰਾ ਇਹ ਤੇ ਇੱਕ ਮੁਲਕ ਦੇ ਸ਼ਹਿਰ ਨੇ ਇੱਕ ਸ਼ਹਿਰੋਂ ਦੂਜੇ ਸ਼ਹਿਰ ਜਾਵੇ ਆਪਣੀਆਂ ਬੋਲੀਆਂ ਸੁਣ ਲੈਣਾ ਏ ਉਹ ਸਮਝ ਲਾ ਐ ਜਹਾਨ ਤੇ ਕਬਰ ਵਾਲਾ ਜਹਾਨ ਹੋਰੀ ਇੱਕ ਦੇਸ਼ ਚੋਂ ਦੂਜੇ ਦੇਸ਼ ਚ ਜਾਣਾ ਈ ਇੱਕ ਜਿਨਸ ਛੱਡ ਕੇ ਤੇ ਦੂਜੀ ਜਿਨਸ ਦੇ ਮੱਥੇ ਲੱਗਣਾ ਈ ਮੁਨਕਰ ਨਕੀਰ ਆਣਗੇ ਮਨ ਰੱਬੂ ਕਾ ਤੇਰਾ ਰੱਬ ਕੌਣ ਏ ਅੱਲਾ ਦੇ ਨਬੀ ਫਰਮਾਉਂਦੇ ਨੇ ਜਦੋਂ ਕਬਰ ਵਾਲੇ ਦੇ ਅੰਦਰ ਨਾ ਜੀ ਧਮਾਕਾ ਹੁੰਦਾ ਏ ਮੁਮਨ ਦੀ ਕਬਰ ਚ ਵੀ ਧਮਾਕਾ ਹੁੰਦਾ ਏ ਕਾਫਰ ਦੀ ਕਬਰ ਚ ਵੀ ਧਮਾਕਾ ਹੁੰਦਾ ਏ ਕਿਉਂਕਿ ਗੈਰ ਜਿਨਸ ਦੇ ਅਫਸਰ ਆਉਂਦੇ ਨੇ ਉੱਥੇ ਵੀ ਰਾਮ ਹੁਣ ਲਾ ਤੇ ਆਉਣਾ ਜਦੋਂ ਬੇਨਮਾਜ਼ ਬੰਦੇ ਦੀ ਕਬਰ ਦੇ ਅੰਦਰ ਅਫਸਰ ਦਾਖਲ ਹੁੰਦੇ ਨੇ ਉਹਨਾਂ ਦੀਆਂ ਸਹੂਲਤਾਂ ਬੜੀਆਂ ਖੌਫਨਾਕ ਹੁੰਦੀਆਂ ਨੇ ਉਹਨਾਂ ਦੇ ਹੱਥ ਦੇ ਅੰਦਰ ਜਿਵੇਂ ਇੱਥੇ ਪੁਲਿਸ ਵਾਲਿਆਂ ਦੇ ਹੱਥ 'ਚ ਸੋਟੀ ਹੋਵੇ ਮਜਮਾ ਨਹੀਂ ਡਰਦਾ ਜਦੋਂ ਪੁਲਿਸ ਵਾਲਿਆਂ ਕੋਲ ਪਿਸਤੌਲ ਹੋਵੇ ਨਾ ਜੀ ਵੱਡੀਆਂ ਵੱਡੀਆਂ ਗੰਨਾਂ ਹੋਵਣ ਮਜਮਾ ਡਰ ਜਾਂਦਾ ਏ ਪਿੰਡ ਵਾਲੇ ਡਰ ਜਾਂਦੇ ਨੇ ਯਾਰ ਇਹਨਾਂ ਗੋਲੀ ਚਲਾ ਦੇਣੀ ਏ ਪੁਲਿਸ ਵਾਲਿਆਂ ਨੂੰ ਮਾਰਨ ਦਾ ਵੀ ਆਰਡਰ ਮਿਲਿਆ ਹੋਇਆ ਏ ਬੰਦੇ ਸਹਿਮ ਜਾਂਦੇ ਨੇ ਆਂਦੇ ਨੇ ਯਾਰ ਕੋਈ ਗੜਬੜ ਨਾ ਕਰਿਆ ਜੇ ਸ਼ੋਰ ਸ਼ਰਾਬਾ ਨਾ ਕਰਿਆ ਜੇ ਹੁਣ ਜ਼ਰਾ ਦੇਖ ਜਦੋਂ ਅੱਲਾ ਪਾਕ ਨੇ ਵਿਗੜਿਆ ਤਿਗੜਿਆ ਬੇਈਮਾਨ ਕਾਬੂ ਕਰਨਾ ਏ ਕਬਰ 'ਚ ਫਿਰ ਹਥਿਆਰ ਵੀ ਤੇ ਦੇ ਕੇ ਭੇਜਣੇ ਨੇ ਫਿਰ ਆਪਣੀ ਪੁਲਿਸ ਨੂੰ ਅੱਲਾ ਨੇ ਹਥਿਆਰ ਵੀ ਤੇ ਦੇ ਕੇ ਭੇਜਣੇ ਨੇ ਉਹਨਾਂ ਗੁਰਜਾਂ ਲੈ ਕੇ ਆਉਣੀਆਂ ਨੇ ਅੱਲਾ ਦੇ ਨਬੀ ਬੁਖਾਰੀ ਸ਼ਰੀਫ 'ਚ ਫਰਮਾਉਂਦੇ ਨੇ ਏਡੀ ਵੱਡੀ ਗੁਰਜੇ ਅਗਰ ਪਹਾੜ ਨੂੰ ਵੱਜ ਜਾਏ ਪਹਾੜ ਰੇਜ਼ਾ ਰੇਜ਼ਾ ਹੋ ਜਾਣ ਜਦੋਂ ਆਉਣਾ ਏ ਬੇਨਮਾਜ਼ ਦੀ ਕਬਰ ਦੇ ਅੰਦਰ ਤੇ ਨਮਾਜ਼ੀ ਦੀ ਕਬਰ 'ਚ ਸੁਣ ਲਓ ਆਉਂਦੇ ਜੇ ਕਿਆਮਤ ਨੂੰ ਨਮਾਜ਼ ਦਾ ਸਵਾਲ ਪਹਿਲੇ ਹੋਣਾ ਏ ਤੇ ਨਾਸਰ ਮਦਨੀ ਅੱਜ ਕਹਿਣ ਲੱਗਾ ਜੇ ਵੀਰੋ ਨਮਾਜ਼ ਦੀ ਗੱਲ ਤੇ ਕਬਰ ਤੋਂ ਸ਼ੁਰੂ ਹੋ ਜਾਣੀ ਏ ਕਬਰ 'ਚ ਕਾਮੀ ਨਮਾਜ਼ ਤੋਂ ਤੁਰਨਾ ਏ ਜਦੋਂ ਬੰਦਾ ਸਿੰਧੀਆਂ ਦੇ ਡੇਰੇ ਤੋਂ ਕਬਰਸਤਾਨ ਪਹੁੰਚ ਜਾਏਗਾ ਇਹਦੇ ਅੰਗੀ ਸੰਗੀ ਮਿੱਟੀ ਪਾ ਦੇਣਗੇ ਵੀਰਾ ਦਿਨ ਆਉਣ ਵਾਲੇ ਨੇ ਇੱਕ ਦਿਨ ਤੂੰ ਮੇਰੀ ਕਬਰ 'ਤੇ ਵੀ ਮਿੱਟੀ ਪਾਉਣ ਆਉਣਾ ਏ ਤੈਨੂੰ ਵੀ ਟੈਲੀਫੋਨ ਆ ਜਾਣਾ ਏ ਮੈਸੇਜ ਆ ਜਾਣਾ ਏ ਯਾਰ ਨਾਸਰ ਮਦਨੀ ਅੱਜ ਅੱਲਾ ਤੋਂ ਪਿਆਰਾ ਹੋ ਗਿਆ ਏ ਅੱਲਾ ਨੂੰ ਪਿਆਰਾ ਹੋ ਗਿਆ ਏ ਕਬਰ ਦੇ ਵਿੱਚ ਜਾਣ ਵਾਲਾ ਏ ਆਓ ਜ਼ਰਾ ਚੱਲੀਏ ਮੂੰਹ ਵੇਖ ਆਈਏ ਆਓ ਜ਼ਰਾ ਜਾ ਕੇ ਦੋ ਮੁੱਠਾਂ ਮਿੱਟੀ ਦੀਆਂ ਪਾਈਏ ਇਹ ਦਿਨ ਆਉਣ ਵਾਲਾ ਏ ਮੇਰੇ ਵੀਰਾ ਦਿਨ ਆਉਣ ਵਾਲਾ ਏ ਮੌਤ ਤੇ ਬੜੀ ਕਰੀਬ ਏ ਅੱਲਾ ਜਾਣਦਾ ਮੌਤ ਤੇ ਬੜੀ ਕਰੀਬ ਏ ਇੰਨੀ ਕਰੀਬ ਏ ਹੁਣ ਮੌਤ ਨਜ਼ਰ ਆਉਂਦੀ ਪਈ ਏ ਇੰਨੀ ਕਰੀਬ ਮੌਤ ਨਜ਼ਰ ਆਉਂਦੀ ਪਈ ਏ ਗੱਲ ਸੁਣ ਲਓ ਤੇ ਆਉਣਾ ਸਜਣਾ ਗੱਲ ਬੜੀ ਵੱਡੀ ਇੱਕ ਦਿਨ ਤੂੰ ਹੀ ਜਾਣਾ ਏ ਮੇਰਾ ਮੌਤ ਆਉਣ ਵਾਲੀ ਏ ਹਨੇਰਿਆਂ ਪਿਆਰਿਆਂ ਨੇ ਮੇਰਿਆਂ ਪਿਆਰਿਆਂ ਨੇ ਨਾ ਜੀ ਸੁਣ ਲਓ ਮਿੱਟੀ 'ਚ ਪਾ ਕੇ ਆ ਜਾਣਾ ਏ ਨਾ ਜੀ ਫਰਿਸ਼ਤਿਆਂ ਕਹਿਣਾ ਮਰ ਰੱਬੂ ਕਾ ਤੇਰਾ ਰੱਬ ਕੌਣ ਏ ਇਹਨੇ ਕਹਿਣਾ ਏ ਉਹ ਜ਼ਰਾ ਠਹਿਰ ਜਾਉ ਮੈਨੂੰ ਆਪਣੀ ਅਸਰ ਦੀ ਨਮਾਜ਼ ਅਦਾ ਕਰ ਲੈਣ ਦੇ ਮੁਨਕਰ ਨਕੀਰ ਕਹਿਣਗੇ ਇਹਦੇ ਹਿਸਾਬ ਕੀ ਕਰਨੇ ਨੇ ਜਿਹਨੂੰ ਇੱਥੇ ਵੀ ਹਿਸਾਬ ਵਾਲੇ ਦੀਆਂ ਫਿਕਰਾਂ ਨੇ ਜਿਹਨੂੰ ਇੱਥੇ ਵੀ ਨਮਾਜ਼ ਵਾਲੇ ਦੀਆਂ ਫਿਕਰਾਂ ਏ ਮੁਨਕਰ ਨਕੀਰ ਕਹਿਣਗੇ ਓਏ ਬੇਲੀਆ ਹੁਣ ਨਮਾਜ਼ਾਂ ਪੜ੍ਹਨ ਦੇ ਵੇਲੇ ਨਹੀਂ ਹੁਣ ਨਮਾਜ਼ਾਂ ਦੇ ਸਵਾਬ ਲੈਣ ਦੇ ਵੇਲੇ ਨੇ ਆਂਦੇ ਨੇ ਪੜ੍ਹ ਲੈ ਨਮਾਜ਼ ਦਾ ਹਰ ਲੈ ਜ਼ਕਾਤ ਨੂੰ ਨੇਕੀਆਂ ਦਾ ਬੀਜ ਬੀਜੇ ਉੱਠੇ ਅੱਧੀ ਰਾਤ ਨੂੰ
ਵੇਖ ਲੈ ਕਰੂਨ ਪਰ ਸਿਰੇ ਉੱਤੇ ਚਾ ਗਿਆ ਖਰੂਨ ਨਾਲੋਂ ਵੀ ਵੱਡੀ ਤੇਰੀ ਦੌਲਤ ਹੈ ਜਿਹਦੀਆਂ ਊਠਾਂ ਚੁੱਕਦੀਆਂ ਸੀ ਖਜ਼ਾਨਿਆਂ ਨੂੰ ਚਾਬੀਆਂ ਨੂੰ ਅੱਜ ਤੇਰਾ ਵੀਰਾ ਮੁਰੱਬਾ ਲੱਗਦਾ ਹੋਵੇ ਮੂੰਜੀ ਦਾ ਕੱਦੂ ਮਗਰ ਲਾ ਕੇ ਨਮਾਜ਼ ਛੱਡ ਦੇਣਾ ਵੇ ਕਣਕ ਕਹਿੰਦੀ ਹੋਵੇ ਬੋਲ ਮਗਰ ਲਾ ਕੇ ਨਮਾਜ਼ ਛੱਡ ਦੇਣਾ ਵੇ ਮੱਝ ਚੋਨਾ ਹੋਵੇ ਜੀ ਮੈਨੂੰ ਪੂਛਲ ਵੱਜ ਗਈ ਏ ਡੰਗਰ ਮਗਰ ਲਾ ਕੇ ਨਮਾਜ਼ ਛੱਡ ਦੇ ਨਮਾਜ਼ ਛੱਡ ਦੇਣਾ ਵੇ ਅੱਲਾ ਤੇ ਆਉਣਾ ਅਰਜ਼ ਕਰਦਾ ਵੀਰਾ ਨਮਾਜ਼ ਬਹੁਤ ਬੜੀ ਦੌਲਤ ਏ ਅੱਲਾ ਦੇ ਨਬੀ ਫਰਮਾਉਂਦੇ ਨੇ ਜੰਤੀ ਜੰਨਤ 'ਚ ਚਲੇ ਜਾਣਗੇ ਹੰਤੀ ਕਹਿਣਗੇ ਅੱਲਾ ਸੋਹਣਿਆ ਸਾਡੀਆਂ ਜੋ ਸਾਰੀਆਂ ਖਾਹਿਸ਼ਾਂ ਪੂਰੀਆਂ ਕਰਨੀਆਂ ਏ ਸਾਡਾ ਜੀ ਕਰਦਾ ਏ ਹਿੰਦੀਆਂ ਦੇ ਡੇਰੇ 'ਤੇ ਇੱਕ ਮੇਰਾ ਬੇਲੀ ਸੀ ਮੱਟੂਆਂ ਦੇ ਡੇਰੇ 'ਤੇ ਮੇਰਾ ਇੱਕ ਬੇਲੀ ਸੀ ਤੁਹਾਡੇ ਪਿੰਡ ਦਾ ਕੀ ਨਾਂ ਸੀ ਜੱਤਰ ਵਾਲਿਆਂ ਦੇ ਪਿੰਡ 'ਚ ਮੇਰਾ ਕਬੇਲੀ ਸੀ ਹਾਫਜ਼ਾਬਾਦ ਸ਼ਹਿਰ 'ਚ ਮੇਰਾ ਕਬੇਲੀ ਸੀ ਤੇ ਸਾਨੂੰ ਮੌਲਵੀਆਂ ਨੇ ਦੱਸਿਆ ਏ ਕਿ ਜੰਨਤ ਅੱਲਾ ਨੇ ਸਾਰੀਆਂ ਹੀ ਮੰਨੀਆਂ ਨੇ ਜੰਤੀ ਜੋ ਕਹਿਣਗੇ ਅੱਲਾ ਮੰਨੀ ਜਾਏਗਾ ਅੱਲਾ ਤੇਰੀਆਂ ਜੂ ਮੰਨ ਕੇ ਆਇਆ ਅੱਜ ਸਾਡੀਆਂ ਵੀ ਮੰਨ ਅੱਲਾ ਪਾ ਫਰਮਾਣਗੇ ਮੇਰੇ ਜੰਤੀ ਨੂੰ ਆਪੋ ਬੋਲੋ ਅੱਲਾ ਪਾ ਫਰਮਾਣਗੇ ਦੱਸੋ ਅੱਲਾ ਸਾਡਾ ਜੀ ਕਰਦਾ ਏ ਉਹ ਜਿਹੜੇ ਸਾਡੇ ਬੇਲੀ ਸਾਨੂੰ ਨਜ਼ਰ ਨਹੀਂ ਆਉਂਦੇ ਜੰਨਤ 'ਚ ਜ਼ਰਾ ਵਿਖਾ ਦੇ ਅੱਲਾ ਫਰਮਾਉਂਦੇ ਨੇ ਮੇਰੇ ਸੁਣੋ ਜੀ ਪਿਆਰੇ ਜੰਤੀਓ ਜੇ ਤੁਹਾਨੂੰ ਨਜ਼ਰ ਨਹੀਂ ਆਉਂਦੇ ਇਹਦਾ ਮਤਲਬ ਹੈ ਉਹ ਜੰਨਤ 'ਚ ਆਏ ਨਹੀਂ ਗੇ ਜੰਤੀ ਕਹਿਣਗੇ ਤੀ ਜੰਨਾਤੀਆਂ ਤਾਂ ਸਾਲੂਨਾ ਅਨਿਲ ਮੁਜਰਮੀਨ ਮੈਨੂੰ ਦੱਸੋ ਅੱਲਾ ਸੋਹਣਿਆ ਉਹ ਜੰਤੀ ਵੀ ਕਹਿਣਗੇ ਸਾਨੂੰ ਨਜ਼ਰ ਨਹੀਂ ਆਉਂਦੇ ਤੇ ਗਏ ਕਿੱਥੇ ਅੱਲਾ ਪਾ ਫਰਮਾਉਣਗੇ ਮੇਰੇ ਜੰਤੀ ਨੂੰ ਆਵੋ ਉਹ ਦੋਜ਼ਖ 'ਚ ਨੇ ਤੇ ਪੁੱਛ ਆਪ ਹੀ ਲਵੋ ਅੱਲਾ ਪਾਕ ਜੰਤੀਆਂ ਨੂੰ ਦੋਜ਼ਖ ਵਾਲੇ ਬੰਦਿਆਂ ਦੇ ਸਾਹਮਣੇ ਕਰ ਦੇਣਗੇ ਹੰਤੀ ਕਹਿਣਗੇ ਮਾਂ ਸਾਲਾ ਕਕੁਮ ਕੀ ਸਕਰ ਉਹ ਦੋਜ਼ਖ ਵਾਲਿਓ ਉਹ ਸਾਡੇ ਉਹ ਬੇਲੀ ਹੋਏ ਇੱਥੇ ਕੀ ਲੈਣ ਆਏ ਸਾਡਾ ਸੀਰ ਪੂਣਾ ਇਕੱਠਾ ਇਕੱਠੇ ਦੁਕਾਨ 'ਤੇ ਬਹਿੰਦੇ ਸਾਂ ਇਕੱਠੇ ਮੱਝਾਂ ਨੂੰ ਪੱਠੇ ਪਾਉਂਦੇ ਸਾਂ ਇਕੱਠੇ ਗਵਾਂਢ ਮੱਥਾ ਰਹਿੰਦੇ ਸਾਂ ਇਹ ਦੋਜ਼ਖੀ ਕੀ ਕਹਿਣਗੇ ਇਹ ਨਹੀਂ ਕਹਿਣਗੇ ਅਸੀਂ ਸ਼ਰਾਬ ਪੀਂਦੇ ਸਾਂ ਇਹ ਨਹੀਂ ਕਹਿਣਗੇ ਅਸੀਂ ਜ਼ਨਾ ਕਰਦੇ ਸਾਂ ਇਹ ਨਹੀਂ ਕਹਿਣਗੇ ਅਸੀਂ ਝੂਠ ਬੋਲਦੇ ਸਾਂ ਇਹ ਨਹੀਂ ਕਹਿਣਗੇ ਅਸੀਂ ਚੁਗਲੀ ਕਰਦੇ ਸਾਂ ਇਹ ਨਹੀਂ ਕਹਿਣਗੇ ਅਸੀਂ ਕੱਟ ਤੋਲਦੇ ਸਾਂ ਇਹ ਨਹੀਂ ਕਹਿਣਗੇ ਅਸੀਂ ਜਨਾਬਿਆ ਲਾਉ ਲੋਕਾਂ ਦੇ ਹੱਕ ਮਾਰਨੇ ਸਾਂ ਜੰਤੀ ਪੁੱਛਣਗੇ ਦੋਜ਼ਖ ਕੀ ਦੱਸਣਗੇ ਵੀਰੋ ਸਾਡੇ ਤੇ ਕਿਹੜੀ ਫਰਦੇ ਜੁਰਮ ਲੱਗੀ ਏ ਜਿਹੜਾ ਸਾਡਾ ਚਲਾਨ ਜਹੰਨਮ ਵੱਲ ਕੱਟਿਆ ਗਿਆ ਏ ਇਹ ਦੋਜ਼ਖ ਕੀ ਕਹਿਣਗੇ ਦੁਨੀਆਂ ਦੇ ਤੇ ਸੁਣ ਲਓ ਔਰ ਸਾਡੇ ਜੰਤੀ ਸਿਆਰੋ ਤੁਸੀਂ ਸਾਨੂੰ ਕਹਿੰਦੇ ਸੋ ਖੁਰਲੀ ਦਾ ਖੈੜਾ ਛੱਡ ਕੇ ਮਸੀਤੇ ਆ ਜਾਓ ਬੋਲ ਦਾ ਖੈੜਾ ਛੱਡ ਕੇ ਮਸੀਤੇ ਆ ਜਾਓ ਦੁਕਾਨ ਦਾ ਖਹਿੜਾ ਛੱਡ ਕੇ ਮਸੀਤੇ ਆ ਜਾਓ ਜਦੋਂ ਅਜ਼ਾਨ ਹੁੰਦੀ ਸੀ ਅੱਲਾਹੁ ਅਕਬਰ ਅੱਲਾਹੁ ਅਕਬਰ ਅਸ਼ਹਦੁ ਅੱਲਾ ਇਲਾਹ ਅਸ਼ਹਦੁ ਅੱਲਾ ਮੁਹੰਮਦ ਰਸੂਲੁਲ੍ਲਾਹ ਹਯਾ ਅਲਸਲਾਹ ਜਦੋਂ ਮੁਅੱਜ਼ਿਨ ਕਹਿੰਦਾ ਸੀ ਨਮਾਜ਼ ਦੀ ਤਰਫ ਆ ਜਾਓ ਕਾਮਯਾਬੀ ਦੀ ਤਰਫ ਆ ਜਾਓ ਅਸੀਂ ਸਮਝਦੇ ਸਾਂ ਖੇਲਾਂ ਗੋਡਣ 'ਚ ਕਾਮਯਾਬੀ ਏ ਕਰੇਲੇ ਤੋੜਨ 'ਚ ਕਾਮਯਾਬੀ ਏ ਮੁੰਜੀ ਲਾਉਣ 'ਚ ਕਾਮਯਾਬੀ ਏ ਨਾਜੀ ਦੁਨੀਆਂ 'ਚ ਗਣਕ ਗਾਉਣ 'ਚ ਕਾਮਯਾਬੀ ਏ ਦੱਥੇ ਲਾਉਣ 'ਚ ਕਾਮਯਾਬੀ ਏ ਪੱਠੇ ਲਿਆਉਣ 'ਚ ਕਾਮਯਾਬੀ ਏ ਮੈਨੂੰ ਦੁਨੀਆਂ ਦੇ ਉੱਤੇ ਮਾਲ ਜਮ੍ਹਾਂ ਕਰਨ 'ਚ ਕਾਮਯਾਬੀਆਂ ਨੇ ਅਰਜ਼ ਕਰਨਾ ਚਾਹ ਰਿਹਾ ਅੱਲਾ ਪਾ ਫਰਮਾਣਗੇ ਪੁੱਛੋ ਇਹਨਾਂ ਨੂੰ ਇਹ ਦੋਸਤ ਕੀ ਕਹਿਣਗੇ ਉਹ ਜੰਤੀ ਵੀਰੋ ਤੁਸੀਂ ਪੱਕੇ ਨਮਾਜ਼ੇ ਤੇ ਅੱਜ ਜੰਨਤ 'ਚ ਬੈਠੇ ਜੇ ਅਸੀਂ ਬੇਨਮਾਜ਼ ਸਾਂ ਅੱਲਾ ਨੇ ਸਾਨੂੰ ਅੱਜ ਦੋਜ਼ਖ ਦੇ ਦਿੱਤੀ ਏ ਪਾਕਿਸਤਾਨ ਦਾ ਕੋਈ ਮੌਲਵੀ ਇਹ ਨਹੀਂ ਕਹਿ ਸਕਦਾ ਕਿ ਦੋਸਤ ਕੀਆਂ ਇਹ ਕਹਿਣਾ ਮੈਂ ਫਲਾਣੇ ਫਿਰਕੇ ਦੱਸ ਮੈਂ ਫਲਾਣੇ ਫਿਰਕੇ ਦੱਸ ਮੈਂ ਫਲਾਣੇ ਦਾ ਨਹੀਂ ਉਹਨਾਂ ਕਹਿਣਾ ਅਸੀਂ ਨਮਾਜ਼ ਨਹੀਂ ਪੜ੍ਹਦੇ ਸਾਂ ਹੁਣ ਸਾਰਿਆਂ ਫਿਰਕਿਆਂ 'ਚ ਬਿਮਾਰੀ ਹਵਾ ਵਗੀ ਹੈ ਤੌਣ ਦੀ ਇਹ ਤੌਣ ਦੀ ਬਿਮਾਰੀ ਹੈ ਜਿਹੜਾ ਅੱਲਾ ਅੱਗੇ ਝੁਕਦਾ ਨਹੀਂ ਉਹਨਾਂ 'ਚ ਬਿਮਾਰੀ ਪਈ ਹੋਏ ਉਹ ਸਿਰ ਕਿਸ ਕੰਮ ਦਾ ਜਿਹੜਾ ਆਪਣੇ ਮਾਲਕ ਅੱਗੇ ਨਹੀਂ ਝੁਕਦਾ ਆ ਲੇਲਾ ਕੁਰਬਾਨੀ ਦਾ ਵੇਖੋ ਸਾਲ ਸਾਂਭੀਏ ਆਪਣੇ ਮਾਲਕ ਦੇ ਕਹਿਣ 'ਤੇ ਮੈਂ ਅੱਜ ਨੈੱਟ 'ਤੇ ਵੇਖਣ ਦਿਆਂ ਸਾਂ ਇੱਕ ਬੱਚਾ ਹੈ ਉਹਦਾ ਮਾਲਕ ਉਹਨੂੰ ਕਹਿੰਦਾ ਹੈ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦੀ ਸੁਨਤ ਵਾਸਤੇ ਤਿਆਰ ਹੋ ਜਾ ਅਤੇ ਉਹ ਬੱਚਾ ਆਪੇ ਹੀ ਬਹਿੰਦਾ ਅਤੇ ਆਪੇ ਹੀ ਲੇਟ ਜਾਂਦਾ ਮੈਂ ਉੱਥੇ ਫਿਰ ਇੱਕ ਕਮੈਂਟਸ ਲਿਖਿਆ ਉਹਦੇ ਉੱਤੇ ਕਿ ਮੈਂ ਜਾਨਵਰ ਹੋ ਕੇ ਆਪਣੇ ਮਾਲਕ ਦੀ ਮੰਨਣ ਦਿਆ ਹੈ
ਇਹਨੂੰ ਆਪਣੇ ਰੱਬ ਦੀ ਪਹਿਚਾਣ ਉਹਨੇ ਕਰਾਤੀ ਹੈ ਅਤੇ ਅਸੀਂ ਇਨਸਾਨ ਹੋ ਕੇ ਉਹਦੀ ਨਹੀਂ ਮੰਨਦੇ, ਉਹ ਜਾਨਵਰ ਹੋ ਕੇ ਆਪਣੇ ਮਾਲਕ ਨੂੰ ਸਮਝਦੇ। ਕਦੀ ਵੇਖ ਬਾਬੇ ਬੁੱਲੇ ਨੇ ਲਿਖਿਆ ਕਹਿੰਦੇ ਰਾਤੀ ਜਾਗੇ ਸ਼ੇਖ ਸਦਾਵੇਂ, ਰਾਤੀ ਜਾਗਣ ਕੁੱਤੇ ਥੈਂਤੀ ਉੱਤੇ, ਡਰ ਮਾਲਕ ਦਾ ਮੂਲ ਨਾ ਛੱਡਦੇ, ਸਵੇਂ ਸਹਿ ਸਹਿ ਵੱਜਣ ਜੁੱਤੇ, ਜਾਲੜੇ ਤੇ ਸੁੱਤੇ, ਰਾਖੀ ਮਾਲਕ ਦੀ ਕਰ ਸੁੱਤੇ, ਉੱਠ ਬੁੱਲਿਆ ਤੂੰ ਯਾਰ ਮਨਾ ਲਾ ਨਹੀਂ ਤੇ ਬਾਜ਼ੀ ਲੈ ਗਈ ਕੁੱਤੇ। ਕੁੱਤਾ ਇੱਕ ਦਿਨ ਮਾਲਕ ਦਾ ਖਾਏ ਤੇ ਰਾਖੀ ਉਹਦੇ ਬੂਹੇ ਦੀ ਕਰਦਾ, ਆਸੇ ਪਾਸੇ ਵੀ ਖਾਵੇ ਰਾਖੀ ਉਹਦੇ ਬੂਹੇ ਦੀ, ਅਤੇ ਅਸੀਂ 70 ਸਾਲ ਉਹਦਾ ਖਾਧਾ ਹੈ, ਸਾਨੂੰ ਮਾਲਕ ਦੀ ਪਹਿਚਾਣ ਨਹੀਂ ਹੋਈ। ਇਹ ਮੱਝ ਕੀ ਹੁੰਦੀ ਹੈ, ਉਹ ਬੰਦਿਆਂ ਦੇ ਹੱਥਾਂ 'ਤੇ ਲੱਗ ਜਾਂਦੀ, ਦੂਜਾ ਬੰਦਾ ਚੋਣ ਲੱਗੇ ਦੁੱਧ ਹੀ ਨਹੀਂ ਲਾਉਂਦੀ, ਮਾਲਕ ਥਾਪੀ ਮਾਰੇ ਅੱਗੇ ਭਾੜਾ ਵੀ ਨਾ ਪਾਵੇ ਉਹ ਦੁੱਧ ਲਾ ਲੈਂਦੀ। ਉਹ ਡੰਗਰ ਹੋ ਕੇ ਆਪਣੇ ਮਾਲਕ ਦੇ ਹੱਥਾਂ 'ਤੇ ਲੱਗ ਜਾਂਦੀ, ਤੂੰ ਇਨਸਾਨ ਹੋ ਕੇ ਆਪਣੇ ਮਾਲਕ ਨੂੰ 70 ਸਾਲ ਦੀ ਉਮਰ 'ਚ ਵੀ ਨਹੀਂ ਪਹਿਚਾਣ ਸਕਦੀ। ਕਈ ਬੁੱਢੇ ਹੋ ਗਏ ਬੰਦੇ ਕਬਰ 'ਚ ਲੱਤਾਂ ਹੈ, ਉਹਨਾਂ ਕਦੀ ਮਸੀਤ ਦਾ ਮੂੰਹ ਨਹੀਂ ਵੇਖਿਆ। ਅਤੇ ਫਿਰ ਉਹਨਾਂ ਨੇ ਪੁੱਤਰ ਆਉਂਦੇ ਨੇ ਮੌਲਵੀ ਸਦਨੇ ਨੇ ਅਤੇ ਦੇਗਾਂ ਲਾਉਣੀਆਂ 45-50, ਲਓ ਜੀ ਦੁਆ ਬਖਸ਼ੋ ਜੀ, ਜਿਹੜਾ ਜਿਉਂਦਿਆਂ ਮਸੀਤ ਦਾ ਮੂੰਹ ਨਹੀਂ ਵੇਖਿਆ ਉਹਦੇ ਲਈ ਕਲਾਮ ਬਖਸ਼ੋ ਜੀ। ਉਹ ਵੀਰੋ ਅੱਲਾਹ ਪਾਕ ਦਾ ਜਿਹੜਾ ਹੱਕ ਨਹੀਂ ਪਹਿਚਾਣ ਸਕਿਆ, ਅੱਲਾਹ ਕਹਿਣਗੇ ਮੈਂ ਇਹਨੂੰ ਹੱਕ ਕੀਤਾ। ਆ ਕਈਆਂ ਬੰਦਿਆਂ ਗੱਲ ਮਸ਼ਹੂਰ ਕੀਤੀ ਹੈ, ਅੱਲਾਹ ਰਹਿਮਾਨ ਹੈ ਉਹ ਮਾਫ਼ ਕਰਨ 'ਤੇ ਕਾਦਰ ਹੈ ਜੀ, ਮੌਲਵੀਆਂ ਛੱਡੋ। ਉਹ ਵੀਰੋ ਜੇ ਅੱਲਾਹ ਆਪਣੇ ਹੱਕ ਮਾਫ਼ ਕਰਨ 'ਤੇ ਕਾਦਰ ਹੈ ਅਤੇ ਅੱਲਾਹ ਨੇ ਆਪਣੇ ਹੱਕ ਮਾਫ਼ ਕਰ ਵੀ ਦੇਣੇ ਨੇ ਅਤੇ ਫਿਰ ਇਹ ਕੁੱਲਾ 'ਚ ਹੀ ਨਮਾਜ਼ ਆਉਂਦੀ ਹੈ ਅਤੇ ਫਿਰ ਨਮਾਜ਼ ਨਾ ਪੜ੍ਹੋ। ਅਤੇ ਅੱਲਾਹ ਨੇ ਇਹ ਕਿਉਂ ਕਿਹਾ ਵਾ ਕਿ ਮੈਂ ਬੇਨਮਾਜ਼ ਨੂੰ ਮਾਫ਼ ਹੀ ਨਹੀਂ ਕਰਨਾ? ਬੇਨਮਾਜ਼ ਸਭ ਤੋਂ ਵੱਡਾ ਮੁਸ਼ਰਕ ਹੈ ਕੁਰਾਨ ਨੇ ਕਿਹਾ। ਅਤੇ ਜੇ ਅੱਲਾਹ ਦੇ ਹੱਕਾਂ 'ਚ ਮਾਫ਼ੀ ਹੁੰਦੀ ਤਾਂ ਫਿਰ ਸਭ ਤੋਂ ਪਹਿਲਾਂ ਨਮਾਜ਼ 'ਤੇ ਲੋਕਾਂ ਨੂੰ ਮਾਫ਼ੀ ਮਿਲਦੀ। ਇਹ ਅੱਲਾਹ ਦਾ ਹੱਕ ਨਹੀਂ? ਉਹ ਨਮਾਜ਼ ਕਿਹਦਾ ਹੱਕ ਯਾਰ, ਬੋਲੋ ਤੇ ਸਹੀ। ਨਮਾਜ਼ 'ਤੇ ਅੱਲਾਹ ਦਾ ਹੱਕ ਹੈ ਅਤੇ ਸਾਰੇ ਮੌਲਵੀ ਕਹਿੰਦੇ ਨੇ ਅੱਲਾਹ ਰਹਿਮਾਨ ਰਹੀਮ ਹੈ। ਅਤੇ ਮੈਂ ਵੀ ਕਹਿੰਦਾ ਵੀਰੋ ਗੱਲ ਸੁਣ ਲਓ, ਜਿਸ ਤਰ੍ਹਾਂ ਬੰਦਾ ਆਪਣੀ ਬੀਵੀ ਨੂੰ ਇਹ ਹੱਕ ਨਹੀਂ ਦਿੰਦਾ ਮੇਰੇ ਬਿਸਤਰ 'ਤੇ ਕੋਈ ਹੋਰ ਬਵੇ, ਮੇਰੇ ਬਿਸਤਰ 'ਤੇ ਮੇਰੇ ਨਾਲ ਕੋਈ ਹੋਰ ਬਵੇ, ਇਵੇਂ ਅੱਲਾਹ ਕਹਿੰਦਾ ਕਿ ਮੰਮੀ ਹੱਕ ਨਹੀਂ ਦਿੰਦਾ ਕਿ ਮੱਥਾ ਕਿਸੇ ਹੋਰ ਦੇ ਹੁਕਮ ਅੱਗੇ ਝੁਕੇ। ਹੋਰ ਹੁਕਮ ਕੀ ਹੈ? ਸ਼ੈਤਾਨ ਤੈਨੂੰ ਕਹਿੰਦਾ ਮਸੀਤੇ ਨਹੀਂ ਜਾਣਾ, ਤੂੰ ਸ਼ੈਤਾਨ ਅੱਗੇ ਝੁਕਿਆ ਫਿਰਨਾ ਹੈ। ਇਹਦਾ ਮਤਲਬ ਹੈ ਕਿ ਮੌਲਵੀਆਂ ਨੇ ਤੈਨੂੰ ਗੱਲ ਐਵੇਂ ਪੁੱਠੇ ਪਾਸੇ ਲਾਤਾ ਹੈ, ਹੋ ਜੀ ਅੱਲਾਹ ਮਾਫ਼ ਕਰਨ ਵਾਲਾ ਹੈ। ਇਹ ਤਾਂ ਬੰਦੇ ਨੂੰ ਮੇਰੇ ਭਾਈਓ ਅੱਲਾਹ ਤੋਂ ਦੂਰ ਕਰਦੀ ਹੈ ਗੱਲ, ਇਹ ਤਾਂ ਬੰਦੇ ਨੂੰ ਅੱਲਾਹ ਦੇ ਹਕਾਮ ਸਮਝਣ ਦੀ ਬੰਦੇ ਨੂੰ ਤੌਫੀਕ ਨਹੀਂ ਦਿੰਦੀ ਗੱਲ। ਨਮਾਜ਼ ਅੱਲਾਹ ਦਾ ਹੱਕ ਹੈ, ਅੱਲਾਹ ਦਾ ਮੈਂ ਮਾਫ਼ ਨਹੀਂ ਕਰਨਾ, ਇਹਦਾ ਮਤਲਬ ਕੁੱਲਾ ਹੈ ਕਿ ਨਹੀਂ? ਉਹ ਬੋਲੋ ਤੇ ਸਹੀ ਹਨ। ਇਹ ਸਭ ਤੋਂ ਵੱਡਾ ਅੱਲਾਹ ਦਾ ਹੱਕ ਹੈ ਕਿ ਬੰਦੇ ਨੇ ਨਮਾਜ਼ ਸਜਦਾ ਕਰਨਾ ਹੀ ਕਰਨਾ। ਨਮਰੂਦ ਦਾ ਕੀ ਗੁਨਾਹ ਸੀ? ਉਹਨੇ ਆਪਣੇ ਆਪ ਨੂੰ ਸਜਦਾ ਕਰਾਇਆ, ਅੱਲਾਹ ਕਹਿੰਦਾ ਮੇਰਾ ਹੱਕ ਹੈ। ਫਰਾਉਣ ਦਾ ਕੀ ਗੁਨਾਹ ਸੀ? ਮੇਰੇ ਬਾਈਓ ਕੁਛ ਸੋਚੋ, ਨਮਾਜ਼ ਤੋਂ ਬਿਨਾਂ ਗੁਜ਼ਾਰਾ ਨਹੀਂ ਜੇ, ਕਿਉਂਕਿ ਨਮਾਜ਼ ਤੋਂ ਬਿਨਾਂ ਗੁਜ਼ਾਰਾ ਨਹੀਂ। ਹਰ ਫਿਰਕਾ ਨਮਾਜ਼ ਨੂੰ ਮੰਨਦਾ ਹੈ, ਬੋਲੋ ਮੰਨਦਾ ਕਿ ਨਹੀਂ ਮੰਨਦਾ? ਉਹਦੇ ਤਰੀਕੇ 'ਚ ਭਾਵੇਂ ਫਰਕ ਪਾ ਲਏ ਪਰ ਨਮਾਜ਼ ਸਾਰੇ ਮੰਨਦੇ। ਅਰਜ਼ ਕਰਨਾ ਚਾਹ ਰਿਹਾ ਕਬਰ ਦੇ ਅੰਦਰ ਨਮਾਜ਼ੀ ਜਦੋਂ ਕਹਿੰਦਾ ਹੈ ਕਿ ਮੈਨੂੰ ਨਮਾਜ਼ ਪੜ੍ਹ ਲੈਣ ਦੇਈ, ਅਰਜ਼ ਕਰਦਾ ਪਿਆ ਵੀਰਾ ਤੈਨੂੰ ਮੈਨੂੰ ਵੀ ਗੱਲ ਸਮਝ ਆ ਜਾਣੀ ਚਾਹੀਦੀ ਹੈ, ਨਮਾਜ਼ ਦੀ ਫਿਕਰ ਕਰਨੀ ਚਾਹੀਦੀ ਹੈ। ਅਰਜ਼ ਕਰਦਾ ਪਿਆ ਵੀਰੋ ਨਮਾਜ਼ ਪੜ੍ਹਿਆ ਕਰ, ਨਮਾਜ਼ ਦੇ ਨੇੜੇ ਜਾਇਆ ਕਰ, ਮੈਂ ਤੈਨੂੰ ਕਿੱਡੀਆਂ ਵੱਡੀਆਂ ਮਿਸਾਲਾਂ ਅੱਜ ਬੜੇ ਦਰਦਨਾਕ ਗੱਲ ਸਮਝਾ ਰਿਹਾ ਵੀ। ਅਬੂ ਆਮਰ ਕਹਿੰਦੇ ਮੈਂ ਉਹਨੂੰ ਕੰਮ 'ਤੇ ਲੈ ਗਿਆ, ਕਹਿੰਦਾ ਜੀ ਨਮ ਜੀ ਕੰਮ ਦੇ ਟਾਈਮ ਨਮਾਜ਼ ਨਹੀਂ ਪੜ੍ਹਾਂਗਾ, ਨਮਾਜ਼ ਦੇ ਟਾਈਮ ਕੰਮ ਨਹੀਂ ਕਰਾਂਗਾ। ਅਬੂ ਆਮਰ ਕਹਿੰਦੇ ਮੈਨੂੰ ਸ਼ਰਤਾਂ ਮਨਜ਼ੂਰ ਹੈ, ਕਹਿੰਦਾ ਜੀ ਕੰਮ ਕਰਾਂਗਾ ਪਰ ਦਿਰਮ ਦਿਨਾਰ ਵੀ ਇੱਕ ਹੀ ਲਵਾਂਗਾ। ਸਾਡੇ ਮਿਸਤਰੀ ਮਜ਼ਦੂਰ ਜਿੱਥੇ ਮਰਨ ਆਉਂਦੇ ਨੇ ਇੱਕ ਦਿਨ ਦਾ ਕੰਮ ਹੈ ਅਤੇ 8 ਦਿਨ ਇੱਥੇ ਹੀ ਲਾਉਣੇ ਨੇ। ਅੱਲਾਹ ਜਾਣਦਾ ਕਈ ਕਹਿੰਦੇ ਮੇਰਾ ਜਨਾਜ਼ਾ ਹੀ ਇੱਥੋਂ ਨਿਕਲੇ, ਉਹ ਕਈ ਬਣਾਉਣ ਵਾਲੇ ਮਰ ਜਾਂਦੇ ਨੇ, ਮਿਸਤਰੀ ਫਿਰ ਉੱਥੇ ਹੀ ਵੜਿਆ ਹੁੰਦਾ। ਇਹੀ ਗੱਲ ਬਹਿ ਜਾ ਪੁੱਤਰ, ਬੈਠ ਜਾ ਵੀਰਾ, ਸੁਣ ਲਾ ਧਿਆਨ ਨਾਲ।
ਅਰਜ਼ ਕਰਨਾ ਚਾਹ ਰਿਹਾ ਵੀ ਸਾਡਿਆਂ ਨੂੰ ਵੀਰੋ 5 ਵਜੇ ਤੋਂ ਪਹਿਲਾਂ ਹੀ ਕਾਂਡੀਆਂ ਧੋਣ ਲੱਗ ਪੈਂਦੇ ਨੇ ਤੇਸੀਆਂ। ਹਰ ਵੇਖ ਲਾ ਕਿੱਡਾ ਵੱਡਾ ਨੇਕ ਮਜ਼ਦੂਰ ਏ, ਕਹਿੰਦਾ ਕੰਮ ਕਰਾਂਗਾ ਪਰ ਨਮਾਜ਼ ਦੇ ਟਾਈਮ ਕੰਮ ਨਹੀਂ ਕਰਾਂਗਾ ਅਤੇ ਦੂਜਾ ਕੰਮ ਇਹ ਕਰਾਂਗਾ, ਸ਼ਾਮ ਨੂੰ ਦਿਨਮ ਦਿਨਾਰ ਵੀ ਇੱਕ ਹੀ ਲਵਾਂਗਾ, ਬਹੁਤੇ ਨਹੀਂ ਲੈਣੇ। ਤਕਵਾ ਜਿਨ੍ਹਾਂ ਨੂੰ ਰੱਬ ਤੇ ਰਿਜ਼ਕ ਉਹਨਾਂ ਨੂੰ ਹਮੇਸ਼, ਭੱਲੇ ਰਿਜ਼ਕ ਨਹੀਂ ਬਣਦੇ ਪੰਛੀ ਤੇ ਦਰਵੇਸ਼। ਕਹਿੰਦਾ ਜਨਾਬ ਕੰਮ ਕਰਾਂਗਾ, ਜ਼ਰੂਰ ਕਰਾਂਗਾ ਪੁੱਤਰੋ ਤੇ ਆਉਣ ਮੇਰੇ ਵੱਲ। ਫਰਜ਼ ਕਰਦਾ ਅਬੂ ਆਮਰ ਕਹਿੰਦੇ ਨੇ ਮੈਂ ਉਹਨੂੰ ਕੰਮ ਵਿਖਾਇਆ ਤੇ ਚਲੇ ਗਿਆ, ਹੁਣ ਮਿਸਤਰੀਆਂ ਨੂੰ ਕੰਮ ਵਿਖਾ ਕੇ ਚਲੇ ਜਾਓ, ਸ਼ਾਮਾਂ ਨੂੰ ਉੱਥੇ ਹੀ ਬੈਠੇ ਹੋਣਗੇ, ਸੀਟਾਂ ਫੂਕੀਆਂ ਆਉਣਗੇ, ਕਾਂਡੀ ਖੜਕਾਈ ਆਉਣਗੇ। ਰੱਬ ਜੀ ਸੁਣ ਲਓ, 8 ਘੰਟਿਆਂ ਦੇ ਅੰਦਰ ਜਿਹੜਾ ਮਸਤਰੀ ਤੇ ਮਜ਼ਦੂਰ ਸਿਗਰ ਪੀਂਦਾ ਵੇ, ਅਗਰ 8 ਘੰਟਿਆਂ 'ਚ ਇੱਕ ਸਕਿੰਟ ਵੀ ਕਾਬੂ ਆ ਗਿਆ, ਕਿਆਮਤ ਨੂੰ ਜਵਾਬ ਦੇ ਕੇ ਛੁੱਟਣਾ ਪਵੇਗਾ। ਇਸ ਸਿਗਰ ਦੇ ਬਦਲੇ ਨੇਕੀਆਂ ਦੇਣੀਆਂ ਪੈਣਗੀਆਂ, ਉਹਨੇ ਮਿੰਟਾਂ ਦੇ ਬਦਲੇ ਨੇਕੀਆਂ ਦੇਣੀਆਂ ਪੈਣਗੀਆਂ, ਉਹਨੇ ਸਿਕਿੱਟਾਂ ਦੇ ਬਦਲੇ ਨੇਕੀਆਂ ਦੇਣੀਆਂ ਏ। ਜਦੋਂ 8 ਘੰਟਿਆਂ ਦੇ ਪੈਸੇ ਲੈਣਾ ਏ, ਉਹਨੇ ਤੈਨੂੰ ਪੈਸੇ ਮਜ਼ਦੂਰੀ ਦੇ ਦੇਣੇ ਨੇ, ਉਹਨੇ ਪੈਸੇ ਤੈਨੂੰ ਕੰਮ ਦੇ ਦੇਣੇ ਨੇ। ਭਾਵੇਂ ਕੋਈ ਮਜ਼ਦੂਰ ਹੋਵੇ, ਕਿਸੇ ਦਾ ਪੱਠੇ ਵੱਢਣ ਵਾਲਾ ਹੋਵੇ, ਕਿਸੇ ਦਾ ਪਾਣੀ ਲਾਉਣ ਵਾਲਾ ਹੋਵੇ, ਕਿਸੇ ਦਾ ਜਨਾਬ ਵਾਲਾ ਦੁਕਾਨ ਤੇ ਨੌਕਰ ਹੋਏ, ਸਾਰਿਆਂ ਲਈ ਕਾਨੂੰਨ ਇੱਕ ਜੈਸਾ ਵੇ। ਮੇਰਾ ਹਿਸਾਬ ਅੱਲਾ ਨੇ ਲੈ ਲੈਣਾ ਏ, ਜਿਹੜੀਆਂ ਡਿਊਟੀਆਂ ਲਾਈਆਂ ਏ ਉਹਦਾ ਹਿਸਾਬ ਅੱਲਾ ਨੇ ਲੈ ਲੈਣਾ ਏ। ਅਬੂ ਆਮਰ ਕਹਿੰਦੇ ਨੇ ਮੈਨੂੰ ਕੰਮ ਵਿਖਾਇਆ ਤੇ ਚਲੇ ਗਿਆ। ਉਹ ਜਦੋਂ ਬੰਦੇ ਦੇ ਦਿਲ 'ਚ ਫਿਕਰੇ ਆਖਰਤ ਹੋਵੇ, ਬੰਦੇ ਦੇ ਦਿਲ 'ਚ ਖੋਫੇ ਖੁਦਾ ਹੋਏ, ਉੱਥੇ ਕੈਮਰੇ ਲਾਉਣ ਦੀ ਲੋੜ ਨਹੀਂ ਰਹਿੰਦੀ, ਉੱਥੇ ਮੁਨਸ਼ੀ ਬਹਾਉਣ ਦੀ ਲੋੜ ਨਹੀਂ ਰਹਿੰਦੀ, ਉੱਥੇ ਕਿਸੇ ਨੂੰ ਆ ਕੇ ਜਾਣ ਦੀ ਲੋੜ ਨਹੀਂ ਰਹਿੰਦੀ। ਯਾਰ ਧਿਆਨ ਰੱਖੀ ਮੇਰੇ ਮਜ਼ਦੂਰਾਂ ਦਾ, ਉੱਥੇ ਵੀਰਾ ਧਿਆਨ ਰੱਖਣ ਦੀ ਵੀ ਲੋੜ ਨਹੀਂ ਰਹਿੰਦੀ, ਤਫਤੀਸ਼ੀ ਰੱਖਣ ਦੀ ਵੀ ਲੋੜ ਨਹੀਂ ਰਹਿੰਦੀ। ਕਿਉਂ? ਉਹਨਾਂ ਦਾ ਮਾਲਕ ਜੋ ਵੇਖ ਰਿਹਾ ਹੁੰਦਾ ਏ, ਸੱਚਾ ਮਾਲਕ ਵੇਖ ਰਿਹਾ ਹੁੰਦਾ ਏ। ਫਰਜ਼ ਕਰਦਾ ਪਿਆਂ ਦੀ ਦਾਣੇ ਮਨ, ਅਬੂ ਆਮਰ ਕਹਿੰਦੇ ਮੈਂ ਚਲੇ ਗਿਆ, ਸ਼ਾਮਾਂ ਨੂੰ ਆਇਆ, ਮੈਂ ਵੇਖਿਆ ਤੇ ਕੰਮ 3 ਬੰਦਿਆਂ ਜਿਨ੍ਹਾਂ ਕੀਤਾ ਹੈ। ਕਿੰਨਿਆਂ ਬੰਦਾ ਜੀ? ਹਮ 3 ਬੰਦਿਆਂ ਜਿਨ੍ਹਾਂ। ਅਬੂ ਆਮਰ ਕਹਿੰਦੇ ਮੱਖੀ ਸਾਹਿਬ ਜੁਮਲਾ ਬੜਾ ਇਮਾਨ ਵਾਲਾ ਏ। ਅਬੂ ਆਮਰ ਕਹਿੰਦੇ ਨੇ ਮੈਂ ਬੜਾ ਖੁਸ਼ ਹੋਇਆ ਤੇ ਮੈਂ 3 ਦਿਨਾਰ ਦੇਣੇ ਚਾਹੇ। ਜਦੋਂ ਦੋਸਤਾਂ 3 ਪੜਾਏ, ਕਹਿੰਦਾ ਇੱਕੋ ਹੀ ਲੈਣਾ ਏ, ਇੱਕ ਲੈ ਕੇ ਸਾਡੇ ਵਰਗਾ ਮੌਲਵੀ ਹੁੰਦਾ ਹੁੰਦਾ, 2 ਉੱਥੇ ਮਸੀਤੇ ਲਾਵਾਂਗੇ ਮੈਨੂੰ ਫੜਾ। ਸਹੀ ਗੱਲ ਸਿੱਧੀ ਏ। ਅਬੂ ਆਮਰ ਕਹਿੰਦੇ ਨੇ ਨਾ ਜੀ, ਉਹਨੇ 1 ਦਿਨਾਰ ਲਿਆ ਤੇਰਾ, ਉਹਨੂੰ ਪਤਾ ਸੀ ਇਹ ਦੁਨੀਆ ਨਾ ਬਣਦੀ ਬੰਦੇ ਦੀ, ਇਹ ਬੰਦਾ ਏ ਜਾਨੀ ਦੁਨੀਆ ਦਾ, ਹਰ ਲੋਕ ਬਣਾਈ ਫਿਰਦੇ ਨੇ, ਇਹ ਅੱਡਾ ਏ ਫਾਨੀ ਦੁਨੀਆ ਦਾ। ਹਲ ਵਾਰਸ ਇੱਕ ਵਿਰਾਸਤ ਦੇ, ਮੈਂ ਆਪਸ ਵਿੱਚ ਲੜਦੇ ਵੇਖੇ ਨੇ, ਗੱਲ ਹੱਥੋਂ ਪਾਈ ਇੱਕ ਦੂਜੇ ਨੂੰ, ਮੈਂ ਤੌਣੋਂ ਫੜਦੇ ਵੇਖੇ ਨੇ। ਇੱਕ ਆਂਦਾ ਟੋਏ ਟਿੱਬੇ ਤੇਰੇ ਨੇ, ਪੱਧਰ ਧਰਤੀ ਮੇਰੀ ਏ, ਇੱਕ ਆਂਦਾ ਨਹੀਂ ਮੇਰੀ ਏ, ਇੱਕ ਆਂਦਾ ਨਹੀਂ ਮੇਰੀ ਏ, ਧਰਤੀ ਕਿਆ ਫਕੀਰ ਮੀਆਂ, ਇਹ ਦੋਵੇਂ ਵਿੱਚ ਹਨੇਰੇ ਨੇ, ਨਾ ਮੈਂ ਇਹਦੀਆਂ ਨਾ ਮੈਂ ਉਹਦੀਆਂ, ਇਹ ਦੋਵੇਂ ਬੰਦੇ ਮੇਰੇ ਨੇ। ਇਹ ਦੁਨੀਆ ਕਿਸੇ ਦੀ ਨਹੀਂ ਬਣਦੀ, ਬੰਦਾ ਹੀ ਇਹਦੇ 'ਚ ਖਤਮ ਹੁੰਦਾ, ਇਹ ਦੁਨੀਆ ਕਿਸੇ ਨਾਲ ਨਹੀਂ ਨਿਭੀ। ਇਹਨੇ ਬੰਦੇ ਮਰਵਾ ਦਿੱਤੇ ਪਰ ਦੁਨੀਆ ਉੱਥੇ ਆਓ, ਇਹਨੇ ਭਰਾ ਮਰਵਾ ਦਿੱਤੇ ਪਰ ਦੁਨੀਆ ਉੱਥੇ ਆਓ, ਇਹਨੇ ਭਰਾ ਆਪਸ 'ਚ ਲੜਾ ਦਿੱਤੇ ਤੇ ਦੁਨੀਆ ਫਿਰ ਵੀ ਉੱਥੇ ਆਓ, ਇਹਨੇ ਪੈਰਾਂ ਭਰਾ ਮਰਵਾ ਦਿੱਤੇ ਤੇ ਦੁਨੀਆ ਫਿਰ ਵੀ ਉੱਥੇ, ਇਹਨੇ ਹਮਸਾਏ ਮਰਵਾ ਦਿੱਤੇ ਤੇ ਦੁਨੀਆ ਫਿਰ ਵੀ ਉੱਥੇ। ਲੋਕੋ 4 ਚਵੱਗੀ ਫਿਰ ਲਈ ਤੇ ਮੇਰੀ ਤਕਰੀਰ ਇੱਕ ਪਾਸੇ ਰੱਖ ਲਈ, ਮੈਂ ਤੈਨੂੰ ਰੱਬ ਯਾਦ ਕਰਾਉਣਾ ਏ, ਮੈਂ ਤੈਨੂੰ ਮੌਤ ਯਾਦ ਕਰਾਉਣਾ ਏ। ਅਬੂ ਆਮਰ ਕਹਿੰਦੇ ਨੇ ਮੈਂ ਸੋਚਿਆ ਕੰਮ ਕਰਾਇਆ ਤੇ ਇਹਦੇ ਕੋਲ ਕਰਾਵਾਂਗਾ। ਅੱਲਾ ਪਾਕ ਦੱਸਣਾ ਚਾਹੁੰਦੇ ਨੇ ਜਿਹਨੂੰ ਆਖਰਤ ਦੀ ਫਿਕਰ ਹੋਵੇ ਰਿਜ਼ਕ ਉਹਦੇ ਮਗਰ ਤੁਰਦ ਆਵੇ, ਦੁਨੀਆ ਉਹਦੇ ਮਗਰ ਤੁਰਦੀ ਏ, ਜਿਹਨੂੰ ਆਖਰਤ ਦੀ ਫਿਕਰ ਹੋਵੇ ਦੁਨੀਆ ਉਹਦੇ ਮਗਰ ਤੁਰਦੀ ਏ। ਦੁਨੀਆ ਦੇ ਮਗਰ ਬੰਦਾ ਨਹੀਂ ਤੁਰਦਾ, ਮੋਮਨ ਨਹੀਂ ਤੁਰਦਾ, ਇਹ ਜਾ ਰਿਹਾ ਏ। ਕਹਿੰਦਾ ਕੰਮ ਕਰਾਇਆ ਤੇ ਉਹਦੇ ਤੋਂ ਕਰਾਵਾਂਗਾ, ਜਿਹੜਾ ਮਿਸਤਰੀ ਨੇਕ ਹੋਵੇ ਲੋਕੀ ਉਹਦੇ ਘਰ ਜਾਂਦੇ ਨੇ, ਯਾਰ ਮੇਰਾ ਵੀ ਕੰਮ ਕਰਦੇ, ਜਿਹੜੇ ਨਖੱਟੂਆਂ ਫੱਟਿਆਂ ਤੇ ਬਹਿੰਦੇ ਨੇ ਉਹਨਾਂ ਨੂੰ ਅੱਡਿਆਂ ਤੋਂ ਲੋਕੀ ਲੈਣ ਜਾਂਦੇ ਨੇ, ਉਹਨਾਂ ਨੂੰ ਫਿਰ ਕੰਮ ਵੀ ਉਹਨਾਂ ਕੋਲ ਲੱਭਦਾ ਏ, ਜਿਹੜਾ ਕੰਮ ਇਮਾਨਦਾਰੀ ਨਾਲ ਕਰੇ ਉਹਦੇ ਘਰ ਲੋਕੀ ਪਹੁੰਚ ਜਾਂਦੇ। ਅਬੂ ਆਮਰ ਕਹਿੰਦਾ ਏ ਮੈਂ ਲੱਭਦਾ ਫਿਰਨਾ ਏ ਪਰ ਕਿਸੇ ਚੌਕ 'ਚ ਨਜ਼ਰ ਹੀ ਨਹੀਂ ਆਇਆ, ਮੈਨੂੰ ਲੋਕੀ ਆਉਂਦੇ ਜਿਹਨੂੰ ਤੂੰ ਲੱਭਦਾ ਏ ਉਹ ਤੈਨੂੰ ਨਹੀਂ ਲੱਭਣਾ। ਕਹਿੰਦੇ ਜੀ ਗੱਲ ਕੀ? ਕਹਿੰਦੇ ਜੀ 6 ਦਿਨ ਆਪਣੇ ਮਾਲਕ ਦੀਆਂ ਮਜ਼ਦੂਰੀਆਂ ਕਰਦਾ ਏ ਤੇ 1 ਦਿਨ ਆਪਣੇ ਪੇਟ ਵਾਸਤੇ ਕਰਦਾ ਏ। ਕਹਿੰਦੇ ਜੀ ਜਿਹਨੂੰ ਆਖਰਤ ਦੀ ਫਿਕਰ ਹੋਵੇ
وہ ایک دن مزدوری کر لے تے اللہ سات دن ودیاں پوریاں پا دیندا ہے جنوں دنیا دی حبس ہوے سارا ٹبر وی کماوے تے پوری نہیں پیندی 30 دن کمان تے پوری نہیں پیندی سارا سال کمان تے پوری نہیں پیندی جدوں زمیندار پانی چوری نہیں توڑدا سی جدوں زمیندار ٹکیاں نہیں ماردا سی جدوں زمیندار ٹیلا والیاں دا حق نہیں کھاندا سی جدوں زمیندار کسے دی توڑی دی تڑ نہیں سی کھوندا جدوں زمیندار کسے دے ٹگ تو پٹھے نہیں سی وڑدا جدوں کنک 15 مان ہوندی سی پھلے پوندے سی وچ اگ پیندے سی لوکی مینہ پے جاندا تنگلیاں لے کے کھڑے ہونا پھلے اڈنے نہ ہوا آونی نہ کنک وچ اگ پینی ادوں زمیندار بھکھا نہیں سی مردا ادوں پنڈ والے بھکھے نہیں سی مردے سیپی بھکھے نہیں مردے ہن زمینداراں کول ایک ایک کلے چ 70 من مونجی ہے تے سارا جاگ ہی سر تے ماں رکھی پھردا ہے ہن سارے روندے پھردے نے گل کی ہے ویرو او مومن نہیں رہ او قبر والی فکر نہیں رہی آخرت والی فکر ابو عامر کہندے نے او کیوں نہیں لبے گا کہندے ایک دن اپنے پیٹ واسطے کردا تے 6 دن اپنے مالک نو جھکدا وے کہندے تینوں جنگلاں چ لبے گا لالا کردا لبے گا کہندے جی کام کرایا تے اودے کول کراواں گا ادو ابو عامر کہندے نے ہفتے دا دن پھر آ گیا میں پھر اودے بوئے تے گیا چوک چ کھڑا ہے کہندے جی کام کرو گے کہندا کراں گا پر میریاں شرطاں نماز دے ٹائم کم نہیں کراں گا تے دوجی میری شرط درم دینار وی ایک ہی لواں گا کہندے جی سودا منظور ابو عامر کہندے میں چھپ کے ویکھدا رہاں میں ویکھدا رہاں کہ ویکھاں کم تنہاں بندیاں جنہاں کیویں کر لیندا اے ابو عامر کہندے نے میں ویکھیاں اونے گارا بنایا تے اُتے کھلا رہیا کن تے اٹاں روڑے خود بخود ہی اودے کول رڑ کے آندے جاندے نے ਜਿਹਨੂੰ ਰੱਬ ਦੀਆਂ ਫਿਕਰਾਂ ਰੱਬ ਨੂੰ ਉਹਦੀਆਂ ਫਿਕਰਾਂ ਪੜੋ ਜਿਹਨੂੰ ਰੱਬ ਦੀਆਂ ਫਿਕਰਾਂ ਰੱਬ ਨੂੰ ਉਹਦੀਆਂ ਫਿਕਰਾਂ ਜਿਹਨੂੰ ਕਬਰ ਦੀਆਂ ਫਿਕਰਾਂ ਕਬਰ ਨੂੰ ਉਹਦੀਆਂ ਫਿਕਰਾਂ ਜਿਹਨੂੰ ਹਸ਼ਰ ਦੀਆਂ ਫਿਕਰਾਂ ਹਸ਼ਰ ਨੂੰ ਉਹਦੀਆਂ ਫਿਕਰਾਂ ਜਿਹਨੂੰ ਨਮਾਜ਼ ਦੀਆਂ ਫਿਕਰਾਂ ਨਮਾਜ਼ ਨੂੰ ਉਹਦੀਆਂ ਫਿਕਰਾਂ ਅਰਜ਼ ਕਰਦਾ ਪਿਆ ਅਜ਼ੀਜ਼ਾਂ ਨੇ ਮਨ ਇਹ ਵੇਖਦਾ ਪਿਆ ਵੇ ਗੱਲ ਸਮਝਾਉਣਾ ਏ ਅੱਲਾ ਮੰਨਦਾ ਹੈ ਜਦੋਂ ਉਹਦੀ ਮੰਨੀਏ ਫਰਾਨ ਕਹਿੰਦਾ ਜਲੇ ਫਰਮਾਇਆ ਮਾਂ ਹਾਜ਼ਰਾਂ ਨੇ ਵੇਖਿਆ ਕਹਿੰਦੀ ਏ ਯਾ کملی والے مبو نے پرواہ مائی آجرا کہندی ہے یا ماں زم زم رک جا رک جا پانیاں رک جا پانی نے آواز ماری مولا کریم چلیا تیرے حکم نالے بی بی پا کہندی ہے رک جا ہن تیری مننا یا حاجرا دی مننا اللہ کریم نے فرمایا پانیاں تم ہی میری من کے چلے حاجرا بھی میری من کے بیٹھیے تم ہی میری من کے چلے آئے حاجرا بھی میری من کے بیٹھیے فرمایا اے پانیاں گل سن لا جیڑی میری منے کدی کدی پھر او دیاں بھی مننیاں پیندیاں من کان اللہ کان اللہ لاؤ جیڑا اللہ دا ہو جے اللہ دا ہو جاندا ہے اللہ کریم فرماندے نے پانیاں او جتے حاجرا کہندی اے اوتھے رک جاؤ کدی کینکراں نال بھی رکنا سی او پانی کینکر ہی رکھے سی مائی نے نہ سیمٹ لایا نہ چونا لایا نہ کوئی ٹھل لائی نہ کوئی ڈکا لایا رکیا کدے حکم نہ لے اللہ نال پر اللہ نے کہا جڑی میری من کے بیٹھی ہے وہ دی میں بھی مننی ہے ابو عامر کہندے نے میں خوش ہو کے پھر 3 دینار دیتے انہیں نہیں لے انہیں کہا ایک دی گل کیتی ایک ہی لے بولو ایک دی کیتی ہے ایک ہی لینا ہے اللہ ہن مولوی توید کر کے دے تے آندا بکرا ہی لینا صحیح گل حال سدھی ابو عامر بصری کی کہندے نے کہندے میں بڑا مدعا ہو گیا عرض کردا پیا میں گل بڑی وڈی ہے مسلمان نو عرض کرنا چاہ رہا میں آلے تہار نو منوا لیو آلے نبی نو محبت نا اظہار کرنے والے مسلمان نو عرض کرنا چاہ رہا میں میرے سیدہ شعاب علیہ جنہ دے نال نہ جان نو ماننے والے بڑی فکر والی بات ہے ابو عامر کہندے میں جنگلاں چ جا رہا ہوں میں ویکھدا پیاں وی ایک بندہ آخری ہٹکورے لے رہا وے ہٹکورے لے رہا وے پکھا نہیں چلاونا بالکل تو اس تقریر سنو با چھڈو یار پتر نہ چلا پکھا بیا ہٹکورے لے رہا وے مسلمانوں آخری ساواں تے آؤں ابو عامر کہندے میرے تک آواز پہنچ گئی
ਮੇਰੇ ਤੱਕ ਆਵਾਜ਼ ਪਹੁੰਚੀ ਏ, ਮੈਂ ਵੇਖਦਾ ਕੀ ਪਿਆ ਈ, ਇੱਕ ਬੰਦਾ ਆਖਰੀ ਸਾਹਾਂ ਤੇ ਅਟਕੋਰੇ ਲੈ ਰਿਹਾ ਏ, ਅਰਜ਼ ਕਰਦਾ ਪਿਆ ਮੁਸਲਮਾਨੋ, ਇਮਾਮ ਅਲੰਬੀਆ ਨੂੰ ਮਾਨਣ ਵਾਲਿਓ, ਮੇਰੇ ਮਦਨੀ ਕਰੀਮਾ ਕਦਾ ਕਲਮਾ ਪੜਨ ਵਾਲਿਓ, ਜਿਹੜੇ ਅਟਕੋਰੇ ਲੈ ਰਿਹਾ ਵੀ। ਅਬੂ ਅਮਰ ਕਹਿੰਦੇ ਮੈਂ ਜਾ ਕੇ ਕਿਹਾ ਸਲਾਮ ਅਲੈਕੁਮ ਰਹਿਮਤੁਲਾਹ ਵਬਰਕਾਤ, ਕਹਿੰਦੇ ਵਾਲੈਕੁਮ ਸਲਾਮ। ਓਏ ਅਬੂ ਅਮਰ ਤੇਰਾ ਭਲਾ ਹੋਵੇ, ਪਤਾ ਨਹੀਂ ਜ਼ਿੰਦਗੀ ਦੇ ਸਾਹ ਮੁੱਕਣ ਵਾਲੇ ਨੇ, ਤੂੰ ਆ ਗਿਆ ਏ, ਕਦੋਂ ਜ਼ਿੰਦਗੀ ਮੁੱਕ ਜਾਣੀ ਏ, ਮੇਰੀਆਂ ਨਸੀਹਤਾਂ ਤੇ ਅਮਲ ਕਰੀ। ਅਬੂ ਅਮਰ ਕਹਿੰਦੇ ਨੇ ਗੱਲ ਕਰ, ਕਹਿੰਦੇ ਨੇ ਮੇਰੀਆਂ ਤਿੰਨ ਨਸੀਹਤਾਂ ਨੇ, ਇਹਦੇ ਤੇ ਅਮਲ ਕਰਨਾ ਈ। ਜੇਬ ਚੋਂ ਕੁਰਾਨ ਕੱਢਿਆ ਤੇ ਮੁੰਦਰੀ ਕੱਢੀ, ਕਹਿੰਦੇ ਨੇ ਅੱਜ ਕੁਰਾਨ ਤੇ ਮੁੰਦਰੀ, ਜਦੋਂ ਮੈਂ ਮਰ ਜਾਵਾਂ ਖਲੀਫਾ ਹਾਰੂਨ ਰਸ਼ੀਦ ਨੂੰ ਦੇ ਦੇਵੀ, ਖਲੀਫਾ ਹਾਰੂਨ ਰਸ਼ੀਦ ਤੱਕ ਪਹੁੰਚਾ ਦੇਵੀ। ਜੀ ਮੇਰੀ ਸੰਤੇ ਆਉਂ, ਸੁਣ ਲਓ ਨੌਜਵਾਨੋ, ਤੇਰੇ ਜੇਬਾਂ ਚੋਂ ਮੋਬਾਈਲ ਨਿਕਲਦੇ ਨੇ, ਮੋਬਾਈਲਾਂ ਚੋਂ ਕੰਜਰੀਆਂ ਦੀਆਂ ਤਸਵੀਰਾਂ ਨਿਕਲਦੀਆਂ ਨੇ, ਕੰਜਰੀਆਂ ਦੇ ਗਾਣੇ ਨਿਕਲਦੇ ਨੇ, ਲੋਕਾਂ ਦੀਆਂ ਬੇਟੀਆਂ ਦੇ ਨੰਬਰ ਨਿਕਲਦੇ ਨੇ, ਲੋਕਾਂ ਦੀਆਂ ਬੇਟੀਆਂ ਦੀਆਂ ਤਸਵੀਰਾਂ ਨਿਕਲਦੀਆਂ ਨੇ। ਪਰ ਵੇਖ ਲਾ ਜਿਹੜੇ ਅੱਲਾ ਵਾਲੇ, ਜਿਹਨਾਂ ਨੂੰ ਆਖਰਤ ਯਾਦ ਹੋਵੇ, ਜਿਹਨਾਂ ਨੂੰ ਕਬਰ ਦੀਆਂ ਕੰਧਾਂ ਯਾਦ ਹੋਵਣ, ਜਿਹਨਾਂ ਨੂੰ ਰੱਬ ਯਾਦ ਹੋਵੇ, ਜਿਹਨਾਂ ਨੂੰ ਮੌਤ ਯਾਦ ਹੋਵੇ, ਜਿਹਨਾਂ ਨਬੀ ਦੇ ਪਿੱਛੇ ਲੱਗਿਆ ਹੋਏ, ਜਿਹਨਾਂ ਨਬੀ ਦਾ ਦੀਨ ਸਿੱਖਿਆ ਹੋਵੇ, ਅਜ਼ੀਜ਼ਾਂ ਨੇ ਮਨ, ਉਹਨਾਂ ਨੂੰ ਆਪਣੀ ਕਸਤੂਰੀ ਦੀ ਫਿਕਰ ਹੋਵੇ, ਇਸ ਮੰਡੀ 'ਚੋਂ ਕਸਤੂਰੀ ਲੈ ਕੇ ਜਾਣੀ ਹੈ। ਅਬੂ ਅਮਰ ਕਹਿੰਦੇ ਨੇ ਜੇਬ 'ਚੋਂ ਕੁਰਾਨ ਨਿਕਲਿਆ ਅਤੇ ਕਮੁੰਦਰੀ ਨਿਕਲੀ, ਕਹਿੰਦੇ ਨੇ ਖਲੀਫਾ ਹਾਰੂਨ ਰਸ਼ੀਦ ਨੂੰ ਪਹੁੰਚਾ ਦਿਆ ਜੇ, ਕਹਿੰਦੇ ਦੂਜੀ ਮੇਰੀ ਸ਼ਰਤ ਇਹ ਆ, ਜਦੋਂ ਮੈਂ ਮਰ ਜਾਵਾਂ ਅਤੇ ਗੁਸਲ ਮੈਨੂੰ ਆਪ ਦੇਵੀਂ, ਕਹਿੰਦੇ ਨੇ ਤੀਜੀ ਮੇਰੀ ਸ਼ਰਤ ਇਹ ਆ। ਅਬੂ ਅਮਰ ਕਹਿੰਦੇ ਨੇ ਇਸ ਸ਼ਰਤ ਨੇ ਮੇਰਾ ਕਲੇਜਾ ਫਾੜ ਦਿੱਤਾ। ਅਬੂ ਅਮਰ ਕਹਿੰਦੇ ਨੇ, ਉਹ ਨੌਜਵਾਨ ਕਹਿੰਦੇ ਅਬੂ ਅਮਰ ਜਦੋਂ ਮੈਨੂੰ ਦਫ਼ਨ ਕਰਨ ਲੱਗੇ, ਮੈਨੂੰ ਇਹਨਾਂ ਤੋਂ ਧੁਲੀਆਂ ਚਾਦਰਾਂ 'ਚ ਕਫ਼ਨ ਦੇਵੀਂ। ਅਬੂ ਅਮਰ ਕਹਿੰਦੇ ਨੇ ਯਾਰ ਮੈਂ ਏਡਾ ਵੀ ਰਿਹਾ ਬੰਦਾ ਨਹੀਂ ਕਿ ਆਪਣੇ ਏਡੇ ਇਮਾਨਦਾਰ ਨੌਕਰ ਨੂੰ ਨਵਾਂ ਕਫ਼ਨ ਵੀ ਨਹੀਂ ਦੇ ਸਕਦਾ। ਕਹਿੰਦੇ ਅਬੂ ਅਮਰ ਗੱਲ ਇਹ ਆ, ਕਫ਼ਨ ਨਵਾਂ ਹੋਵੇ ਤੇ ਤਾਂ ਕੀ ਏ, ਕਫ਼ਨ ਪੁਰਾਣਾ ਹੋਵੇ ਤੇ ਤਾਂ ਕੀ, ਗੱਲ ਤੇ ਅਮਲਾਂ ਨਾਲ ਮੁੱਖਣੀ ਏ। ਕਫ਼ਨ ਨਵਾਂ ਹੋਵੇ ਤੇ ਤਾਂ ਕੀ ਏ, ਕਫ਼ਨ ਪੁਰਾਣਾ ਹੋਵੇ ਤੇ ਤਾਂ ਕੀ, ਗੱਲ ਤੇ ਅਮਲਾਂ ਨਾ ਮੁੱਕਣੀ ਏ। ਅਬੂ ਅਮਰ ਬਸਰੀ ਰਹਿਮਤੁਲਾਹ ਅਲੈਹ ਕਹਿੰਦੇ ਮੇਰੇ ਕਲੇਜੇ ਨੂੰ ਰੋਗ ਪੈ ਗਿਆ, ਮੇਰੇ ਕਲੇਜੇ ਨੂੰ ਰੋਗ ਪੈ ਗਿਆ ਕਿ ਅਬੂ ਅਮਰ ਤੂੰ ਭੁੱਲਾ ਫਿਰਨਾ, ਕਿੱਡੇ ਕਿੱਡੇ ਆਖਰਤ ਦੀ ਫਿਕਰ ਰੱਖਣ ਵਾਲੇ ਬੰਦੇ ਮੌਜੂਦ। ਕਹਿੰਦੇ ਨੇ ਬੰਦੇ ਦੀ ਰੂਹ ਪ੍ਰਵਾਸ ਕਰ ਗਈ। ਅਰਜ਼ ਕਰਦਾ ਵੀਰ ਉਹ ਗੱਲ ਬੜੀ ਕੀਮਤੀ ਏ, ਮੌਤ ਕਵੇ ਮੈਂ ਆ ਨਹੀਂ ਆਣਾ, ਮੈਥੋਂ ਪਾਈ ਕਿਸੇ ਰਿਹਾਈ ਨਾ, ਬੈਠਣ ਕੋਲ ਹਕੀਮ ਸਿਆਣੇ ਹੁਣ ਕਰਦੀ ਏ ਅਸਰ ਖਵਾਈ ਨਾ, ਨਹੀਂ ਮੌਤ ਕਿਸੇ ਨੂੰ ਛੋੜ ਦਿਜੇ, ਚੁਣ ਚੁਣ ਕੇ ਕਲੀਆਂ ਤੋੜ ਦਿਜੇ, ਮੁੱਖ ਪਿਆਰਿਆਂ ਵੱਲੋਂ ਮੋੜ ਦਿਜੇ, ਇੱਥੋਂ ਇਕੱਲੇ ਹੋ ਗਏ ਜੋੜੇ ਨੇ, ਖਈਆਂ ਹੱਥੀ ਪੁੱਤਰ ਤੋਰੇ ਨੇ, ਜਵਾਨ ਪੁੱਤਰ ਦੁਨੀਆਂ ਤੋਂ ਜਾਣ, ਮਾਪੇ ਜ਼ਿੰਦਾ ਹੀ ਕਬਰੀ ਪਹੁੰਚ ਜਾਂਦੇ ਨੇ। ਮੈਂ ਕਈ ਰਾਂ ਵੇਖਿਆ ਜੇ ਵੀਰੋ, ਬਾਬਲ ਆਪਣੇ ਪੁੱਤਰਾਂ ਦੀਆਂ ਕਬਰਾਂ ਤੇ ਮਿੱਟੀਆਂ ਪਾ ਰਹੇ ਹੁੰਦੇ, ਅਤੇ ਪੁੱਤਰਾਂ ਵਾਰੀਆਂ ਮੇਰੀਆਂ ਸੀ ਮੱਲੀ ਤੂੰ ਜਾਣ, ਬੁੱਢੇ ਬਾਪ ਦਾ ਕਫ਼ਨ ਖੋ ਕੇ ਲਈ ਜਾਣਾ ਵੇ। ਵੀਰੋ ਜਵਾਨ ਪੁੱਤਰ ਦੁਨੀਆਂ ਤੋਂ ਜਾਣ, ਮਾਪੇ ਮਰ ਜਾਂਦੇ ਨੇ, ਆਦੇ ਲੈ ਕਈਆਂ ਹੱਤੀ ਪੁੱਤਰ ਤੋਰੇ ਨੇ, ਜੇ ਨਾ ਦੇਵੇ ਦੁੱਖ ਕੁਝ ਔਰ ਹੁੰਦੇ ਨੇ। ਅੱਜ ਇੱਕ ਮੈਨੂੰ ਗੱਲ ਸਮਝ ਆਈ ਏ, ਇਸ ਬੱਚੇ ਦੀ ਸੀ ਡੀ ਵੇਖ ਕੇ, ਕਿ ਜੇ ਨਾ ਦੇਵੇ ਦੁੱਖ ਕੁਝ ਔਰ ਹੁੰਦੇ ਨੇ, ਤੇ ਜੇ ਦੇ ਕੇ ਲੈ ਜਾਵੇ ਦੁੱਖ ਕੁਝ ਔਰ ਹੁੰਦੇ ਨੇ। ਹੁਣ ਜਦ ਤੱਕ ਸੀ ਡੀ ਵੇਂਦੇ ਰਹਿਣਗੇ, ਇਹਦੇ ਮਾਂ ਪਿਓ ਰੋਂਦੇ ਰਹਿਣਗੇ ਕਿ ਏਡੀਆਂ ਸ਼ਾਨਾਂ ਵਾਲਾ ਬੱਚਾ ਜਿਹੜਾ ਦੀਨ ਵਾਲਿਆਂ ਦੀਆਂ ਨਕਲਾਂ ਉਤਾਰੇ, ਦੀਨ ਵਾਲਿਆਂ ਦੀਆਂ ਕਾਪੀਆਂ ਕਰੇ, ਦੀਨ ਵਾਲਿਆਂ ਦੇ ਪਿੱਛੇ ਲੱਗੇ। ਇਹੋ ਜਿਹੇ ਪੁੱਤਰ ਭੁਲਾਇਆ ਵੀ ਭੁੱਲਦੇ ਨਹੀਂ, ਇਹੋ ਜਿਹੇ ਪੁੱਤਰ ਭੁੱਲਿਆ ਵੀ ਭੁੱਲਦੇ ਨਹੀਂ। ਕਈਆਂ ਹੱਤੀ ਪੁੱਤਰ ਤੋਰੇ ਨੇ, ਕਈਆਂ ਮਾਪੇ ਆਪਾਏ ਵਿਛੋੜੇ ਨੇ, ਕਰ ਯਾਦ ਕਬਰ ਦੀਆਂ ਕੰਧਾਂ ਨੂੰ, ਰੱਖ ਯਾਦ ਕਫ਼ਨ ਦਿਆਂ ਬੰਦਾਂ ਨੂੰ, ਛੱਡ ਜਾਣਾ ਹੀ ਸਨ ਫਰਜ਼ੰਦਾਂ ਨੂੰ, ਪਾਨੀ ਚੰਦ ਦਿਨ ਜਗ ਤੇ ਜੀ ਗਏ ਨੇ, ਫਿਰ ਮੌਤ ਪਿਆਲਾ ਪੀ ਗਏ ਨੇ,
जे किसे दे मरण दा पता होवे बंदा किसे नाल लड़े ना, जे किसे दे मरण दा पता होवे बंदा किसे नाल बोले ना, जे मरण दा पता होवे किसे दा हक ना मारे। कईयां हत्ती पुत्र तोरे ने अज रो रहा है बाप, जिदन मैं अखां वाले जाना है उदन बहुता रोना है, क्योंकि अखां वाले बह के मेरे कोल तकरीब प्यास होंदा सी। कईयां हत्ते पुत्र तोरे ने, कईयां मापिया पाए बछोड़े ने, हर याद कबर दियां कंधां नूं रख, याद कपन दियां बंदां नूं छड जाना ही जन फरजंदां नूं। फानी चंद दिन जगते जीगे ने, फिर मौत प्याला पीगे ने, इतो सब मुसाफर थीगे ने, नहीं रहना यार प्यारिया ने, मैं जाना ही मैल च बारिया ने, इत कावां बसेरा है दो दिल का फेरा फेरा है। मेरे वीर मुसाफर सोच रहा इस जग दा इको फेरा है, इतो नजर बचा के तुर चलिए फेरा अगे सफर लमेरा है। वेख कबर दी वादी नू, दुनिया दी बर्बादी नू, कबर च जाया कर भी नक्शे जमा लिया कर, अकबर मेरे दादे दिए अकबर मेरे बाबे दिए, अकबर मैनू लोरियां देने वाली मेरी मां दिए, अकबर मेरे न प्यार करने वाले मेरे बुढ़े बाप दिए, अकबर मेरी ते छाती ते लेटन वाले मेरे लाडले पुत्र दिए, अकबर मेरे न प्यार करने वाले मेरे लाल दिए। एदा बाबल जाया करे कबर ते क्या करे नासर मदनी कह गए, अकबर मेरे पुत्र सीढ़ियां सुन वाले नासर मदनी दिया नकलां लाउन वाले दिए। फर्ज करदा जरा दोस्ता कबर ते जाया कर, आगनिया देते अकबर मेरे दादे दिए, अकबर मेरे बाबे दिए, अकबर मैनू लोरियां देने वाली मेरी मां दिए, अकबर मेरे ना प्यार करने वाले मेरे बुढ़े बाप दिए। ढेर कबरां दे उचेरे ने, इहदे थले वसदे केड़े ने, असी पंज भरा तीन भैणां पर इक दियां वी बाबे खुशियां नहीं देखियां। मैं अज भी अपने बाबे दी कबर ते जावां, पिता पाणी हुंदा कलेजा फाड़ियां, बाबा काश आ जिंदा हुंदा ते वेखदा तेरे पुत्तर नूं अल्लाह ने की शाना दित्तियां ने, पर कदमां पुत्तर जम्मे जवान होवे सुख नसीबां ना मिलदे ने। मापे ते पुत्रां नूं पालन दे बुके, मापे ते पुत्रां नूं प्यार करन दे बुके हुंदे ने, मापे ते पुत्रां तियां दियां खुशियां वेखन दे बुके हुंदे ने, मापे ते पुत्रां नूं जवान करके उहनां दियां जवानी दे टाण फोड़ दे वेखन दे बुके सुख नसीबां ना मिलदे ने। ए ढेर मिट्टी दे उचेरे ने, इहदे थले वसदे केड़े ने, जे तेरे ने कुछ मेरे ने, उजड़िया दा डेराई वह सुंजे महल ते माड़िया छड़ने नी, खंडे विच कबरां जागड़ने नी, घड़ी चलदी चलदी रुक जानी, जदो चाबी उम्र दी मुक जानी, नब्जा हकीमां दे हाथ पड़ियां गोली मौत वाली इन्हें ठुक जानी। असा सुनिया पिया दे देसी अंदर सोनिया डाडिया मुश्किल पर बारियां ने, एक कोठड़ी मिलनी रहन में जिदियां बुए ते ना कोई बारियां ने, जेड़े कहंदे सी मरांगे नाल तेरे अज उन्हां वी बाजियां हारियां ने, फिने राती जो तरस दे दीद नूं सी अज उन्हां वी बारियां मारियां ने, जदों पिज़ा च आके हज़ार ने रुत बदली पंछी उड़ के मार उडारियां ने, नासर मदनी झूठाई जग सारा डेरा सिंधियां वालिया झूठाई जग सारा, भाई उस्मान झूठाई जग सारा, भाई सुलेमान झूठाई जग सारा, सचियां अल्लाह रसूल दियां यारियां ने। किदी यारी सच्ची है,
ਅੱਲਾ ਰਸੂਲ ਦੀਆਂ ਯਾਰੀਆਂ ਸੱਚੀਆਂ ਨੇ, ਹੋਏ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹਿਲ ਚਲੇ ਆਓ, ਹੋਈ ਪਲਿਆ ਨਾਸ ਤੇ ਨਖਰਿਆਂ ਵਿੱਚ, ਕੋਈ ਰੇਤ ਗਰਮ ਦੇ ਥਲ ਚਲੇ ਆਓ, ਹੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚਲੇ ਆਓ, ਹੱਡ ਮਦਨੀ ਗੱਲਾਂ ਕੀ ਕਰੀਏ, ਇੱਥੇ ਸਾਰਾ ਜੱਗ ਮੁਸਾਫਰ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ, ਸਾਰਾ ਜੱਗ ਹੀ ਜਾਣਾ ਹੀ ਜਾਣਾ ਹੀ। ਹਰ ਵੀਰਾ ਉਹ ਦੁਨੀਆਂ ਤੋਂ ਕੀ ਫਾਇਦਾ ਚਲੇ ਗਏ ਤੇਰਿਆਂ ਪਿਆਰਿਆਂ ਨੇ, ਇੰਜ ਕਰਕੇ ਵੀਰਾ ਮੌਤ ਆ ਜਾਣੀ ਏ। ਹੰਲਾ ਤੇ ਆਨਲ ਮਾਈ ਵਿਚਾਰੀ ਇਸ ਦੀ ਕੁੱਬੀ ਹੋ ਜਾਏਗੀ, ਬੀਵੀ ਵਿਚਾਰੀ ਡਾਢੇ ਦੁੱਖ ਉਠਾਵੇਗੀ, ਮਾਰ ਕੇ ਤੱਤ ਮਾਤੇ ਬਾਲ ਵਲ ਚਾਵੇਗੀ, ਜਾਂ ਕਰੇਗੀ ਨਿਕਾਹ ਹੋਰ ਥਾਂ। ਹੁਣ ਲਾ ਤੇਰੀ ਮੇਰੀ ਆਖਰਤ ਦਾ ਸੌਦਾ ਕੀ, ਮੁੱਕਣ ਵਾਲਾ ਗੱਲ ਸੁਣ ਲਾ ਧਿਆਨ, ਹੁਣੀਆਂ ਮੁੱਕਣ ਵਾਲੀਏ, ਤੇਰਿਆਂ ਪਿਆਰਿਆਂ ਦੀ ਹੇਰਾ ਫੇਰੀਆਂ ਕਰਨਾ, ਇਹਨਾਂ ਪਿਆਰਿਆਂ ਲਈ ਠੱਗੀਆਂ ਮਾਰਨਾ, ਇਹਨਾਂ ਮਰਨ ਦੀ ਦੇਰ। ਕੁਰਾਨ ਕਹਿੰਦਾ ਕੁੱਲੋ ਨਫਸਿਨ ਜ਼ਾਇਕਾ ਤੁਲ ਮੌਤ, ਇਹਨਾਂ ਮਾਤਮ ਪੂਨਾ ਜੂਰਕੁਮ ਯੋਮਲ ਕਿਆਮਾ, ਸਮਨ ਜ਼ੋ ਜ਼ਿਹਾਉ ਅਨਿਨ ਨਾਰੀ ਵਾਉਦ ਖਿਲਲ ਜੰਨਤ ਫਕਦ ਪਾਲ, ਮਮਲ ਹਯਾਤੁ ਦੁਨੀਆ ਇਲਾ ਮਤਾ ਗਰੂਰ। ਇਹ ਦੁਨੀਆ ਧੋਖਾ ਪਰਾੜ ਜੇ ਖੇਲ ਤਮਾਸ਼ਾ ਏ, ਜਿਵੇਂ ਮੁਦਾਰੀ ਦਾ ਤਮਾਸ਼ਾ ਮੁੱਕ ਜਾਂਦਾ ਏ, ਇੱਕ ਦਿਨ ਇਹ ਖੇਲ ਤਮਾਸ਼ਾ ਵੀ ਮੁੱਕ ਜਾਣਾ ਏ। ਤੇਰੀ ਬਾਕੀ ਰਹਿਣ ਵਾਲੀ ਅਗਲੀ ਜ਼ਿੰਦਗੀ ਏ, ਤੇਰੀ ਮੰਜ਼ਿਲ ਕੋਈ ਹੋਰ ਹੀ। ਸੁਣ ਲਓ ਤੇਰਿਆਂ ਪਿਆਰਿਆਂ ਕਰਨਾ ਕਿ ਉੱਡ ਗਿਆ ਤੋਤਾ ਜਿਹੜਾ, ਮੈਂ ਕਸੂਰ ਦੇ ਲਾ ਕੇ ਤਕਰੀਰ ਪਿਆ ਕਰਾਂ, ਉੱਥੇ ਮੈਨੂੰ ਇਹ ਦੱਸਿਆ ਜੀ ਇੱਥੇ ਸਾਡੇ ਇਮਾਮ ਸਾਹਿਬ ਜਵਾਨ, ਮੈਂ ਤਕਰੀਰ ਕਰਕੇ ਮੈਂ ਉਹ ਕਿੱਥੇ ਨੇ ਤੁਹਾਡੇ ਮੌਲਵੀ ਸਾਹਿਬ, ਖਾਂਦੇ ਮੌਲਵੀ ਸਾਹਿਬ ਅੱਲਾ ਨੂੰ ਪਿਆਰੇ ਹੋ ਗਿਆ। ਮੈਂ ਕਿਹਾ ਕਿਵੇਂ? ਕਹਿੰਦੇ ਮਸਜਿਦ 'ਚ ਐਲਾਨ ਕੀਤਾ, ਜਿਵੇਂ ਤੁਸੀਂ ਤਕਰੀਰ 'ਚ ਰੋਜ਼ ਕਹਿੰਦੇ ਜੇ ਕਿ ਪਤਾ ਨਹੀਂ ਜ਼ਿੰਦਗੀ ਦੀ ਕਿਹੜੇ ਮੋੜ 'ਤੇ ਸ਼ਾਮ ਹੋ ਜਾਣੀ ਹੈ। ਮੈਂ ਘਰੋਂ ਕਹਿ ਕੇ ਨਿਕਲਦਾ ਹੈ ਕਿ ਮੇਰੇ ਕੋਲ ਰੱਬ ਜੀ ਸੁਣ ਲਓ, ਜੋ ਕੁਝ ਪੁੱਛਣਾ ਜੇ ਪੁੱਛ ਲਵੋ, ਆਪਣੇ ਬੱਚਿਆਂ ਨੂੰ ਚੁੰਮ ਕੇ ਆਪਣੀ ਬੀਵੀ ਨੂੰ ਕਹਿ ਕੇ ਨਿਕਲਦਾ ਹੈ, ਦੀਨ ਦਾ ਮੁਸਾਫਰ ਚੱਲਾਵੇਂ। ਸੁਣ ਲਾ ਪਲੀਏ, ਪਤਾ ਨਹੀਂ ਜ਼ਿੰਦਗੀ ਦੇ ਕਿਹੜੇ ਮੋੜ 'ਤੇ ਸ਼ਾਮ ਹੋ ਜਾਣੀ ਹੈ, ਘਰ ਵੀ ਆਉਣਾ ਨਸੀਬ ਹੋਣਾ ਕਿ ਨਹੀਂ ਹੋਣਾ। ਵੀਰੋ ਕਹਿੰਦੇ ਨੇ ਐਲਾਨ ਕੀਤਾ ਫਲਾਣਾ ਫੌਤ ਹੋ ਗਿਆ, 5 ਮਿੰਟ ਬਾਅਦ ਐਲਾਨ ਕੀਤਾ ਫਲਾਣਾ ਫੌਤ ਹੋ ਗਏ। ਕਹਿੰਦੇ ਜੀ 10 ਮਿੰਟ ਲੰਘੇ ਅਤੇ 5 ਮਿੰਟਾਂ ਬਾਅਦ ਮੌਲਵੀ ਸਾਹਿਬ ਦਾ ਐਲਾਨ, 3ਜੇ ਬੰਦੇ ਨੇ ਕੀਤਾ ਹਜ਼ਰਤ ਸਾਹਿਬ ਵੀ ਫੌਤ ਹੋ ਗਏ ਨੇ। ਲੋਕ ਆਖਣ ਅਸੀਂ ਮੰਨਦੇ ਹੀ ਨਹੀਂ ਮੌਤ ਆਉਣੀ ਆਉਣੀ ਹੈ, ਫਰਜ਼ ਕਰਨਾ ਚਾਹ ਰਿਹਾ ਹੈ, ਇਸ ਲਈ ਤੇ ਕਿਆ ਕਰਨਾ। ਗੱਲ ਬੜੀ ਉੱਡ ਗਿਆ ਤੋਤਾ ਜਿਹੜਾ, ਬੋਲੀਆਂ ਸੀ ਪਾਵਦਾ, ਰਹਿ ਗਿਆ ਪਿੰਜਰਾ ਖਾਲੀ, ਡਰ ਪਿਆ ਆਵਦਾ, ਸਕੇ ਤੋਂ ਸਕਾ ਕੋਈ ਹੱਥ ਨਹੀਂ ਉਲਾਵਦਾ, ਟੁੱਟ ਗਏ ਨੇ ਰਿਸ਼ਤੇ ਦੂਰ ਤਾਂ ਹੀ, ਫਿਰ ਹੋ ਕੇ ਮਜਬੂਰ ਆਖਰ ਫੱਟੇ 'ਤੇ ਪਾਇਆ ਹੈ, ਉਤਾਰ ਦਿਓ ਕੱਪੜੇ ਦੇ ਆਪ ਸੁਣਾਇਆ ਏ। ਤੇਰਿਆਂ ਮੇਰਿਆਂ ਪਿਆਰਿਆਂ ਨੇ ਹੈਂਜ ਪੈਰਾਂ ਦੇ ਗੂਠੇ ਵੀ ਬਣ ਲੈਣੇ ਨੇ। ਸੁਣੋ ਮੱਕੀ, ਇੱਧਰ ਧਿਆਨ ਕਰੀ ਕੈਮਰੇ ਦਾ, ਹੈਂਜ ਕਰਕੇ ਪੈਰਾਂ ਦੇ ਗੂਠੇ ਵੀ ਬਣ ਲੈਣੇ ਨੇ। ਅੱਲਾ ਜਾਣਦਾ ਰੱਸੀ ਫੜ ਕੇ ਤੇਰੇ ਮੇਰੇ ਪਿਆਰਿਆਂ ਦੇ ਨੁਸਤਾਂ ਨੇ, ਪੈਰਾਂ ਦੇ ਗੂਠਿਆਂ ਨੂੰ ਰੱਸੀ ਬੰਨੀ ਹੋਏਗੀ। ਕਈ ਰਾਂ ਮਈਅਤ ਫੱਟੇ 'ਤੇ ਲਾਉਂਦੇ ਨੇ, ਹੈਂਜ ਕਰਕੇ ਵੀਰਾ ਪੈਰਾਂ ਦੇ ਗੂਠਿਆਂ ਨੂੰ ਰੱਸੀ ਬੰਨੀ ਹੋਏਗੀ। ਤੇਰੇ ਮੇਰੇ ਪਿਆਰਿਆਂ ਨੇ ਤੇਰੇ ਮੇਰੇ ਮੂੰਹ ਨੂੰ ਇੰਜ ਰੱਸੀ ਬੰਨੀ ਹੋਏ, ਇੰਜ ਕਰਕੇ ਮੂੰਹ ਪਿਆ ਹੋਏਗਾ। ਤੇਰਿਆਂ ਮੇਰਿਆਂ ਸੱਜਣਾ ਨੇ ਤੇਰੇ ਮੇਰੇ ਲੱਕ 'ਚ ਬਾਂ ਪਾ ਕੇ, ਇੰਜ ਕਰਕੇ ਬੰਨ ਬੰਨ ਕੇ ਤੈਨੂੰ ਮੈਨੂੰ ਕਬਰ 'ਚ ਸਾਫਾ ਪਾ ਕੇ ਲਾਉਣਾ ਏ, ਸਾਫਾ ਪਾ ਕੇ ਫੱਟੇ 'ਤੇ ਲਾਉਣਾ ਏ, ਅਗਲਿਆਂ ਫੱਟਾ ਖਿੱਚਣਾ ਏ, ਆਖਣਾ ਕੈਂਚੀ ਨਾਲ ਕੱਟੋ ਤੇਰੇ ਮੇਰੇ ਲੱਠੇ 'ਤੇ ਕਾਟਣਾ, ਐ ਲਾਉਣ ਦੇ ਕੱਪੜੇ ਬੋਸਕੀਆਂ ਕਰੰਡੀਆਂ। ਅਗਲਿਆਂ ਨੇ ਜਿਹਨੂੰ ਤੂੰ ਕਦੀ ਸਿਗੜ ਦਾ ਗੁੱਲ ਨਹੀਂ ਲੱਗਣ ਦਿੱਤਾ, ਮੈਨੂੰ ਕਦੀ ਤੂੰ ਮਿੱਟੀ ਨਹੀਂ ਲੱਗਣ ਦਿੱਤੀ, ਜਿਹਨੂੰ ਕਦੀ ਸਿਲਵਟਾਂ ਤੇ ਵਟ ਨਹੀਂ ਪੈਣ ਦਿੱਤੇ, ਅਗਲਿਆਂ ਨੇ ਕੈਂਚੀ ਨਾਲ ਇੰਜ ਕੱਟ ਕੇ ਤੇਰੇ ਸਾਹਮਣੇ ਰੱਬ ਜੀ ਵੇਖਣਾ ਪਿਆਰਿਆਂ ਨੇ ਕੱਟਣੇ। ਅੱਲਾ ਜਾਣਦਾ ਕੱਪੜੇ ਉਤਾਰ
देने ने। मैं एक अरबपति नू अपने कोल खड़ा किया, मेरा यार है मनु कह इत्थे खलो, मैं मैयत नू गुसल देन लगा। इंज करके मलना मैं अपने हाथ नू गुथली कफन दी लपेटी ते रोन लग पिया। बंदे भी रोन लग पे ते कहंदा जी मैं ते अगे बड़ा डरदा, तुसी रोए क्यों जे? मैं खर रोया सिर्फ इस वास्ते तेनू मैनू दसन लाए मैं तेरी मेरी औकात नी कुए, इधरों मरन दी देर अगलिया तेनू हाथ लाउना भी पसंद नहीं कर। तेरी मेरी औकात ऐ जगलिया कफन दी गुथली आते पा लैनी, ओना करा जड़ा साबन बचिया है किसे ने लाउना नी, इनू नप देवो। फिर उत्तो आवाज आनी है ओदी जिदी नहीं मन्नी, आखणगे जिन्ना लई तू पाप कमावे ओ किथे ने तेरे घर दे, जिन्ना ले तू अल्लाह जानदा ऐसे शेर ने इन्ना को मेरे दिल ते असर कीता है। एक ढेली पैसा भी कदी हेरा फेरी दा नहीं सांभिया के आखर सामना किदे वास्ते आ। जिन्ना ले तू पाप कमावे ओ किथे ने तेरे कर दे, कोई ना सुनू रख लो कहंदा सारे कड्डो कड्डो कर दे। अक्सर जनाजिया ते जाईदा बड़ा रोग पैंदा है, जदों मंजी चुकन लगी है लोकी वन वन दी लकड़ी आंदे ने छेती करो बालां नू भुख लगी है, कुआदा छेती करो सा पिछा वी जाणा है। आ तेरे प्यार ने जिन्ना को जाके महीना महीना रवे वो तेरी मंजी को दिन भी बैन ली त्या की तेरी मेरी औकात की हकीकत तेरी मेरी इन्हें दुनिया की यारी नल इस दुनिया वाले ना की तेरा मेरा प्यार। मैं कबर ते खड़ा भैया दा बड़ा गूढ़ा बंदा बेली मैनू आंदा जी दुआ करो छेती। मैं क्या जे ते अगले पानी भी नहीं तरों क्या ते तेनू कालियां पै गई ने कि चलो जी दुआ मंगो। जिन्ना ले तू पाप कमावे ओ किथे ने तेरे कर दे, सुनू रख लो कहंदा सारे कड्डो कड्डो कर दे। फिर हो के मजबूर आकर फटे ते पाया है उतार दो कपड़े दे, आप सुनाया है किसे दे दिल जरा तरसना आया है, पर्ण पोशाक थाओ थाई फिर दे के गुसल गल विच आ कफनी चा पाई आ। लै ओ करोड़पतिया तेरी अयो ही कमाई आ, लै ओ किलिया दिया मालका तेरी अयो ही कमाई आ, छोड़ के चले तेनू। अल्लाह दे नबी फरमांदे ने जदों बंदे नू दफन करके तुरन लगो ते अल्लाह मुर्दे नू कन देंदा है एक लम्हे वास्ते के सुन ला, वो कदमां दी चाप सुनदा है। अल्लाह आंदे जिन्हां नू छड के जिन्हां दी खातर मैनू छड़े आई अज तेनू छड़ के जा रहे ने। जोड़ बच्चा जोड़ लाख ते करोड़ तेरे खान वाले होर तेनू कबर विच पावनगे, तेरे पैरां ते पराव बह के करनगे सलाव, तेरी बीवी दा निकाह किधरे होर दे पढ़ावनगे। आई तेरी मेरी इन्हां नाल यारी है। अर्श महमल पे ऐसो होने वालों में कबर में सोना पड़ेगा, अर्श महमल पे ऐसो होने वालों में कबर में सोना पड़ेगा, अपने आमाल का जायजा लो तुम वरना कब्र में रोना पड़ेगा। छोड़ दे ये दुनिया का मेला जाएगा तुम यहाँ
मुसाफर बन गया है। अर्श महमल पे सोने वालों में कब्र में सोना पड़ेगा, अपने आमाल का जायजा लो तुम वरना हश्र में रोना पड़ेगा। चार कांदों पे निकलेगी बारा, लेने आए गाना कोई मेला। फर्श महमल पे सोने वालों तुम्हें दुनिया से जाना पड़ेगा। कैंदी कबरगा फलावे हुनिया कड़ी दी कड़ी, जाया मरना गवावी मौत सिर ते खड़ी। एक दिन होनी है अखीर बन के आवेगा फकीर। एक दिन मरबियां दा मालक गल च कपनी पाई, फकीरां दे लिबास भी सोने हुंदे ने। अल्लाह जानदा बंदे दा कफन वेखीए ते खौफ हुंदा है। इंज करके अगलिया कैंची नाल सीधा कट पा के ते गले च गलमा पाया हुंदा है। सिद्धी जी कफनी वाली चादर फेरा फकीरां नाल बास। अरबपति खरबपति नीलमपति पदमपति वीरा मैं पड़े पड़िया दे जनाजे वेखे ने। कफन चिट्टा ही है फकीरां ला, बल्कि अखबारां च लिखिया हुंदा है कई बंदियां नूं ला वारस करके नपदे कफन भी बगाना मिलता है, ते हुंदे करोड़पति अपना कफन भी नसीब नहीं हुंदा। मिलके पढ़ लो एक दिन होनी है अखीर, सारे पढ़ो एक दिन होनी है खीर। बन के आवेगा फकीर, छड़ के हाफजाबाद दी जगीर, छड़ के डेरा सिंधिया दी जगीर, छड़ के मटुआ दी जगीर। जदों पा मौत ने पड़ी कहंदी कबर गाप लावे हुनिया कड़ी दी कड़ी, साया उमर ना गवावी मौत शेर जहरी तू बिंतर कनामी। मैं विच फर्श फरोश ना कोई, तू फर्श बनावी मेरा। मैं विच कुप हनेर हंदेरा, तू दीवा बाव ले लियावी। मैं विच दिल पर जान कोई, तू साथी नाल ले लियावी। कबर मरोड़े जिमें कोलू मरोड़दा, गन्ने दियां हड्डियां जिमें वेलना तरोड़दा, सब कुछ भन्न देवे पिछे कुछ भी ना छोड़दा। जे ना बचावे अल्लाह साई कबर नू डीका रोज रहंदियां ने तेरियां, मौत तेरे घर रोज मार दी है पेरियां। कल्ला इत्थे आया है ते कल्ला इत्थों जाना ई, मान कानू कर ताए हुसन जवानी दा, बंदे आए जिंदगी तेरी बुलबुला पानी दा। कब्रस्तान जाया कर दिल नूं समझाया कर, पालो पाल वेख के ए मिट्टी दियां ढेरियां, ओ चले आए सावां वी नहीं तेरियां।
ਇਹ ਸਾਵਾਂ ਵੀ ਤੇਰੀਆਂ ਨਹੀਂ, ਤੂੰ ਕਿੰਨਾ ਨਾ ਯਾਰੀਆਂ ਲਾਈ ਬੈਠਾ ਹੈ। ਅਰਜ਼ ਕਰਦਾ ਵੀਰੋ ਅਲ ਮਾਲ ਵਲ ਬਨੂਨ ਜ਼ੀਨਤ ਹਯਾਤ ਦੁਨੀਆ ਵਲ ਬਾਕੀਆਤ ਸਾਲਿਹਾਤ। ਸੁਣ ਲਓ ਅਬੂ ਆਮਰ ਕਹਿੰਦੇ ਨੇ ਮੈਂ ਪਨਾ ਜੀ ਉਹ ਸੁਣਿਆ ਜੇਬ ਚੋਂ ਕੁਰਾਨ ਤੇ ਮੁੰਦਰੀ ਲੈ ਕੇ ਮੈਂ ਬਸਰੇ ਦੇ ਕਸਰੇ ਰਸ਼ੀਦ ਚ ਗਿਆ, ਉੱਥੇ ਹਰ ਰਸ਼ੀਦ ਆ ਰਿਹਾ ਸੀ। ਮੈਂ ਕਿਹਾ ਹਰ ਮੀਰ ਮੋਮਿਨੀਨ ਯਾ ਮੀਰ ਮੋਮਿਨੀਨ, ਹਰ ਹੁਕਮਰਾਨਾਂ ਦੀ ਨਜ਼ਰ ਬੜੀ ਉੱਚੀ। ਉਹਨੇ ਵੇਖਿਆ ਕਹਿੰਦੇ ਇਸ ਬੰਦੇ ਨੂੰ ਲਿਆਓ। ਜਦੋਂ ਲੈ ਕੇ ਗਏ ਕਹਿੰਦੇ ਮੈਂ ਬਹੁਤੀ ਤੇ ਗੱਲ ਨਹੀਂ ਕੀਤੀ, ਮੈਂ ਜੇਬ ਚੋਂ ਕੁਰਾਨ ਕੱਢਿਆ ਮੁੰਦਰੀ ਕੱਢੀ। ਹਾਰਨ ਰਸ਼ੀਦ ਕਹਿੰਦਾ ਕਿੱਧਰ ਆਏ? ਕਹਿੰਦੇ ਜੀ ਐ ਮੁੰਦਰੀ ਤੇ ਕੁਰਾਨ ਤੁਹਾਡੀ ਅਮਾਨਤ ਤੇ ਤੁਹਾਨੂੰ ਪਹੁੰਚਾਉਣ ਆਏ। ਕਹਿੰਦੇ ਨੇ ਤੈਨੂੰ ਕਿੱਥੋਂ ਮਿਲੀ? ਇਹ ਗੱਲ ਸੁਣ ਕੇ ਪਿੱਤੇ ਪਾਣੀ ਹੋ ਜਾਣਗੇ ਕਲੇਜੇ ਫਾੜੀਆਂ। ਕਹਿੰਦੇ ਨੇ ਗੱਲ ਤੈਨੂੰ ਕਿੱਥੋਂ ਮਿਲੀ? ਕਹਿੰਦੇ ਜੀ ਇੱਕ ਗੋਰਾ ਚਿੱਟਾ ਨੌਜਵਾਨ 16-17 ਸਾਲ ਦਾ ਨੌਜਵਾਨ ਮੇਰੇ ਕੋਲ ਮਜ਼ਦੂਰੀ ਕਰਦਾ ਸੀ, ਬੜਾ ਨੇਕ ਸੀ, ਉਹ ਅੱਲਾ ਨੂੰ ਪਿਆਰਾ ਹੋਣ ਲੱਗਿਆ, ਮੈਨੂੰ ਨਸੀਹਤ ਕਰ ਗਿਆ ਸੀ ਜਦੋਂ ਮੁੰਦਰੀ ਕੁਰਾਨ ਮੈਂ ਮਰ ਜਾਵਾਂ ਖਲੀਫਾ ਹਰ ਰਸ਼ੀਦ ਨੂੰ ਦੇ ਦੀ, ਇੰਨਾ ਹੱਥਾਂ ਨਾਲ ਗੁਸਲ ਆਪ ਦਿੱਤਾ ਹੈ, ਉਹ ਬੱਚਾ ਅੱਲਾ ਪਾਕ ਨੂੰ ਪਿਆਰਾ ਹੋ ਗਿਆ ਹੈ, ਮੈਂ ਤੁਹਾਡੇ ਤੱਕ ਆਇਆ ਹੈ। ਆਨਾ ਜੀ ਹਰ ਰਸ਼ੀਦ ਨੂੰ ਗਸ ਪੈ ਗਈ, ਜ਼ਮੀਨ ਤੇ ਡਿੱਗਾ, ਲੋਕਾਂ ਪਾਣੀ ਦੇ ਛਿੱਟੇ ਮਾਰੇ, ਹੋਸ਼ ਦਿਲਾਇਆ। ਕਹਿੰਦੇ ਨੇ ਇਹਦਾ ਮਤਲਬ ਹੈ ਅੱਜ ਮੇਰਾ ਸ਼ਹਿਜ਼ਾਦਾ ਅੱਲਾ ਨੂੰ ਪਿਆਰਾ ਹੋ ਗਿਆ। ਪੁੱਤਰ ਬਾਦਸ਼ਾਹ ਦਾ ਫਿਕਰ ਆਖਰਤ ਦੀ ਲੈ। ਕਹਿੰਦੇ ਨੇ ਜੀ ਕਿਉਂ? ਕਹਿੰਦੇ ਜੀ ਮਜ਼ਦੂਰੀ ਕਰਦਾ ਸੀ। ਕਹਿੰਦੇ ਨੇ ਉਹ ਇੱਥੇ ਇੱਕ ਜਾਨਵਰ ਬੈਠਾ ਸੀ, ਪਰਿੰਦੇ ਨੂੰ ਕਹਿੰਦਾ ਕੁੰਮ ਬੇਜ਼ਨਿਲਾ, ਅੱਲਾ ਦੇ ਹੁਕਮ ਨਾਲ ਮੇਰੇ ਕੋਲ ਆ ਪਰਿੰਦਾ ਉੱਡ ਕੇ ਉਹਦੇ ਕੋਲ ਆ ਗਿਆ। ਕਹਿੰਦਾ ਅੱਲਾ ਦੇ ਹੁਕਮ ਨਾਲ ਉੱਡ ਜਾ, ਪਰਿੰਦਾ ਉੱਡ ਗਿਆ। ਕਹਿੰਦਾ ਮੈਂ ਉਹਨੂੰ ਕਿਹਾ ਸੀ ਸੋਹਣੇ ਕੱਪੜੇ ਪਾਇਆ ਕਰ, ਉਹ ਕਹਿੰਦਾ ਅੱਬਾ ਜੀ ਮੈਨੂੰ ਬਾਦਸ਼ਾਹੀਆਂ ਚੰਗੀਆਂ ਨਹੀਂ ਲੱਗਦੀਆਂ, ਜਿਵੇਂ ਪਰਿੰਦਾ ਉੱਡ ਗਿਆ ਹੈ ਇੱਕ ਦਿਨ ਅਸੀਂ ਵੀ ਇਸ ਜਹਾਨ 'ਚ ਉੱਡ ਜਾਣਾ ਹੈ। ਉਹਨੂੰ ਇਸ ਦੁਨੀਆ ਨਾਲ ਪਿਆਰ ਹੀ ਨਹੀਂ ਸੀ, ਬਾਦਸ਼ਾਹੀ ਨਾਲ ਪਿਆਰ ਨਹੀਂ। ਸ਼ਾਬੁਨ ਨਿਸ਼ਾਂ ਪੀਏ ਬਾਦਤ ਇਲਾ, ਜਿਹੜਾ ਨੌਜਵਾਨ ਜਵਾਨੀ 'ਚ ਅੱਲਾ ਦੀ ਇਬਾਦਤ ਕਰੇ ਅੱਲਾ ਦੇ ਅਰਸ਼ ਦੇ ਸਾਇਆ ਦਾ ਹੱਕਦਾਰ ਬਣ ਜਾਏਗਾ। ਮੇਰੇ ਦਿਨ ਸੁਣ ਲਓ ਪੁੱਤਰੋ ਮੇਰੇ ਸਜਣੋ, ਇਹ ਹਰ ਰਸ਼ੀਦ ਕੀ ਕਹਿੰਦਾ ਪਿਆ ਹੈ? ਕਹਿੰਦਾ ਇਹਦਾ ਮਤਲਬ ਅੱਜ ਮੇਰਾ ਪੁੱਤਰ ਅੱਲਾ ਨੂੰ ਪਿਆਰਾ ਹੋ ਗਿਆ। ਪੁੱਤਰ ਬਾਦਸ਼ਾਹ ਦਾ ਫਿਕਰ ਆਖਰਤ ਦੀ। ਹੁਣ ਸਾਡੇ ਮੌਲਵੀਆਂ ਦੇ ਬਾਲ ਆਉਂਦੇ ਨੇ, ਮੌਲਵੀਆਂ ਦੀ ਇੱਜ਼ਤ ਕੋਈ ਨਹੀਂ, ਅਸੀਂ ਮੌਲਵੀ ਬਣਨੇ ਹੀ, ਅਸੀਂ ਉੱਥੇ ਪੈਂਚਰਾਂ ਦੀ ਦੁਕਾਨ ਪਾਉਣੀ ਹੈ, ਅਸੀਂ ਉੱਥੇ ਮੋਬਾਈਲਾਂ ਦੀ ਦੁਕਾਨ ਪਾਉਣੀ ਹੈ, ਅਸੀਂ ਉੱਥੇ ਦੁਕਾਨੇ ਪਾਉਣਾ ਹੈ, ਅਸੀਂ ਕੰਮ 'ਤੇ ਲੱਗਣਾ ਹੈ। ਪੁੱਤਰੋ ਤੁਹਾਡੇ ਅੱਬਿਆਂ ਦੀ ਇੱਜ਼ਤ ਦੁਨੀਆ ਕਰੇ ਨਾ ਕਰੇ, ਪਰ ਰੱਬ ਨੇ ਤੇ ਕਰਕੇ ਵਿਖਾ ਦਿੱਤੀ ਹੈ, ਨਬੀਆਂ ਵਾਲੀ ਕੁਰਸੀ 'ਤੇ ਤੁਹਾਡੇ ਬਾਪ ਨੂੰ ਬਿਠਾ ਦਿੱਤਾ ਹੈ, ਨਬੀ ਵਾਲੀ ਕੁਰਸੀ 'ਤੇ ਤੁਹਾਡੇ ਬਾਪ ਨੂੰ ਬਿਠਾਇਆ ਰੱਖਿਆ। ਗੱਲ ਬੜੀ ਸਿੱਧੀ ਹੈ, ਜ਼ਰੂਰ ਜ਼ਰਾ ਜੁਮਲਾ ਬੜਾ ਹੀ ਮਾਣ ਵਾਲਾ ਹੈ। ਸੁਣ ਲਾ ਨੀ ਮੇਰੀ ਇਹ ਭੈਣੇ, ਤੂੰ ਵੀ ਧਿਆਨ ਨਾ ਸੁਣ ਲਾ ਮੇਰੇ ਵੀਰਾ। ਅਲੋਪਾ ਆਇਆ ਸਾ ਲਾਲ ਵਹਾਜਣੇ ਨੂੰ, ਢੇਰ ਕੋਲ ਆਂਦੇ ਕਾਨੂੰ ਲਾ ਬੈਠਾ, ਤੈਨੂੰ ਹੁਕਮ ਕਸਤੂਰੀ ਖਰੀਦਣੇ ਦਾ, ਢੇਰ ਹਿੰਗ ਜਵੈਨ ਦੇ ਲਾ ਬੈਠਾ। ਉਸ ਸ਼ਾਹ ਤਾਈ ਕੀ ਜਵਾਬ ਦੇ ਸੀ, ਇੰਜ ਦੀ ਰਕਮ ਨੂੰ ਰੇਤ ਮਿਲਾ ਬੈਠਾ। ਵੀਰੋ ਅਸਲ ਇੱਜ਼ਤ ਇਹ ਜੇ ਜਿਸ ਦਿਨ ਅੱਲਾ ਨੇ ਸੱਜੇ ਹੱਥ 'ਚ ਮਾਲਨਾਮਾ ਦੇਣਾ ਹੈ ਅਤੇ ਖੱਬੇ ਵਾਲਿਆਂ ਲੁਕਦਾ ਫਿਰਨਾ, ਅਤੇ ਅੱਲਾ ਕਹਿੰਦਾ ਮੈਂ ਮੱਥਿਆਂ 'ਤੇ ਲਿਖ ਦੇਣਾ ਹੈ ਜੰਤੀ ਕਿਹੜੇ ਨੇ ਦੋਸਤੀ ਕਿਹੜੇ। ਫਾਯੂ ਖਾਜ਼ੂ ਬਿਨ ਨਵਾਸੀ ਵਾਲਾ ਕਦਾਮ, ਕੁਰਾਨ ਕਹਿੰਦਾ ਹੈ ਕਿ ਅੱਲਾ ਉਹਨਾਂ ਦੇ ਮੱਥਿਆਂ 'ਤੇ ਲਿਖ ਦੇਣਾ ਹੈ ਕਿ ਜਨਮੀ ਨੇ ਇਹਨਾਂ ਨੂੰ ਨਾਬਜੀ ਘਸੀਟ ਕੇ ਜਹਨਮ 'ਚ ਮੂੰਹਾਂ ਦੇ ਬਲ ਸੁੱਟ ਦਵਾ ਦੇ, ਘਸੀਟ ਕੇ ਜਿਵੇਂ ਕੁੱਤਾ ਘਸੀਟ ਕੇ ਰੂੜੀ 'ਤੇ ਸੁੱਟੀ ਦਾ, ਇੰਝ ਜਨਮ 'ਚ ਸੁੱਟਣਾ ਬੰਦਿਆਂ। ਕਦੀ ਫਿਕਰ ਕੀਤਾ ਸੀ? ਅਰਜ਼ ਕਰਨਾ ਚਾਹ ਰਿਹਾ ਮੈਂ ਜਿਹਨੂੰ ਰੱਬ ਦੀਆਂ ਫਿਕਰਾਂ ਰੱਬ ਨੂੰ ਉਹਦੀਆਂ ਫਿਕਰਾਂ, ਜਿਹਨੂੰ ਕਬਰ ਦੀਆਂ ਫਿਕਰਾਂ ਕਬਰ ਨੂੰ ਉਹਦੀਆਂ ਫਿਕਰਾਂ। ਫਿਕਰ ਤੈਨੂੰ ਮੈਨੂੰ ਕੋਈ ਨਹੀਂ ਰਹਿ ਗਿਆ, ਜਿਹਨੂੰ ਆਖਰਤ ਦੀ ਫਿਕਰੋਂ ਮੇਰਾ ਪੇਰੀ ਨਹੀਂ ਲਾਉਂਦਾ, ਚੋਰੀਆਂ ਨਹੀਂ ਕਰਦਾ, ਠੱਗੀਆਂ ਨਹੀਂ ਮਾਰਦਾ, ਉਹਨੂੰ ਹਰ ਵੇਲੇ ਆਪਣੇ ਮਾਲਕ ਦੀਆਂ ਫਿਕਰਾਂ ਰਹਿੰਦੀਆਂ ਨੇ, ਹਰ ਵੇਲੇ ਉਹਦੇ ਦਿਲ ਦੇ ਅੰਦਰ ਆਖਰਤ ਦੀਆਂ ਫਿਕਰਾਂ ਰਹਿੰਦੀਆਂ ਨੇ। ਅੱਲਾ ਦੇ ਨਬੀ ਫਰਮਾਉਂਦੇ ਨੇ ਕਿਆਮਤ ਦਾ ਦਿਨ ਹੋਏਗਾ, ਸੂਰਜ ਇੱਕ ਨੇਜ਼ੇ 'ਤੇ ਪਾਕ ਬਰਸਾਏਗਾ, ਸੁਣ ਲਓ ਇੱਕ ਮੀਲ ਦੀ ਮੁਸਾਫਤ ਮਾਰਦੇ ਸੀ, ਮੈਂ ਜ਼ਮੀਨ ਦਾ ਫਰਸ਼ ਨਹੀਂ ਰੱਖਣਾ, ਅੱਲਾ ਥਾਂਬੇ ਦਾ ਫਰਸ਼ ਵਿਛਾ ਦੇਣਗੇ। ਅੱਲਾ ਦੇ ਨਬੀ ਫਰਮਾਉਂਦੇ ਨੇ ਇਹ ਤੇਰੇ ਦਰਖਤ ਵੀ ਮੁੱਕ ਜਾਣਗੇ, ਆ ਤੇਰੇ ਮਕਾਨ ਵੀ ਮੁੱਕ ਜਾਣਗੇ, ਮਸਜਿਦਾਂ ਇੱਕ ਜਗ੍ਹਾ 'ਤੇ ਇਕੱਠੀਆਂ ਹੋ ਜਾਣਗੀਆਂ, ਸੂਰਜ
ਜੇ ਕਮੀਲ ਦੀ ਮੁਸਾਫਤ ਤੇ ਗਰਮੀ ਬਰਸਾਏਗਾ। ਅੱਲਾ ਦੇ ਨਬੀ ਫਰਮਾਉਂਦੇ ਨੇ ਕਿਆਮਤ ਦੇ ਦਿਨ ਸਾਇਆ ਨਹੀਂ ਹੋਏਗਾ, ਅਰਸ਼ ਦਾ ਸਾਇਆ ਹੋਏਗਾ ਉਹਨੂੰ ਮਿਲੇਗਾ ਜਿਹਨੇ ਅਰਸ਼ ਵਾਲੇ ਨੂੰ ਮਨਾਇਆ ਹੋਏਗਾ। ਮੇਰੇ ਨਬੀ ਫਰਮਾਉਂਦੇ ਨੇ ਐ ਮੇਰੇ ਸਹਾਬਾ, ਜਹਨਮ ਨੂੰ ਜਦੋਂ ਜ਼ਮੀਨ ਦੀ ਤਹਿ ਤੇ ਲਿਆਂਦਾ ਜਾਏਗਾ, ਜਹਨਮ ਨੂੰ ਜਦੋਂ ਜ਼ਮੀਨ ਦੀ ਤਹਿ ਤੇ ਲਿਆਂਦਾ ਜਾਏਗਾ, ਅੱਲਾ ਦੇ ਨਬੀ ਫਰਮਾਉਂਦੇ ਨੇ ਏਡੀ ਦਫ਼ਨਾਂ, ਏਡੀ ਦਰਦਨਾਕ, ਏਡੀ ਹੌਲਨਾਕ, ਏਡੀ ਤਪਸ਼ ਵਾਲੀ, ਏਡੇ ਸੇਕ ਵਾਲੀ ਜਹਨਮ ਹੋਏਗੀ। ਅੱਲਾ ਦੇ ਨਬੀ ਫਰਮਾਉਂਦੇ ਨੇ ਐ ਮੇਰੇ ਸਹਾਬਾ, ਹਜੇ 100 ਸਾਲ ਦੇ ਪੈਂਡੇ ਤੇ ਹੋਏਗੀ ਤੇ ਦੋਜ਼ਖ ਦੇ ਸੇਕ ਆਉਣੇ ਸ਼ੁਰੂ ਹੋ ਜਾਣਗੇ। ਹਜੇ 100 ਸਾਲ ਦੇ ਪੈਂਡੇ ਤੇ ਹੋਏਗੀ, ਦੋਜ਼ਖ ਦੇ ਸੇਕ ਆਉਣੇ ਸ਼ੁਰੂ ਹੋ ਜਾਣਗੇ। ਆਪ ਫਰਮਾਉਂਦੇ ਨੇ ਮੇਰੇ ਸਹਾਬਾ, ਜਦੋਂ ਦੋਜ਼ਖ ਨੂੰ ਉੱਪਰ ਲਿਆਂਦਾ ਜਾਏਗਾ, ਸੁਣ ਲਓ, ਮਰਦਾਂ ਦੇ ਜਿਸਮ ਤੇ ਲਿਬਾਸ ਨਹੀਂ ਹੋਏਗਾ, ਮਰਦਾਂ ਦੇ ਜਿਸਮ ਤੇ ਲਿਬਾਸ ਨਹੀਂ ਹੋਏਗਾ, ਔਰਤਾਂ ਦੇ ਜਿਸਮ ਤੇ ਲਿਬਾਸ ਨਹੀਂ ਹੋਏਗਾ। ਆਪ ਫਰਮਾਉਂਦੇ ਨੇ ਮੇਰੇ ਸਹਾਬਾ, ਕਿਆਮਤ ਦਾ ਦਿਨ ਏਡਾ ਦਰਦਨਾਕ, ਹਜ਼ਰਤ ਇਬਰਾਹਿਮ ਨਬੀ ਖੜੇ ਹੋਣਗੇ, ਦੋਜ਼ਖ ਜਦੋਂ ਜ਼ਮੀਨ ਤੇ ਉਤਰ ਆਏਗੀ, ਅੱਲਾ ਪਾਕ ਫਰਮਾਉਣਗੇ ਇਹਨੂੰ 70,000 ਕੁੰਡੀਆਂ ਲਾ ਦਿੱਤੀਆਂ ਜਾਣ, ਜਹਨਮ ਫਿਰ ਵੀ ਛੁੱਟਣ ਨੂੰ ਕਰੇਗੀ। ਅੱਲਾ ਮੈਨੂੰ ਇਜਾਜ਼ਤ ਦੇ ਦੇ, ਮੈਂ ਬੇਨਮਾਜ਼ਾਂ ਨੂੰ ਹੜੱਪ ਕਰ ਜਾਵਾਂ, ਮੈਂ ਸ਼ਰਾਬੀਆਂ ਨੂੰ ਹੜੱਪ ਕਰ ਜਾਵਾਂ, ਮੈਂ ਬੇਈਮਾਨਾਂ ਨੂੰ ਹੜੱਪ ਕਰ ਜਾਵਾਂ, ਤੇਰੇ ਨਾ ਪਰਮਾਨਾਂ ਨੂੰ ਹੜੱਪ ਕਰ ਜਾਵਾਂ। ਅੱਲਾ ਪਾ ਪਰਮਾਨਗੇ ਹਜੇ ਵੇਲਾ ਨਹੀਂ ਆਇਆ, ਫਮਤਾਜ਼ੁਲ ਯੌਮਾ ਅਯੂ ਹਲ ਮੁਜਰਮੁਨ, ਮੈਨੂੰ ਇੱਕ ਥ੍ਰੈਸ਼ਰ ਲਾ ਲੈਣ ਦੋ, ਮਮਨੀ ਲੈਦਾ ਲੈਦਾ, ਕੁੰਡੀ ਲੈਦਾ ਲੈਦਾ, ਕਣਕ ਲੈਦਾ ਲੈਦਾ, ਤੂੜੀ ਲੈਦਾ ਲੈਦਾ, ਇਹ ਤੇਰੀ ਮਸ਼ੀਨ ਇੰਨਾ ਹੇਰ ਫੇਰ ਨਹੀਂ ਕਰਦੇ, ਜੇ ਥੋੜ੍ਹੀ ਜਿਹੀ ਵੱਧ ਕੁੰਡੀ ਸੁੱਟੇ ਤੇ ਤੂੰ ਮਸ਼ੀਨ ਦੀ ਰੇਸ ਘਟਾ ਦੇਣਾ ਵੇ, ਟਰੈਕਟਰ ਤੋਂ ਜਾ ਕੇ ਰੇਸ ਘਟਾ ਦੇਣਾ ਵੇ। ਮਨਾ ਜੇ ਨਾਰ ਸਿੱਲਾਏ, ਅਗਲੇ ਦਿਨ ਕਣਕ ਗਾ ਲਵਾਂਗੇ। ਅੱਲਾ ਪਾਕ ਨੇ ਜਿੱਦਣ ਥ੍ਰੈਸ਼ਰ ਲਾਉਣਾ ਏ, ਉਦਣ ਨਹੀਂ ਪਤਾ ਹੋਣਾ ਕਿ ਵੀਰਾ ਮੋਹਲਤ ਮਿਲਣੀ ਏ। ਅੱਲਾ ਪਾਕ ਫਰਮਾਉਣਗੇ ਸਾਰਿਆਂ ਨੂੰ ਨਾ ਜੀ ਇਸ ਥ੍ਰੈਸ਼ਰ ਚ ਨੰਗਾਓ, ਮਮਤਾਜ਼ੁਲ ਯੌਮ ਅਯੂ ਹਲ ਮੁਜਰਮੁਨ। ਅੱਲਾ ਪਾਕ ਫਰਮਾਉਣਗੇ ਨਾ ਜੀ ਸੁਣ ਲਓ ਮੇਰੇ ਜੰਤੀ ਨੂੰ ਆਬੋ, ਲੈ ਦਓ ਜੋ ਇਹਨਾਂ ਗੁਸਤਾਖਾਂ ਦੀ ਸਭਾ ਚੋਂ, ਇਹਨਾਂ ਨਾ ਫਰਮਾਨਾਂ ਦੀ ਸਭਾ ਚੋਂ, ਜਦੋਂ ਲੈਦਾ ਹੋ ਜਾਣ। ਅੱਲਾ ਪਾਕ ਫਰਮਾਉਣਗੇ ਸਾਫ ਦਾ ਦਿਨ ਐ ਮੇਰੇ ਸਹਾਬਾ, ਸੁਣ ਲਓ ਮੇਰੇ ਨਬੀ ਕਹਿੰਦੇ ਨੇ ਐ ਮੇਰੇ ਸਹਾਬਾ, ਜਹਨਮ ਨੂੰ 70,000 ਕੁੰਡੀਆਂ ਨੂੰ ਇੱਕ ਇੱਕ ਫਰਿਸ਼ਤਾ ਲੱਗੇਗਾ, ਫਿਰ ਜਹਨਮ ਦੀ ਉਸ ਕੁੰਡੀ ਨੂੰ 70,000 ਜਹਨਮ ਦਾ ਦਰੋਗਾ ਲੱਗੇਗਾ, ਜਹਨਮ ਫਿਰ ਵੀ ਛੁੱਟਣ ਨੂੰ ਕਰੇਗੀ। ਅੱਲਾ ਦੇ ਨਬੀ ਫਰਮਾਉਂਦੇ ਨੇ ਹਜ਼ਰਤ ਇਬਰਾਹੀਮ ਨਬੀ ਖੜੇ ਹੋਣਗੇ, ਜਹਨਮ ਏਡੀ ਖੌਫਨਾਕ ਚੀਖ ਮਾਰੇਗੀ, ਇਬਰਾਹੀਮ ਨਬੀ ਗੋਡਿਆਂ ਦੇ ਬਲ ਜ਼ਮੀਨ ਤੇ ਗਿਰ ਪੈਣਗੇ। ਕੁਰਬਾਨੀਆਂ ਕਰਨ ਵਾਲਿਆ ਤੈਨੂੰ ਮੈਨੂੰ ਭੋਰਾ ਵੀ ਡਰ, ਜਹਨਮ ਦਾ ਨਹੀਂ, ਆਖਰਤ ਦਾ ਨਹੀਂ ਫਿਕਰ। ਇਬਰਾਹੀਮ ਨਬੀ ਜਦੁਲ ਅੰਬੀਆ ਹਜ਼ਰਤ ਨੂਹ ਅਲੈਹ ਸਲਾਮ ਤੋਂ ਬਾਅਦ ਦੁਨੀਆਂ 'ਚ ਆਉਣ ਵਾਲੇ, ਸੁਣ ਲਓ ਧਿਆਨ ਨਾਲ, ਆਦਮ ਨਬੀ ਤੋਂ ਬਾਅਦ, ਨੂਹ ਅਲੈਹ ਸਲਾਮ ਤੋਂ ਬਾਅਦ, ਇਬਰਾਹੀਮ ਦੁਨੀਆਂ 'ਚ ਆਏ, ਅੱਲਾ ਦਾ ਦੀਨ ਫੈਲਾਇਆ, ਜਦੁਲ ਅੰਬੀਆ ਖਲੀਲ ਬਣ ਗਏ, ਅੱਲਾ ਦਾ ਦੋਸਤ ਏ। ਉਹ ਦੋਸਤ ਦੋਸਤ ਦੇ ਘਰ 'ਚ ਜਾਵੇ ਉਹਨੂੰ ਡਰ ਨਹੀਂ ਹੁੰਦਾ, ਖਲੀਲ ਨੂੰ ਇੰਨਾ ਡਰ, ਇੰਨਾ ਡਰ, ਉਹ ਦੇਨੀ ਰੱਬੇ ਨਫਸੀ, ਰੱਬੇ ਨਫਸੀ, ਰੱਬੇ ਨਫਸੀ। ਆਪ ਫਰਮਾਉਂਦੇ ਨੇ ਸਹਾਬਾ, ਜਿਹੜੀ ਮਾਂ ਬੱਚੇ ਨੂੰ ਸੀਨਿਆਂ ਲਾ ਕੇ ਕੜਾਈ 'ਚ ਡਿੱਗ ਸਕਦੀ ਏ, ਕਿਆਮਤ ਦੇ ਦਿਨ ਉਹ ਮਾਂ ਬੱਚੇ ਨੂੰ ਸੁੱਟ ਕੇ ਆ ਕੇ ਵੀ ਰੱਬਾ ਮੈਨੂੰ ਬਚਾ ਲਾ, ਪੁੱਤਰ ਕਵੇਗਾ ਮੇਰੀ ਮਾਂ ਨੂੰ ਦੁੱਧ 'ਚ ਸੁੱਟ ਦੇ ਪਰ ਮੈਨੂੰ ਬਚਾ ਲਾ, ਬਾਪ ਕਵੇਗਾ ਮੇਰਾ ਸਾਰਾ ਕਬੀਲਾ ਹੀ ਸੁੱਟ ਦੇ ਪਰ ਮੈਨੂੰ ਬਚਾ ਲਾ। ਇੱਕ ਬੰਦਾ ਜਾਂਦਾ ਹੋਏਗਾ, ਕਵੇਗਾ ਕਰਮਾਂ ਲਈਏ ਡੇਰਾ ਸਿੰਧੀਆਂ ਵਾਲੇ ਤੇ ਮਟੂਆਂ ਤੇ ਆਦਾ ਪਾ ਚ ਇਕੱਠੇ ਦਿਨ ਗੁਜ਼ਾਰੇ, ਅੱਜ ਇੱਕ ਨੇਕੀ ਦੀ ਲੋੜ, ਖੈਰ ਪਾ ਦੇ। ਇਹ ਬੀਵੀ ਕਹਿ ਗਈ, ਤੂੰ ਮੇਰਾ ਖਾਵਨ ਜ਼ਰੂਰ, ਮੈਨੂੰ ਪੈਸੇ ਜ਼ਰੂਰ ਦਿੱਤੇ, ਜ਼ਰੂਰਤਾਂ ਪੂਰੀਆਂ ਕੀਤੀਆਂ, ਪਰ ਅੱਲਾ ਵਾਲਿਆ ਮੈਂ ਨਹੀਂ ਦੇ ਸਕਦੀ, ਜੇ ਮੈਨੂੰ ਲੋੜ ਪੈ ਗਈ ਤੇ ਮੈਂ ਕਿਹਦੀ ਕੁੰਡੀ ਖੜਕਾਵਾਂਗੀ। ਬੀਵੀ ਇਨਕਾਰ ਕਰ ਦੇਗੀ, ਖਾਵਨ ਇਨਕਾਰ ਕਰ ਦੇ। ਕਿਸੇ ਨੂੰ ਨੇਕੀ ਨਾ ਵੀ ਸੁਣ ਲਓ, ਕਿਸੇ ਨੂੰ ਦੁਨੀਆਂ ਦੇ ਉੱਤੇ ਵੀ ਰਾਮ, ਤੂੰ ਚੀਜ਼ ਦੇ ਕੇ ਰਾਜ਼ੀ ਨਹੀਂ, ਹਸ਼ਰ ਨੂੰ ਕਿੰਨੇ ਦੇਣੀ ਹੈ, ਕਿਉਂ ਵੀ ਦੇਣੀ ਹੈ? ਹੁਣ ਤੇ ਭਰਾ ਭਰਾ ਨੂੰ ਧਾਰੇ ਪੈਸੇ ਦੇ ਕੇ ਰਾਜ਼ੀ ਨਹੀਂ, ਉਹਦਾ ਮੀਟਰ ਕੱਟਿਆ ਜਾਂਦਾ ਹੈ, ਉਹਦਾ ਮਕਾਨ ਡਿੱਗਦਾ ਤੇ ਡਿੱਗ ਜੇ, ਪਰ ਇਹਨੂੰ ਕੋਈ ਕਿਸੇ ਦਾ ਗਰਜ਼ ਨਹੀਂ। ਤੇ ਕਿਆਮਤ ਨੂੰ ਕੀ ਹਾਲ ਹੋਣਾ ਜਦੋਂ ਨਬੀ ਪਾਕ ਨੇ ਕਿਹਾ ਕਿ ਸਕੀ ਮਾਂ ਪੁੱਤਰ ਦੀ ਨਹੀਂ ਬਣੇਗੀ।
ਔਰਤਾਂ ਦੇ ਹਮਲ ਡਿੱਗ ਪੈਣਗੇ, ਏਡਾ ਹੌਲਨਾਕ ਇਜ਼ਾ ਜ਼ਲਜ਼ਿਲਾ ਤਿਲ ਅਰਜ਼ੁ ਜ਼ਲਜ਼ਾਲਾ ਹਾਉ ਵਾਖਰਾਜਾ ਤਿਲ ਅਰਜ਼ੁ ਅਸਕਾਲਾ ਹਾਉ ਵਕਾਲਾ ਅਲ ਇਨਸਾਨੁ ਮਾਲਾ ਹਾਉ ਅੱਲਾ ਦੇ ਨਬੀ ਫਰਮਾਉਂਦੇ ਨੇ ਐ ਮੇਰੇ ਸਹਾਬਾਓ ਏਡਾ ਦਰਦਨਾਕ ਦਿਨ ਜਿਹਦੀ ਫਿਕਰ ਤੈਨੂੰ ਨਹੀਂ। ਈਸਾ ਅਲੈਹਿ ਸਲਾਮ ਕਹਿੰਦੇ ਮੈਂ ਯਾਹਯਾ ਅਲੈਹਿ ਸਲਾਮ ਦੀ ਕਬਰ ਤੋਂ ਗੁਜ਼ਰੇ, ਕਹਿੰਦੇ ਕੁਮ ਬੇਜ਼ਨਿਲਾ ਯਾ ਯਹਯਾ ਏ ਮੇਰੇ ਬਾਈ ਯਹਯਾ ਅੱਲਾ ਦੇ ਹੁਕਮ ਨਾਲ ਖੜੇ ਹੋ ਜੋ। ਯਾਹਯਾ ਅਲੈਹਿ ਸਲਾਮ ਦੀ ਕਬਰ ਫਟੀ, ਦਾੜੀ ਦਾ ਰੰਗ ਸਫੇਦ ਹੋਇਆ ਪਿਆ ਏ, ਕਹਿੰਦੇ ਨੇ ਦਾੜੀ ਦਾ ਰੰਗ ਸਫੇਦ ਜਿਵੇਂ ਬਜ਼ੁਰਗਾਂ ਦੀ ਦਾੜੀ ਸਫੇਦ, ਹੰਜ ਦਾੜੀ ਦਾ ਰੰਗ ਸਫੇਦ ਹੋਇਆ ਏ। ਅੱਲਾ ਦੇ ਨਬੀ ਪਰਮਾਨੀ ਨੇ ਈਸਾ ਅਲੈਹਿ ਸਲਾਮ ਕਹਿੰਦੇ ਹੈ ਮੇਰੇ ਬਾਈ ਯਹਯਾ ਜਦੋਂ ਤੁਸੀਂ ਦੁਨੀਆ ਤੋਂ ਗਏ ਬੁਖਤੇ ਨਸਰ ਬਾਦਸ਼ਾਹ ਨੇ ਤੁਹਾਨੂੰ ਸ਼ਹੀਦ ਕਰ ਦਿੱਤਾ ਸੀ 30 ਸਾਲ ਦੀ ਉਮਰ 'ਚ, ਅੱਲੜ ਮਟਿਆਰ ਜਵਾਨੀ ਹੈ ਮੇਰੀ 29 ਸਾਲ ਇਸ ਟਾਈਮ ਉਮਰ ਏ, ਅਤੇ 30 ਸਾਲ ਦਾ ਬੰਦਾ ਕਿੱਡਾ ਜਵਾਨ ਹੁੰਦਾ ਏ। ਹਜ਼ਰਤ ਯਹਯਾ ਅਲੈਹਿ ਸਲਾਮ 30 ਸਾਲ ਦੀ ਉਮਰ 'ਚ ਦੁਨੀਆ ਤੋਂ ਗਏ, ਦਾੜੀ ਦਾ ਰੰਗ ਕਾਲਾ ਏ, ਆ ਮੇਰੀ ਪਗੜੀ ਘੱਟ ਕਾਲੀ ਏ, ਮੇਰੀ ਦਾੜੀ ਦੇ ਵਾਲ ਬਹੁਤੇ ਕਾਲੇ ਨੇ। ਵੀਰਾ ਸੁਣ ਲਓ, ਜਿਹੜਾ ਅੱਲਾ ਨੇ ਰੰਗ ਚਾੜਿਆ ਏ ਇਹਦਾ ਮੁਕਾਬਲਾ ਕੋਈ ਨਹੀਂ, ਪਰ ਇਹਨੂੰ ਬਦਲਿਆ ਨਾ ਕਰ। ਜਦੋਂ ਇਹ ਚਿੱਟੇ ਹੋ ਜਾਣ ਤਾਂ ਸਮਝ ਹੁਣ ਤੇਰੀ ਕਾਲਿਆਂ ਵਾਲੀ ਉਮਰ ਨਹੀਂ। ਕਾਲੇ ਵਾਲ ਜਾ ਬੱਗੇ ਹੋਏ ਮੌਤ ਸੁਣਿਆਇਆ, ਉੱਠ ਕਰ ਫਿਕਰ ਕਬਰ ਦਾ ਬਾਈ ਕਿਉਂ ਦਿਲ ਖੇਡੀ ਲਾਇਆ। ਕਾਲੇ ਵਾਲ ਜਦੋਂ ਚਿੱਟੇ ਹੋ ਜਾਣ ਸਮਝ ਮੌਤ ਦਾ ਪੈਗਾਮ। ਬਾਬਾ ਫਰੀਦ ਨਵਜੀ ਪਾਕ ਪਤਨ ਵਾਲੇ ਕਹਿੰਦੇ ਉੱਠ ਜਾਗ ਪਰੀਦਾ ਸੁੱਤਿਆ, ਤੇਰੀ ਦਾੜੀ ਆਇਆ ਬੂਰ, ਤੇਰਾ ਅੱਗਾ ਨੇੜੇ ਆ ਗਿਆ, ਤੇਰਾ ਪਿੱਛਾ ਰਹਿ ਗਿਆ ਦੂਰ। ਹੈ ਕਾਲੇ ਵਾਲ ਜਦੋਂ ਚਿੱਟੇ ਹੋਣ ਆਪਣੇ ਨੂੰ ਮਹਿੰਦੀ ਨਾ ਲਾਇਆ ਕਰ, ਲਾਲ ਮਹਿੰਦੀ ਲਾ ਲਿਆ ਕਰ, ਪਰ ਚਿੱਟਿਆਂ ਦੀ ਅੱਲਾ ਕਦਰ ਬੜੀ ਕਰਦਾ ਹੈ। ਕਾਲੇ ਨਾ ਕਰਿਆ ਕਰ, ਆਪਣੇ ਆਪ ਨੂੰ ਧੋਖਾ ਦੇਣਾ ਹੈ ਕਿ ਜੇ ਮੇਰੀ ਉਮਰ ਬੜੀ ਹੈ, ਮੈਂ ਬੁੱਢਾ ਨਜ਼ਰ ਨਾ ਆਵਾਂ, ਪਰ ਉਹਨੂੰ ਤਾਂ ਸਭ ਕੁਛ ਨਜ਼ਰ ਆਉਂਦਾ ਹੈ। ਇੱਕ ਸਾਲ ਗਿਰਾ ਨਾ ਮਨਾਇਆ ਕਰ, ਜਿਹਨੂੰ ਪਤਾ ਹੋਵੇ ਮੇਰੀ ਨੌਕਰੀ 'ਚੋਂ ਇੱਕ ਸਕੇਲ ਡਿੱਗ ਪੈਣਾ ਹੈ, ਮੈਂ ਆਹ ਕੰਮ ਕੀਤਾ ਮੇਰਾ ਫੁੱਲ ਡਿੱਗ ਪੈਣਾ ਹੈ, ਉਹ ਅਫਸਰ ਕਦੀ ਵੀ ਖੁਸ਼ੀ ਨਹੀਂ ਮਨਾਉਂਦਾ। ਜਿਹਨੂੰ ਪਤਾ ਹੋਵੇ ਮੇਰੀ ਜ਼ਿੰਦਗੀ ਦਾ ਇੱਕ ਸਾਲ ਘੱਟ ਗਿਆ ਹੈ, ਉਹ ਕਦੀ ਵੀ ਸਾਲ ਗਿਰਾ ਦੀ ਖੁਸ਼ੀ ਨਹੀਂ ਮਨਾਏਗਾ। ਮੈਨੂੰ ਪਤਾ ਹੈ ਕਿ ਮੇਰਾ ਸਾਲ ਘੱਟ ਗਿਆ, ਮੇਰੀ ਜ਼ਿੰਦਗੀ ਦਾ ਇੱਕ ਕੀਮਤੀ ਸਾਲ ਘੱਟ ਗਿਆ, ਇਹ 12 ਮਹੀਨੇ ਦੁਬਾਰਾ ਨਹੀਂ ਮੇਰੀ ਜ਼ਿੰਦਗੀ 'ਚ ਆਉਣੇ। ਫਿਰ ਧਿਆਨ ਕਰਿਆ ਕਰੋ ਯਾਰ, ਬੈਠ ਜਾਓ। ਅਰਜ਼ ਕਰਨਾ ਚਾਹ ਰਿਹਾ ਮੈਂ ਧਿਆਨ ਮੇਰੇ ਵੱਲ ਨਹੀਂ ਮਾਂ, ਕਿਉਂ ਵੀ ਥੱਕੇ ਤਾਂ ਨਹੀਂ ਜੇ? ਅੱਲਾ ਉਮਰ 'ਚ ਬਰਕਤ ਫਰਮਾਏ ਮੁਸਲਮਾਨ ਨੂੰ। ਮੇਰੇ ਇਮਾਮ ਨੂੰ ਵੀ ਮੈਨੂੰ ਬੜਾ ਸਰੂਰ ਆ ਰਿਹਾ ਜੇ ਤੁਹਾਡੇ ਡੇਰੇ 'ਤੇ ਤਕਰੀਰ ਕਰਨ ਦਾ। ਬੜੇ ਲੋਕ ਅੱਲਾ ਵਾਲੇ ਬੈਠੇ ਨੇ, ਕਸਮੇ ਸਿਰਾਂ 'ਤੇ ਪਰਿੰਦੇ ਬੈਠੇ ਨੇ, ਮੈਂ ਤੁਹਾਡੇ ਵਰਗੇ ਮਜਮੇ ਇਮਾਨ ਵਾਲੇ ਬਹੁਤ ਕੰਮ ਵੇਨਾ, ਮੈਂ ਰੋਜ਼ ਜਲਸੇ ਕਰਨਾ ਹੈ। ਪਰ ਜਿਵੇਂ ਤੁਸੀਂ ਦਿਲ ਲਾ ਕੇ ਗੁਫ਼ਤਗੂ ਸੁਣ ਰਹੇ ਜੇ, ਤੁਹਾਡੇ ਦਿਲਾਂ 'ਤੇ ਅੱਲਾ ਦਾ ਖੌਫ ਉਤਰਦਾ ਪਿਆ ਹੈ, ਮੈਨੂੰ ਪਤਾ ਲੱਗਦਾ ਵਾਜੀਲਤ ਕਲੂਬ ਹੋਮ, ਤੁਹਾਡੇ ਦਿਲ ਡਰਦੇ ਪਏ ਨੇ, ਤੁਹਾਡੇ ਕਲੇਜੇ ਡਰਦੇ ਪਏ ਨੇ। ਹੁਣ ਲਓ ਜ਼ਰਾ ਮੁਸਲਮਾਨ ਨੂੰ ਅਰਜ਼ ਕਰਨਾ ਚਾਹ ਰਿਹਾ ਜੀ, ਆਪ ਫਰਮਾਉਂਦੇ ਨੇ ਇਹ ਮੇਰੇ ਬਾਈ ਆਈ ਆਓ, ਜਦੋਂ ਤੁਸੀਂ ਦੁਨੀਆ ਤੋਂ ਗਿਆ ਤੁਹਾਡੀ ਦਾੜੀ ਦਾ ਰੰਗ ਕਾਲਾ, ਅੱਜ ਸਫੇਦ ਕਿਉਂ ਗਿਆ? ਕਹਿੰਦੇ ਮੇਰੇ ਬਾਈ ਸਾਹਿਬ ਜਦੋਂ ਤੁਸੀਂ ਕਿਹਾ ਦੁਨੀਆ ਦੇ ਉੱਤੇ ਕੁੰਬੇ ਜ਼ਿਲਾ, ਮੈਨੂੰ ਇੰਜ ਹੀ ਲੱਗਾ ਹਲਕਾਰੀਆ ਤੋਂ ਮਲਕਾਰੀਆ ਮਾਦਰਾ ਕਮਲਕਾਰੀਆ ਯੋ ਮੈਂ ਕੋਨ ਨਾ ਸੁਕਲ ਪਰ ਹਾਸ਼ਲ ਮਫਸੂਸ ਵਤਾ ਕੋਨ ਉਲ ਜਿਬਾਲ ਕਲ ਹਨਲ ਮਨਪੋਸ਼ ਹਲਕਾਰੀਆ ਤੋਂ ਮਲਕਾਰੀਆ ਇਜ਼ਾ ਜ਼ਲਜ਼ਿਲਾ ਤਿਲ ਅਰਜ਼ੁ ਜ਼ਲਜ਼ਾਲਾ ਹਾਉ ਵਾਖਰਾ ਜਾ ਤਿਲ ਅਰਜ਼ੁ ਅਸਕਾਲਾ ਹਾਉ ਵਕਾਲ ਅਲ ਇਨਸਾਨੁ ਮਾਲਾ ਹਾਉ ਨਾ ਜੀ ਜੋਨੀ ਕੁਰਾਨ ਕਹਿੰਦਾ ਪਿਆ ਏ ਫੰਤਾਜ਼ੁਲ ਯੌਮ ਅਯੂ ਅਲ ਮੁਜਰਿਮੁਨ ਇਨਨਾ ਪਛਾ ਰੱਬੀ ਕਾਲਾ ਸ਼ਦੀਦ ਵਤਰੰਨਾ ਸਸੁਕਾਰਾਉ ਵਮਾ ਹੁਮ ਬੇਸੁਕਾਰਾਉ ਵਲਾਕਿਨ ਅਜ਼ਾਬ ਅੱਲਾਹ ਸ਼ਦੀਦ ਹੈ। ਮੇਰੇ ਬਾਈ ਸਾਹਿਬ ਜਦੋਂ ਤੁਸੀਂ ਕਿਹਾ ਕੁਮ ਬੇਜ਼ਨਿਲਾ, ਮੈਨੂੰ ਇੰਝ ਲੱਗਾ ਜਿਵੇਂ ਕਿਆਮਤ ਆ ਗਈ ਏ, ਕਿਆਮਤ ਦਾ ਦਿਹਾੜਾ ਕਾਇਮ ਹੋ ਗਿਆ ਏ, ਮੈਨੂੰ ਇੰਝ ਲੱਗਾ ਜਿਵੇਂ ਕਿਆਮਤ ਆ ਗਈ। ਕਿਆਮਤ ਦੇ ਡਰ ਦੀ ਵਜ੍ਹਾ ਤੋਂ, ਅੱਲਾ ਦੇ ਦਰਬਾਰ 'ਚ ਜਵਾਬ ਦੇਣ ਦੇ ਫਿਕਰ ਦੀ ਵਜ੍ਹਾ ਤੋਂ ਮੇਰੀ ਦਾੜੀ ਦਾ ਰੰਗ ਹੀ ਸਫੇਦ ਹੋ ਗਿਆ। ਵੀਰਾ ਨਬੀਆਂ ਜੈਸੇ ਤੇਰੇ ਮੇਰੇ ਨਮਾਜ਼ਾਂ ਵੀ ਨਹੀਂ, ਨਬੀਆਂ ਜੈਸੇ ਤੇਰੇ ਮੇਰੇ ਅਮਾਲ ਵੀ ਨਹੀਂ। ਨਬੀ ਕੌਣ ਹੈ? ਕੁਰਾਨ ਕਹਿੰਦਾ ਹੈ ਸੈਯਦਮ ਮਹਸੂਰਮ ਨਬੀਅਮ ਮਿਨ ਸਵਾਲਹੀ, ਅੱਲਾ ਨੇ ਕਿਹਾ ਕਿ ਮੇਰਾ ਨਬੀ ਸੈਯਦ ਹੈ, ਸਰਦਾਰ ਹੈ, ਗੁਨਾਹਾਂ ਤੋਂ ਬਚਣ ਵਾਲਾ ਹੈ। ਉਹ ਦੱਸੋ ਜਿਹਨੂੰ ਰੱਬ ਕਵੇ ਕੇ ਪਾ ਕੇ ਉਹਨੂੰ ਫਿਕਰ ਆਖਰਤ ਦੀ ਲੱਗੀ ਪਈ ਹੈ। ਕੁਰਾਨ ਕਹਿੰਦਾ, ਮੈਂ ਕੁਰਾਨ ਪੜਿਆ ਸੈਯਦਮ ਮਹਸੂਰਮ ਨਬੀਅਮ ਮਿਨ ਸਵਾਲਹੀ, ਅੱਲਾ ਨੇ ਸਿਫਤਾਂ ਬਿਆਨ ਕੀਤੀਆਂ ਉਸ ਨਬੀ ਦੀ।
ਸਾਨੂੰ ਕਿੰਨਾ ਕੁਛ ਸਮਝ ਆ। ਫਰਮਾਉਂਦੇ ਨੇ ਇਹ ਮੇਰੇ ਸਹਾਬਾ ਮਾਲ ਵਲ ਬਨੂ ਜੀਨਤ ਹਯਾਤ ਦੁਨੀਆ ਵਲ ਬਾਕੀਆਤ ਵਸਾਲਿਹਾਤ। ਕਿਆਮਤ ਦਾ ਦਿਨ ਹੋਏਗਾ, ਔਰਤਾਂ ਦੇ ਜਿਸਮ ਤੇ ਲਿਬਾਸ ਨਹੀਂ ਹੋਏਗਾ, ਮਰਦਾਂ ਦੇ ਜਿਸਮ ਤੇ ਲਿਬਾਸ ਨਹੀਂ ਹੋਏਗਾ। ਸੂਰਜ ਕਮੀਲ ਤੇ ਗਰਮੀ ਬਰਸਾਊ, ਇੱਥੇ ਵੀਰਾ ਵੇਖੇ ਹਾੜ ਜੇੜ ਦੀਆਂ ਧੁੱਪਾਂ ਵੇਖੀਆਂ ਜੇ ਨਾ, ਹਾੜ ਜੇੜ ਦੀਆਂ ਧੁੱਪਾਂ, ਜੂਨ ਜੁਲਾਈ ਦੀਆਂ ਧੁੱਪਾਂ ਵੇਖੀਆਂ ਜੇ, ਬਰਫਖਾਨਿਆਂ ਦੀ ਬੱਸ, ਕਾਰਖਾਨਿਆਂ ਦੀ ਬੱਸ, ਏਸੀਆਂ ਦੀ ਬੱਸ, ਗੱਡੀਆਂ ਦੀ ਬੱਸ, ਅੱਲਾ ਮੇਰੀ ਤੋਬਾ, ਜਾਨਵਰਾਂ ਦੀ ਬੱਸ, ਲਾਲਾ ਲਾਲਾ, ਹਾਏ ਗਰਮੀ ਹਾਏ ਗਰਮੀ, ਰੇਡੀਏਟਰਾਂ ਦੀ ਬੱਸ, ਏਸੀਆਂ ਦੀ ਬੱਸ। ਮਾਂਜੀ ਜਿੱਧਰ ਵੇਖੋ ਅੱਲਾ ਜਾਣਦਾ, ਗੱਡੀਆਂ ਵਾਲੇ ਖਲੋਤੇ ਹੁੰਦੇ ਨੇ, ਉਹਦੇ ਬੋਨਟ ਖੋਲ ਕੇ ਗੱਡੀ ਹੀਟ ਹੋ ਗਈ ਜੀ, ਇੰਨੀ ਗਰਮੀ, ਇੰਜਨ ਹੀਟ ਫੜ ਗਿਆ ਹੈ, ਹਾਏ ਗਰਮੀ ਹਾਏ ਗਰਮੀ। ਅਖਬਾਰਾਂ ਵਾਲੇ ਲਿਖ ਦਿੰਦੇ ਨੇ ਅੱਜ ਹਾਫਜ਼ਾਬਾਦ 'ਚ ਕਿਆਮਤ ਖੇਜ਼ ਗਰਮੀ ਪਈ, ਹਾਲਾਂ ਕਿਆਮਤ ਨਹੀਂ ਆਈ ਪਰ ਉਹਦੇ ਕਿਆਮਤ ਵਰਗੀ ਗਰਮੀ ਪਈ। ਫਿਰ ਉਹ ਹਾਲਾਂ ਕਿਆਮਤ ਵੇਖੀ ਨਹੀਂ ਪਰ ਇੰਨੀ ਗਰਮੀ, ਇੰਨੀ ਗਰਮੀ। ਆਪ ਫਰਮਾਉਂਦੇ ਨੇ ਐ ਮੇਰੇ ਸਹਾਬਾ, ਉਦਣ ਕਈਆਂ ਬੰਦਿਆਂ ਦਾ ਇੰਜ ਲੱਗੇਗਾ ਜਿਵੇਂ ਕੜਾਈ 'ਚ ਦਾਣੇ ਪੁੱਜਦੇ ਪਏ ਨੇ, ਜਿਵੇਂ ਕੜਾਈ 'ਚ ਦਾਣੇ ਪੁੱਜਦੇ ਪਏ ਨੇ। ਕੀ ਕੜਾਈ 'ਚ ਦਾਣੇ? ਕਈ ਵੇਖੇ ਨਾ, ਮਾਛਣ ਦਾਣੇ ਭੁੱਲਦੀ ਏ, ਉੱਤੇ ਛਾਨਣਾ ਕਰ ਦਿੰਦੀ ਏ, ਫੁੱਲੇ ਬਾਹਰ ਨਹੀਂ ਡਿੱਗਦੇ, ਫੁੱਲੇ ਉੱਭਰਦੇ ਨੇ ਕੜਾਈ ਦੇ ਵਿੱਚ, ਉੱਤੇ ਛਾਨਣਾ ਕਰ ਦਿੰਦੀ, ਫੁੱਲੇ ਬਾਹਰ ਨਹੀਂ ਡਿੱਗਦੇ। ਅੱਲਾ ਦੇ ਨਬੀ ਫਰਮਾਉਂਦੇ ਨੇ ਐ ਮੇਰੇ ਸਹਾਬਾ, ਅੱਲਾ ਇੰਨੇ ਗੁੱਸੇ 'ਚ ਹੋਣਗੇ ਕਿ ਨਬੀ ਵੀ ਕਿਆਮਤ ਨੂੰ ਬੋਲ ਨਹੀਂ ਸਕਣਗੇ, ਆਸਮਾਨ ਵੱਲ ਕੋਈ ਨਜ਼ਰ ਹੀ ਨਹੀਂ ਚੁੱਕ ਸਕੇ। ਮੇਰੇ ਨਬੀ ਘਰ ਚਲੇ ਗਏ, ਤੇਰੀ ਮੇਰੀ ਅੰਮੀ ਆਇਸ਼ਾ ਸਦੀਕਾ ਤਈਬਾ ਤਾਹਰਾ ਬੇਦਾ ਜ਼ਾਹਿਦਾ ਸਲਾਮੁੱਲਾ ਅਲੈਹਾ ਸਲਾਵਾਤੁੱਲਾ ਅਲੈਹਾ ਰੋਈ ਜਾ ਰਹੀਆਂ ਨੇ, ਰੋਈ ਜਾ ਰਹੀਆਂ। ਸਰਕਾਰ ਮਦੀਨਾ ਨੇ ਫਰਮਾਇਆ ਇਹ ਮੇਰੀ ਬਰੀਰਾ, ਇਹ ਮੇਰੀ ਆਇਸ਼, ਬੋਲ ਤੇ ਸਹੀ ਰੋ ਕਿਉਂ ਰਹੀਆਂ ਜੇ? ਕਹਿੰਦੀ ਸੋਹਣਿਆ, ਆਕਾ ਜੀ, ਆਕਾ ਜੀ, ਆਕਾ ਜੀ, ਤੁਹਾਡੇ ਕਦਮਾਂ ਤੋਂ ਮਾਂ ਬਾਪ ਕੁਰਬਾਨ ਆਕਾ ਹੋ ਰਹੀ ਹੈ, ਤੁਸੀਂ ਹੁਣ ਬਾਤ ਕਰਦੇ ਪੈਸਾ, ਔਰਤਾਂ ਦੇ ਜਿਸਮ 'ਤੇ ਲਿਬਾਸ ਨਹੀਂ ਹੋਵੇਗਾ, ਮਰਦਾਂ ਦੇ ਜਿਸਮ ਤੇ ਲਿਬਾਸ ਨਹੀਂ ਹੋਏਗਾ, ਕਿਆਮਤ ਦਾ ਦਿਨ ਹੋਏਗਾ, ਉਦਣ ਫਿਰ ਮੇਰਾ ਕੀ ਬਣੇਗਾ, ਉਦਣ ਮੇਰੇ ਪਰਦੇ ਦਾ ਕੀ ਬਣੇਗਾ? ਆਪ ਫਰਮਾਉਂਦੇ ਨੇ ਐਸ਼ਾ ਹੁਣ ਆਪ ਜੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਨੀਏ? ਵਾਤਾਰਨਾ ਸਸੁਕਾਰਾ ਰਮਾ ਹੁਮ ਬੇਸੁਕਾਰਾ ਵਲਾ ਕਿੰਨਾ ਅਜ਼ਾਬ ਅੱਲਾ ਏ ਸ਼ਦੀਦ। ਇਹ ਮੇਰੀ ਐਸ਼ਾ, ਉਹਦੇ ਨੇ ਏਡਾ ਦਰਦਨਾਕ ਹੋਏਗਾ, ਅਜ਼ਾਬ ਏਡਾ ਦਰਦਨਾਕ ਹੋਏਗਾ, ਲੋਕਾਂ ਦੀਆਂ ਹੋਸ਼ਾਂ ਉੱਡੀਆਂ ਹੋਣਗੀਆਂ, ਇੰਜ ਲੱਗੇਗਾ ਜਿਵੇਂ ਲੋਕਾਂ ਭੰਗ ਪੀਤੀ ਨਸ਼ਾ ਕੀਤਾ ਹੈ, ਹਾਲਾਂ ਨਸ਼ਾ ਨਹੀਂ ਕੀਤਾ ਹੋਏਗਾ, ਕੋਈ ਕਿਸੇ ਵੱਲ ਵੇਖ ਹੀ ਨਹੀਂ ਸਕੇਗਾ। ਕੌਣ ਕਹਿ ਰਹੀ ਹੈ? ਮਾਂ ਬਹਿਨਾ ਬੈਤੀ ਵਾ ਮਿੰਬਾਰੀ ਰੋਜ਼ਾ ਤੋਂ ਮਿਲ ਹਾਜ਼ਰ ਜੰਨਾ, ਜਿੱਦਾਂ ਰੋਜ਼ਾ ਜੰਨਤ ਦਾ ਟੁਕੜਾ, ਜਿੱਦਾਂ ਹੁਜਰਾ ਜੰਨਤ ਦਾ ਟੁਕੜਾ, ਜਿੱਦਾਂ ਬਾਪ ਸਦੀਕ ਜਿਹੜੀ ਆਪ ਸਦੀਕਾ ਏ ਕਾਇਨਾਤ। ਇਹ ਕੌਣ ਕਹਿ ਰਹੀ ਹੈ? ਲੋਕੋ ਹਜ਼ਰਤ ਯੂਸਫ ਤੇ ਇਤਰਾਜ਼ ਲੱਗਾ, ਹਜ਼ਰਤ ਯੂਸਫ ਤੇ ਵੀਰੋ ਦਾਗ ਲੱਗਾ, ਖਨਾ ਦੇ ਬੱਚਾ ਬੁਲਾਇਆ, ਬਾਬੇ ਜਰੈਜ ਤੇ ਨੀਰਾ ਦਾਗ ਲੱਗਾ, ਬੱਚਾ ਭੁੱਲਿਆ, ਮਾਈ ਮਰੀਅਮ ਤੇ ਦਾਗ ਲੱਗਾ, ਬੱਚਾ ਭੁੱਲਿਆ, ਮਗਰ ਜਦੋਂ ਸਦੀਕ ਦੀ ਬੇਟੀ ਸਦੀਕਾ ਏ ਕਾਇਨਾਤ ਦਾਗ ਲੱਗਾ, ਰੱਬ ਸੱਚਾ ਬੋਲਿਆ ਏ, ਰੱਬ ਸੱਚਾ ਬੋਲਿਆ ਏ ਤੇ 18 ਐਤਾਂ ਚ ਬੋਲਿਆ ਏ। ਜਿਹਦੀ ਪਾਕ ਦਮਨੀ ਦੀ ਗਵਾਈ ਅਰਸ਼ ਵਾਲਾ ਦੇਵੇ, ਕਿਆਮਤ ਤੱਕ ਕੁਰਾਨ ਦਾ ਕਾਰੀ ਦੇਵੇ, ਉਹ ਮਾਂ ਕੀ ਕਹਿੰਦੀ? ਸੋਹਣਿਆ, ਕਿਆਮਤ ਨੂੰ ਸਾਡਾ ਕੀ ਬਣੇਗਾ? ਜੰਨਤ 'ਚ ਰਹਿ ਰਹੀ ਏ, ਜੰਨਤ ਵਾਲੇ ਨਬੀ ਦੇ ਕੱਪੜੇ ਧੋ ਰਹੀ ਏ, ਹਜ਼ੂਰ ਦੇ ਬਰਤਨ ਧੋ ਰਹੀ ਏ, ਬਲਕਿ ਤਾਰੀਖ ਨੇ ਲਿਖਿਆ ਸਾਰੀਆਂ ਬੀਵੀਆਂ 'ਚ ਅਗਰ ਸ਼ਾਨ ਮਿਲੀ ਏ ਮਾਂ ਐਸ਼ਾ ਨੂੰ, ਜਿਹਦੇ ਹੁਜਰੇ 'ਚ ਵਹੀ ਉਤਰਦੀ ਸੀ, ਜਿਹਦੇ ਹੁਜਰੇ 'ਚ ਜਬਰੀਲ, ਬਲਕਿ ਤਾਰੀਖ ਨੇ ਵੀ ਲਿਖਿਆ ਇਹੋ ਮਾਂ ਐਸ਼ਾ ਏ। ਡੇਰਾ ਸਿੰਧੀਆਂ 'ਤੇ ਪਾਣੀ ਨਾ ਲੱਭੇ, ਬੰਦਾ ਮਿੱਟੀ ਲੈ ਕੇ ਦੋ ਹੱਥ ਨੂੰ ਮਾਰੇ, ਮੱਥੇ 'ਤੇ ਮਾਰੇ, ਕੋਹਣੀਆਂ 'ਤੇ ਇੰਝ ਬਾਹਾਂ ਨੂੰ ਮਾਰੇ, ਤਯੰਮਮ ਹੋ ਜਾਂਦਾ ਏ। ਇਹ ਤਯੰਮਮ ਹੀ ਮਿਲਿਆ ਤੇ ਸਦੀਕ ਦੀ ਬੇਟੀ ਐਸ਼ਾ ਦੀ ਵਜ੍ਹਾ ਤੋਂ ਮਿਲਿਆ ਏ।
ਐਡੀ ਸ਼ਾਨ ਵਾਲੀ ਐਡੀ ਅਜ਼ਮਤ ਵਾਲੀ ਪਰ ਕੈਦੀ ਕਬਰ ਗਾਵ ਲਾਵੇ ਦੁਨੀਆਂ ਘੜੀ ਦੀ ਘੜੀ ਨਬੀ ਕਰੀਮ ਨੇ ਕਿਹਾ ਲਾਣਾ ਉਗਨੀ ਅਣ ਕੇ ਮੈਨੂੰ ਲਾਏ ਸ਼ਈਆ ਫਰਮਾਇਆ ਮੇਰੀ ਬੇਟੀ ਫਾਤਮਾ ਇਹ ਨਾ ਸਮਝੀ ਖਬਰ ਚ ਮੇਰਾ ਹਸਬ ਨਸਬ ਕੰਮ ਆਏਗਾ ਕਿਆਮਤ ਨੂੰ ਕੰਮ ਆਏਗਾ ਹੈ ਕਬਰ ਤੂੰ ਜਾਣੇ ਨਾਹੀ ਹੁਣ ਤੇਰੇ ਵਿੱਚ ਆਈ ਬੇਟੀ ਪਾਕ ਮੁਹੰਮਦ ਦੀ ਤੇ ਹਸਨ ਹੁਸੈਨ ਦੀ ਮਾਈ ਕਬਰ ਕੇ ਆ ਮੈਂ ਜਾਣਾ ਨਾਹੀ ਇਹ ਕੌਣ ਫਾਤਮਾ ਮਾਈ ਹਸਬ ਨਸਬ ਦੀ ਲੋੜ ਨਾ ਇੱਥੇ ਇੱਥੇ ਅਮਲਾਂ ਨਾਲ ਰਿਹਾਈ ਅਮਲ ਨਾ ਰਿਹਾਈ ਹੋਣੀ ਅਮਲ ਨਾ ਗੱਲ ਤੇ ਅਮਲਾਂ ਨਾ ਮੁੱਕ ਅਰਜ਼ ਕਰਨਾ ਚਾਹ ਰਿਹਾ ਅਲਫਾ ਆਇਆ ਸਲਾਲ ਵਾਜਨੇ ਨੂੰ ਢੇਰ ਕੋਲ ਆਉਂਦੇ ਕਾਨੂੰ ਲਾ ਬੈਠਾ ਮੈਨੂੰ ਹੁਕਮ ਕਸਤੂਰੀ ਖਰੀਦਣੇ ਦਾ ਤੇਰੇ ਹਿੰਗ ਜਵੈਨ ਦੇ ਲਾ ਬੈਠਾ ਉਸ ਸ਼ਾਹ ਤਾਈ ਕੀ ਜਵਾਬ ਦੇ ਸੀ ਜਿਹਦੀ ਰਕਮ ਨੂੰ ਰੇਤ ਮਿਲਾ ਬੈਠਾ ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ ਜਿਹਦੇ ਬਾਰੇ ਵੱਲਾ ਦੀ ਜਾਬ ਸਿਦਕੇ ਵਸਦਾ ਕਾਬੇ ਅੱਲਾ ਕਰੀਮ ਦਾ ਕੁਰਾਨ ਬੋਲਦਾ ਹੈ ਜਨਾਬ ਜੀ ਆਖਰੀ ਵਕਤ ਆਪਣੀ ਬੇਟੀ ਸੈਯਦਾ ਆਇਸ਼ਾ ਦੀ ਗੋਦ ਚ ਸਾਰੇ ਮੁੰਨੀਆਂ ਪਾਣੀ ਤੋਂ ਜਾ ਰਹੇ ਨੇ ਸੈਯਦਾ ਆਇਸ਼ਾ ਰੋਈ ਜਾ ਰਹੀਆਂ ਨੇ ਫਰਮਾਇਆ ਬੇਟੀ ਕਿਉਂ ਰੋਨੀ ਹੈ ਫਰਮਾਇਆ ਕਿਆ 2 ਸਾਲ 3 ਮਹੀਨੇ ਤੇ 10 ਦਿਨ ਮੁਸਲਮਾਨਾਂ ਤੇ ਹਕੂਮਤ ਕੀਤੀ ਹੈ ਕਿਆ ਮੈਂ ਖਿਲਾਫਤ ਦਾ ਕਦਾ ਨਹੀਂ ਕੀਤਾ ਅੱਬਾ ਜੀ ਇਹ ਵੀ ਬਾਤ ਨਹੀਂ ਕਿਆ ਮੈਂ ਮੱਕੇ ਚ ਤੇਰੇ ਨਬੀ ਦਾ ਸਾਥ ਨਹੀਂ ਦਿੱਤਾ ਅੱਬਾ ਜੀ ਇਹ ਵੀ ਬਾਤ ਨਹੀਂ ਫਰਮਾ ਬੇਟੀ ਫਿਰ ਰੋਣ ਦੀ ਕਿਹੜੀ ਲੋੜ ਕਹਿੰਦੀ ਹੈ ਬਾਬਾ ਰੋਂਦੀ ਤੇ ਇਸ ਵਾਸਤੇ ਪਈ ਏ ਅੱਜ ਲੱਖਾਂ ਮਰੱਬਾ ਮਿਲਦਾ ਹੁਕਮਰਾਨ ਦੁਨੀਆਂ ਤੋਂ ਜਾ ਰਿਹਾ ਹੈ ਤੇ ਮੇਰੇ ਘਰ ਚ ਨਵੇਂ ਕਪਣ ਜੋਗੇ ਪੈਸੇ ਵੀ ਮੌਜੂਦ ਮੇਰੇ ਸਦੀਕ ਨੂੰ ਗਾਸਬ ਨਾ ਕਿਆ ਕਰ ਮੇਰੇ ਸਦੀਕ ਨੂੰ ਗਾਸਬ ਕਹਿਣੇ ਵਾਲੋ ਖੁਦਾ ਤੋਂ ਡਰੋ ਰਾਜੀਓ ਗਾਂਧੀ ਉਧਰ ਗਾਂਧੀ ਨੇ ਬਿਆਨ ਦਿੱਤਾ ਸੀ ਜਦੋਂ ਮੁਲਕ ਬਣਿਆ ਕਹਿੰਦੇ ਨੇ ਮੇਰੇ ਵਜ਼ੀਰੋ ਮਸ਼ੀਰੋ ਮੈਂ ਮਿਸਾਲ ਦੇਵਾਂਗਾ ਤੇ ਫਕੀਰ ਅਬੂ ਬਕਰ ਤੇ ਉਮਰ ਦੀ ਦੇਵਾਂਗਾ ਕਿ ਲੱਖਾਂ ਮਰੱਬਾ ਮੀਲ ਦਾ ਹੁਕਮਰਾਨ ਪਰ ਫਕੀਰੀ ਵਾਲੀ ਜ਼ਿੰਦਗੀ ਗੁਜ਼ਾਰ ਕੇ ਗਏ ਅੱਜ ਸਾਡੇ ਮੁਸਲਮਾਨ ਅਬੂ ਬਕਰ ਤੇ ਤਬਰਾ ਕਰਨ ਮੈਂ ਹੱਥ ਜੋੜ ਕੇ ਅਪੀਲ ਕਰਾਂਗਾ ਖੁਦਾਰਾ ਉਹ ਮੇਰੇ ਸਦੀਕ ਦੀ ਜਾਇਦਾਦ ਤੇ ਦਿਖਾਓ ਬਾਗੇ ਫਿਦਕ ਦੇ ਮਸਲੇ ਕਰਕੇ ਸਦੀਕ ਨੂੰ ਗਾਸਬ ਕਹਿਣੇ ਵਾਲੋ ਮੇਰੇ ਸਦੀਕ ਦੀ ਆਖਰਤ ਦੀ ਮੰਜ਼ਿਲ ਤੇ ਪੜੋ ਉਹ ਤੇਰਾ ਬੀਟੀ ਮਿੰਬਰ ਮਰੇ ਤੇ ਪੁਸ਼ਤਾਂ ਬਹਿ ਕੇ ਖਾਂਦੀਆਂ ਹੈ ਤੇਰਾ MPA ਮਰੇ ਤੇ ਪੀਰਾਂ ਲੜੀਆਂ ਬਹਿ ਕੇ ਖਾਂਦੀਆਂ ਹੈ ਤੇਰਾ MNA ਮਰੇ ਤੇ ਖਾਨਦਾਨ ਬਹਿ ਕੇ ਖਾਂਦੇ ਨੇ ਪਰ ਮੇਰੇ ਸਦੀਕ ਦੀ ਬੇਟੀ ਖਾਂਦੀ ਬਾਬਾ ਰੋਂਦੀ ਤੇ ਇਸ ਵਾਸਤੇ ਪਈ ਹੈ ਅੱਜ ਲੱਖਾਂ ਮਰੱਬਾ ਮਿਲਦਾ ਹੁਕਮਰਾਨ ਦੁਨੀਆਂ ਤੋਂ ਜਾ ਰਿਹਾ ਹੈ ਤੇ ਨਵੇਂ ਕਪਣ ਜੋਗੇ ਪੈਸੇ ਵੀ ਮੌਜੂਦ ਨਹੀਂ ਇਹ ਕੌਣ ਹੈ ਜਿਨੇ ਸ਼ਾਦੀ ਤੇ ਨਬੀ ਪਾਕ ਨੂੰ ਜੋੜਾ ਪਹਿਨਾਇਆ ਇਹ ਕੌਣ ਅਬੂ ਬਕਰ ਸਦੀਕ ਜਿਨੇ ਬਿਨਾ ਤਸਦੀਕ ਤੋਂ ਨਬੀ ਪਾਕ ਨੂੰ ਨਬੀ ਮੰਨਿਆ ਜਿਨੇ ਨਬੂਤ ਤੋਂ ਪਹਿਲਾਂ ਵੀ ਯਾਰ ਮੰਨਿਆ ਨਬੂਤ ਤੋਂ ਬਾਅਦ ਵੀ ਯਾਰ ਮੰਨਿਆ ਜਿਨੇ ਇੰਨੀ ਗੱਲ ਕੀਤੀ ਹੋਸ਼ ਆਇਆ ਮਾਂ ਕਹਿੰਦੀ ਵੀ ਅਬੂ ਬਕਰ ਕੁਝ ਖਾ ਤੇਰਾ ਕੀ ਹਾਲ ਹੈ ਕਹਿੰਦੇ ਅੰਮਾ ਪਹਿਲਾਂ ਦੱਸ ਮਦੀਨੇ ਵਾਲੇ ਦਾ ਕੀ ਹਾਲ ਹੈ ਜਿਹੜਾ ਐਨੀ ਸ਼ਾਨ ਵਾਲਾ ਹੋਵੇ ਜਿਹਨੂੰ ਨਬੀ ਪਾਕ ਨੇ ਕਿਹਾ ਹੋਵੇ ਦੁਨੀਆਂ ਦੇ ਤੇ ਕਹਿੰਦੇ ਨੇ ਸਦੀਕ ਸਾਰੀ ਕਾਇਨਾਤ ਦੇ ਬਦਲੇ ਚੁਕਾ ਦਿੱਤੇ ਨੇ ਪਰ ਅਬੂ ਬਕਰ ਤੇਰੀ ਨੇਕੀ ਗਾਰ ਵਾਲੀ ਮੇਰਾ ਰੱਬ ਵੀ ਬਦਲਾ ਚੁਕਾਏਗਾ ਮੈਂ ਮੁਹੰਮਦ ਵੀ ਨਹੀਂ ਚੁਕਾ ਸਕਦਾ ਉਹ ਜਿਹਦੀ ਨੇਕੀ ਦਾ ਵਜ਼ਨ ਹੀ ਇੰਨਾ ਹੈ ਰੱਬ ਨਬੀ ਕਹਿ ਰਿਹਾ ਹੈ ਰੱਬ ਦਾ ਨਬੀ ਕਹਿ ਰਿਹਾ ਹੈ ਕਿ ਅੱਲਾ ਹੀ ਇਹਦਾ ਬਦਲਾ ਚੁਕਾਉ ਜਿਵੇਂ ਰੋਜ਼ੇ ਦੀ ਨੇਕੀ ਦਾ ਪਤਾ ਅੱਲਾ ਨੂੰ ਇਵੇਂ ਸਦੀਕ ਦੀ ਨੇਕੀ ਦੇ ਵਜ਼ਨ ਦਾ ਵੀ ਪਤਾ ਅੱਲਾ ਨੂੰ ਅਲ ਮਾਲ ਵਲ ਬਨੂਨ ਜ਼ੀਨਤੁਲ ਹਯਾਤ ਦੁਨੀਆ ਵਲ ਬਾਕੀਆਤ ਸਾਲਿਹਾਤ ਪਰ ਮੇਰੇ ਪਾਕ ਅਬੂ ਬਕਰ ਕਹਿੰਦੇ ਇਹ ਬੇਟੀ ਰੋਣ ਦੀ ਕਿਹੜੀ ਲੋੜ ਆਪਣੇ ਬਾਬੇ ਨੂੰ ਇਹਨਾਂ 2 ਤੁਲੀਆਂ ਚਦਰਾਂ 'ਚ ਕਫਨ ਦੇ ਦੀ ਕਫਨ ਨਵਾਂ ਹੋਵੇ ਤੇ ਤਾਂ ਕੀ ਏ ਕਫਨ ਪੁਰਾਣਾ ਹੋਵੇ ਤੇ ਤਾਂ ਕੀ ਗੱਲ ਤੇ ਅਮਲਾਂ ਨਾਲ ਮੁੱਖ ਇੱਕ ਦਿਨ 5-7 ਮੌਲਵੀ ਵੀਰ ਨਾਲ ਬੈਠੇ ਗੱਲ ਸਿਆਬਾ ਤੇ ਸ਼ੁਰੂ ਹੋ ਗਈ ਮੈਂ ਰੋਣ ਲੱਗ ਪਿਆ ਕਹਿੰਦੇ ਗੱਲ ਕੀ
ਮੈਂ ਕਿਹਾ ਯਾਰ ਅਸੀਂ ਤੇ ਲੋਕਾਂ ਨੂੰ ਆਨੇ ਇੱਕ ਇਸ਼ਤਿਹਾਰ ਛਪਾ ਲਓ ਤੇ ਜੰਨਤ ਮਿਲ ਜਾਏਗੀ ਤੇ ਪਾਕ ਸਦੀਕ ਜਿਹਨੂੰ ਜ਼ਿੰਦਗੀ ਚ ਨਬੀ ਪਾਕ ਨੇ ਕਿਹਾ ਕਿ ਤੇਰੀ ਨੇਕੀ ਦਾ ਬਦਲਾ ਅੱਲਾ ਹੀ ਉਤਾਰੇਗਾ ਉਹ ਦੁਨੀਆਂ ਤੋਂ ਜਾਣ ਲੱਗਿਆ ਕਹਿੰਦੇ ਨੇ ਪਤਾ ਨੀ ਗੱਲ ਕੀ ਬਣਨੀ ਏ ਗੱਲ ਤੇ ਅਮਲਾਂ ਨਾਲ ਮੁੱਖਣੀ ਫਿਕਰੀ ਆਖਰਤ ਦੀ ਇੰਨੀ ਖਰਾਬਾਂ ਨੂੰ ਫਿਕਰ ਇੰਨੀ ਫਿਕਰ ਅਬਦੁੱਲਾ ਬਿਨ ਮਸੂਦ ਰਜ਼ੀ ਅੱਲਾਹ ਤਾਂ ਛੋਟੀ ਛੋਟੀਆਂ ਪਿੰਡਲੀਆਂ ਵਾਲੇ ਸਹਾਬੀ ਨੇ ਨਬੀ ਪਾਕ ਕਦਰ ਕਰਦੇ ਨੇ ਉਹ ਅਬਦੁੱਲਾ ਜਿਹਨੇ ਅਬੂ ਜਾਲ ਦਾ ਸਿਰ ਲਾਇਆ ਸੀ ਜਿਹਨੇ ਨਬੀ ਪਾਕ ਦੀ ਉਮਤ ਦਾ ਫਰਾਉਣ ਮਾਰਿਆ ਦੁਨੀਆਂ ਤੋਂ ਚੱਲੇ ਬਿਮਾਰ ਹਜ਼ਰਤ ਉਸਮਾਨ ਰਜ਼ੀ ਅੱਲਾਹ ਤਾਲਾ ਨੂੰ ਪਤਾ ਲੈਣ ਆਏ ਕਹਿੰਦੇ ਅਬਦੁੱਲਾ ਤੈਨੂੰ ਕਾਹਦੀ ਬਿਮਾਰੀ ਲੱਗ ਗਈ ਕੀ ਖਾ ਲਿਆ ਕਹਿੰਦੇ ਜੀ ਖਾਣਾ ਕੀ ਹੈ ਮੈਨੂੰ ਆਪਣੇ ਅਮਲਾਂ ਦੀ ਸਜ਼ਾ ਮਿਲਦੀ ਪਈ ਹੈ ਸਿਆਪੀ ਹੈ ਗੁਨਾਹਾਂ ਦੀ ਸਜ਼ਾ ਵੇਖ ਲਓ ਨੇਕ ਫਿਕਰ ਕਿੰਨੀ ਆਖਰਤ ਦੀ ਆਪਣਾ ਇਹਤਸਾਬ ਕਰ ਰਹੇ ਕਹਿੰਦੇ ਨੇ ਕਿਹੜੀ ਚੀਜ਼ ਖਾਏਗਾ ਕਹਿੰਦੇ ਜੀ ਤੁਸੀਂ ਨਹੀਂ ਲਿਆ ਸਕਦੇ ਜਿਹੜੀ ਮੈਂ ਚਾਹੁੰਦਾ ਕਹਿੰਦੇ ਨੇ ਬਾਦਸ਼ਾਹਾਂ ਮੀਰਲ ਮੋਮਿਨੀ ਨੇ ਇਸ ਸ਼ਹਿਰ ਨਹੀਂ ਲੱਭੇਗੀ ਅਗਲੇ ਚੋਂ ਉੱਥੋਂ ਨਹੀਂ ਲੱਭੇਗੀ ਅਗਲੇ ਚੋਂ ਕਹਿੰਦੇ ਜੀ ਜੇ ਤੁਸੀਂ ਸੀ ਖਾੜੇ ਪੈ ਹੀ ਗਏ ਜੇ ਮੈਨੂੰ ਲਿਆ ਕੇ ਦੇਣੀ ਜੇ ਤੇ ਅੱਲਾ ਦੀ ਰਹਿਮਤ ਲਿਆ ਕੇ ਦੇ ਦੇਵੋ ਸਾਡੇ ਮਰਨ ਲੱਗਿਆਂ ਵੀ ਆਉਂਦੇ ਨੇ ਗੂਠੇ ਲਵਾ ਲਓ ਗੂਠੇ ਲਵਾ ਲਓ ਗੂਠੇ ਲਵਾ ਸਾਡੇ ਮਰਨ ਲੱਗਿਆਂ ਵੀ ਆਉਂਦੇ ਨੇ ਕਿ ਅੱਬੇ ਦੇ ਗੂਠੇ ਲਵਾ ਲਓ ਹੋਰ ਕੰਮ ਬਾਅਦ 'ਚ ਹੋਏਗਾ ਕਈ ਮਰਿਆਂ ਦੇ ਲਵਾ ਲੈਂਦੇ ਆ ਸੁਣ ਲਓ ਕਹਿੰਦੇ ਨੇ ਹੋਰ ਗੱਲ ਕਰ ਇਹ ਤੇ ਮੈਂ ਨਹੀਂ ਲਿਆ ਕੇ ਦੇ ਸਕਦਾ ਕਹਿੰਦੇ ਜੇ ਜੇ ਤੁਸੀਂ ਹੋਰ ਕਹਿੰਦੇ ਜੇ ਤੇ ਅੱਲਾਹ ਕੋਲ ਮੈਨੂੰ ਮਾਫੀ ਲੈ ਕੇ ਦੇ ਦੇਵੋ ਸਿਆਬਾ ਕਰਾਮ ਦੀ ਆਖਰ ਦੀ ਫਿਕਰ ਵੇਖ ਹਜ਼ਰਤ ਅਬੂ ਬਕਰ ਸਦੀਕ ਕਹਿੰਦੇ ਸਨ ਕਾਸ਼ ਮੈਂ ਇੱਕ ਚਿੜੀਆ ਹੁੰਦੀ ਪਰਿੰਦਾ ਹੁੰਦਾ ਮੇਰਾ ਹਿਸਾਬ ਹੀ ਨਾ ਹੁੰਦਾ ਤੇ ਮੈਂ ਪੜ੍ਹਦਾ ਪਿਆ ਸਾਂ ਕਿਆਮਤ ਦੇ ਦਿਨ ਅੱਲਾਹ ਨੇ ਕਹਿਣਾ ਕਿ ਸੋਹਣਿਆ ਦੁਨੀਆਂ ਦੇ ਉੱਤੇ ਮੇਰਾ ਗੁੱਸਾ ਠੰਡਾ ਕਰਨ ਵਾਲੀ ਕੋਈ ਹਸਤੀ ਹੈ ਤੇ ਹੋ ਹੈ ਕੋਈ ਨਹੀਂ ਸਾਹਮਣੇ ਹੋਊ ਸਭ ਤੋਂ ਪਹਿਲਾਂ ਅੱਲਾ ਹਿਸਾਬ ਸ਼ੁਰੂ ਕਰੇਗਾ ਮੇਰੇ ਨਬੀ ਨੂੰ ਅੱਲਾ ਕਹਿਣਗੇ ਪੇਸ਼ ਕਰੋ ਮੇਰਾ ਨਬੀ ਆਪਣੇ ਸਦੀਕ ਨੂੰ ਪੇਸ਼ ਕਰਨ ਗਿਆ ਸਦੀਕ ਨੂੰ ਵੇਖ ਕੇ ਅੱਲਾ ਦਾ ਗੁੱਸਾ ਠੰਡਾ ਹੋਏਗਾ ਹਜ਼ਰਤ ਅਬੂ ਬਕਰ ਸਦੀਕ ਨੂੰ ਵੇਖ ਕੇ ਅੱਲਾ ਦਾ ਗੁੱਸਾ ਠੰਡਾ ਹੋਏਗਾ ਸਾਡੇ ਇੱਥੇ ਸਦੀਕ ਦਾ ਨਾਮ ਸੁਣ ਕੇ ਸਗੋਂ ਗੁੱਸੇ ਹਾਈ ਹੋ ਜਾਂਦੇ ਨੇ ਲੋਕਾਂ ਬਾਰੇ ਹਾਈ ਹੁੰਦੇ ਨੇ ਅਸਤਗਫਿਰੁੱਲਾ ਮਾਜ਼ ਅੱਲਾ ਅਬੂ ਬਕਰ ਉਹ ਵੇ ਜਿਹਨੂੰ ਵੇਖ ਕੇ ਰੱਬ ਦਾ ਵੀ ਗੁੱਸਾ ਠੰਡਾ ਹੋਵੇ ਸਦੀਕ ਦੀ ਕੁਸ਼ਾਨ ਆਮ ਅਰਜ ਕਰਨਾ ਚਾਹ ਰਿਹਾ ਮੁਸਲਮਾਨ ਨੂੰ ਹਲਪ ਆਇਆ ਸਲਾਲ ਹਜਨੇ ਨੂੰ ਢੇਰ ਕੋਲ ਆਂਦੇ ਕਾਨੂੰ ਲਾ ਬੈਠਾ ਤੈਨੂੰ ਹੁਕਮ ਕਸਤੂਰੀ ਖਰੀਦਣੇ ਦਾ ਢੇਰ ਹਿੰਗ ਜਵੈਨ ਦੇ ਲਾ ਬੈਠਾ ਉਸ ਸ਼ਾਹ ਤਾਈ ਕੀ ਜਵਾਬ ਦੇ ਸੀ ਜਿਹਦੀ ਰਕਮ ਨੂੰ ਰੇਤ ਮਿਲਾ ਬੈਠਾ ਅਰਜ ਕਰਦਾ ਪਿਆ ਦੀ ਜਾਣੇ ਮਨ ਅਲਗ ਹਜੇ ਵੀ ਫਿਕਰ ਨਾ ਹੋਵੇ ਤੇ ਆ ਵੇਖ ਲਾ ਹਜ਼ਰਤ ਸੁਲੇਮਾਨ ਪੈਗੰਬਰ ਜਾ ਰਹੇ ਨੇ ਕਹਿੰਦੇ ਹੋਦੋ ਦੁੜ ਜਾਓ ਕਹਿੰਦੇ ਬੱਚਾ ਤੈਨੂੰ ਫਾਈ ਲਾ ਕੇ ਬੈਠਾ ਹੈ ਕਹਿੰਦੇ ਜੀ ਮੈਂ ਤੈਨੂੰ ਚੱਕਰ ਦੇ ਰਿਹਾ ਹੈ ਅੱਜ ਮੈਂ ਸਾਡੇ ਬੰਦੇ ਚੱਕਰ ਦਿੰਦੇ ਉਹ ਅਜੇ ਤੇਰੀ ਕੋਈ ਦਾੜੀ ਰੱਖਣ ਦੀ ਉਮਰ ਹੈ ਉਹ ਬੁੱਢਾ ਹੋ ਗਿਆ ਹੁਣੇ ਹੀ ਉਹ ਅਜੇ ਤੇਰੀ ਕੋਈ ਦਾੜੀ ਰੱਖਣ ਦੀ ਉਮਰ ਹੈ ਮਾਵਾਂ ਕਹਿੰਦੀਆਂ ਵੇ ਪੁੱਤਰ ਅਜੇ ਤੇਰੀ ਦਾੜੀ ਰੱਖਣ ਦੀ ਉਮਰ ਹੈ ਨਹੀਂ ਭੈਣੇ ਜੇ ਉਮਰ ਹੀ ਤੇ ਆਈਏ ਜਿੰਨਾ ਚਿਕਰ ਉਮਰ ਨਹੀਂ ਸੀ ਰੱਬ ਨੇ ਆਉਣ ਦਿੱਤੀ ਨਹੀਂ ਜਿੰਨਾ ਚਿਕਰ ਉਮਰ ਨਹੀਂ ਸੀ ਰੱਬ ਨੇ ਆਉਣ ਹੀ ਨਹੀਂ ਦਿੱਤੀ ਇਹ ਆਈ ਉਦੋਂ ਆ ਜਦੋਂ ਉਮਰ ਹੋਈ ਹੈ ਇੱਥੇ ਆਉਂਦੇ ਅਜੇ ਦਾੜੀ ਰੱਖਣ ਦੀ ਕੀ ਉਮਰ ਅਜੇ ਕੀ ਉਮਰ ਹੈ ਦਾੜੀ ਰੱਖ ਕੇ ਨਾ ਜੀ ਉਮਰ ਬਹੁਤੀ ਲੱਗਦੀ ਅਜੇ ਕੀ ਉਮਰ ਹੈ ਆ ਸੁਣ ਲਾ ਧਿਆਨ ਨਾਲ ਕਈ ਆਉਂਦੇ ਨੇ ਜੇ ਨਮਾਜ਼ ਦੇ ਕਿਹੜੇ ਵੇਲੇ ਨੇ ਹੱਜ ਦੇ ਕਿਹੜੇ ਵੇਲੇ ਨੇ ਕਹਿੰਦੇ ਨੇ ਕਿ ਨਹੀਂ ਅਜੇ ਕਿਹੜੀ ਉਮਰ ਹੈ ਤੂੰ ਹੁਣੇ ਹੀ ਹੱਜ ਕਰ ਆਇਆ ਕਈ ਇਹੋ ਜਿਹੇ ਕੁਹਰ ਦੇ ਕਲਮੇ ਪੜ੍ਹਦੇ ਉਹ ਕਈ ਮਾਸ਼ਾਲਾ ਕਹਿਣ ਦੀ ਬਜਾਏ ਆਉਂਦੇ ਨੇ ਉਹ ਤੇਰੀ ਕੋਈ ਉਮਰ ਸੀ ਹੱਜ ਕਰਨ ਵਾਲੀ ਅਜੇ ਤਾਂ ਤੂੰ ਹੋਰ ਸੂਰ ਮਾਰਨੇ ਸੀ ਸੂਰ ਠੱਗਣੇ ਸੀ ਹੋਰ ਤੂੰ ਸੂਰ ਬਣਨਾ ਸੀ ਉਹ ਬੋਲੋ ਤਾਂ ਸਹੀ ਇੰਜੀ ਹੈ ਕਿ ਨਹੀਂ ਇੰਜੀ ਹੈ ਕਹਿੰਦੇ ਨੇ ਲੋਕਾਂ ਨੂੰ ਸੁਣ ਲਓ ਜ਼ਰਾ ਤੇ ਆਉਣ ਅਰਜ਼ ਕਰਦਾ ਪਿਆ ਨਹੀਂ ਜਾਣੇ ਮਨ ਮੈਂ ਤੈਨੂੰ ਇਨਸ਼ਾਲਾ ਅੱਜ ਸਮਝਾ ਜਾਵਾਂਗਾ ਫਿਕਰੇ ਆਖਰਤ ਕੀ ਹੁੰਦੀ ਏ ਅਰਜ਼ ਕਰਦਾ ਪਿਆ ਨਹੀਂ ਜਾਣੇ ਮਨ ਮੈਂ ਸਮਝਾਉਣ ਲੱਗਾ ਗੱਲ ਬੜੀ ਕੀਮਤੀ ਪੇਸ਼ ਕਰਦਾ ਪਿਆ ਵੀ ਸੁਣ ਲਾ ਹਜ਼ਰਤ ਸੁਲੇਮਾਨ ਪੈਗੰਬਰ ਕਹਿੰਦੇ ਹੋ ਦੁੱਧ ਉੱਡ ਜਾਓ ਦੁੱਧ ਵੇਖਿਆ ਜੇ
ਆ ਜਿਹਨੂੰ ਟੋਕਾ ਕਹਿੰਦੇ ਅੱਲਾ ਜਾਣਦਾ ਇੰਨੀ ਅਕਲ ਵਾਲਾ ਜੇ ਟਾਲੀ 'ਚ ਸਰਾਖ ਮਾਰੇ ਤੇਰੀਆਂ ਵੀਰਾਂ ਸੁਣ ਲਓ ਡਰਿੱਲਾਂ ਸੜ ਜਾਂਦੀਆਂ ਨੇ ਡਰਿੱਲ ਮਸ਼ੀਨ ਸੜ ਜਾਂਦੀ ਹੈ ਟਾਲੀ 'ਚ ਸਰਾਖ ਮਾਰਿਆ ਟਾਲੀ ਏਡੀ ਪੱਕੀ ਹੁੰਦੀ ਹੈ ਵਰਮੇ ਟੁੱਟ ਜਾਂਦੇ ਨੇ ਟੁੱਟਦੇ ਨੇ ਕਿ ਨਹੀਂ ਅੱਲਾ ਨੇ ਉਹਦੀ ਚੁੰਝ 'ਚ ਐਸਾ ਵਰਮਾ ਫਿੱਟ ਕੀਤਾ ਹੈ ਨਾ ਕਾਰਬਨ ਸੜਦੇ ਨੇ ਨਾ ਡਰਿੱਲ ਮਸ਼ੀਨ ਸੜਦੀ ਹੈ ਨਾ ਵਰਮਾ ਹੀ ਟੁੱਟਦਾ ਵੇ ਤੇ ਏਡਾ ਗੋਲ ਦਾਇਰਾ ਉਹ ਕੱਢਦਾ ਹੈ ਕਿ ਉੱਥੇ ਖਰਾਦੀਆ ਵੀ ਦੰਗ ਰਹਿ ਜਾਂਦਾ ਹਾਂ ਇੰਜੀਨੀਅਰ ਖਰਾਦੀਆ ਵੀ ਦੰਗ ਰਹਿ ਜਾਂਦਾ ਏਡੇ ਗੁਲਾਈ 'ਚ ਮਾਰਦਾ ਕਿਉਂ ਵੀ ਇੰਜੀ ਇੱਕ ਨਹੀਂ ਹੈ ਏਡੀ ਗੁਲਾਈ ਨਾਲ ਟਾਲੀ 'ਚ ਸਰਾਖ ਕਰਦਾ ਟੋਕੇ ਹੁਣੀ ਬੈਠਿਆਂ ਦੇ ਉੱਤੇ ਤਾਜ ਲੱਗਾ ਹੈ ਅਕਲ ਕਿੰਨੀ ਹੈ ਜੇ ਕਦੀ ਪਾਣੀ 'ਚ ਚੁੰਝ ਲਾਵੇ ਤਾਂ ਸੁਲੇਮਾਨ ਪੈਗੰਬਰ ਨੂੰ ਦੱਸਦੇ ਨੇ ਜੀ ਇੱਥੇ ਪਾਣੀ ਡੂੰਘਾ ਨਹੀਂ ਇੱਥੋਂ ਲੰਘੋ ਅਤੇ ਜੇ ਕਦੀ ਚੁੰਝ ਲਾਉਣ ਮਿੱਟੀ ਨੂੰ ਤਾਂ ਦੱਸ ਦਿੰਦੇ ਨੇ ਜੀ ਇੱਥੇ ਟੋਇਆ ਕੱਢੋ ਇੱਥੇ ਪਾਣੀ ਉੱਤੇ ਆ ਅਤੇ ਇੱਥੇ ਪਾਣੀ ਥੱਲੇ ਆ ਤੇਰੀ ਸਾਇੰਸ ਸੱਜ ਆਈਏ ਅੱਲਾ ਨੇ ਸੁਲੇਮਾਨ ਪੈਗੰਬਰ ਨੂੰ ਸਾਇੰਸਦਾਨ ਵਜ਼ੀਰ ਟੋਕਾ ਦਿੱਤਾ ਸੀ ਅੱਲਾ ਤੇਰੀ ਸਾਇੰਸ ਸੱਜ ਆਈ ਸੁਲੇਮਾਨ ਪੈਗੰਬਰ ਕਹਿੰਦੇ ਹੋ ਦੁੱਧ ਉੱਡ ਜਾ ਬੱਚਾ ਤੈਨੂੰ ਫਾਈ ਲਾ ਕੇ ਬੈਠਾ ਹੈ ਖਾਂਦੇ ਨੇ ਹਜ਼ਰਤ ਮੈਂ ਇਹਨੂੰ ਚੱਕਰ ਦੇ ਰਿਹਾ ਮੈਂ ਕਿਹੜੇ ਦੇ ਕਾਬੂ ਆਉਣਾ ਹੈ ਵਾਪਸ ਆਏ ਫਾਈ ਵਾਲਾ ਬੈਠਾ ਹੈ ਕਿਉਂ ਜੀ ਅਤੇ ਸਾਹਮਣੇ ਟੋਕਾ ਹੈ ਫਸਿਆ ਪਿਆ ਫਾਈ 'ਚ ਅਤੇ ਸੁਲੇਮਾਨ ਪੈਗੰਬਰ ਹੱਸ ਪਏ ਹਾਏ ਹੋ ਦੋ ਤੈਨੂੰ ਕੀ ਬਣਿਆ ਕਹਿੰਦੇ ਇਜ਼ਾ ਜਾ ਅਲ ਕਦਰੂ ਆਮੀ ਅਲ ਬਸਰ ਹਜ਼ੂਰ ਜਦੋਂ ਤਕਦੀਰਾਂ ਆ ਜਾਣ ਅੱਖਾਂ ਅੰਨੀਆਂ ਹੋ ਜਾਂਦੀਆਂ ਨੇ ਅਕਲਾਂ ਜਵਾਬ ਦੇ ਜਾਂਦੀ ਗੱਡੀ ਹਮੇਸ਼ਾ ਡਰਾਈਵਰ ਕੋਲੋਂ ਵੱਜਦੀ ਏ ਕਿਉਂ ਵੀ ਰੋਜ਼ ਚਲਾਉਂਦਾ ਫਿਰ ਵੱਜ ਜਾਂਦੀ ਗੱਡੀ ਹਮੇਸ਼ਾ ਡਰਾਈਵਰ ਕੋਲੋਂ ਵੱਜਦੀ ਡੁੱਬਦਾ ਹਮੇਸ਼ਾ ਤਾਰੂ ਏ ਜਿਹਨੂੰ ਤਰਨਾ ਨਹੀਂ ਆਉਂਦਾ ਉਹਨੇ ਤਾਂ ਖਾਲ ਵੀ ਨਹੀਂ ਟੱਪਣਾ ਹੁਣ ਨਾ ਭਾਈ ਡੁੱਬ ਜੂ ਡੁੱਬਦਾ ਹਮੇਸ਼ਾ ਤਾਰੂ ਏ ਸੁਣ ਲਓ ਬਾਬੇ ਗੁਰੂ ਨਾਨਕ ਨੇ ਲਿਖਿਆ ਹੈ ਜਦੋਂ ਜੱਟਾਂ ਫਾਈਆਂ ਅੱਡੀਆਂ ਤੇ ਸਾਰੀ ਸੀ ਮੈਨੂੰ ਸੁੱਧ ਹਈ ਸੁਣ ਲਓ ਮੈਂ ਤੁਹਾਨੂੰ ਮਿਸਾਲ ਪਤਾ ਜਿੱਥੋਂ ਗੱਲ ਚੰਗੀ ਮਿਲੀ ਉੱਥੋਂ ਕਰਨੀ ਚਾਹੀਦੀ ਬਾਬੇ ਗੁਰੂ ਨਾਨਕ ਲਿਖਿਆ ਜਦੋਂ ਜੱਟਾਂ ਫਾਈਆਂ ਅੱਡੀਆਂ ਸਾਰੀ ਸੀ ਮੈਨੂੰ ਸੁੱਧ ਚੋਗ ਨੂੰ ਖੁੱਟੀ ਨਾਨਕਾ ਤੇ ਗਈ ਸ੍ਰੀ ਨੂੰ ਬੁੱਧ ਇਹ ਸਾਰੇ ਬੰਦਿਆਂ ਨੂੰ ਪਤਾ ਵੀ ਪਾਣੀ ਚੋਰੀ ਨਹੀਂ ਤੋਰ ਤੇ ਫਿਰ ਵੇਖ ਕੇ ਮਰ ਜਾਂਦੇ ਉਹ ਬੋਲੋ ਤੁਸੀਂ ਇਹਨਾਂ ਸਾਰਿਆਂ ਨੂੰ ਪਤਾ ਤੂੜੀ ਦੀ ਧਰ ਤੋਂ ਚੋਰੀ ਨਹੀਂ ਪੰਡ ਚੁੱਕਣੀ ਫਿਰ ਲੱਦ ਲੈਂਦੇ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਟੱਕ ਤੋਂ ਪੱਠੇ ਨਹੀਂ ਵੱਢਣੇ ਇੱਕ ਪੰਡ ਉੱਥੋਂ ਵੱਡੀ ਇੱਕ ਉੱਥੋਂ ਵੱਡੀ ਉਹ ਦਿਨੇ ਆਉਂਦਾ ਮੇਰੇ ਪੱਠੇ ਵੱਡੀ ਉਹ ਮਾਂ ਤੇਰੇ ਜੁਲੇ ਪਾਉਣੇ ਨੇ ਮੇਰਾ ਨਾਲ ਦਾ ਟੱਕ ਮੈਂ ਆਪਣੇ ਵੱਡੇ ਨੇ ਸਹੀ ਗੱਲ ਇੰਝ ਹੁੰਦਾ ਪਿਆ ਕਿ ਨਹੀਂ ਹੁੰਦਾ ਪਿਆ ਵੱਟਦੇ ਜਾਂਦਿਆਂ ਮੂੰਜਰ ਖਿੱਚ ਕੇ ਖਾਈ ਆਉਂਦੇ ਨੇ ਚੋਰੀ ਭਾਵੇਂ ਲੱਖ ਦੀ ਹੋਵੇ ਭਾਵੇਂ ਕੱਖ ਦੀ ਚੋਰੀ ਚੋਰੀ ਹੁੰਦੀ ਹੈ ਇਹ ਮੂੰਜਰਾਂ ਖਿੱਚ ਖਿੱਚ ਕੇ ਤੇ ਸਾਰੇ ਰਾਹ ਖਾਈ ਆਉਂਦੇ ਇੰਜੀ ਇੱਕ ਨਹੀਂ ਇਹਦਾ ਵੀ ਸਾਫ ਦੇਣਾ ਪੈਣਾ ਹੈ ਮੂੰਜਰਾਂ ਦਾ ਵੀ ਇਹ ਸਾਫ ਦੇਣਾ ਪੈਣਾ ਤੈਨੂੰ ਇੱਕ ਮੂੰਜਰ ਵੀ ਖਿੱਚ ਕੇ ਖਾਧੀ ਹੋਈ ਇਹਦਾ ਸਾਫ ਦੇਣਾ ਪੈਣਾ ਥਾਣੇ ਰੁਪਈਏ ਦਾ ਚੋਰ ਵੀ ਚੋਰ ਹੈ ਤੇ ਕਰੋੜ ਦਾ ਚੋਰ ਵੀ ਚੋਰ ਹੈ ਬੋਲੋ ਤੇ ਸਹੀ ਚੋਰ ਹੀ ਹੈ ਕਹਿਣਗੇ ਉਹਨੂੰ ਚੋਰ ਭਾਵੇਂ ਕੁਰਸੀ ਤੇ ਭਾਲਣ ਭਾਵੇਂ ਥੱਲੇ ਭਾਲਣ ਹੈ ਚੋਰ ਹੀ ਉਹ ਬੋਲੋ ਤੇ ਸਹੀ ਆ ਹੁਣ ਕਈ ਚੋਰ ਹੁਣ ਕੁਰਸੀਆਂ 'ਤੇ ਵੀ ਬਹਿੰਦੇ ਨੇ ਕਿਉਂ ਜੀ ਮੀਆਂ ਜੀ ਬਹਿੰਦੇ ਕਿ ਨਹੀਂ ਮੋਲ ਅੱਲਾ ਆਂਦੇ ਹਜ਼ਰਤ ਕਹਿੰਦੇ ਨੇ ਬੈਠੇ ਹੀ ਸਾਰੇ ਚੋਰ ਨੇ ਇੱਥੇ ਆਹ ਸਹੀ ਗੱਲ ਅਸੈਂਬਲੀ 'ਚ ਮੋਲ ਵੀ ਕੱਢ ਕੇ ਸਾਰੇ ਚੋਰ ਹੀ ਬੈਠੇ ਨੇ ਇੱਥੇ ਉਹ ਮੈਂ ਅਗਲੇ ਦਿਨ ਤਕਰੀਰ ਕਰਨ ਜਾ ਰਿਹਾ ਮੈਨੂੰ ਇੱਕ ਮੁੰਡੇ ਨੇ ਕਿਹਾ ਫੇਸਬੁੱਕ 'ਤੇ ਵੇਖੋ ਉਹ ਖੋਤੇ ਨਾ ਫੱਕ ਖਾ ਰਹੇ ਸੀ ਇਕੱਠੇ ਹੋ ਕੇ ਉੱਤੇ ਉਹਨਾਂ ਲਿਖਿਆ ਅਸੈਂਬਲੀ ਦਾ ਇਜਲਾਸ ਹੋ ਰਿਹਾ ਮੈਂ ਕਿਹਾ ਵਾਹ ਮੁੰਡੇ ਉਹ ਖੋਤੇ ਹੀ ਬਣਾ ਦਿੱਤੇ ਜੀ ਸਾਰੇ ਅੱਲਾਹੁ ਅਕਬਰ ਤੋਬਾ ਅੱਲਾ ਦਾ ਨਸੀਬ ਫਰਮਾਇਆ ਮੁਸਲਮਾਨ ਨੂੰ ਹੁਣ ਦੇ ਵਜ਼ੀਰ ਆਉਂਦੇ ਨੇ ਕਿ ਬੰਦੇ ਭੁੱਖੇ ਮਰਨ ਕਰਾਚੀ 'ਚ ਕੋਈ ਉਂਝ ਗਰਮੀ ਨਾ ਮਰ ਜਾਣ ਤਾਂ ਸਾਡਾ ਕੀ ਕਸੂਰ ਹੈ ਅਤੇ ਵਾਹ ਉਮਰ ਤੇਰੀ ਅਜ਼ਮਤ ਨੂੰ ਸਲਾਮ ਕਹਿੰਦੇ ਦਰਿਆ ਦੇ ਕਿਨਾਰੇ ਕੁੱਤੇ ਦਾ ਬੱਚਾ ਵੀ ਮਰੇ ਅਤੇ ਉਮਰ ਨੂੰ ਪੁੱਛ ਹੋਏਗੀ ਹਜ਼ਰਤ ਉਮਰ ਬਿਨ ਅਬਦੁਲ ਅਜ਼ੀਜ਼ ਉਮਰੇ ਸਾਨੀ ਹਜ਼ਰਤ ਉਮਰੇ ਫਾਰੂਕ ਦੀ ਲੜੀ 'ਚੋਂ ਨੇ ਏਡੇ ਖਲੀਫਾ ਨੇ ਸ਼ੇਰ ਤੇ ਬੱਕਰੀ ਨੇ ਇਕੱਠਿਆਂ ਪਾਣੀ ਪੀਤਾ 28 ਸਾਲ ਇੰਨਾ ਇਨਸਾਫ ਕੀਤਾ ਹਜ਼ਰਤ ਉਮਰ ਬਿਨ ਅਬਦੁਲ ਅਜ਼ੀਜ਼ ਫੌਤ ਹੋ ਕੇ ਕਿਸੇ ਬੰਦੇ ਨੂੰ ਖਾਬ 'ਚ ਮਿਲੇ ਰੰਗ ਪੀਲਾ ਪਿਆ ਏ ਕਹਿੰਦੇ ਜਨਾਬ ਤੁਸੀਂ ਏਡੇ ਇਨਸਾਫ ਵਾਲੇ ਸ਼ੇਰ ਤੇ ਬੱਕਰੀ ਨੇ ਇੱਕੋ ਘਾਟ 'ਤੇ ਪਾਣੀ ਪੀਤਾ ਏ ਨਾ ਜੀ ਏਡਾ ਇਨਸਾਫ ਅੱਜ ਰੰਗ ਕੋ ਪੀਲਾ ਪਿਆ ਏ ਕਹਿੰਦੇ ਜੀ ਕਿਆਮਤ ਦਾ ਦਿਹਾੜਾ ਕਾਇਮ ਹੋ ਗਿਆ ਅੱਲਾ ਨੇ ਇਨਸਾਫ ਵਾਲਾ ਤਰਾਜ਼ੂ ਲਾਇਆ ਮੇਰੇ ਖਾਤੇ 'ਚੋਂ ਇੱਕ ਨਿਕਲਿਆ ਕੰਮ ਤੇਰੇ ਦੌਰ ਦੇ ਅੰਦਰ ਇੱਕ ਨਹਿਰ ਸੀ ਨਹਿਰ ਦੇ ਉੱਤੇ ਪੁਲ ਸੀ ਪੁਲ ਦੇ ਅੰਦਰ ਸਰਾਖ ਸੀ ਉੱਥੋਂ ਬੱਕਰੀਆਂ ਦੇ ਰੇਵੜ ਗੁਜ਼ਰਿਆ ਇੱਕ ਬੱਕਰੀ ਦੀ ਲੱਤ ਫਸੀ ਟੁੱਟ ਗਈ ਅੱਲਾ ਮੈਨੂੰ ਪੁੱਛਦੇ ਪਏ ਨੇ ਜੇ ਤੂੰ ਪੁਲ ਠੀਕ ਕਰਾਇਆ ਹੁੰਦਾ ਬੇਜ਼ਬਾਨ ਦੀ ਲੱਤ ਨਹੀਂ ਟੁੱਟਣੀ ਸੀ ਮੈਨੂੰ ਅੱਜ ਬੇਜ਼ਬਾਨ ਦੀ ਲੱਤ ਦਾ ਹਿਸਾਬ ਦੇ ਦੇ
ਉੱਥੇ ਬੇਜ਼ਬਾਨ ਦੀ ਲੱਤ ਟੁੱਟੇ ਤੇ ਉਮਰ ਬਿਨ ਅਬਦੁਲ ਅਜ਼ੀਜ਼ ਨੂੰ ਜਵਾਬ ਦੇ, ਇੱਥੇ ਗਲੀਆਂ 'ਚ ਢੱਕਣ ਨਹੀਂ, ਗਟਰਾਂ ਦੇ ਬੱਚੇ ਮਰਦੇ ਨੇ, ਕੋਈ ਪੁੱਛਣ ਵਾਲਾ ਹੀ ਨਹੀਂ, ਕੋਈ ਪੁੱਛਣ ਵਾਲਾ ਹੀ। ਸਾਡੇ ਘਰ 'ਚ ਕਰੋੜ ਲੱਗਾ, ਗਲੀ 'ਚ ਢੱਕਣ ਨਹੀਂ ਗਟਰ ਦਾ, ਅਸੀਂ ਆਨੇ ਕਮੇਟੀ ਵਾਲੇ ਆਉਣਗੇ ਤੇ ਰੱਖਣਗੇ, ਆਪਣਾ ਬੱਚਾ ਮਰਵਾ ਲੈਣਾ ਜਿਹਦੀ ਕੀਮਤ ਹੀ ਕੋਈ ਨਹੀਂ। ਗਟਰ 200 ਦਾ ਹੁੰਦਾ, ਢੱਕਣ ਕਿੰਨੇ ਦਾ ਹੁੰਦਾ? 200-300 ਦਾ। ਉਹ ਬੱਚਾ ਮਰਵਾ ਲੈਣਾ ਜਿਹਦੀ ਕੀਮਤ ਹੀ ਕੋਈ ਨਹੀਂ। ਕਿਉਂ ਭਾਈ, ਸੁਣ ਲਿਆ ਗੱਲ ਸਹੀ ਨਹੀਂ? ਸਾਡੇ ਮੁਸਲਮਾਨ ਤੇ ਏਡੇ ਬੇਹਦ ਹੈ, ਤੇ ਇਹਨਾਂ ਦਾ ਤੁਸੀਂ ਹਾਲ ਵੇਖ ਲਓ। ਆ ਸਾਡੇ ਮੁਸਲਮਾਨ ਅਮਰੀਕਾ ਨੂੰ ਰੋਜ਼ ਗਾਲਾਂ ਕੱਢਦੇ ਨੇ, ਤੇ ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ ਬੱਚਿਆਂ ਦਾ ਬਣਾਇਆ ਤੇ ਲਾਹੌਰ 'ਚ ਅਮਰੀਕਾ ਨੇ ਬਣਾਇਆ। ਮੈਨੂੰ ਇੱਕ ਬੰਦਾ ਨਾ, ਅਮਰੀਕਾ ਗਰਕ ਕਿਉਂ ਨਹੀਂ ਹੁੰਦਾ? ਮੈਂ ਜਿੰਨਾ ਚਿਕਰ ਇਹ ਸਦਕਾ ਖਰਾਇਤ ਕਰਦਾ ਪਿਆ, ਅੱਲਾ ਨੇ ਇਹਨੂੰ ਗਰਕ ਨਹੀਂ ਕਰਨਾ, ਕਿਉਂਕਿ ਕਾਫਰ ਦੀ ਨੇਕੀ ਅੱਲਾ ਜ਼ਾਇਆ ਨਹੀਂ ਕਰਦਾ, ਅੱਲਾ ਦੁਨੀਆਂ 'ਚ ਉਹਦਾ ਉਹਨੂੰ ਅਜਰ ਦੇ ਦੇ, ਸਾਰਾ ਮਾਲ ਉਹਨਾਂ ਨੂੰ ਲੱਗੇਗਾ। ਆ ਜਿਹੜਾ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਹੈ, ਇਹ ਕਸਮੇ ਮੈਂ ਤੁਹਾਨੂੰ ਕਰੋੜਪਤੀ ਬੰਦੇ ਵਿਖਾ ਸਕਦਾ ਜਿਨ੍ਹਾਂ ਦੇ ਸਾਰੇ ਖਾ ਰਹੇ ਨੇ ਜੀ, ਇਹ ਬੇਵਾ ਨੇ, ਇਹ ਗਰੀਬ ਨੇ, ਯਤੀਮ ਨੇ। ਉਹ ਹੋ ਰਿਹਾ ਕਿ ਨਹੀਂ, ਬੋਲੋ ਤੇ। ਆਪਣਿਆਂ ਨੂੰ ਫਾਰਮ ਦਿੱਤੇ ਨੇ, ਮੇਰੇ ਨਬੀ ਫਰਮਾਉਂਦੇ ਨੇ ਕਿਆਮਤ ਨੂੰ ਇਹਨਾਂ ਦੇ ਮੂੰਹ 'ਚ ਕੋਲੇ ਪਾਏ ਜਾਣਗੇ, ਇਹਨਾਂ ਦੇ ਢਿੱਡ ਦੋਜ਼ਖ ਬਣਾ ਕੇ ਵਿੱਚ ਅੱਗ ਪਾਈ ਜਾਏਗੀ, ਜਿਹੜੇ ਕਿਸੇ ਦਾ ਹੱਕ ਖਾਂਦੇ। ਹੱਕ ਪਰਾਇਆ ਨਾਨਕਾ ਕਿਆ ਢੱਗੀ ਕਿਆ ਸੂਰ, ਇੰਝ ਕਿਸੇ ਦਾ ਹੱਕ ਖਾਈਏ। ਬਾਬਾ ਗੁਰੂ ਨਾਨਕ ਕਹਿੰਦਾ, ਜੇ ਕੋਈ ਸਿੱਖ ਖਾਵੇ ਇੰਝ ਜਿਵੇਂ ਢੱਗੀ ਖਾਂਦਾ, ਫਿਰ ਕੋਈ ਮੁਸਲਮਾਨ ਖਾਵੇ ਇੰਝ ਜਿਵੇਂ ਸੂਰ ਖਾਂਦਾ। ਪਰ ਸਾਡੇ ਮੁਸਲਿਆਂ ਕਈਆਂ ਸੂਰ ਵੀ ਖਵਾ ਦਿੱਤੇ। ਅੱਜ TV 'ਤੇ ਲਾਹੌਰ ਖਬਰ ਪੜਨ ਦਿਆਂ ਸਾਂ, ਉਹਨਾਂ ਸੂਰ ਦਾ ਗੋਸ਼ਤ ਲਾਹੌਰ ਖਵਾ ਦਿੱਤਾ। ਤੋਬਾ, ਖੋਤਿਆਂ ਦੇ ਅੱਲਾ ਜਾਣਦਾ, ਆ ਰਾਹ ਜਾਂਦੇ ਜਿੰਨੇ ਖੋਤੇ ਖੜੇ ਹੁੰਦੇ ਸੀ, ਹੁਣ ਸੜਕ 'ਤੇ ਖੋਤਾ ਹੀ ਕੋਈ ਨਜ਼ਰ ਆਉਂਦਾ। ਅੱਲਾ ਜਾਂਦਾ ਉਹ ਸਾਰੇ ਇਹਨਾਂ ਲੋਕਾਂ ਨੂੰ ਖਵਾ ਦਿੱਤੇ ਨੇ। ਮੈਂ ਵੇਖਣਾ, ਜੋ ਅੰਨੇ ਲੰਗੜੇ ਖੋਤੇ ਸੜਕਾਂ 'ਤੇ ਹੁੰਦੇ ਸੀ, ਗੱਡੀਆਂ 'ਚ ਵੱਜਦੇ ਸੀ, ਹੁਣ ਉਹ ਅਸੀਂ ਆਉਂਦੇ ਨੇ ਸਾਰਜੰਟ ਖੜਾ ਸਿੱਧੇ ਹੋ ਜਾਓ, ਅਤੇ ਹੁਣ ਉਹ ਸਾਰੇ ਸਾਰਜੰਟ ਢਿੱਡਾਂ 'ਚ ਚਲੇ ਗਏ। ਉਹ ਇੱਕ ਬੰਦਾ ਆਉਂਦਾ, ਮੈਂ 100 ਖੋਤਾ ਖਵਾਇਆ ਲੋਕਾਂ ਨੂੰ। ਮੈਂ ਵਾਹ, ਖੋਤਿਆ, ਖੋਤੇ ਖਵਾਉਣੇ ਸੀ, ਹੋਰ ਕੀ ਕਰਨਾ ਸੀ। ਅੱਜ ਅਖਬਾਰ ਦੀ ਖਬਰ ਸੀ, ਸ਼ਹਿਬਾਜ਼ ਸ਼ਰੀਫ ਨੇ ਐਕਸ਼ਨ ਲਿਆ ਹੈ, ਉਹਨੇ ਖਨਜ਼ੀਰ ਦਾ ਗੋਸ਼ਤ ਲੋਕੀ ਇੱਕ ਬੰਦੇ ਨੇ ਖਵਾਇਆ, ਕਿੰਨਾ ਗੋਸ਼ਤ ਫੜਿਆ ਗਿਆ। ਅੱਲਾਹ ਅਕਬਰ, ਕੀ ਯਾਰ ਦੌਰ ਕੀ ਆ ਗਿਆ? ਆਖਰਤ ਦੀ ਸਾਨੂੰ ਕੋਈ ਫਿਕਰ ਰਹਿ ਗਈ? ਸਾਡੇ ਦਿਲ 'ਚ ਕੋਲਾਂ ਦਾ ਡਰ ਰਹਿ ਗਿਆ? ਕੋਈ ਸਾਨੂੰ ਫਿਕਰ ਰਹਿ ਗਈ ਮੌਤ? ਸਾਨੂੰ ਫਿਕਰ ਹੀ ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਨੂੰ ਕੁਰਾਨ ਦੀ ਹੈ ਤੇ ਮੈਂ ਦੋਸਤਾਂ ਚੰਦ ਮਿੰਟਾਂ 'ਚ ਆਪਣੀ ਬਾਤ ਖਤਮ ਕਰਾਂਗਾ, 2 ਘੰਟੇ ਹੋ ਗਏ ਨੇ, ਇਜਾਜ਼ਤ ਚਾਹਾਂਗਾ। ਹਲ ਮਾਲੋ ਅਲ ਬਨੂਨ ਜ਼ੀਨਤ ਹਯਾਤ ਦੁਨੀਆ ਵਲ ਬਾਕੀਆਤ ਸਾਨਿਹਾਂ। ਅਰਜ਼ ਕਰਦਾ ਪਿਆ ਜੀ ਜ਼ਾਲਿਮਨ, ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਜਾ ਰਹੇ ਨੇ ਏਡਾ ਵੱਡਾ ਤਖਤੇ, ਕਿਤੇ ਵਜ਼ੀਰ ਬੈਠੇ ਨੇ, ਕਿਤੇ ਮਸ਼ੀਰ ਬੈਠੇ ਨੇ, ਕਿਤੇ ਜਿੰਨ ਬੈਠੇ ਨੇ, ਕਿਤੇ ਇਨਸਾਨ ਬੈਠੇ ਨੇ। ਹਜ਼ਰਤ ਸੁਲੇਮਾਨ ਪੈਗੰਬਰ ਤਖਤ 'ਤੇ ਬੈਠੇ, ਸ਼ੇਰਾਂ ਨੇ ਮੋਢਾ ਦਿੱਤਾ, ਤਖਤ ਹਵਾ 'ਚ ਮੁਅੱਲਕ ਹੋ ਗਿਆ। ਹਜ਼ਰਤ ਸੁਲੇਮਾਨ ਪੈਗੰਬਰ ਜਾ ਰਹੇ ਨੇ, ਇੱਕ ਬਾਬਾ ਜੀ ਚਿੱਟੀਦਾਰੀ ਬਾਰਿਸ਼ ਬੰਦਾ ਥੱਲੇ ਵੇਖ ਕੇ ਕੀ ਕਹਿੰਦਾ ਹੈ? ਸੁਬਹਾਨ ਅੱਲਾਹ, ਸੁਬਹਾਨ ਅੱਲਾਹ। ਸਾਡਾ ਤਾਂ ਕਿਸੇ ਦੀ ਚੰਗੀ ਮੂੰਜੀ ਵੇਖ ਕੇ ਨਾਜੀ ਮਰ ਜਾਂਦੇ ਹਾਂ, ਕਿਸੇ ਦੀ ਔਲਾਦ ਜਵਾਨ ਵੇਖ ਕੇ ਮਰ ਜਾਂਦੇ ਹਾਂ, ਕਿਸੇ ਦੇ 4 ਕਿੱਲੇ ਵੇਖ ਕੇ ਮਰ ਜਾਂਦੇ ਹਾਂ, ਜਾਦੂ ਕਰਨੇ ਟੂਣੇ ਕਰਨੇ ਆਉਂ। ਇਹ ਕੀ ਕਹਿੰਦਾ? ਸੁਬਹਾਨ ਅੱਲਾਹ, ਸੁਬਹਾਨ ਅੱਲਾਹ, ਅੱਲਾ ਤੇਰੀਆਂ ਸ਼ਾਨਾਂ ਏ। ਸੁਲੇਮਾਨ ਪੈਗੰਬਰ ਨੂੰ ਹਵਾਵਾਂ ਤੇ ਹਕੂਮਤਾਂ ਦਿੱਤੀਆਂ ਨੇ, ਤਖਤ ਉਡਾਈ ਫਿਰਦਾ ਏ। ਅੱਲਾ ਪਾਕ ਦੇ ਨਬੀ ਸੁਲੇਮਾਨ ਦੇ ਕੰਨ 'ਚ ਆਵਾਜ਼ ਪੈ ਗਈ, ਕਹਿੰਦੇ ਨੇ ਤਖਤ ਥੱਲੇ ਲਾ ਦਿਓ। ਅੱਲਾ ਸੋਨੇ ਦੇ ਮਹਬੂਬ ਪੈਗੰਬਰ, ਮੁਲਾ ਜੀ ਹਜੇ ਤੇ ਸਾਡੀ ਮੰਜ਼ਿਲ ਨਹੀਂ ਆਈ। ਸੁਲੇਮਾਨ ਪੈਗੰਬਰ ਫਰਮਾਉਂਦੇ ਨੇ, ਉਹ ਮੇਰੇ ਸੱਜਣੋ, ਜਿੱਥੇ ਅੱਲਾ ਦਾ ਨਾਂ ਬੁਲੰਦ ਹੋ ਜੇ ਅੱਲਾ ਵਾਲਿਆਂ ਦੀ ਉਹੀ ਮੰਜ਼ਿਲ ਹੋਇਆ ਕਰਦੀ ਏ। ਸੁਲੇਮਾਨ ਪੈਗੰਬਰ ਨੇ ਤਖਤ ਉਲਾ ਦਿੱਤਾ, ਜਦੋਂ ਤਖਤ ਤੋਂ ਥੱਲੇ ਉਤਰੇ, ਬਾਬਾ ਜੀ ਨੂੰ ਕਹਿੰਦੇ ਨੇ, ਜਿਹੜੀ ਗੱਲ ਅੱਗੇ ਕੀਤੀ ਫਿਰ ਕਰ ਦਿਓ। ਬਾਦਸ਼ਾਹ ਸੀ ਡਰ ਗਏ, ਕਹਿੰਦੇ ਨੇ ਵਕਤ ਦਾ ਨਬੀ ਵੀ ਏ ਤੇ ਬਾਦਸ਼ਾਹ ਵੀ ਏ, ਤੇ ਬਾਦਸ਼ਾਹਾਂ ਦਾ ਰੋਹਬ ਤੇ ਬੜਾ ਹੁੰਦਾ ਏ। ਕਹਿੰਦੇ ਜੀ ਨਹੀਂ, ਮੈਂ ਕੁਝ ਨਹੀਂ ਕਿਹਾ। ਕਹਿੰਦੇ ਜਿਹੜੀ ਗੱਲ ਅੱਗੇ ਕਹੀ ਕਰ ਦਊ। ਕਹਿੰਦੇ ਸੁਬਹਾਨ ਅੱਲਾਹ, ਸੁਬਹਾਨ ਅੱਲਾਹ, ਅੱਲਾ ਤੇਰੀਆਂ ਸ਼ਾਨਾਂ ਏ। ਸੁਲੇਮਾਨ ਪੈਗੰਬਰ ਨੂੰ ਤਖਤਾਂ ਤੇ ਹਕੂਮਤਾਂ ਦਿੱਤੀਆਂ ਨੇ, ਹਜ਼ਰਤ ਸੁਲੇਮਾਨ ਰੋਈ ਜਾ ਰਹੇ ਨੇ,
ਸਾਰੀ ਹਿੰਜਵਾਣਾ ਪਿੱਜ ਗਈ। ਵਜ਼ੀਰ ਵੀ ਰੋ ਰਹੇ ਨੇ, ਮਸ਼ੀਰ ਵੀ ਰੋ ਰਹੇ ਨੇ, ਪੈਗੰਬਰ ਅੱਲਾ ਦਾ ਰੋ ਰਿਹਾ ਵੇ। ਐਡਾ ਵੱਡਾ ਨਬੀ ਜਿਹਦਾ ਬਾਪ ਨਬੀ ਦਾਊਦ ਅਲੈਹਿ ਸਲਾਮ ਤੇ ਸਾਬੇ ਕਿਤਾਬ ਵੀ ਏ, ਜਿਹਦੀ ਆਵਾਜ਼ ਸੁਣ ਕੇ ਪਰਿੰਦੇ ਸਮਾਨ ਤੇ ਰੁਕ ਜਾਂਦੇ ਸਨ, ਪਾਣੀ ਦਰਿਆ ਦੇ ਰੁਕ ਜਾਂਦੇ ਸਨ। ਏਡੀ ਸੋਹਣੀ ਦੋਸਤਾ ਜਨਾਬ ਦੀ ਜ਼ਬੂਰ ਪੜ੍ਹਦੇ ਸੀ, ਸੁਣ ਲਓ ਧਿਆਨ ਦੇਣ। ਹਜ਼ਰਤ ਸੁਲੇਮਾਨ ਪੈਗੰਬਰ ਉਸ ਨਬੀ ਦਾ ਪੁੱਤਰ ਕਨੋਈ ਜਾ ਰਹੇ ਨੇ ਦਾੜੀ ਹਿੰਜਵਾਂ ਨਾਲ, ਜਿੰਨਾ ਤੇ ਹਕੂਮਤ ਅਵਾਵਾਂ ਤੇ ਹਕੂਮਤ। ਕਹਿੰਦੇ ਨੇ ਬਾਬਾ ਜੀ ਕੁਛ ਪਰੇਸ਼ਾਨ ਨਾ। ਕਹਿੰਦੇ ਯਾ ਨਬੀ ਅੱਲਾ ਮਾਫ਼ ਕਰਨਾ, ਮੈਂ ਤੁਹਾਡੀ ਤਨਕੀਸ ਨਹੀਂ ਕੀਤੀ, ਤੁਹਾਡੀ ਕੋਈ ਤਨਕੀਸ ਨਹੀਂ ਕੀਤੀ, ਕੋਈ ਤੋਹੀਨ ਨਹੀਂ ਕੀਤੀ, ਤੇ ਰੋਂਦੇ ਕਿਉਂ ਪਏ? ਕਹਿੰਦੇ ਰੋਂਦੇ ਤੇ ਇਸ ਵਾਸਤੇ ਪਏ ਆ ਬਾਬਾ, ਅਲ ਮਾਲੁ ਅਲ ਬਨੂਨਾ ਜ਼ੀਨਤੁਲ ਹਯਾਤ ਦੁਨੀਆ ਅਲ ਬਾਕੀਆਤ ਸਾਲਿਆਦ। ਬਾਬਾ ਸੁਲੇਮਾਨ ਪੈਗੰਬਰ ਦਾ ਤਖ਼ਤ ਇੱਕ ਦਿਨ ਮੁੱਕ ਜਾਏਗਾ, ਤੇਰੀ ਸੁਭਾਨ ਅੱਲਾ ਕਿਆਮਤ ਤੱਕ ਬਾਕੀ ਰਹੇਗੀ। ਲਵ ਆਇਆ ਸਾ ਲਾਲ ਵਹਾਜਨੇ ਨੂੰ, ਤੇਰੇ ਕੋਲ ਆਂਦੇ ਕਾਨੂੰ ਲਾ ਬੈਠਾ, ਤੈਨੂੰ ਹੁਕਮ ਕਸਤੂਰੀ ਖਰੀਦਣੇ ਦਾ, ਫਿਰ ਹਿੰਗ ਜਵੈਨ ਦੇ ਲਾ ਬੈਠਾ। ਉਸ ਸ਼ਾਹ ਤਾਈ ਕੀ ਜਵਾਬ ਦੇ ਸੀ, ਜਿਹਦੀ ਰਕਮ ਨੂੰ ਰੇਤ ਮਿਲਾ ਬੈਠਾ। ਤਕਰੀਰ ਦਾ ਨਿਚੋੜੇ, ਆਪਣੇ ਚੌਲਾਂ ਦਾ ਇੰਤਜ਼ਾਮ ਕਰੋ, ਗੱਲ ਸਿੱਧੀ ਏ। ਫਰਜ਼ ਕਰਦਾ ਪਿਆ ਆਖਰੀ ਨੇ ਬਾਤਾਂ ਨੇ ਧਿਆਨ ਕਰੋ ਮੁਸਲਮਾਨ ਨੂੰ। ਹਜ਼ਰਤ ਅਬਦੁੱਲਾ ਬਿਨ ਮੁਬਾਰਕ ਰਹਿਮਤੁੱਲਾ ਲਏ ਬਹੁਤ ਬੜੇ ਮੁਹੱਦਸ ਗੁਜ਼ਰੇ ਨੇ, ਉਹਨਾਂ ਦੇ ਵਾਲਦੇ ਮੋਹਤਰਮ ਹਜ਼ਰਤ ਮੁਬਾਰਕ ਰਹਿਮਤੁੱਲਾ ਲਈ। ਸੁਣ ਲਓ ਇਹਨਾਂ ਦੀ, ਸੁਣ ਲਓ ਸਿੰਧ ਵਿੱਚੋਂ ਮੁਹਾਜ਼ਰ ਹੋ ਕੇ, ਸਿੰਧੀਓ ਗੱਲ ਸੁਣ ਲਓ, ਗੱਲ ਬੜੀ ਵੱਡੀ ਜੇ। ਸਿੰਧ ਵਿੱਚੋਂ ਮੁਹਾਜ਼ਰ ਹੋ ਕੇ ਖੁਰਾਸਾਨ ਚਲੇ ਗਏ, ਤੁਹਾਡੇ ਸਿੰਧ ਦੀ ਗੱਲ ਆਈ ਜੇ। ਸਿੰਧ ਵਿੱਚੋਂ ਮੁਹਾਜ਼ਰ ਹੋ ਕੇ ਖੁਰਾਸਾਨ ਚਲੇ ਗਏ, ਉੱਥੇ ਜਾ ਕੇ ਇੱਕ ਬਾਗ ਦੀ ਰਾਖੀ ਕੀਤੀ ਨਾ ਜੀ, ਇੰਨੇ ਸਾਲ ਰਾਖੀ ਕੀਤੀ। ਫਲ ਪੱਕਦੇ ਵੀ ਵੇਖੇ, ਫਲ ਵਿਕਦੇ ਵੀ ਵੇਖੇ, ਫਲ ਡਿੱਗਦੇ ਵੀ ਵੇਖੇ, ਫਲ ਵਿਕਦੇ ਵੀ ਵੇਖੇ, ਫਲ ਲੱਗਦੇ ਵੀ ਵੇਖੇ, ਫਲ ਡੁੱਕਦੇ ਵੀ ਵੇਖੇ, ਏਡਾ ਬਾਗ ਦਾ ਰੱਖ ਹੈ। 7 ਸਾਲ ਗੁਜ਼ਰ ਗਏ, ਇੱਕ ਦਿਨ ਬਾਗ ਦਾ ਮਾਲਕ ਆਪਣੇ ਦੋਸਤਾਂ ਬੇਲੀਆਂ ਨੂੰ ਨਾਲ ਲੈ ਕੇ ਆਇਆ। ਕਹਿੰਦਾ ਚਲੋ ਤੁਹਾਨੂੰ ਫਲ ਖਵਾ ਕੇ ਲਿਆਵਾਂ। ਫਲ ਟੋਕਰਾ ਲਿਆਂਦਾ ਭਰ ਕੇ, ਕਹਿੰਦੇ ਨੇ ਫਲ ਖੱਟੇ ਨਿਕਲੇ। ਕਹਿੰਦੇ ਮੁਬਾਰਕ, ਦੂਸਰਾ ਟੋਕਰਾ ਲਿਆਓ, ਫਲ ਖੱਟੇ ਨਿਕਲੇ। ਕਹਿੰਦੇ ਤੀਸਰਾ ਟੋਕਰਾ ਲਿਆਓ, ਫਲ ਖੱਟੇ ਨਿਕਲੇ। ਬਾਗ ਦੇ ਮਾਲਕ ਨੂੰ ਗੁੱਸਾ ਆ ਗਿਆ, ਕਹਿੰਦੇ ਨੇ ਮੁਬਾਰਕ ਇੰਨੇ ਸਾਲ ਹੋ ਗਏ, ਤੈਨੂੰ ਪਤਾ ਹੀ ਨਹੀਂ ਲੱਗਾ ਕਿ ਫਲ ਮਿੱਠੇ ਕਿਹੜੇ ਤੇ ਖੱਟੇ ਕਿਹੜੇ? ਮਾਲਕ ਦੀਆਂ ਅੱਖਾਂ ਸਾਹਮਣੇ ਮੁਬਾਰਕ ਰੋਣ ਲੱਗ ਪਏ। ਕਹਿੰਦੇ ਨੇ ਮੁਬਾਰਕ ਕਿਉਂ ਰੋਇਆ ਹੈ? ਕਹਿੰਦੇ ਨੇ ਸੁਣ ਮੇਰੇ ਬਾਗ ਦਿਆ ਮਾਲਕਾ, ਤੂੰ ਮੈਨੂੰ ਰਾਖੀ ਤੇ ਪਾਇਆ ਸੀ, ਖਾਣ ਦਾ ਨਹੀਂ ਸੀ ਕਿਹਾ, ਤੂੰ ਮੈਨੂੰ ਰਾਖੀ ਤੇ ਪਾਇਆ। ਮਾਲੀ ਦਾ ਕੰਮ ਪਾਣੀ ਲਾਉਣਾ ਤੇ ਭਰ ਭਰ ਮੁਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਕਹਿੰਦੇ ਨੇ ਸੁਣ ਮੇਰੇ ਬਾਗ ਦਿਆ ਮਾਲਕਾ, ਮੈਂ ਅੱਜ ਤੱਕ ਤੇਰਾ ਫਲ ਚੱਖਿਆ ਹੀ ਨਹੀਂ, ਮਿੱਠਾ ਕਿਹੜਾ ਤੇ ਖੱਟਾ ਕਿਹੜਾ ਹੈ? ਬਾਗ ਦੇ ਮਾਲਕ ਨੂੰ ਬੜਾ ਹੀ ਖੌਫ ਆਇਆ, ਘਰ ਚਲੇ ਗਿਆ। ਸਾਡੇ ਇੱਥੇ ਟਰੈਕਟਰ 'ਚ ਤੇਲ ਪਵਾਉਣ ਜਾਣ, ਪਰਚੀ 200 ਦੀ, 100 ਦਾ ਪਵਾ ਕੇ 200 ਦੀ ਪਰਚੀ, 1000 ਦਾ ਪਵਾ ਕੇ 2000 ਦੀ ਪਰਚੀ। ਸਾਡੇ ਡਰਾਈਵਰ ਜਾਣ ਤੇਲ ਥੋੜ੍ਹਾ ਪਵਾ ਕੇ ਪਰਚੀ ਬਹੁਤੀ ਲਿਖਾਉਂਦੇ, ਇੱਥੋਂ ਸਬਜ਼ੀ ਲੈਣ ਜਾਣ ਫੱਟੀ ਲਾ ਲੈਂਦੇ, ਬੋਲ ਤੇ ਤੋਲਣ ਤੇ ਵੀਰਾ ਘੁਮਿਆਰ ਆਪਣੀਆਂ ਛੱਟੀਆਂ 'ਚ ਬਹੁਤਾ ਤੋਲ ਪਾਉਂਦੇ ਨੇ, ਬਗਾਨੀਆਂ ਛੱਟੀਆਂ 'ਚ ਵੀਰੋ ਮੈਂ ਉੱਡਦਾ ਵੇਖੀਆਂ ਤੱਕੜੀਆਂ। ਸਾਰੇ ਮਾਮਲੇ ਪੱਲੇਦਾਰਾਂ ਨੂੰ ਵੇਖੋ, ਜਦੋਂ ਜ਼ਿਮੀਂਦਾਰ ਕੋਲ ਲੈਣਾ ਹੈ ਚੰਗੀ ਨਿਊ ਦੀ ਤੱਕੜੀ ਸੁੱਟਣੀ ਹੈ, ਤੇ ਜਦੋਂ ਅਗਲਿਆਂ ਨੂੰ ਦੇਣਾ ਹੈ ਫਿਰ ਉੱਠਦੀ ਦੇਣੀ ਹੈ। ਸਾਡੇ ਹਾਲ ਵੇਖ ਲਓ, ਸਾਡੇ ਮੁਲਾਜ਼ਮ ਵੇਖ ਲਓ, ਹੱਟੀ ਤੇ ਬਾਜੋ 6 ਮਹੀਨੇ ਬਾਅਦ ਹੱਟੀ ਵੇਲੀ ਇੰਜੀ ਹੈ ਕਿ ਨਹੀਂ? ਕਹਿੰਦੇ ਨੇ ਤੇਰੇ ਬਾਗ ਦਾ ਫਲ ਵੇਖਿਆ ਜ਼ਰੂਰ ਹੈ ਪਰ ਖਾਧਾ ਨਹੀਂ, ਸਾਂਭਿਆ ਜ਼ਰੂਰ ਹੈ ਪਰ ਖਾਧਾ ਨਹੀਂ। ਕਹਿੰਦਾ ਅੱਲਾ ਵਾਲੀਏ, ਰਿਸ਼ਤਾ ਲੱਭ ਗਿਆ ਹੈ, ਬੇਟੀ ਦਾ ਰਿਸ਼ਤਾ ਆਪਣੇ ਨੌਕਰ ਨੂੰ ਦੇਣਾ ਹੈ। ਬੀਵੀ ਵੀ ਬੜੀ ਨੇਕ ਸੀ, ਆਖਰਤ ਦੀ ਫਿਕਰ ਸੀ ਨਾ, ਹੁਣ ਦੀ ਹੁੰਦੀ ਤੇ ਫਵੇ ਕੁੱਟਣਾ ਦੀ, ਸਾਡਾ ਬੱਚਾ ਨੌਕਰਾਂ ਲਈ ਰਹਿ ਗਿਆ, ਮੇਰੀ ਧੀ ਨੌਕਰਾਂ ਲਈ ਰਹਿ ਗਈ, ਉਤਰਿਆ 3 ਵਜੇ ਟਰੱਕ ਦੀ ਫੇਟੀ ਸੁੱਤਾ ਹੀ ਸੌਂ ਜਾਏ, ਇਹ ਤੈਨੂੰ ਫੂੜੀ ਦਾ ਲਪੇਟ ਆਵੇ, ਇਹੀ ਗੱਲ ਕਹਿ ਸਕਦੇ? ਪਰ ਏਡੀ ਨੇਕ, ਏਡੀ ਨੇਕ ਹੰਦੀ ਅੱਲਾ ਵਾਲਿਆ, ਜਿਵੇਂ ਤੂੰ ਰਾਜ਼ੀ ਉਵੇਂ ਮੈਂ ਰਾਜ਼ੀ। ਔਰਤ ਨੂੰ ਫੈਸਲਾ ਨਹੀਂ ਗਾ ਬੱਚੀ ਬੱਚੇ ਦੀ ਸ਼ਾਦੀ ਕਰਨ ਦਾ ਹੱਕ, ਮਰਦ ਨੂੰ ਅੱਲਾ ਨੇ ਤਾਕਤ ਦਿੱਤੀ ਹੈ ਫੈਸਲੇ ਦੇ। ਇਹ ਬੀਬੀਆਂ ਦੀਆਂ ਨੇ, ਮੈਂ ਨਹੀਂ ਕਰਨਾ, ਤੂੰ ਕਰਕੇ ਵਿਖਾ। ਆਪਣੇ ਖਾਵਨ ਦੇ ਖਿਲਾਫ ਔਲਾਦ ਨੂੰ ਭੜਕਾਉਂਦੇ ਨੇ, ਫਿਰ ਮੁੰਡੇ ਵੀ ਆਉਂਦੇ ਤੁਸੀਂ ਦੋਵੇਂ ਚੁੱਪ ਰਹੋ ਮੈਂ ਮੋਬਾਈਲ ਤੋਂ ਹੀ ਲੱਭ ਲੈਂਦਾ।
ਸਹੀ ਗੱਲ ਜੇ ਨਾ ਚਿਕਰ ਬੈਟਰੀ ਮੁੱਕਣੀ ਨਹੀਂ ਜਾਨ ਛੁੱਟਣੀ ਨਹੀਂ ਫਿਰ ਮਾਂ ਵੀ ਰੋਂਦੀ ਫਿਰ ਪਿਓ ਵੀ ਰੋਂਦਾ ਨਹੀਂ ਜੀ ਐ ਗੱਲ ਵੱਡੀ ਕਹਿੰਦੀ ਅੱਲਾ ਵਾਲਿਆ ਜਿਵੇਂ ਤੂੰ ਰਾਜ਼ੀ ਉਵੇਂ ਮੈਂ ਰਾਜ਼ੀ ਹਾਂ ਅਮਾਨਤ ਉਹਦੇ ਕੋਲ ਜਾਣੀ ਚਾਹੀਦੀ ਜਿਹੜਾ ਉਹਦਾ ਹੈਲੋ ਅੱਲਾ ਸਦਕੇ ਜਾਵਾਂ ਨਬੀ ਪਾਕ ਦੀ ਗੱਲ ਯਾਦ ਆ ਗਈ ਕਹਿੰਦਾ ਸੋਹਣਿਆ ਰਿਸ਼ਤਾ ਕਰਾ ਦਿਓ ਫਿਰ ਮੈਂ ਫਲਾਣੇ ਬੂਹੇ 'ਤੇ ਚਲੇ ਜਾ ਬੂਹਾ ਖੜਕਾਇਆ ਤੇ ਅੰਦਰੋਂ ਆਵਾਜ਼ ਆਈ ਕੌਣ ਜੀ ਮੈਂ ਰਿਸ਼ਤਾ ਲੈ ਕੇ ਆਇਆ ਕਿਹਨੇ ਭੇਜਿਆ ਮਦੀਨੇ ਵੱਲ ਨੇ ਕਹਿੰਦੇ ਜੀ ਕਿਹਦੇ ਲਈ ਭੇਜਿਆ ਕਹਿੰਦੇ ਜੀ ਮੇਰੇ ਵਾਸਤੇ ਵੀ ਅਤੇ ਬੰਦੇ ਨੇ ਵੇਖਿਆ ਤੇ ਘਰ ਜਾ ਕੇ ਕਰਮ ਵਾਲੀ ਨੂੰ ਆਉਂਦਾ ਵੀ ਮੈਨੂੰ ਲੱਗਦਾ ਤੇ ਨਹੀਂ ਦਿਲ ਨੂੰ ਪਰ ਵੇਖ ਲਾ ਤੂੰ ਵੀ ਭੇਜਿਆ ਮਦੀਨੇ ਵਾਲੇ ਨੇ ਬੀਵੀ ਆਈ ਤੇ ਵੇਖਿਆ ਤੇ ਘਰ ਜਾ ਕੇ ਕਹਿੰਦੀ ਲੱਗਦਾ ਤੇ ਮੈਨੂੰ ਵੀ ਨਹੀਂ ਪਰ ਮਦੀਨੇ ਵਾਲੇ ਨੂੰ ਕਵੀ ਵੀ ਸੋਹਣਿਆ ਸਾਡੇ ਦਿਲ ਨਹੀਂ ਲੱਗਦਾ ਤੇ ਹੋਰ ਕੋਈ ਵਿਖਾਓ ਜੇਲੇ ਪਰਮਾਇਆ ਬੰਦਾ ਬਾਹਰ ਨਿਕਲਨੇਗਾ ਬੇਟੀ ਕਹਿੰਦੀ ਹੈ ਅੱਬੂ ਜੀ ਤੁਹਾਡੇ ਦਿਲ ਨੂੰ ਨਹੀਂ ਲੱਗਦਾ ਪਰ ਮੇਰੇ ਨੂੰ ਲੱਗਦਾ ਏ ਕਹਿੰਦੇ ਬੇਟਾ ਨਾ ਵੇਖਿਆ ਈ ਤੇ ਫੈਸਲਾ ਕਰ ਦਿੱਤਾ ਈ ਕਹਿੰਦੀ ਏ ਜਿਹਨੇ ਭੇਜਿਆ ਉਹਦੇ ਕਹਿਣ ਤੇ ਬਿਨ ਵੇਖਿਆ ਰੱਬ ਮੰਨ ਸਕਦੀ ਏ ਤੇ ਲਾੜਾ ਕਿਉਂ ਨਹੀਂ ਮੰਨ ਸਕਦੀ ਜਿਹਦੇ ਕਹਿਣ ਤੇ ਬਿਨ ਵੇਖਿਆ ਰੱਬ ਮੰਨ ਸਕਦੀ ਲਾੜਾ ਕਿਉਂ ਨਹੀਂ ਮੰਨ ਸਕਦੀ ਤੇ ਨਾਲੇ ਲੋਕਾਂ ਦੀਆਂ ਕਹਿਣਗੀਆਂ ਮੇਰਾ ਫਲਾਂ ਨਹੀਂ ਕਰਾਇਆ ਮੇਰਾ ਫਲਾਂ ਨਹੀਂ ਕਰਾਇਆ ਹੈ ਮੈਂ ਸਹੇਲੀਆਂ 'ਚ ਸਿਰ ਚੁੱਕ ਕੇ ਕਵਾਂਗੀ ਮੇਰਾ ਆਮਨਾ ਦੇ ਲਾਲ ਨੇ ਕਰਾਇਆ ਮੇਰਾ ਮਦੀਨੇ ਵਾਲੇ ਨੇ ਕਰਾਇਆ ਬੇਟੀ ਕਹਿੰਦੀ ਹੈ ਬਾਬਾ ਇਹ ਵੇਖ ਭੇਜਣ ਵਾਲਾ ਕੌਣ ਬੇਟੀ ਕਹਿੰਦੀ ਹੈ ਇਸਕੇ ਕਾਲੇ ਰੰਗ ਪੇ ਨਾ ਜਾ ਬਾਬਾ ਇਹ ਦੇਖ ਕੇ ਇਸਕੋ ਭੇਜਣੇ ਵਾਲਾ ਕਮਲੀ ਵਾਲਾ ਹੈ ਇਹਦੇ ਭੇਜਣ ਵਾਲਾ ਤੇ ਚੌਦਵੀ ਦਾ ਚਾਂਦ ਹੈ ਨਾ ਤੇ ਜਦੋਂ ਗੱਲ ਨਬੀ ਪਾਕ ਕੋਲ ਪਹੁੰਚੀ ਹਜ਼ੂਰ ਨੇ ਫਰਮਾਇਆ ਵੀ ਬੇਲੀਆ ਉਹਨਾਂ ਮਾਣ ਲਈ ਕਹਿੰਦਾ ਸੋਹਣਿਆ ਇਹ ਕਰਮਾਂ ਵਾਲੀ ਦੀ ਮਿਹਰਬਾਨੀ ਹੈ ਉਹਨਾਂ 'ਤੇ ਛੱਡਣ ਅਸ਼ੀਰ ਨਹੀਂ ਕੀਤੀ ਇਹ ਕਰਮਾਂ ਵਾਲੀ ਦੀ ਮਿਹਰਬਾਨੀ ਹੈ ਕਿ ਉਹਨੇ ਤੁਹਾਡੀ ਇੱਜ਼ਤ ਰੱਖੀ ਹੈ ਪੁੱਤਰ ਫਲਸ਼ ਬੰਦ ਕਰ ਮੈਂ ਤੈਨੂੰ ਕਿਹਾ ਕਰਮਾਂ ਵਾਲੀ ਦੀ ਮਿਹਰਬਾਨੀ ਹੈ ਅਤੇ ਸਰਕਾਰ ਨੇ ਫਰਮਾਇਆ ਅੱਛਾ ਅਤੇ ਆਪਨੇ ਦਵਾ ਵਾਲੇ ਹੱਥ ਚੁੱਕੇ ਹੀ ਆਲਾ ਇਹਨਾਂ ਦੀ ਰਿਜ਼ਕ 'ਚ ਬਰਕਤ ਰੱਖੀ ਤਾਰੀਖ ਨੇ ਲਿਖਿਆ ਉਸ ਜੋੜੇ ਦੇ ਘਰ 'ਚ ਇੰਨੀ ਬਰਕਤ ਅੱਲਾ ਪਾਈ ਮਦੀਨੇ 'ਚ ਕਹਿਤ ਵੀ ਪੈ ਜਾਂਦਾ ਸੀ ਪਰ ਉਸ ਘਰੋਂ ਰੋਟੀ ਨਹੀਂ ਮੁੱਕਦੀ ਸੀ ਉਸ ਜੋੜੇ ਦੇ ਘਰੋਂ ਰੋਟੀ ਨਹੀਂ ਸੀ ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਨੂੰ ਜਿਹੜੇ ਵੇਲੇ ਫਰਮਾਇਆ ਇਹਨੇ ਆਪਣੀ ਬੇਟੀ ਦਾ ਰਿਸ਼ਤਾ ਬੂਆ ਦੀ ਹਜ਼ਰਤ ਮੁਬਾਰਕ ਨਾ ਕਰ ਦਿੱਤਾ ਤੇ ਦੂਲਾ ਬੈਠਾ ਕੋਈ ਨਹੀਂ ਤੇ ਜੰਜ ਬੈਠੀ ਏ ਕੈਸੀ ਸ਼ਾਦੀ ਏ ਇਹਦੇ 'ਚ ਲਾੜਾ ਕੋਈ ਨਹੀਂ ਕਿਉਂਕਿ ਜ਼ਮਾਨ ਲਾੜਾ ਬਣਨਾ ਹੈ ਨਾ ਅੱਲਾ ਜਵਾਨੀਆਂ 'ਚ ਬਰਕਤ ਪਾਏ ਅੱਲਾ ਤੁਹਾਨੂੰ ਵੀ ਪੁੱਤਰੋ ਜਵਾਨੀਆਂ ਹੰਢਾਉਣ ਦੀ ਤੋਫੀਕ ਅਤਾ ਫਰਮਾਏ ਅੱਲਾ ਤੁਹਾਡੀਆਂ ਜਵਾਨੀਆਂ ਨੂੰ ਇਮਰਾਨ ਖਾਨ ਦੀ ਪਾਲਟੀ ਤੋਂ ਬਚਾ ਕੇ ਰੱਖੇ ਨਹੀਂ ਤੇ ਉਹਦੀ ਪਾਲਟੀ 'ਚ ਬਾਂਦਰੀਆਂ ਬੜੀਆਂ ਜੇ ਚੰਬੜ ਜਾਂਦੀਆਂ ਜੇ ਬਚਿਆ ਕਰੋ ਦੀ ਪਾਲਟੀ ਤੋਂ ਬਚਿਆ ਕਰੋ ਕਿਉਂਕਿ ਉਹਨੂੰ ਵੀ ਇੱਕ ਬਾਂਦਰੀ ਚਮੜੀ ਜੇ ਧਰਨੇ 'ਚੋਂ ਉਹ ਫਿਲਮਾਂ ਬਣਾਉਂਦੀ ਏ ਜਿਸ ਲੀਡਰ ਦੀ ਬੁੜੀ ਨੱਚਣ ਵਾਲੀ ਹੋਏਗੀ ਉਹਨੇ ਕੌਮ ਨੂੰ ਨਚਾਉਣਾ ਹੀ ਹੈ ਹੋਰ ਕਿਹੜਾ ਤਕਾਫ ਤੇ ਪਾਉਣਾ ਵੇ ਮੈਂ ਕਿਸੇ ਪਾਰਟੀ ਦਾ ਮੌਲਵੀ ਨਹੀਂ ਜੇ ਮੇਰੇ ਵੱਲੋਂ ਗੰਜਿਆਂ ਨੂੰ ਵੀ ਵੋਟ ਨਾ ਦਵੋ ਮੇਰੇ ਵੱਲੋਂ ਪੀਪਲ ਪਾਰਟੀ ਨੂੰ ਵੋਟ ਨਾ ਦਵੋ ਮੇਰੇ ਵੱਲੋਂ ਕਿਉਂਕਿ ਸਾਨੂੰ ਨਹੀਂ ਪਾਉਣੇ ਤੇ ਭਾਵੇਂ ਕਿਸੇ ਨੂੰ ਵੀ ਨਾ ਪਾਓ ਜੇ ਤੁਸੀਂ ਮੌਲਵੀਆਂ ਦੇਣੇ ਹੀ ਨਹੀਂ ਤੇ ਜਿਹਨੂੰ ਮਰਜ਼ੀ ਦਵੋ ਸਾਨੂੰ ਕੀ ਮੈਨੂੰ ਬੰਦਾ ਦਾ ਤੁਸੀਂ ਕਿਹੜੀ ਪਾਰਟੀ ਦੀ ਮੈਂ ਮਦੀਨੇ ਵਾਲੇ ਦੀ ਪਾਰਟੀ ਦਾ ਮੈਂ ਤਾਂ ਚਾਹੁੰਦਾ ਇਸ ਮੁਲਕ 'ਚ ਕਾਨੂੰਨ ਹੀ ਮਦੀਨੇ ਵਾਲੇ ਦਾ ਹੋਵੇ ਬੋਲੋ ਕਿਹਦਾ ਹੋਵੇ ਮਦੀਨੇ ਵਾਲੇ ਦਾ ਕਾਨੂੰਨ ਇੱਥੇ ਹੋਵੇ ਇੱਥੇ ਅਰਸ਼ ਵਾਲੇ ਦਾ ਕਾਨੂੰਨ ਹੋਵੇ ਮੈਂ ਕਿਸੇ ਪਾਰਟੀ ਦਾ ਨਹੀਂ ਪਰ ਮੈਂ ਆਪਣੀ ਕੌਮ ਨੂੰ ਬੇਹਯਾਈ ਤੋਂ ਬਚਾਉਣਾ ਚਾਹੁੰਦਾ ਕਿਉਂਕਿ ਮੇਰੇ ਨਬੀ ਨੇ ਫਰਮਾਇਆ ਜਿਸ ਕੌਮ 'ਚ ਬੇਹਯਾਈ ਆ ਜੇ ਉੱਥੇ ਅੱਲਾ ਦਾ ਅਜ਼ਾਬ ਆ ਜਾਂਦਾ ਹੈ ਉੱਥੇ ਅੱਲਾ ਦੀ ਰਹਿਮਤ ਨਹੀਂ ਰਹਿੰਦੀ ਸੁਣ ਲਓ ਜਿਹੜੀ ਫੌਜ 'ਚ ਬੇਹਯਾਈ ਆ ਜੇ ਉੱਥੇ ਫਤਿਹ ਨਹੀਂ ਹੁੰਦੀ ਜਿਹੜਾ ਬਲਾਮੇ ਨੂੰ ਊਰਾ ਸੀ ਨਾ ਉਹ ਅੱਲਾ ਦਾ ਵਲੀ ਸੀ ਪਰ ਮੂਸਾ ਅਲੈਹਿ ਸਲਾਮ ਦੇ ਖਿਲਾਫ ਹੋ ਗਿਆ ਦੌਲਤ ਦੀ ਨਸ਼ੇ ਤੋਂ ਕੁਰਾਨ ਨੇ ਉਹਨੂੰ ਕਲਬ ਕਿਹਾ ਇੱਕ ਹੁੰਦਾ ਦੋ ਨੁਕਤਿਆਂ ਵਾਲਾ ਕਾਫ ਉਹ ਹੁੰਦਾ ਦਿਲ ਵਾਲਾ ਕੁਲਬ ਅਤੇ ਇੱਕ ਹੁੰਦਾ ਕਲਬ ਕੁੱਤੇ ਵਾਲਾ ਕਾਫ ਅੱਲਾ ਨੇ ਬਲਾਮਿਨ ਊਰਾ ਨੂੰ ਕਿਹਾ ਕਿ ਇਹਦੀ ਮਿਸਾਲ ਕੁੱਤੇ ਦੀ ਏ ਜਿਵੇਂ ਕੁੱਤਾ ਲਾਲਚੀ ਉਹਦੀ ਜ਼ਬਾਨ ਹਰ ਵੇਲੇ ਬਾਹਰ ਰਹਿੰਦੀ ਉਹ ਵੇਖੋ ਗਰਮੀ ਹੋਵੇ ਸਰਦੀ ਹੋਵੇ ਬਾਹਰ ਰਹਿੰਦੀ ਹੈ ਕਿ ਨਹੀਂ ਬੋਲੋ ਤੇ ਸਹੀ ਲਾਲਚੀ ਦੀ ਵੀ ਜ਼ਬਾਨ ਹਰ ਵੇਲੇ ਬਾਹਰ ਰਹਿੰਦੀ ਅਤੇ ਉਹ ਬਲਾਮਿਨ ਊਰਾ ਨੇ ਨਬੀ ਦੇ ਖਿਲਾਫ ਬਤਵਾ ਕੀਤੀ ਤਖੀਰ ਉਹਨਾਂ ਦੇ ਖਿਲਾਫ ਕਰੀ ਜਾਵੇ ਦੀਵਾਨ ਤੇ ਕਬਜ਼ਾ ਤੇ ਅੱਲਾ ਦਾ ਕਿ ਜਿਹਨਾਂ ਕੋਲ ਪੈਸੇ ਲਾਇਆ ਸੀ ਮੂਸਾ ਨਬੀ ਦੇ ਮੁਖਾਲਪਾਂ ਦੇ ਹੱਥ 'ਚ ਬਦ ਦੁਆ ਕਰੀ ਉਹਨਾਂ ਲਿੱਤਰ ਲਾ ਲਿਆ
ਉਹਨਾਂ ਨਾਲ ਪਹਿਲੇ ਨਾਲ ਸਾਡੇ ਖਿਲਾਫ ਬਦਮਾਵਾਂ ਕਰ ਉਹਨਾਂ ਲਈ ਤਰਪਵਾਏ। ਧੋਬੀ ਕਾ ਕੁੱਤਾ ਨਾ ਗਰ ਕਰ ਰਹਾ ਨਾ ਗਾਡ ਕਰ ਰਹਾ, ਨਾ ਰੱਬ ਦਾ ਰਿਹਾ ਨਾ ਦੁਨੀਆਂ ਦਾ ਰਿਹਾ। ਇਸੇ ਲਈ ਤਰੀਖ ਕਹਿੰਦੀ ਹੈ ਕਿ ਜਦੋਂ ਵੀ ਦੁਆ ਮੰਗੋ ਹਜ਼ਰਤ ਯੂਸਫ ਨਬੀ ਵਾਲੀ, ਰੱਬੇ ਰੱਬਾ ਨਾ ਆਤੀ ਨਾ ਫਿਰ ਦੁਨੀਆ। ਨਬੀ ਪਾਕ ਨੇ ਦੁਆ ਮੰਗੀ, ਪੂਰੇ ਨਬੀਆਂ ਦੇ ਵਾਸਤੇ ਪੂਰੀ ਦੁਨੀਆਂ ਦੇ ਵਾਸਤੇ ਨਮੂਨਾ ਬਣ ਗਈ। ਅੱਲਾ ਮੇਰੀ ਦੁਨੀਆ ਵੀ ਬਿਹਤਰ ਬਣਾ, ਮੇਰੀ ਆਖਰਤ ਵੀ। ਅਤੇ ਮੂਸਾ ਅਲੈਹਿਸ ਸਲਾਮ ਦੁਆ ਮੰਗਦੇ ਨੇ, ਅੱਲਾ ਸਾਰੀ ਦੁਨੀਆ 'ਚ ਤੂੰ ਹੀ ਮੇਰੀਆਂ ਪੂਰੀਆਂ ਕਰਨੀਆਂ। ਰੱਬੇ ਇੰਨੀ ਲੇਮਾਨ ਜ਼ਲਤਾ ਇਲਈਆ ਮੈਨ ਖੈਰਨ ਫਕੀਰ। ਅਤੇ ਯੂਸਫ ਨਬੀ ਆਉਂਦੇ ਨੇ ਤਵਫਾਨੀ ਮੁਸਲਿਮਾਨ ਵ ਅਲ ਹਿਕਨੀ ਬਿਸਵਾਲਹੀਨ, ਅੱਲਾ ਜਦੋਂ ਮਾਰੀ ਤਾਂ ਮੁਸਲਮਾਨ ਰੱਖ ਕੇ ਮਾਰੀਆਂ, ਖਾਤਮਾ ਇਮਾਨ 'ਤੇ ਕਰਕੇ ਮਾਰੀ। ਨਬੀਆਂ ਦੇ ਇਮਾਨ 'ਚ ਸ਼ੱਕ ਨਹੀਂ, ਪਰ ਤੈਨੂੰ ਮੈਨੂੰ ਦੱਸ ਕੇ ਗਏ ਨੇ ਕਿ ਖੀਰੀ ਵੀ ਬੰਦੇ ਨੂੰ ਇਮਾਨ ਡੋਲ ਜਾਂਦਾ ਹੈ। ਆਖਰੀ ਵਕਤ ਵੀ ਰੱਬ ਕੋਲੋਂ ਇਮਾਨ ਮੰਗਣਾ ਚਾਹੀਦਾ। ਕੀ ਮੰਗਣਾ ਚਾਹੀਦਾ? ਇਮਾਨ ਬਹੁਤ ਬੜੀ ਦੌਰ। ਇਮਾਨ ਬੰਦੇ ਦੇ ਕਿਰਦਾਰ ਦਾ ਨਾਂ, ਬੰਦਾ ਕੰਮ ਕਰਦਾ ਪਤਾ ਲੱਗਦਾ ਇਮਾਨਦਾਰ ਹੈ ਕਿ ਬੇਈਮਾਨ, ਉਹਦੇ ਕਿਰਦਾਰ ਤੋਂ ਪਤਾ ਲੱਗਦਾ। ਹਜ਼ਰਤ ਮੁਬਾਰਕ ਰਹਿਮਤੁੱਲਾ ਅਲੈਹ ਬਾਗ 'ਚ ਕੰਮ ਕਰ ਰਹੇ, ਕੈਸੀ ਜੰਝ ਬੈਠੀ ਹੈ ਜਿਹਦੇ 'ਚ ਲਾੜਾ ਕੋਈ ਨਹੀਂ। ਕਹਿੰਦੇ ਜਾਓ ਜੀ ਮੀਆਂ ਜੀ ਕਿੱਥੇ ਨੇ ਲਾੜਾ? ਹਜ਼ਰਤ ਮੁਬਾਰਕ ਦੇ ਮਾਲਕ ਦੇ ਅੱਖਾਂ 'ਚ ਆਂਸੂ ਆ ਗਏ। ਕਹਿੰਦੇ ਨੇ ਮੇਰੇ ਬਾਗ ਦੇ ਨੌਕਰ ਨੂੰ ਲਿਆਓ, ਮੈਂ ਆਪਣੀ ਬੇਟੀ ਦਾ ਨਿਕਾਹ ਉਹਦੇ ਨਾਲ ਕਰਨਾ ਚਾਹੁੰਦਾ। ਹਜ਼ਰਤ ਮੁਬਾਰਕ ਨੇ ਪੈੜੇ ਜੇ ਕੱਪੜੇ ਪਾਏ, ਰੰਬੀ ਫੜੀਏ, ਵੀਰ ਸਟੇਜ 'ਤੇ ਆ ਗਏ। ਨਿਕਾਹ ਹੋਣ ਲੱਗਾ ਤੇ ਸਮਾਨ ਵੱਲ ਧਿਆਨ ਕਰ ਲਿਆ। ਕਹਿੰਦੇ ਮਾਲਕ ਕਿੱਥੇ ਨੌਕਰ ਤੇ ਕਿੱਥੇ ਮਾਲਕ? ਹਰਮਾ ਜਦੋਂ ਫਲ ਨਹੀਂ ਖਾਧਾ ਉਦੋਂ ਮਾਲਕ ਕਿੱਥੇ ਸੀ? ਅੱਲਾ ਮੈਂ ਤੈਨੂੰ ਸਮਝਦਾ ਸਾਂ। ਫਰਮਾ ਤੈਨੂੰ ਮੇਰੀਆਂ ਫਿਕਰਾਂ, ਮੈਨੂੰ ਤੇਰੀਆਂ ਫਿਕਰਾਂ। ਬੋਲੋ ਤੈਨੂੰ ਮੇਰੀਆਂ ਫਿਕਰਾਂ, ਮੈਨੂੰ। ਹਜ਼ਰਤ ਇਬਰਾਹਿਮ 'ਤੇ ਗੱਲ ਮੁਕਾ ਦਿੰਦੇ, ਕੁਰਬਾਨੀ ਲੈਣ ਦੇ ਜੇ। ਹਜ਼ਰਤ ਇਬਰਾਹਿਮ ਅਲੈਹਿਸ ਸਲਾਮ ਨੂੰ ਇੰਨੀ ਆਖਰਤ ਦੀ ਫਿਕਰ, ਅੱਲਾ ਦੀ ਇੰਨੀ ਇੱਜ਼ਤ ਕਰਦੇ ਸੀ। ਨਮਰੂਦ ਨੇ ਕਣਕ ਵੰਡੀ, ਕੈਦ ਪੈ ਗਿਆ। ਬਾਦਸ਼ਾਹਾਂ ਦਾ ਕੰਮ ਹੁੰਦਾ ਆਪਣੀ ਕੌਮ ਨੂੰ ਕਣਕ ਦੇਣ। ਹਲੇ ਕਿ ਉਹ ਜਿਹੜੇ ਚਮਚੇ ਸੀ ਨਾ, ਚਮਚੇ ਸਮਝਦੇ? ਉਹਦੇ ਚੌਧਰੀਆਂ ਦੇ ਡੇਰੇ 'ਤੇ ਹੁੱਕਾ ਕੱਟਾਂ 'ਚ ਘੁਮਾਉਣ ਵਾਲੇ ਬੈਠੇ ਹੁੰਦੇ ਨੇ। ਚੌਧਰੀ ਦੀ ਗੱਲ ਨੂੰ ਆਖਣਾ ਬੱਲੇ 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 ਬੱਲੇ, ਮੱਖਣ ਲੱਗ ਉਹ ਬੱਲੇ ਬੱਲੇ, ਕਮਾਲ ਕਰ ਅਤੇ ਮਾੜਾ ਗੱਲ ਸਿੱਧੀ ਵੀ ਕਰ। ਤਰਸਾ ਮੋਈ ਬਸ, ਤੈਨੂੰ ਗੱਲ ਕਰਨੀ ਨਹੀਂ ਆਉਂਦੀ। ਉਹ ਬੋਲੋ ਤਾਂ ਸਹੀ, ਇਹਨਾਂ ਨੂੰ ਕੀ ਕਹਿੰਦੇ ਨੇ? ਚਮਚੇ। ਬੋਲੋ ਤਾਂ ਸਹੀ ਹੈ, ਉਹ ਬੋਲੋ ਤਾਂ ਸਹੀ ਹੈ, ਇਹਨਾਂ ਨੂੰ ਕਹਿੰਦੇ ਨੇ ਚਮਚੇ। ਅਤੇ ਚੌਧਰੀ ਦੀ ਗੱਲ ਨੂੰ ਮੱਖਣ ਲਾ ਲਾ ਕੇ ਬੱਲੇ ਬੱਲੇ ਮੌਲੀ, ਉਹ ਚੌਧਰੀ ਕਮਾਲ ਗੱਲ ਵੇਖਣ, ਫੁੱਲ ਘਿਰਦੇ ਭਾਵੇਂ ਚੌਧਰੀ ਕੂੜੀ ਬੋਲੀ ਜਾਏ। ਸਹੀ ਗੱਲ, ਉਹਨੇ ਬੱਲੇ ਬੱਲੇ ਫੁੱਲ ਘਿਰਦੇ ਪਏ, ਕਮਾਲ ਹੋ ਗਈ ਗੱਲ। ਉਹ ਜਨਾਬ ਇਹਨਾਂ ਨੂੰ ਕਹਿੰਦੇ ਚਮਚੇ, ਉਹ ਚਮਚੇ ਨਮਰੂਦ ਕੋ ਵੀ ਸੀ। ਕਹਿੰਦੇ ਜੀ ਆਹ ਹੀ ਤੀ ਇਬਰਾਹਿਮ ਹੈ ਜਿਹੜਾ ਤੈਨੂੰ ਰੱਬ ਨਹੀਂ ਮੰਨਦਾ, ਤੇਰੇ ਕੋਲ ਕਣਕ ਲੈਣਾ। ਅੱਛਾ ਜੀ ਇਹ ਆ। ਨਮਰੂਦ ਕਹਿੰਦਾ ਜਿਹਨੂੰ ਰੱਬ ਮੰਨਣਾ ਉਹਦੇ ਕੋਲ ਹੈ, ਅਤੇ ਇਬਰਾਹਿਮ ਅਲੈਹਿਸ ਸਲਾਮ ਤੇਰੇ ਮੇਰੇ ਵਰਗੇ ਨਹੀਂ ਸੀ ਕਿ ਕੋਈ ਗੱਲ ਨਹੀਂ, ਮਸੀਤ ਅੱਲਾ ਦਾ ਘਰ ਹੈ, ਡਾਇਰੈਕਟ ਹੀ ਬੱਤੀ ਲਾ ਲਓ ਡਾਇਰੈਕਟ। ਮੈਂ ਇੱਕ ਬੰਦੇ ਨੂੰ ਕਿਹਾ ਮਸੀਤ ਦੀ ਡਾਇਰੈਕਟ ਲਾਈ, ਰੱਬ ਨੂੰ ਕਿਹਨੇ ਪੁੱਛਣਾ, ਰੱਬ ਨੂੰ ਕਿਹਨੇ ਪੁੱਛਣਾ, ਮੈਂ ਮਰ ਜਾਓ ਨਾ ਕਡੋਬ ਕੇ। ਤੁਹਾਡੀ ਘਟਾ ਨਮਾਜ਼ ਹੁੰਦੀ ਇੱਥੇ? ਮੈਂ ਲਾ ਮਸਜਿਦ ਉਹ ਸਿੱਸਾ ਲਾ ਤਕਵਾ, ਮਸਜਿਦ ਦੀ ਬੁਨਿਆਦ ਤਕਵਾ ਪਰਹੇਜ਼ਗਾਰੀ 'ਤੇ, ਅਤੇ ਤੁਸੀਂ ਡਾਇਰੈਕਟ ਲਾਈ। ਕਹਿੰਦਾ ਜੇ ਬੰਬੀਆਂ ਡਾਇਰੈਕਟ ਚੱਲ ਸਕਦੀਆਂ, ਮਸੀਤ ਡਾਇਰੈਕਟ ਨਹੀਂ ਚੱਲ ਸਕਦੀ, ਉਹਦੇ ਤੁਸੀਂ ਮਨਵਾ ਮਸਲਾ ਕਰ ਦਿੱਤਾ। ਕਹਿੰਦਾ ਮੌਲਵੀ ਮੈਨੂੰ ਪੈ ਗਿਆ, ਕਹਿੰਦਾ ਇਹਨਾਂ ਦੀਆਂ ਬੰਬੀਆਂ ਚੱਲ ਸਕਦੀਆਂ, ਮਸੀਤ ਨਹੀਂ ਡਾਇਰੈਕਟ ਚੱਲ ਸਕਦੀ। ਮੈਂ ਚੰਗਾ ਫਿਰ ਮਰਜ਼ੀ ਹੈ ਤੇਰੀ ਭਾਈ, ਉਹ ਕਿਉਂ ਵੀ ਮਸੀਤਾਂ ਵੀ ਡਾਇਰੈਕਟ ਚੱਲਣ ਦਈਆਂ ਨੇ। ਉਹ ਬੋਲੋ ਤਾਂ ਸਹੀ ਯਾਰ, ਇੰਜੀ ਇੱਕ ਨਹੀਂ, ਉਹ ਬੋਲੋ ਤਾਂ ਸਹੀ। ਆਹ ਤੁਸੀਂ ਮੋਟਰਾਂ ਵੀ ਡਾਇਰੈਕਟ ਚਲਾ ਲੈਂਦੇ ਜੇ, ਮੈਂ ਬੱਲੇ ਬੱਲੇ। ਆਹ ਮੈਂ ਵੇਖਿਆ ਇੱਕ ਬੰਦੇ ਨੇ ਮੀਟਰ ਨੂੰ ਤਵੀਤ ਪਾਇਆ, ਮੈਂ ਕਿਹਾ ਵੀ ਇਹ ਕੀ ਹੈ ਤਵੀ, ਇਹ ਮੀਟਰ ਘੱਟ ਚੱਲੇਗਾ, ਇਹ ਤਵੀਤ ਨਾਲ ਮੀਟਰ ਘੱਟ ਚੱਲੇਗਾ। ਔਰ ਮੈਂ ਕਿਹਾ ਕਿ ਬਾਪ ਦਾਲੇ ਨੂੰ ਮਿਹਨਤ, ਤਵੀਤ ਨਾਲ ਨਹੀਂ ਕੰਮ ਚੱਲਦਾ। ਅੱਲਾ ਅੱਲਾ ਅੱਲਾ, ਮੀਟਰ 'ਤੇ ਤਵੀਤ ਪਾਇਆ, ਅੱਲਾ। ਇਹ ਗੱਲ ਸੁਣ ਲਓ ਪੁੱਤਰੋ, ਪੱਲੇ ਬੰਨੋ ਗੱਲ, ਡਾਇਰੈਕਟ ਨਾ ਬਾਲਿਆ ਕਰ। ਬੋਲੋ ਡਾਇਰੈਕਟ ਨਾ ਬਾਲਿਆ ਕਰ, ਸਾਰੀ ਰੋਜ਼ੀ ਹਰਾਮ ਹੋ ਜਾਂਦੀ ਹੈ, ਸਾਰੀ ਰੋਜ਼ੀ ਹਰਾਮ। ਅੱਲਾ ਹਜ਼ਰਤ ਇਬਰਾਹਿਮ ਅਲੈਹਿਸ ਸਲਾਮ ਕਹਿੰਦੇ ਨੇ ਭਾਈ ਤੂੰ ਬਾਦਸ਼ਾਹ ਹੈ, ਅਤੇ ਬਾਦਸ਼ਾਹਾਂ ਦਾ ਕੰਮ ਹੈ ਆਪਣੀ ਰਾਇਆ ਨੂੰ ਦੇਣਾ, ਜੇ ਬਾਦਸ਼ਾਹ ਦੁਨੀਆ ਵਾਲਾ ਤਾਂ ਦੇ, ਅਤੇ ਜੇ ਅਰਸ਼ ਵਾਲਾ ਤਾਂ ਉਹ ਮੇਰਾ ਇੱਕੋ ਹੀ ਹੈ, ਉਹਨੇ ਜਾ ਉਹਦੇ ਕੋਲ। ਇਹ ਨਹੀਂ ਕਿਹਾ ਵੀ ਦੇ ਦੇ ਉਹਨੂੰ, ਆਦੇ ਚੱਲ ਤੂੰ ਜਾ, ਫੜੀ ਬੋਰੀ ਅਤੇ ਤੁਰ ਪੈ। ਆਹ ਹਾ ਹਾ, ਬੋਰੀ ਤੁਰ ਪਈ। ਅਵਲ ਹਮਦ ਸ਼ਨਾਈ ਲਾਹੀ, ਜੋ ਮਾਲਕ ਹਰ ਹਰ ਦਾਮਾ
ਉੱਥੇ ਕਿਸੇ ਮੈਦਾਨ ਨਾ ਹਾਰੇਦਾ ਮੀਆਂ ਸਾਹਿਬ ਪਰਵਾਨੇ ਨੇ ਤੂੰ ਬੈਲੀ ਤੇ ਸਭ ਜਗ ਬੇਲੀ ਹੋਇਆਨ ਬੇਲੀ ਵੀ ਬੇਲੀ ਸਜਣਾ ਬਾਜੇ ਮੁਹੰਮਦ ਬਖਸ਼ਾ ਤੇ ਸੁਝੀ ਪਈਏ ਹਵੇਲੀ ਬੇਸ਼ਰਮੀ ਦੇ ਹਲਵੇ ਨਾਲ ਤੇ ਸਾਗ ਸਰੋਂ ਦਾ ਚੰਗਾ ਮਨਾਪਕ ਯਾਰ ਦੀ ਯਾਰੀ ਨਾਲ ਤੇ ਸਾਥ ਪੁੱਤੇ ਦਾ ਚੰਗਾ ਪਰਨੀ ਚਾਂਦੀ ਖਸ਼ਨਾਈ ਕੋਲ ਤੇ ਫੈਜ ਕਿਸੇ ਨਾ ਪਾਇਆ ਕਿੱਕਰ ਤੇ ਅੰਗੂਰ ਚੜਾਇਆ ਤੇ ਹਰ ਗੁੱਛਾ ਜ਼ਹਮਾਇਆ ਇਬਰਾਹੀਮ ਅਲੈਹਿਸਲਾਮ ਨੇ ਕਿਹਾ ਜੇ ਅੱਜ ਮੈਂ ਯਾਰੀ ਚ ਰਲਾ ਪਾ ਲਿਆ ਮੈਨੂੰ ਖਲੀਲ ਕੌਣ ਕਵੇਗਾ ਜੇ ਅੱਜ ਮੈਂ ਕਣਕ ਦੀ ਖਾਤਰ ਮੁਨਾਫਕਤ ਕਰ ਲਈ ਤੇ ਮੈਨੂੰ ਖਲੀਲ ਕੌਣ ਕਵੇ ਤੁਰ ਪਏ ਬੋਰੀ ਰਾਹ 'ਚ ਥੋੜ੍ਹੀ ਗਏ ਨਾ ਤੇ ਦਿਲ 'ਚ ਖਿਆਲ ਆ ਗਿਆ ਕਿ ਯਾਰ ਕੋਈ ਕਹੇਗਾ ਵੀ ਝੂਠੇ ਰੱਬ ਦੇ ਪੁਜਾਰੀ ਤੇ ਰੱਜ ਕੇ ਜਾ ਰਹੇ ਤੇ ਵਿਹਲਾ ਇਬਰਾਹੀਮ ਹੀ ਤੁਰਿਆ ਜਾ ਰਿਹਾ ਤੇ ਬੋਰੀ ਭਰ ਲਈ ਰੇਤ ਦੀ ਤੇ ਇਕੱਲੇ ਨੇ ਮੋਢੇ 'ਤੇ ਰੱਖ ਲਈ ਵੀ ਕੋਈ ਵੇਖ ਕੇ ਆ ਕੇ ਵੀ ਖਲੀਲ ਵੀ ਲੈ ਕੇ ਜਾ ਤੁਰ ਪਏ ਘਰ ਜਾ ਕੇ ਰੱਖੀ ਨੀਂਦ ਆ ਗਈ ਆ ਪੱਠੇ ਲੈ ਕੇ ਬੰਦੇ ਆਉਂਦੇ ਨੇ ਨੀਂਦ ਆ ਜਾਂਦੀ ਥੱਕੇ ਹੁੰਦੇ ਨੇ ਉਹ ਜਨਾਬ ਇਬਰਾਹੀਮ ਅਲੈਹਿਸਲਾਮ ਸੌਂ ਗਏ ਅਤੇ ਮਾਈ ਸਾਰਾ ਨੇ ਨਾ ਉਹ ਬੋਰੀ 'ਚੋਂ ਕਣਕ ਕੱਢੀ ਚੱਕੀ ਤੋਂ ਪੀਹ ਕੇ ਹੁੰਦੀਆਂ ਤਾਂ ਆਉਂਦੀਆਂ ਨਾ ਸਾਲਾਂ ਨੂੰ ਪੱਕ ਗਿਆ ਤਾਂ ਰੋਟੀਆਂ ਤੰਦੂਰ ਤੋਂ ਲੈ ਤੰਦੂਰ ਤੋਂ ਲੈ ਤੰਦੂਰ ਤੋਂ ਲੈ ਆ ਕਈਆਂ ਚੱਲ ਸਾਂ ਅਸੀਂ ਵੀ ਬੈਠੇ ਰਹਿੰਦੇ ਉਹ ਆਉਂਦੀਆਂ ਰੋਟੀਆਂ ਤੰਦੂਰ ਤੋਂ ਲੈ ਕੇ ਆਓ ਅਤੇ ਜੇ ਸਾਲਣ ਮੁੱਕਣ ਲੱਗੇ ਤਾਂ ਬਾਲਾਂ ਨੂੰ ਆਉਂਦੀਆਂ ਵੇ ਚੁੱਪ ਕਰ ਜਾ ਤੈਨੂੰ ਵੀ ਮੌਲਵੀਆਂ ਅੱਗੇ ਪਾ ਦੇਣਾ ਹੀ ਆ ਤੇ ਅੱਲਾ ਇਹ ਗੱਲ ਬੜੀ ਵੱਡੀ ਹਜ਼ਰਤ ਇਬਰਾਹੀਮ ਅਲੈਹਿਸਲਾਮ ਸੁੱਤੇ ਮਾਈ ਸਾਰਾ ਨੇ ਕਣਕ ਕੱਢੀ ਚੱਕੀ ਤੇ ਪੀਹ ਕੇ ਤੇ ਅੰਮਾ ਜਾਨ ਨੇ ਰੋਟੀ ਪਕਾ ਕੇ ਹੁਣ ਤੇ ਆਉਂਦੀ ਹੈ ਨਾ ਨੁਕਰਾਨੀ ਰੱਖੋ ਸਾਡੇ ਕੋਲ ਨਹੀਂ ਕੰਮ ਹੁੰਦੇ ਕਿਉਂ ਤੁਹਾਡਾ ਬੀਮਾ ਕਰਾ ਕੇ ਤੁਹਾਨੂੰ ਸ਼ੀਸ਼ੇ 'ਚ ਲਾਉਣਾ ਵੀ ਤੁਸੀਂ ਕੰਮ ਨਹੀਂ ਕਰ ਸਕਦੀਆਂ ਕੰਮ ਕਰੋ ਜਦੋਂ ਜੰਨਤ ਦੀ ਰਾਣੀ ਫਾਤਮਾ ਤੋਂ ਜ਼ਾਰਾ ਕੰਮ ਕਰ ਸਕਦੀਆਂ ਤੇ ਤੁਸੀਂ ਕਿਉਂ ਨਹੀਂ ਕਰ ਸਕਦੀਆਂ ਇਬਰਾਹੀਮ ਅਲੈਹਿਸਲਾਮ ਉੱਠੇ ਤੇ ਮਾਈ ਅੱਲਾ ਨੇ ਰੋਟੀ ਤਿਆਰ ਕਰਕੇ ਅੱਗੇ ਰੱਖੀ ਤੇ ਬਾਬਾ ਜੀ ਕਹਿੰਦੇ ਨੇ ਸਾਰਾ ਇਹ ਕਿੱਥੋਂ ਕਹਿੰਦੇ ਜੀ ਜਿਹੜੀ ਬੋਰੀ ਲਿਆਂਦੀ ਉਹਦੇ 'ਚੋਂ ਕੱਢੀ ਸਮਾਨ ਵੱਲ ਧਿਆਨ ਕੀਤਾ ਰੱਬਾ ਇਹ ਕੀ ਪਰ ਮੈਂ ਜੇ ਤੂੰ ਮੇਰੀਆਂ ਇੱਜ਼ਤਾਂ ਰੱਖ ਸਕਦਾ ਮੈਂ ਤੇਰੀਆਂ ਕਿਉਂ ਨਹੀਂ ਰੱਖ ਸਕਦਾ ਜੇ ਤੂੰ ਮੇਰੀ ਰੱਖ ਕੇ ਤੇ ਬੋਰੀ ਭਰ ਸਕਦਾ ਖੇਹ ਮਿੱਟੀ ਨਾਲ ਤੇ ਮੈਂ ਉਹਨੂੰ ਖੇਹ ਤੋਂ ਹਰ ਚੀਜ਼ ਤੇ ਕਾਦਰ ਕਦੀਰ ਤੂੰ ਜੋ ਚਾਹਨਾ ਏ ਕਰਕੇ ਦਿਖਾ ਦੇਨਾ ਏ ਖਬਰਾ ਕਾਬਰ ਜੇ ਕਾਬੇ ਨੂੰ ਟਾਉਣ ਆਵੇ ਅਬਾਬੀਲਾ ਨੂੰ ਹੁਕਮ ਸੁਣਾ ਦੇਨਾ ਏ ਉਹ ਚੁੰਝਾਂ ਚ ਕੈਂਕਰੇ ਘੇਰ ਦੇਣੇ ਤੂੰ ਉਹਨਾਂ ਦੇ ਬੰਬ ਬਣਾ ਦੇਨਾ ਏ ਅੰਮਾ ਮਰੀਅਮ ਤੇ ਜਦੋਂ ਇਲਜ਼ਾਮ ਲੱਗੇ ਆਪਣੀ ਕੁਦਰਤ ਦੇ ਮੰਜ਼ਰ ਦਿਖਾ ਦੇਨਾ ਏ ਈਸਾ ਨਬੀ ਨੂੰ ਬੋਲਣ ਸਿਖਾ ਦੇਨਾ ਏ ਭਲਾ ਬੱਚੇ ਵੀ ਜੰਮਦੇ ਬੋਲਦੇ ਨੇ ਤੂੰ ਐਸੇ ਵੀ ਟੋਟਕਾ ਦੇਨਾ ਏ ਦੇ ਕੇ ਯੂਸਫ ਨੂੰ ਤਾਜ ਪੈਗੰਬਰੀ ਦਾ ਹੱਥ ਮਿਸਰ ਦੇ ਉੱਤੇ ਬਿਠਾ ਦੇਨਾ ਏ ਜੇਕਰ ਦੁਸ਼ਮਣ ਨਬੀ ਨੂੰ ਮਾਰਨ ਆਵਣ ਆਪਣੀ ਕੁਦਰਤ ਨਾਲ ਖਬਰ ਪਹੁੰਚਾ ਦੇਨਾ ਏ ਹਜ਼ਰਤ ਅਲੀ ਨੂੰ ਬਿਸਤਰ ਸਲਾਹ ਦੇਨਾ ਏ ਹਜ਼ਰਤ ਅਲੀ ਨੂੰ ਬਿਸਤਰ ਸਲਾਹ ਦੇਨਾ ਏ ਆਪਣੇ ਨਬੀ ਨੂੰ ਗਾਰ ਪਹੁੰਚਾ ਦੇਨਾ ਏ ਇੱਕ ਮੱਕੜੀ ਤੋਂ ਜਾਲਾ ਤਨਾ ਦੇਨਾ ਏ ਜੇਕਰ ਨਬੀ ਬਚਾਉਣਾ ਮਕਸੂਦ ਹੋਵੇ ਇੱਕ ਮੱਕੜੀ ਤੋਂ ਜਾਲਾ ਤਨਾ ਦੇਨਾ ਏ ਜੇਕਰ ਦੁਸ਼ਮਣ ਫਿਰ ਵੀ ਬੂਹੇ ਤੇ ਆ ਜਾਵੇ ਉਹਦੀ ਅਕਲ ਤੇ ਪਰਦਾ ਪਾ ਦੇਨਾ ਏ ਇਹ ਕਿਹਦੀ ਸ਼ਾਨ ਏ ਅੱਲਾ ਦੀ ਸ਼ਾਨ ਮੇਰੇ ਬਾਈਓ ਉਹਨੂੰ ਬਕਾਏ ਬਾਕੀ ਸਭ ਨੂੰ ਫਨਾਏ
ਵਾਰਿਸ ਸ਼ਾਹ ਨੇ ਲਿਖਿਆ ਹੈ, ਪੀਰ ਸਾਹਿਬ ਫਰਮਾਉਂਦੇ ਨੇ ਇਹ ਜਗ ਮਕਾਮ, ਇਹ ਤੁਹਾਡੇ ਗਵਾਂਢੀ ਨੇ ਨਾ, ਆ ਤੁਹਾਡਾ ਜ਼ਿਲ੍ਹਾ ਗਵਾਂਢੀ ਹੈ ਨਾ, ਅਲੱਗ ਹੀ ਹੈ ਨਾ, ਜੰਡਿਆਲਾ ਅਲੱਗ ਹੀ ਹੈ। ਇਹ ਜਗ ਮਕਾਮ ਫਨਾ ਦਾਏ, ਰੇਤ ਦੀ ਕਾਂਦੇ ਜਿਉਂ ਮਨਾਏ, ਹਾਂ ਬਦਲਾਂ ਦੀ ਉਮਰ ਬੰਦਿਆਂ ਦੀ, ਇਜ਼ਰਾਈਲ ਨੇ ਪਾੜਨਾ ਸੀ ਮਨਾਏ, ਮਾਰੇ ਸ਼ਾਮੀਆਂ ਅੰਤ ਖਾਕ ਹੋਣਾ, ਲੱਖ ਆਬੇ ਹਯਾਤ ਜੇ ਪੀਵਣਾਏ। ਬਾਬੇ ਨੇ ਕਿਹਾ ਖੀਰ ਮਿੱਟੀ ਨਾਲ ਮਿੱਟੀ ਹੋਣਾ ਹੀ। ਬਾਬਾ ਫਰੀਦ ਪਾਕ ਪਤਨ ਚ ਬੋਲਿਆ, ਮਿਨ ਹਾ ਖਲਕਨਾ ਕੁਮ ਵਫੀ ਹਾ ਨੋਈ ਦੁਕੁਮ ਮਿਨ ਹਾ ਨੁਖਰੇ ਜੋ ਕੁਮ ਤਾਰਤਨ ਉਖਰਾ, ਕਹਿੰਦੇ ਵੇਖ ਪਰੀਤਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਰੋਵੇ ਮਿੱਟੀ ਹੱਸੇ ਅੰਤ ਮਿੱਟੀ ਦਾ ਮਿੱਟੀ ਹੋਵੇ। ਅਗਲੀ ਗੱਲ ਬੜੀ ਸੋਹਣੀ ਲਿਖ ਕੇ ਆਏ ਮੇਰੇ ਭਾਈਓ, ਕਮਾਲ ਗੱਲਾਂ ਨੇ ਬਜ਼ੁਰਗਾਂ ਨੇ ਲਿਖੀਆਂ ਹੈ। ਉਹਨਾਂ ਦਾ ਵੀ ਯਕੀਨ ਸੀ ਮੌਤ ਆਉਣੀ ਆਉਣੀ ਹੈ, ਸਾਰਾ ਜੱਗ ਸੌਂ ਜਾਂਦਾ ਹੈ ਪਰ ਮੇਰਾ ਰੱਬ ਨਹੀਂ ਸੌਂਦਾ। ਬੋਲੋ, ਸਾਰਾ ਜੱਗ ਸੌਂਦਾ ਪਰ ਰੱਬ ਨਹੀਂ ਸੌਂਦਾ। ਇਸ ਵਾਸਤੇ ਮੇਰੇ ਬਾਈਓ, ਅੱਜ ਸਾਨੂੰ ਚਾਹੀਦਾ ਹੈ ਆਪਣੀ ਆਖਰਤ ਦੀ ਫਿਕਰ ਕਰੀਏ। ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਨਬੀ ਪੀਰ ਵਲੀ ਇਮਾਮ ਜ਼ਾਦੇ ਸੰਗ ਛੱਡ ਗਏ ਨੇ ਯਾਰਾਂ ਬੇਲੀਆਂ ਦਾ। ਇੱਕ ਦਿਨ ਅਸਾਂ ਵੀ ਆਲਮਾ ਤੁਰ ਜਾਣਾ, ਇੱਕ ਦਿਨ ਅਸਾਂ ਵੀ ਮਦਨੀ ਤੁਰ ਜਾਣਾ, ਇੱਕ ਦਿਨ ਅਸਾਂ ਵੀ ਆਲਮਾ ਤੁਰ ਜਾਣਾ, ਖੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਇਹ ਸਾਰਾ ਜੱਗ ਇੱਥੇ ਰਹਿ ਜਾਣਾ ਹੈ, ਅਸਾਂ ਹੀ ਜਾਣਾ ਹੈ, ਸਾਡੇ ਪਿਛਲਿਆਂ ਨੇ ਸਾਨੂੰ ਕਬਰ 'ਚ ਪਾਉਣਾ ਹੈ, ਇੱਕ ਦਿਨ ਆਉਣਾ ਹੈ, ਅਸੀਂ ਦੁਨੀਆਂ ਤੋਂ ਜਾਣਾ ਹੈ ਔਰ ਇਹ ਸ਼ੇਰ ਫਿੱਟ ਹੋ ਜਾਣਾ ਹੈ। ਬੰਦੇ ਆ ਜਹਾਨ ਉੱਤੇ ਕਰੀ ਨਾ ਗੁਮਾਨ, ਮਿਲ ਕੇ ਪੜ੍ਹ ਲਓ, ਬੰਦੇ ਆ ਜਹਾਨ ਉੱਤੇ ਕਰੀ ਨਾ, ਇੱਕ ਨਾ ਸਾਰੇ ਪੜ੍ਹ ਲਓ, ਦੁਆ ਕਰਾਈਏ ਮਿਲ ਕੇ। ਬੰਦੇ ਆ ਜਹਾਨ ਉੱਤੇ ਕਰੀ ਨਾ ਸਦਾ ਨੀ ਰਹਿਣਾ ਇੱਥੇ ਕਿਸੇ, ਸਾਰੇ ਪੜ੍ਹੋ ਜਿਹੜੇ ਜਿਹੜੇ ਸਾਰੇ ਬੈਠੇ ਇਨਸਾਨ ਹੀ ਬੈਠੇ ਜੇ ਪੜ੍ਹ ਲਓ, ਸਦਾ ਨੀ ਰਹਿਣਾ ਇੱਥੇ ਕਿਸੇ ਇਨਸਾਨ, ਬੜੇ ਬੜੇ ਰਾਜਿਆਂ ਨੂੰ ਮੌਤ ਨੇ ਨਾ ਛੋੜਿਆ, ਜਿਹਦੇ ਉੱਤੇ ਦਿਲ ਆਇਆ ਉਹ ਪੁੱਲ ਤੋੜਿਆ, ਹਰੇ ਬਰੇ ਬਾਗ ਕਰ ਛੱਡੇ ਨੇ ਵੀਰਾਨ। ਬੰਦੇ ਆ ਜਹਾਨ ਉੱਤੇ, ਇਸ ਵਾਸਤੇ ਜੋ ਕੁਝ ਅੱਲਾ ਦਿੱਤਾ ਹੈ, ਅਲ ਮਾਲ ਵਲ ਬਨੂਨ ਜ਼ੀਨਤ ਅਲ ਹਯਾਤ ਦੁਨੀਆ ਵਲ ਬਾਕੀਆਤ ਸਾਲਿਆਤ, ਇਹ ਕੁਰਬਾਨੀ ਕਰਿਆ ਕਰੋ, ਉਹਦੇ ਦਿੱਤੇ 'ਚ ਖਰਚ ਕਰੋ, ਉਹਨੇ ਦਿੱਤਾ ਉਹਦੇ ਨਾਮ ਤੋਂ ਵਾਰਨਾ ਹੈ। ਜਿਵੇਂ ਖਲੀਲ ਨੇ ਕਿਹਾ ਸੀ, ਅੱਲਾ ਨੇ ਕਿਹਾ ਪੁੱਤਰ ਜ਼ਿਬਾ ਕਰ ਦੇ, ਖਲੀਲ ਨੇ ਪਤਾ ਕੀ ਲਫ਼ਜ਼ ਕਿਹਾ ਹੈ, ਕਹਿੰਦੇ ਨੇ ਤੂੰਏ ਦਿੱਤਾ ਤੇਰਾ ਦਿੱਤਾ ਤੇਰੇ ਉਤੋਂ ਵਾਰਿਆ, ਮਿਲ ਕੇ ਪੜ੍ਹ ਲਓ, ਤੂੰਏ ਦਿੱਤਾ ਤੇਰਾ ਦਿੱਤਾ ਤੇਰੇ ਉਤੋਂ, ਸਾਰੇ ਪੜੋਗੇ ਸਰੂਰ ਆਏਗਾ, ਮਜ਼ਾ ਆਏਗਾ। ਲੈ ਵੀ ਮਿਲ ਕੇ ਪੜ੍ਹਨਾ ਜੇ, ਮਾਂ ਦੇ ਦੁੱਧ ਦੇ ਜ਼ੋਰ ਨਾਲ ਪੜ੍ਹਨਾ ਜੇ, ਡੱਬੇ ਵਾਲਾ ਕੋਈ ਨਾ ਬੋਲੇ ਉਹ ਰੋੜੀ ਆਉਂਦੀ ਬੀਬੀ, ਆ ਕੈਣੀਆਂ ਵਾਲੇ ਡੱਬੇ ਵਾਲੇ ਰੋੜੀ ਆਉਂਦੀ, ਤੇ ਤੁਸੀਂ ਮਾਂ ਦੇ ਦੁੱਧ ਵਾਲਾ ਜ਼ੋਰ ਲਾਓ, ਇਹ ਬੜਾ ਖਾਲਸ ਹੁੰਦਾ। ਸੜੋ ਮਿਲ ਕੇ, ਤੂੰਏ ਦਿੱਤਾ ਤੇਰਾ ਦਿੱਤਾ, ਉਹ ਨੀਲੀ ਛੱਤ ਲੈ ਬੈਠੇ ਜੇ ਪਤਾ ਲੱਗੇ, ਤੂਏ ਦਿੱਤਾ ਤੇਰਾ ਦਿੱਤਾ ਤੇਰੇ ਤੋਂ, ਮਜ਼ਾ ਨਹੀਂ ਆਇਆ, ਜ਼ਰਾ ਠੰਡ ਪੈ ਜਾਵੇ, ਜ਼ਰਾ ਗੂੰਜ ਪੈ ਜਾਵੇ ਮੁਸਲਮਾਨੋ, ਹੁਈਏ ਦਿੱਤਾ ਤੇਰਾ ਦਿੱਤਾ ਤੇਰੇ ਉਤੋਂ।
ਪੜੋ ਜਿਵੇਂ ਉਹ ਬੱਚਾ ਜ਼ਮੀਰ ਉਲ ਹਸਨ ਪੜਦਾ ਹੁੰਦਾ ਸੀ, ਅੱਜ ਤੁਸੀਂ ਵੀ ਰਲ ਕੇ ਪੜੋ ਮਿਲ ਕੇ। ਨਾ ਜੀ ਮੱਕੀ ਜ਼ਰਾ ਘੁਮਾ ਕੈਮਰਾ, ਸਾਰਿਆਂ ਦੀ ਆਵਾਜ਼ ਦਾ ਮੈਨੂੰ ਪਤਾ ਲੱਗੇ ਕੈਚ ਹੋ ਜਾਣੀ ਹੈ। ਲੈ ਵੀ ਹੁਣ ਆਪਣੀ ਆਪਣੀ ਇਮਾਨਦਾਰੀ ਨਾਲ ਪੜਨਾ, ਜੇ ਨੀਲੀ ਛੱਤ ਵਾਲੇ ਨੇ ਜ਼ਬਾਨ ਦਿੱਤੀ ਉਹਦੇ ਵਾਸਤੇ ਬੋਲੋ। ਤੁਈਏ ਦਿੱਤਾ ਤੇਰਾ ਦਿੱਤਾ ਤੇਰੇ ਉੱਤੋਂ ਸਦਕੇ ਮੈਂ ਜਾਵਾਂ ਤੇਥੋਂ ਮੇਰੇ ਸੱਚੇ ਮਾਲਕਾ, ਸਦਕੇ ਮੈਂ ਜਾਵਾਂ ਤੇਥੋਂ ਮੇਰੇ ਸੱਚੇ ਮਾਲਕਾ। ਤੁਹਾਡਾ ਮੇਰਾ ਮਾਲਕ ਕੌਣ ਹੈ? ਤੁਹਾਡੀਆਂ ਚੀਜ਼ਾਂ ਦਾ ਮਾਲਕ ਕੌਣ ਹੈ? ਲਿਲਾਹੇ ਮੇਰਾ ਸੁਸਮਾਵਾਤੀ ਵਾਲ ਅਰਜ਼ ਫਿਰ ਮਿਲ ਕੇ ਪੜ੍ਹਨਾ ਚਾਹੀਦਾ ਵੇ। ਤੁਈਏ ਦਿੱਤਾ ਤੇਰਾ ਦਿੱਤਾ ਤੇਰੇ ਉੱਤੋਂ। ਹੱਥ ਖੜੇ ਕਰੋ ਜਿਹੜੇ ਆਉਂਦੇ ਵੀ ਅੱਲਾ ਦੇ ਰਾਹ 'ਤੇ ਕੁਰਬਾਨੀ ਕਰਾਂਗੇ, ਦੇਖ ਲਾਵਾਂ ਕਰਾਂਗੇ। ਉਹ ਨਾ ਹੋਵੇ ਕੋਈ ਮੀਰ ਆਲਮ ਖਜੂਰ 'ਤੇ ਚੜ੍ਹ ਗਿਆ, ਉਹਨੇ ਖਾਧੀਆਂ ਖਜੂਰਾਂ, ਢਿੱਡ ਭਰ ਲਿਆ, ਜੇਬਾਂ ਭਰ ਲਈਆਂ, ਥੱਲੇ ਧਿਆਨ ਮਾਰਿਆਂ ਨੂੰ ਮੌਤ ਨਜ਼ਰ ਆਵੇ। ਆਂਦਾ ਯਾ ਅੱਲਾ ਜੇ ਸਹੀ ਸਲਾਮਤ ਉਤਰਾਂ ਤਾਂ ਮਿੱਠੇ ਚੌਲ ਦੀ ਦੇਗ ਲਾਊਂ। ਵਿੱਚ ਘਰ ਆਣ ਕੇ ਆਉਂਦਾ ਤੈਨੂੰ ਲੂਣੇ ਮਿੱਠੇ ਨਾਲ ਕੀ ਤੂੰ ਕੋਈ ਖਾਣਾ, ਮੈਂ ਲੂਣਿਆਂ ਦੀ ਲਾਵਾਂਗਾ। ਅਤੇ ਅੱਧ ਚ ਆਣ ਕੇ ਇਹ ਕਿਹਾ ਅਤੇ ਥੱਲੇ ਆ ਕੇ ਆਉਂਦਾ ਲੈ ਅੱਲਾ ਨਾ ਗਾਂ ਚੜਾਂਗੇ ਤੇ ਨਾ ਦੇਖ ਦੇਵਾਂਗੇ, ਹੈ ਨਾ ਹੀ ਦੇਵਾਂਗੇ। ਓਏ ਭਾਈਓ, ਅੱਲਾ ਦੇ ਰਾਹ 'ਤੇ ਦਿੱਤੀਆਂ ਘਾਟਾ ਨਹੀਂ ਜੇ ਤੂੰ। ਕਈ ਬੰਦੇ ਏਡੇ ਬੇਈਮਾਨ ਸਾਲ ਬਾਅਦ ਵੀ ਦੇਗ ਨਹੀਂ ਲਾਉਂਦੇ। ਆ ਕਈ ਜ਼ਿਮੀਦਾਰ ਅੱਲਾ ਜਾਣਦਾ ਹੈ ਸੌ ਸੌ ਮਨ ਮੂੰਜੀ ਅੰਦਰਾਂ 'ਚ ਵਾਲ ਲੈਂਦੇ ਨੇ, ਪੰਜ ਪੰਜ ਸੌ ਮਨ ਮੰਡੀ ਆੜਤ ਸੁੱਟ ਦਿੰਦੇ ਨੇ, ਇੱਕ ਦੇਗ ਅੱਲਾ ਦੇ ਨਾਂ 'ਤੇ ਨਹੀਂ ਲਾਉਂਦੇ, ਇੱਕ ਦੇਗ। ਅੱਲਾ ਜਾਣਦਾ ਇੰਝ ਹੋ ਰਿਹਾ। ਅਤੇ ਹੁਣ ਤੁਸੀਂ ਅੱਜ ਮਿਲ ਕੇ ਵਾਅਦਾ ਕਰੋ ਬੱਕਰੇ ਛੱਤਰੇ ਅੱਲਾ ਦੇ ਰਾਹ 'ਤੇ ਦਵੋਗੇ ਨਾ ਇਨਸ਼ਾਅੱਲਾਹ। ਉਹ ਗਊ ਮਾਤਾ 'ਤੇ ਤਾਂ ਪਾਬੰਦੀ ਲਾ ਦਿੱਤੀ ਹੈ ਨਾ, ਹੈਂ। ਮੈਂ ਇੱਕ ਬੰਦੇ ਨੂੰ ਕਿਹਾ, ਮੈਂ ਕਿਹਾ ਗੱਲ ਸੁਣ, ਮੈਂ ਕਿਹਾ ਵੀ ਆਪਣੀ ਮਾਂ ਦੀ ਇੱਜ਼ਤ ਕਰਨ ਨਾ ਕਰਨ ਤਾਂ ਗਊ ਮਾਤਾ ਦੀ ਜ਼ਰੂਰ ਕਰਦੇ ਨੇ। ਵੇਖੋ ਕਿੱਡੇ ਬੇਈਮਾਨ। ਓ ਵੀਰੋ ਤੁਸੀਂ ਪੜ੍ਹੋ, ਤੁਈਏ ਦਿੱਤਾ ਤੇਰਾ ਦਿੱਤਾ ਤੇਰੇ ਉੱਤੋਂ। ਨਹੀਂ ਮਜ਼ਾ ਨਹੀਂ ਆਇਆ, ਗੱਜ ਕੇ ਲੈ ਵੀ ਤੁਹਾਡੀ ਆਵਾਜ਼ ਮੈਨੂੰ ਪਤਾ ਲੱਗੇ ਹਾਜ਼ਾਬਾਦੀਆਂ ਦੀ ਹੈ। ਚੰਗਾ ਜਨਾਬ ਜੀ, ਇਸ ਇਲਾਕੇ ਦਾ ਪਾਣੀ ਜ਼ਮੀਨੀ ਠੀਕ ਹੈ? ਉਹ ਫੈਸਲਾਬਾਦੀ ਹੈ ਵਿਚਾਰਾ, ਪਾਣੀ ਜ਼ਮੀਨੀ ਠੀਕ ਨਹੀਂ ਅਤੇ ਗੱਜਦੇ ਨੇ, ਅਤੇ ਤੁਹਾਡੀ ਆਵਾਜ਼ ਤਾਂ ਮੈਨੂੰ ਬੁੜੀਆਂ ਵਾਲੀ ਲੱਗਣ ਦੀ ਹੈ। ਲੈ ਹੁਣ ਮੈਨੂੰ ਪਤਾ ਲੱਗਣਾ ਜੇ ਬੰਦਿਆਂ ਦੀ ਆਵਾਜ਼ ਨਾ ਤਾਂ ਜ਼ਰਾ ਗੱਜ ਪਾ ਦਿਆ ਜੇ। ਜਿਵੇਂ ਕੁਝ ਨਾਲੇ ਦੇ ਆ ਲਾਗੇ ਤੁਹਾਡੇ ਗਵਾਂਢੀ ਨੇ ਅਤੇ ਉਹ ਆਉਂਦੇ ਨੇ, ਕੁਝ ਨਾਲੇ ਦੇ ਪ੍ਰਵਾਨ ਖਾਂਦੇ ਗਿਰੀਆਂ ਅਤੇ ਬਦਾਮ ਅਤੇ ਮਾਰਨ ਮੁੱਕੀ ਅਤੇ ਕੱਢਣ, ਅਤੇ ਤੁਸੀਂ ਵੀ ਅੱਜ ਜ਼ਰਾ ਕੋਈ ਕਹਾਵਤ ਬਣਾ ਦਿਓ ਹਾਜ਼ਾਬਾਦੀਆਂ ਦੀ, ਪਤਾ ਲੱਗੇ। ਤੁਈਏ ਦਿੱਤਾ ਤੇਰਾ ਦਿੱਤਾ ਤੇਰੇ ਉੱਤੋਂ, ਸਦਕੇ ਮੈਂ ਜਾਵਾਂ ਤੇਥੋਂ ਮੇਰੇ ਸੱਚੇ। ਅਤੇ ਤੁਹਾਡੀ ਕੁਰਬਾਨੀ ਕਬੂਲ ਪਤਾ ਕਦੋਂ ਹੋਣੀ ਹੈ? ਜਦੋਂ ਤੁਸੀਂ ਸਾਰਾ ਗੋਸ਼ਤ ਗਰੀਬਾਂ ਨੂੰ ਵੰਡੋ। ਅਤੇ ਹੁਣ ਕੀ ਕਰਦੇ ਨੇ ਛਿਛੜੇ ਵਿੱਚ ਦੋ ਕੁ ਬੋਟੀਆਂ, ਦੋ ਹੱਡੀਆਂ, ਦਿਓ 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 ਮਛਾਇਆ ਨੂੰ, ਦਿਓ ਮਛਾਇਆ। ਅਤੇ ਆਹ ਸਹੁਰੇ ਵਾਲੀ ਇੱਕ ਰਾਣੀ ਰੱਖ ਲਵੀਂ, ਇਹ ਮੇਰੀ ਸੱਸ ਲਈ ਇੱਕ ਰਾਣੀ ਰੱਖ ਲਵੀਂ, ਪੂਰੀ ਰਾਣੀ ਜਾਂਦੀ ਹੈ, ਬੋਲੋ ਤਾਂ ਸਹੀ ਹੈ। ਅਤੇ ਉਹ ਗਰੀਬਾਂ ਨੂੰ ਛਿਛੜੇ ਹੱਡੀਆਂ, ਹੈ। ਅਤੇ ਜੇ ਕੋਈ ਗਰੀਬ ਬਾਅਦ 'ਚੋਂ ਲੈਣਾ, ਇਹ ਵੰਡੀ ਵੁੰਡੀ ਗਿਆ ਅਤੇ ਮੈਂ ਫਰਿੱਜ 'ਚ ਮੋਹਰਾ ਪਿਆ, ਕੱਢ ਕੇ ਦਵੋ, ਅਤੇ ਗਰੀਬ ਆਇਆ ਬੂਏ ਤੁਹਾਨੂੰ ਦਵੋ। ਕੁਰਬਾਨੀ ਤਾਂ ਕੀਤੀ ਗਰੀਬਾਂ ਲਈ, ਅੱਲਾ ਰਾਜ਼ੀ ਹੋਵੇ। ਇੱਥੇ ਸਾਰੀਆਂ ਫਰਿੱਜਾਂ 'ਚ ਵਾਲ, ਮੈਂ ਨਾ ਯਾ ਅੱਲਾ ਈਦ ਦੇ ਦਿਨਾਂ 4 ਦਿਨ ਬੱਤੀ ਨਾ ਆਵੇ, ਹਾਂ ਵੀ ਫਰਿੱਜਾਂ 'ਚ ਗੋਸ਼ਤ ਨਾ ਰੱਖਣ। ਉਹ ਸਹੀ ਗੱਲ, ਉਹ ਜਨਰੇਟਰ ਫਰਿੱਜ ਚਲਾਉਂਦੇ ਹੀ ਨਹੀਂ ਗੇ ਕਿਸੇ ਕਿਸੇ ਦੇ ਘਰ ਜਨਰੇਟਰ, ਤੁਹਾਡਾ ਥੋੜ੍ਹਾ ਟਰੈਕਟਰ ਤੁਸੀਂ ਗੱਲਾਂ ਕਰਦੇ ਜੇ, ਜਨਰੇਟਰ ਕਿੱਥੇ ਚੱਲਦੇ ਨੇ ਅਤੇ ਨਹੀਂ ਗੇ, ਗਰਮ ਹੋ ਜਾਂਦੇ ਨੇ। ਜਿਹੜਾ ਗੱਲ ਸੁਣ ਲਓ, ਅੱਲਾ ਪਾਕ ਨੇ ਤੁਹਾਡੀ ਕੁਰਬਾਨੀ ਕਬੂਲ ਕਰਕੇ ਪਤਾ ਕੀ ਕਹਿਣਾ ਹੈ? ਮਈਏ ਦਿੱਤਾ ਮੇਰਾ ਦਿੱਤਾ ਮੇਰੇ ਉੱਤੋਂ ਵਾਰਿਆ, ਮਿਲ ਕੇ ਮਈਏ ਦਿੱਤਾ ਮੇਰਾ ਦਿੱਤਾ ਮੇਰੇ ਉੱਤੋਂ, ਸਦਕੇ ਮੈਂ ਜਾਵਾਂ ਤੇਥੋਂ ਮੇਰੇ ਸਖੀ ਸੋਹਣਿਆ, ਮਿਲ ਕੇ ਸਦਕੇ ਮੈਂ ਜਾਵਾਂ ਤੇਥੋਂ ਮੇਰੇ ਸਖੀ। ਜਿਹੜਾ ਚਾਹੁੰਦਾ ਕਿ ਰੱਬ ਮੈਨੂੰ ਕਵੇ ਕਿ ਮੇਰਿਆ ਸਖੀਆ ਮੰਗ, ਕੁਰਬਾਨੀ ਉਹਦੀ ਕਬੂਲ ਹੈ ਜਿਹੜਾ ਸਭ ਤੋਂ ਸੋਹਣੀ ਚੀਜ਼ ਅੱਲਾ ਦੇ ਨਾਂ ਦੇ। ਸਾਡੇ ਮੁਸਲਮਾਨ ਕੀ ਕਰਦੇ, ਰਿਸ਼ਤੇਦਾਰ ਆ ਉਹਨੇ, ਇਹ ਇਮਲੀ ਵੀ ਪਾ ਲਓ ਬਰਾਨੀ 'ਚ, ਇਹ ਗੋਸ਼ਤ ਵੀ ਪਾ ਲਓ, ਇਹ ਫਲਾਣਾ ਮਸਾਲਾ ਵੀ ਪਾ ਲਓ, ਜਦੋਂ ਰੱਬ ਦੇ ਨਾਂ 'ਤੇ ਦੇਖਦੇ ਨੇ, ਆਹ 2 ਕਿਲੋ ਛੋਲੇ ਭਿਉਂ ਜਿਹੜਾ ਛੋਲੇ ਦੇਖ ਲਾਉਣੀ ਰੱਬ ਦੇ ਨਾਂ ਦੇ, ਆਹ ਤੁਹਾਨੂੰ ਮੌਲਾ ਦੀ ਮਾਰ ਵੱਜੇ। ਉਹ ਸਖੀ ਦੇ ਨਾਂ 'ਤੇ ਦੇਖ ਲਾਉਣੀ ਹੈ ਸਾਰੀ ਕਾਇਨਾਤ ਦੇ ਮਾਲਕ ਦੇ ਨਾਂ 'ਤੇ, ਅਤੇ ਛੋਲੇ ਪਾ ਦੇਣੇ ਜਿਹੜੇ ਘੋੜੇ ਵੀ ਨਹੀਂ ਖਾਂਦੇ। ਸਹੀ ਗੱਲ, ਮੈਂ ਸਿੱਧੀ ਗੱਲ ਕਰ, ਮੈਂ ਸੱਚੀਆਂ ਗੱਲਾਂ ਕਰਨਾ, ਤੁਹਾਨੂੰ ਕੌੜੀਆਂ ਲੱਗਦੀਆਂ, ਉਹ ਇੰਝ ਹੀ ਕਿ ਨਹੀਂ?
ਆ ਸਾਡੇ ਵਿਆਹਾਂ ਸ਼ਾਦੀਆਂ 'ਤੇ ਵੀ ਇੱਕ ਤਮਾਸ਼ਾ ਹੁੰਦਾ, ਉਹ ਜਨਾਬ ਦੇਗਾਂ ਲਾਉਂਦੇ ਨੇ, ਰੋਟੀ ਰੋਟੀ ਖਵਾ ਕੇ ਨਾ ਜੰਜ ਨੂੰ, ਜੀ ਦੋ ਵੱਧ ਗਈਆਂ ਇੱਕ ਮਸੀਤੇ ਦੇ, ਫਰਿਸ਼ਤੇ ਵੀ ਆਉਂਦੇ ਹੋਣਗੇ ਇਹਦੀ ਸੁਗਾਤ ਇਹਨਾਂ ਦੀ ਬੂਥੀ 'ਤੇ ਮਾਰੋ, ਵੀ ਵਧੀ ਕੱਟੀ ਰੱਬ ਵਾਸਤੇ ਰਹਿ ਗਈ। ਤੇਰਾ ਈਮਾਨ ਤੇ ਸੀ, 15 ਦੇਗਾਂ ਲੈਂਦੀਆਂ ਤੇ ਪਹਿਲੀ ਦੇਗ 'ਤੇ ਖਲੋ ਕੇ ਆਉਂਦਾ, ਚਲੋ ਮਸੀਤੇ ਛੱਡੋ ਤੇ ਸਾਡਾ ਅੱਲਾ ਵਾਰਸ ਏ। ਫਿਰ ਵੇਖ ਬਰਕਤ ਪੈਂਦੀ ਸੀ ਕਿ ਨਹੀਂ ਪੈਂਦੀ, ਤੇ ਇੱਥੇ ਵਧੀ ਕੱਟੀ ਜਾਂਦੀ, ਮਸੀਤੇ ਦੇ ਬਾਲਾਂ ਨੂੰ ਦੇ, ਮਸੀਤੇ ਪੜ੍ਹਦੇ ਪੈ, ਹੈ ਵਾਹ ਸਖੀਆ ਅੰਨਾ ਮੰਡੇ ਸ਼੍ਰੀਨੀਆਂ ਪੰਪਾਂ ਬਣਿਆ, ਬੱਲੇ ਵਧੀ ਕੱਟੀ ਮਸੀਤੇ ਖਰਾਬ ਹੋ ਜਾਣੀ, ਉਹ ਦੇ ਹੁਣ ਪਤਾ ਦੇਗ ਫਰਿੱਜ 'ਚ ਵੜਨੀ ਨਹੀਂ, ਨਹੀਂ ਤੇ ਕਸਮੇ ਵਾਲ ਲੈਣ, ਇਹਨਾਂ ਦਾ ਬਸ ਨਹੀਂ ਚੱਲਦਾ। ਇਹ ਆਉਂਦੀਆਂ ਦੇ ਉਹ ਛੇਤੀ ਦੇ, ਉਹ ਹਨੇਰਾ ਹੋ ਗਿਆ, ਉਹ ਬੁਸ ਨਾ ਜਾਵੇ, ਉਹ ਦੇ ਉਹ। ਸਹੀ ਗੱਲ ਇੰਝ ਹੀ, ਇਹ ਅੱਲਾ ਦੇ ਨਾਮ 'ਤੇ ਇੰਝ ਕਰਦੇ ਨੇ, ਕਰਦੇ ਨੇ ਕਿ ਨਹੀਂ ਬੋਲੋ ਤੁਸੀਂ। ਅੱਲਾ ਜਾਣਦਾ ਇਹ ਮੌਲਵੀਆਂ ਨੂੰ ਸੂਟ ਨਹੀਂ ਲੈਣੇ ਚਾਹੀਦੇ, ਇਹ ਮੌਲਵੀਆਂ ਦਿੰਦੇ ਨੇ ਕੇਟੀ ਦਾ ਸੂਟ ਜਿਹੜਾ ਮੁਰਦਾ ਵੀ ਨਹੀਂ ਪਾਉਂਦਾ। ਸਹੀ ਗੱਲ, ਨਹੀਂ 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 ਅੱਲਾ ਦੇ ਬੰਦੇ ਮੈਂ ਗੱਲ ਸਿੱਧੀ ਕਰ ਰਿਹਾ, ਮੇਰੇ ਵੱਲੋਂ ਤੁਸੀਂ ਫਜਰ ਤੱਕ ਲੱਗੇ ਰਹੋ, ਮੈਂ ਗੱਲ ਸਹੀ ਕੀਤੀ, ਬੰਦੇ ਹੱਸ ਕੇ ਗੱਲ ਪਾਉਂਦੇ ਉਹਨਾਂ ਦੀ ਮਰਜ਼ੀ, ਜੋ ਤੁਹਾਡੀਆਂ ਕਰਤੂਤਾਂ ਮੈਂ ਉਹ ਦੱਸੀਆਂ, ਇੰਝ ਹੋ ਰਿਹਾ ਕਿ ਨਹੀਂ ਹੋ ਰਿਹਾ ਮੇਰੇ ਭਾਈਓ। ਨਹੀਂ ਨਹੀਂ ਮੈਂ ਮਜ਼ਾਕ 'ਚ ਪਾਈ ਨਹੀਂ ਗੱਲ, ਕਿਉਂ ਵੀ ਸਾਡੇ ਮਾਮਲੇ ਇੰਝ ਦੇ ਹੈਗੇ ਨੇ ਕਿ ਨਹੀਂ, ਸਾਨੂੰ ਫਿਕਰ ਕਰਨਾ ਚਾਹੀਦਾ ਕਿ ਅੱਲਾ ਦੇ ਨਾਮ 'ਤੇ ਪਹਿਲੋਂ ਦੇਣੀ ਚਾਹੀਦੀ ਅਤੇ ਅੱਲਾ ਦੇ ਨਾਮ 'ਤੇ ਸੋਹਣੀ ਦੇਣੀ ਚਾਹੀਦੀ। ਯਾਨੀ ਘਰ ਜੇ 5 ਕਿਲੋ ਦੀ ਦੇਵ ਪਾਉਂਦੇ, 2 ਕਿਲੋ ਮੁਰਗਾ ਪਾ ਕੇ ਅੱਲਾ ਦੇ ਨਾਮ 'ਤੇ, 5 ਕਿਲੋ ਮੁਰਗਾ ਅਤੇ 5 ਕਿਲੋ ਚੋਲ ਹੋਣ ਅਤੇ ਫਿਰ ਗੱਲ ਫੱਪਦੀ ਕਿ ਅੱਲਾ ਕਹਿੰਦਾ ਜਿਹੜੀ ਸਭ ਤੋਂ ਸੋਹਣੀ ਚੀਜ਼ ਹੈ ਮੇਰੇ ਨਾਮ 'ਤੇ ਕਰਨੀ। ਖਲੀਲ ਨੂੰ ਵੀ ਕਿਹਾ ਸੀ ਕਿ ਜਿਹੜੀ ਸਭ ਤੋਂ ਸੋਹਣੀ ਉਹ ਮੇਰੇ ਰਾਹ 'ਤੇ ਜ਼ਿਬਾ ਕਰ, ਕਿਉਂ ਜੀ ਜਿਹੜੀ ਚੀਜ਼ ਤੈਨੂੰ ਦੁਨੀਆ 'ਚ ਸਭ ਤੋਂ ਸੋਹਣੀ ਲੱਗਦੀ ਹੈ ਉਹ ਤੇਰਾ ਪੁੱਤਰ ਹੈ, ਮੇਰੇ ਰਾਹ 'ਤੇ ਜ਼ਿਬਾ ਕਰ। ਖਲੀਲ ਨੇ ਵੀ ਕਿਹਾ ਸੀ ਅੱਲਾ ਤੂੰ ਹੀ ਦਿੱਤਾ ਹੈ ਅਤੇ ਤੇਰੇ ਰਾਹ 'ਤੇ ਜਾ, ਅਤੇ ਅੱਲਾ ਨੇ ਵੀ ਕਿਹਾ ਮੈਨੂੰ ਤੇਰੇ ਪੁੱਤਰ ਦੀ ਲੋੜ ਨਹੀਂ ਸੀ, ਮੈਨੂੰ ਤੇਰੀ ਨੀਯਤ ਦੀ ਲੋੜ ਸੀ, ਜੋ ਤੇਰੀ ਨੀਯਤ ਸੀ ਉਹ ਮੈਨੂੰ ਪਤਾ ਲੱਗ ਗਿਆ ਹੈ, ਇਸ ਵਾਸਤੇ ਸ਼ੇਰ ਪਕਾ ਲਓ। ਤੂੰ ਦਿੱਤਾ ਤੇਰਾ ਦਿੱਤਾ ਤੇਰੇ ਉੱਤੋਂ ਹਲ ਮਾਲੂਮ ਅਲ ਬਣੋ ਨਾ, ਮੈਂ ਆਪਣੇ ਮੌਜੂ ਤੋਂ ਕਦੀ ਹਟਿਆ ਨਹੀਂ, ਹਲ ਮਾਲੂਮ ਅਲ ਬਣੋ ਨਾ ਜ਼ੀਨਤ ਹਯਾਤ ਦੁਨੀਆ ਵਲ ਬਾਕੀਆਤ ਸਾਰੇ ਹਾਂ, ਬਾਕੀ ਰਹਿਣ ਵਾਲੇ ਤੇਰੇ ਨੇ ਕਮਲ ਨੇ, ਬੱਕਰੇ ਛਤਰੇ ਜਿਹੜੇ ਅੱਲਾ ਦੇ ਰਾਹ 'ਤੇ ਦੇਂਗਾ, ਤੇਰੀ ਤੇ ਮੇਰੀ ਮਾਂ ਸ਼ਸਦੀ ਕਾਬੇ ਦਾ ਜ਼ਾਹਿਦਾ ਤਈਬਾ ਤਾਰਾ ਸਲਾਮੁੱਲਾ ਲਈ ਆਓ, ਇੱਕ ਬੱਕਰੀ ਅੱਲਾ ਦੇ ਰਾਹ 'ਤੇ ਜ਼ਿਬਾ ਕਰ ਦਿੱਤੀ, 3 ਰਾਨਾਂ ਵੰਡ ਦਿੱਤੀਆਂ, ਇੱਕ ਪਈਏ ਕਮਲੀ ਵਾਲਾ ਮਬੂਮਾ ਦਾਗ ਦੇ ਕਾਜਲ ਵਾਲਾ ਮਬੂਬਾ ਆਈ, ਫਰਮਾਇਆ ਮੇਰੀ ਐਸ਼ ਉਹ ਬੱਕਰੀ ਕਿੱਥੇ ਆਕਾ, 3 ਰਾਨਾਂ ਅੱਲਾ ਦੇ ਰਾਹ 'ਤੇ ਵੰਡਤੀਆਂ ਅਤੇ ਇੱਕ ਬਾਕੀ ਹੈ, ਮੇਰੇ ਕਮਲੀ ਵਾਲੇ ਮਹਬੂਬ ਨੇ ਫਰਮਾਇਆ ਸ਼ਾਹ ਇਹ ਬਾਕੀ ਨਹੀਂ, ਜਿਹੜੀਆਂ ਵੰਡ ਦਿੱਤੀਆਂ ਨੇ ਉਹ ਬਾਕੀ ਨੇ, ਇਹ ਤੇ ਅਸੀਂ ਖਾ ਲੈਣੀਆਂ ਅਤੇ ਖਤਮ ਹੋ ਜਾਣੀ, ਜਿਹੜੀਆਂ ਅੱਲਾ ਦੇ ਰਾਹ 'ਤੇ ਵੰਡਤੀਆਂ ਇਹਨੂੰ ਆਖਰਤ ਦੀ ਫਿਕਰ ਕਹਿੰਦੇ ਸੀ। ਵੀਰੋ ਆਪਣੀ ਆਖਰਤ ਵਾਸਤੇ ਕੁਛ ਇਕੱਠਾ ਕਰ ਲਓ, ਕੁਛ ਬਣਾ ਲਓ, ਨਹੀਂ ਤਾਂ ਕਿਆਮਤ ਨੂੰ ਪਛਤਾਵਾ ਜੇ, ਕਿਆਮਤ ਨੂੰ ਬੁਰਾ ਹਾਲ ਹੋਣਾ ਜੇ, ਹਸ਼ਰ ਦੇ ਦਿਨ ਅੱਲਾ ਨੇ ਕਹਿਣਾ ਹੈ ਕਿ ਜਾਓ ਸਾਰੀਆਂ ਚੀਜ਼ਾਂ ਸਿਰਾਂ 'ਤੇ ਚੁੱਕੀਆਂ ਨੇ, ਅਤੇ ਅੱਲਾ ਨੇ ਕਹਿਣਾ ਉਹ ਤੁਹਾਡੇ ਬੰਦੇ ਜੇ, ਉਹਦੀ ਪੱਠੇ ਵੱਡੇ ਸੀ, ਉਹਦੀ ਤੂੜੀ ਚੁੱਕੀ ਸੀ, ਉਹਦਾ ਡੰਗਰ ਖੋਲਿਆ ਸੀ, ਉਹਨੂੰ ਦੇ ਅਤੇ ਉਹਨੂੰ ਕਹਿ ਵੀ ਮੈਨੂੰ ਮਾਫ਼ ਕਰ। ਉਹ ਕਹੇਗਾ ਭਾਈ ਮੈਂ ਤਾਂ ਨਹੀਂ ਲੈਣਾ ਡੰਗਰ, ਇਹ ਤਾਂ ਹਫ਼ਜ਼ਾ ਬਾਅਦ ਚੱਲਦਾ ਸੀ, ਇੱਥੇ ਤਾਂ ਨੇਕੀਆਂ ਨੇ। ਅਲ ਮਾਲ ਵਲ ਬਨੂਨ ਜ਼ੀਨਤ ਉਲ ਹਯਾਤ ਦੁਨੀਆ ਵਲ ਬਾਕੀਆਤ ਸਾਲਿਆਤ, ਉਹ ਕਹਿਣਗੇ ਆਪਣੀਆਂ ਨੇਕੀਆਂ ਦੇ ਨਬੀ ਪਾ, ਮੈਂ ਮੇਰੀ ਉਮਤ ਦਾ ਫਕੀਰ ਵੇਖਣਾ ਹੈ, ਮੇਰੀ ਉਮਤ ਦਾ ਕੋਈ ਦੁਨੀਆ 'ਚ ਮੇਰੋ ਸੁਣ ਲਓ ਫਕੀਰ ਵੇਖਣਾ ਹੈ, ਗਰੀਬ ਵੇਖਣਾ ਹੈ। ਸਿਹਾਬਾ ਨੇ ਮੇਰੇ ਮੁਸਤਫਾ ਨੇ ਪੁੱਛਿਆ ਨਾ, ਐ ਮੇਰੇ ਸਿਹਾਬਾ ਦੁਨੀਆ ਦੇ ਉੱਤੇ ਪੁੱਤਰ ਬੈਠ ਜਾਓ ਨਾ, ਗੱਲ ਸੁਣੋ, ਗੱਲ ਆਖਰੀ ਇਹਨੂੰ ਪੱਲੇ ਬੰਨੋ ਹੈ, ਪੂਰੀ ਤਕਰੀਰ ਦਾ ਨਿਚੋੜ ਜੇ ਇਹਦੇ 'ਚ ਬੜੀ। ਆਪ ਨੇ ਮੈਂ ਮੇਰੀ ਉਮਤ ਦਾ ਦੁਨੀਆ ਦੇ ਉੱਤੇ ਕਿਹੜਾ ਗਰੀਬ ਹੈ ਜਿਹਨੇ ਵੇਖਣਾ? ਸਿਆਪਾ ਨੇ ਕਿਹਾ ਤੈਨੂੰ ਗਰੀਬ ਤਾਂ ਉਹ ਹੀ ਹੈ ਨਾ ਜਿਹਦੇ ਕੋਲ ਕੱਖ ਵੀ ਨਹੀਂ ਹੈਗਾ। ਰਮਾ ਨਹੀਂ, ਮੇਰੀ ਉਮਤ ਦਾ ਗਰੀਬ ਹੋਵੇ, ਮੇਰੀ ਉਮਤ ਦਾ ਗਰੀਬ ਹੋਵੇ ਜਿਹਦੇ ਕੋਲ ਕਿਆਮਤ ਨੂੰ ਸਾਰੀਆਂ ਨੇਕੀਆਂ ਖੋਈਆਂ ਜਾਣਾ ਉਹਦੇ ਪੱਲੇ 'ਚ ਪਾ ਦਿੱਤੇ, ਉਹ ਮੇਰੀ ਉਮਤ ਦਾ ਨਵਜੀ ਦੁਨੀਆ ਦੇ ਉੱਤੇ ਮੁਫਲਸ ਤਰੀਨ ਬੰਦਾ ਹੋਵੇਗਾ, ਜਿਹੜਾ ਬੰਦਾ ਆਪਣੇ ਗੁਨਾਹ ਕੋਲ ਰੱਖ ਕੇ ਨੇਕੀਆਂ ਕਿਸੇ ਨੂੰ ਦੇਵੇਗਾ ਕਿ ਉਹਦੇ ਹੱਕ ਮਾਰੇ ਹੋਣਗੇ, ਅਤੇ ਉਹਦੇ ਗੁਨਾਹ ਫਿਰ ਆਪਣੇ ਕੋਲ ਪਾਏਗਾ ਕਿ ਹੁਣ ਮੇਰੇ ਕੋਲ ਨੇਕੀਆਂ ਕੋਈ ਨਹੀਂ, ਅਤੇ ਆਪਣੇ ਗੁਨਾਹ ਦੇ ਦੇ। ਅੱਲਾ ਕਹਿਣਗੇ ਵੀ ਇਹ ਤੇਰਾ ਮਾਮਲਾ, ਇਹਦੇ ਨਾਲ ਮੈਂ ਮਾਫ਼ ਨਹੀਂ ਕਰਨਾ, ਅੱਜ ਫਿਕਰ ਕਰ ਲਓ, ਇੱਥੋਂ ਦਾ ਦਿੱਤਾ ਕੰਮ ਚੰਗਾ ਜੇ, ਉੱਥੋਂ ਦਾ ਮੰਦਾ ਜੇ, ਉੱਥੇ ਇੱਕ ਨੇਕੀ ਵੀ ਦੇਣੀ ਕਿਸੇ ਨੂੰ ਪੈ ਗਈ ਤਾਂ ਬੜਾ ਔਖਾ ਕੰਮ, ਅਤੇ ਕੀ ਪਤਾ ਨੇਕੀਆਂ ਕਬੂਲ ਵੀ ਸਾਡੀਆਂ ਹੈਗੀਆਂ ਕਿ ਨਹੀਂ ਹੈਗੀਆਂ। ਇਸ ਵਾਸਤੇ ਮੇਰੇ ਬਾਈਓ ਫਿਕਰ ਕਰੋ,
ਇਹ ਜਿੰਨੇ ਘੰਟੇ ਤਕਰੀਬਨ ਪੌਣੇ 3 ਘੰਟੇ ਹੋ ਗਏ ਨੇ, ਮੈਂ ਇਹੀ ਖਪਨ ਦਿਆਂ ਕਿ ਆਖਰਤ ਦੀ ਫਿਕਰ ਕਰ ਲਓ, ਆਪਣੇ ਰੱਬ ਨੂੰ ਰਾਜ਼ੀ ਕਰ ਲਓ, ਆਪਣੇ ਮਾਲਕ ਨੂੰ ਰਾਜ਼ੀ ਕਰ ਲਓ। ਮਮਾ ਅਲੈਨਾ ਇਲਲ ਬਲਾਗੁਲ ਮੁਬੀਨ। ਅਲਹਮਦੁਲਿਲਾਹ ਰੱਬਿਲ ਆਲਮੀਨ ਵਾਲਾਕਿਬਤ ਅਲਮੁਤਕੀਨ ਵਸਲਾਤੁ ਵਸਲਾਮੁ ਅਲਾ ਰਸੂਲ ਨਬੀ ਕਰੀਮ اللهم انت السلام ومنك السلام تبارك ربنا وتعاليت يا ذو الجلال والاكرام بارك الذي بيده الملك وهو على كل شيء قدير حسبنا الله ونعم الوكيل نعم المولى ونعم النصير امر الاجبال مولا قرضداروں کے قرض دور فرما مرضداروں کے مرض دور فرما بزرگوں نے کہا ان کی والدہ محترمہ کو شفائے کاملہ عطا فرما اللہ اس بچے کو جو دنیا سے تیرے پاس آ چکا اللہ ماں باپ کی نجات کا ذریعہ بنا دے اللہ ان کی شفا کا ذریعہ بنا اے میرے لجپال مولا تو نے کہا تھا علم المستغفرین علم المستشفعین ہے کو مجھ سے شفا مانگنے والا میں شفا دے دوں تو مجھ سے معافی مانگنے والا میں معاف کر دوں ہے کوئی مجھ سے رزق مانگنے والا میں رزق عطا کر دوں اے اللہ جو بے روزگار ہیں ان کو رزق حلال عطا فرما اے اللہ جو ملک پاکستان میں بے روزگار ان بچوں کو اللہ سے اللہ روزگار عطا فرما اے میرے لجپال مولا جتنے دوستوں بزرگوں نے ٹائم نکال کر تیرا دین سنا آخرت کی فکر نصیب فرما اے میرے مالک الملک اے میرے غریب نواز مولا اے میرے لجپال مولا تو ہی سب کچھ دینے والا ہے یہ تیرے دربار پہ آئے اللہ تو ہی تو ایک دنیا میں بادشاہ ہے تیری ہی ذات بے نیاز ہے کہ جس کے دربار پہ جتنے فقیر آئے وہ خوش ہوتا ہے جس ٹائم آئے تو خوش ہوتا ہے خود بلا کر خوش ہوتا ہے دیکھ کر بھی خوش ہوتا ہے اے اللہ تجھ کو کوئی مانے یا نہ مانے پھر بھی دیتا ہے اللہ تو اپنی رحمت سے ہمیں مالا مال فرما دے اے اللہ ہماری دنیا بھی بہتر بنا ہماری آخرت بھی بہتر بنا اے اللہ اپنے نبی کی امت کا یہ دنیا میں جینا مرنا اسلام پہ فرما اے اللہ تیرے نبی نے کہا تھا من گشف علیس من جس نے ملاوٹ کی وام سے نہیں تیرے نبی نے کہا ملاوٹ نہیں کرنی یہ ملاوٹ کرنے والے بن گئے تیرے نبی نے کہا جھوٹ نہیں بولنا یہ جھوٹ بولنے والے بن گئے میرے نبی نے کہا شراب نہیں پینی ہے شراب پینے والے بن گئے تو نہیں کہا تھا نا وما آتاکم الرسول فخذو جو میرا نبی دے پکڑو پکڑو جس سے منع کرے رک جاؤ تیرے نبی نے کہا تھا جھوٹ نہیں بولنا یہ جھوٹ بولنے والے بن گئے اللہ تیرے نبی نے کہا تھا اللہ کے غصے پر دعوت نہیں دینی یہ تیرے غصے پر دعوت دینے والے بن گئے اللہ تیرے نبی نے کہا تھا استغفار کرنے والے ہوں تو اللہ عذاب نہیں کرتا یہ قوم استغفار بھول گئی تجھے یاد کرنا بھول گئی اللہ یہ مساجد کو ویران کر بیٹھے سلمان کو آباد کر بیٹھے دنیا کے بازاروں کو آباد کر بیٹھے تیرے گھروں کو انہوں نے مولا کریم مرسی آخا بنا دیا تیرے گھر والے ذرا صدا دیتے ہیں ہائے ہے کو مجھ کو آباد کرنے والا مگر یہ مساجد کی مولا سفیر ہوتی ہیں جس پہ یہ مولا کریم ڈسٹ پڑتا ہے یہاں سجدہ کرے جا کر تو ڈسٹ لگاتا ہے تیرے گھر کے اندر جو قرآن پڑے ہیں وہ بند پڑے ہیں ان کے کپڑوں کے اوپر مولا یہ ڈسٹ پڑا ہوتا ہے غلافوں کے اوپر ڈسٹ پڑا ہے یہ مسلمان سال بھر بھی نہیں کھولتے اللہ جو تجھ کو چھوڑ گئے بھول گئے اللہ ان بھٹکے ہوئے ان بھولے ہوئے ان بھٹکے ہوئے رستہ سے ہٹے ہوئے اللہ انعمت علیہم غیر المغضوب علیہم ولا الضالین اللہ ان سب کو اپنے نبیوں والا سے انعام اللہ من النبیین والصدیقین والشہداء والصالحین اللہ اپنے نبیوں جیسا شہداء جیسا صدیقین جیسا صالحین جیسا انبیاء جیسا ہمیں رستہ عطا فرما دے اللہ یہ قوم بھول چکی ہے اللہ ان کا جینا مرنا خاتمہ بالایمان عطا فرما دے اللہ ان سب کو اپنے نبی کی سچی دین والی زندگی عطا فرما اے اللہ اس ڈیرے پہ اپنی رحمت کا نزول فرما ان کی بستی کو رحم فرما ان کے آنے والے مہمانوں پہ رحم فرما کاروبار میں برکت نازل فرما اللہ جو فصل میں مولا کریم نقصان ہے اس کو نفع میں بدل دے اللہ جو دنیا میں پریشانیاں ان کے گھر میں دور فرما اے میرے لجپال مولا ملک پاکستان کی طرف یہ مودی جو میری آنکھ سے دیکھ رہا اللہ اس ہندو بنیا کو ہدایت عطا فرما اگر اس کی قسمت میں ہدایت نہیں اللہ اس کو نست نبوت فرما اے میرے مالک الملک عالم اسلام کے مسلمانوں کو ایک ہونے کی توفیق عطا فرما اللہ ملک پاکستان کی آواز فرما پاک آرمی کی مت فرما اے اللہ پاکستان کی تمام ایجنسیاں جو پاکستان کی بقا کی جنگ لڑ رہی ان کی مت فرما اے
فرما یہ جو بچے بیٹھے ہیں سب کو ماں باپ کا فرما بردار بنا. یہ میرے بھائی کا بچہ ہے تیرے پاس آ چکا ہے ضمیر الحسن, اللہ ماں باپ کی شفاعت کا ذریعہ بنا دے. یہ بھائی عثمان, ان کے دوست بھائی سلیمان صاحب, بزرگ دیگر دوست احباب مکی صاحب دعا کے لیے کہہ رہے, اللہ قبول فرما. مولا کریم جتنے مسلمان دنیا میں بیمار ہیں اللہ شفا کاملہ عطا فرما. اے اللہ عالم اسلام کے مسلمانوں کے آپس میں جو اختلاف ہیں اس کو ختم فرما. صلی اللہ تعالیٰ.